ਦੀਪ ਸਿੱਧੂ ਪਤਿਤ ਵੀ ਸੀ ਤੇ ਦੀਪ ਸਿੱਧੂ ਦਾ ਅਮਰਤ ਵੀ ਨਹੀਂ ਛੱਕਿਆ ਸੀ ਬਿਲਕੁਲ ਦੀਪ ਸਿੱਧੂ ਸੱਚਖੰਡ ਗਿਆ ਜਾਂ ਨਹੀਂ ਗਿਆ ਮੈਂ ਕਦੋਂ ਕਿਹਾ ਵੀ ਦੀਪ ਸਿੱਧੂ ਸੱਚਖੰਡ ਚਲਾ ਗਿਆ ਗੈਰ ਹਮਤਾਰੀ ਬੰਦੇ ਉਹਨਾਂ ਨਾਲ ਰੱਖਣ ਨੂੰ ਤਿਆਰ ਹੋ ਹੈਗੇ ਨਹੀਂ ਮੈਂ ਇਹਨੀਆਂ ਸਟੇਟਮੈਂਟ ਕਿਉਂ ਦਿੱਤੀ ਕਿ ਜਿਹੜਾ ਨਹੀਂ ਛੱਕੂਗਾ ਉਹ ਸੱਚਖੰਡ ਨਹੀਂ ਜਾਊਗਾ ਮੈਂ ਸਿੱਧਾ ਪੁੱਛਦਾ ਤੁਹਾਨੂੰ ਢੱਡਰੀਆਂ ਵਾਲੇ ਅਮਰ ਛਕਾਉਂਦੇ ਉਹਨਾਂ ਬਾਰੇ ਕੀ ਵਿਚਾਰ ਜੇ ਉਹਨਾਂ ਨੇ ਛਕਾਏ ਹੋਏ ਨੇ ਉਹ ਕੌਣ ਨੇ ਉਹ ਸੱਚਖੰਡ ਜਾਣਗੇ ਜਾਂ ਨਹੀਂ ਜਾਣਗੇ ਸਿੱਖ ਸਿੱਖ ਅਮਰਤ ਨਹੀਂ ਜੀ ਸਿੱਖ ਅਮਰਤ ਨਹੀਂ ਸ਼ੱਕਦਾ ਤਾਂ ਫਿਰ ਇੱਕ ਤਰ੍ਹਾਂ ਦੀ ਵੰਡ ਨਾ ਹੋਈ ਜਿਹੜਾ ਨਹੀਂ ਸ਼ੱਕੂਗਾ ਉਹਨੂੰ ਇਹ ਮਹਿਸੂਸ ਨਹੀਂ ਹੋਊਗਾ ਮੰਨ ਲਓ ਰਾਜ ਆਜੇ ਤੁਹਾਡਾ ਫਿਰ ਉਹਨੂੰ ਮਹਿਸੂਸ ਨਹੀਂ ਹੋਊਗਾ ਨਹੀਂ ਉਹਦੇ ਉਹਦੇ ਚ ਦੇਖੋ ਕੋਈ ਪਨਿਸ਼ਮੈਂਟ ਥੋੜੀ ਹੈਗੀ ਜੇ ਸਿੱਖ ਅਮਰਤ ਨਹੀਂ ਸ਼ੱਕਦਾ ਜੇ ਤੁਸੀਂ ਇੱਕ ਮੰਨ ਲਓ ਕੌਮ ਦਾ ਲੀਡਰ ਇਹ ਕਹਿ ਦੂਗਾ ਕਿ ਜੇ ਅਮਰਤ ਨਹੀਂ ਸ਼ੱਕੋਗੇ ਤਾਂ ਸੱਚ ਖਣ ਨਹੀਂ ਜਾਓਗੇ ਜਾਂ ਤੁਸੀਂ ਜਦੋਂ ਅਮਰਤ ਜਦੋਂ ਤੁਸੀਂ ਅਮਰਤ ਦੀ ਗੱਲ ਕਰਦੇ ਹੋ ਤਾਂ ਜਿਹੜੇ ਬਾਕੀ ਸਿੱਖ ਨੇ ਉਹ ਵੰਡ ਨਹੀਂ ਹੈਗੀ ਅਮਰਤਪਾਲ ਕੱਲ ਨੂੰ ਖਾਲਿਸਤਾਨ ਦਾ ਰਾਸ਼ਟਰਪਤੀ ਬਣ ਜੇ ਮੈਂ ਕਹਿ ਦੇਣਾ ਮੰਨ ਪੂਰੇ ਬਹੁਤ ਸਾਰੇ ਜਿਹੜੇ ਤੁਹਾਡੀ ਗੱਲ ਦੇ ਨਾਲ ਸਹਿਮਤ ਨਹੀਂ ਹੋਣਗੇ ਕੀ ਉਹ ਰਹਿਣਗੇ ਤੇ ਹੋਰ ਕਿੱਥੇ ਜਾਣਾ ਉਹਨਾਂ ਨੂੰ ਖਾਲਸਾ ਪਹਿਲਾਂ ਅੰਦਰ ਕੁਰਬਾਨ ਹੁੰਦਾ ਫੇਰ ਬਾਹਰ ਕੁਰਬਾਨ ਹੁੰਦਾ ਤੁਸੀਂ ਅੰਦਰੋਂ ਕੁਰਬਾਨ ਅਮਰਤਪਾਲ ਅੰਦਰੋਂ ਕੁਰਬਾਨ ਹੋ ਚੁੱਕਿਆ ਕਿੱਥੀ ਗਲੋਬਲ ਪ੍ਰੋਜੈਕਟ ਆ ਜਾਂ ਪੰਜਾਬ ਦਾ ਪ੍ਰੋਜੈਕਟ ਆ ਖਾਲਸਾ ਨੈਸ਼ਨ ਸਟੇਟ ਹੋਊਗਾ ਖਾਲਸਾ ਨੈਸ਼ਨ ਸਟੇਟ ਹੀ ਬਣੂਗਾ ਦੁਨੀਆ ਦੇ ਉੱਤੇ ਨੈਸ਼ਨ ਸਟੇਟਾਂ ਨਹੀਂ ਬਣੀਆਂ ਹੋਈਆਂ ਨੇਸ਼ਨ ਸਟੇਟ ਦਾ ਮਾਡਰਨ ਫੀਨੋਮਨਾ ਗਾ ਸਿੱਖੀ ਦਾ ਰਵੈਤ ਨਾ ਚਲਦੀ ਹੈਗੀ ਦੇਖੋ ਨੇਸ਼ਨ ਸਟੇਟ ਮਾਡਰਨ ਨੇਸ਼ਨ ਸਟੇਟ ਦਾ ਕੱਲ ਦੀ ਜਦੋਂ ਯੂਰਪ ਦੇ ਅੰਦਰ ਨਾ ਇਨਲਾਈਟਰਮੈਂਟ ਹੋਈ ਇੰਡਸਟਰੀ ਰੈਵੋਲੂਸ਼ਨ ਹੋਇਆ ਉਸ ਤੋਂ ਬਾਅਦ ਬੇਸ਼ੱਕ ਨੇਸ਼ਨ ਸਟੇਟ ਮਾਡਰਨ ਫੀਨੋਮਨਾ ਹੈ ਜੇ ਸੇਖਾਂ ਦੀ ਨੇਸ਼ਨ ਸਟੇਟ ਹੋਊਗੀ ਉਹ ਦੁਰੀਆਂ ਨੂੰ ਵਖਰੀ ਨਹੀਂ ਹੋਊਗੀ ਜਦੋਂ ਸਿੱਖਾਂ ਦੇ ਵਿਦਵਾਨ ਇਹ ਕਹਿੰਦੇ ਕਿ ਨੇਸ਼ਨ ਸਟੇਟ ਦੀ ਨੀਂਹ ਖੂਨ ਤੇ ਟਿੱਕੀ ਹੁੰਦੀ ਹੈ ਲੋਕਾਂ ਦੇ ਨਹੀਂ ਇਹ ਗਲਤ ਗੱਲ ਹੈ ਤੁਹਾਡੇ ਕੋਲ ਪਾਵਰ ਹੋਵੇ ਤੁਹਾਡਾ ਨੇਸ਼ਨ ਸਟੇਟ ਹੋਵੇ ਹੂੰ ਸਾਰੇ ਜਾਉਂਦੇ ਰਹਿਣਗੇ ਜਾਂ ਵਕ ਸੋਦਾ ਲਾ ਦਿੱਤਾ ਵੀਰੇ ਤੁਹਾਡੇ ਵਿਚਾਰਾਂ ਨਾਲ ਸਹਿਮਤ ਨਹੀਂ ਢੜੀਆਂ ਵਾਲੇ ਤੇ ਅਟੈਕ ਹੋਇਆ ਸੀ ਢੜੀਆਂ ਵਾਲੇ ਤੇ ਜਿਨ੍ਹਾਂ ਨੇ ਅਟੈਕ ਕੀਤਾ ਉਹਨਾਂ ਨੂੰ ਪੁੱਛਣਾ ਚਾਹੀਦਾ ਜਾ ਕੇ ਹੈ ਤੂੰ ਸਾਨੂੰ ਠੀਕ ਮੰਨਦੇ ਹੋ ਗਲਤ ਮੰਨਦੇ ਨਹੀਂ ਮੈਂ ਨਹੀਂ ਠੀਕ ਮੰਨਦਾ ਉਸ ਕਾਲੂ ਇਸਲਾਮਿਕ ਜਹਾਦ ਇਹ ਕਹਿੰਦਾ ਕਿ ਜੇ ਸ਼ਹੀਦੀ ਦੇਉਂਗੇ ਜੰਨਤ ਚ ਜਾਓ ਸੱਚਖੰਡ ਗੁਰੂ ਦੇ ਚਰਨਾਂ 'ਚ ਥਾਂ ਤੇ ਗੁਰੂ ਦੇ ਚਰਨਾਂ 'ਚ ਕੌਣ ਜਾਊਗਾ ਜਿਹੜਾ ਗੁਰੂ ਨੂੰ ਪ੍ਰੇਮ ਕਰਦਾ ਉਹ ਹੀ ਜਾਊਗਾ ਨਾ ਜਿਨੇ ਪਦਾਰਥ ਲੈਣੇ ਉਹ ਤਾਂ ਸੰਸਾਰ ਤੇ ਲਊਗਾ ਜੇ ਜੰਨਤ ਚ ਜਾਊ ਕਿੱਥੇ ਹੋ ਕੀ ਕਹਿਣੋਗੇ ਕਿ ਭਾਈ ਜੇ ਐ ਕਰ ਲੋਗੇ ਤਾਂ ਸੱਚਖੰਡ ਜਾਓਗੇ ਤੇ ਪਾਸਟਰਾਂ ਵਰਗੀ ਗੱਲ ਨਹੀਂ ਪਾਸਟਰ ਵੀ ਤਾਂ ਐਂ ਕਹਿੰਦੇ ਜੇ ਐ ਕਰੋਗੇ ਤਾਂ ਐ ਹੋ ਜਾਊਗਾ ਸਿੱਖਰ ਪਬਲਿਕ ਚ ਕਿਤੇ ਸਿੱਖ Shia ਸੁੰਨੀ ਤਾਂ ਨਹੀਂ ਹੋਣਗੇ ਇੱਕ ਦਿਨ ਨਾ ਹੋਵੇ ਵੀ ਇੱਕ 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 Shia ਧੜਾ ਬਣ ਗਿਆ ਸਿੱਖਾਂ ਦਾ ਇੱਕ ਸੁੰਨੀ ਧੜਾ ਬਣ ਗਿਆ ਦਾਲਨ ਨੂੰ ਜੋ ਪਸੰਦ ਨਹੀਂ ਸੀ ਦਾਲਨ ਨੇ ਚੱਕ ਕੇ ਸਭ ਜੀਲਾ ਵਿੱਚ ਪਾਤੇ ਅਮਰਤਪਾਲ ਨੂੰ ਜੋ ਪਸੰਦ ਨਹੀਂ ਇਹ ਹੋਊਗਾ ਅਮਰਤਪਾਲ ਦੀ ਨਹੀਂ ਇਹ ਗੁਰੂ ਦੀ ਆਈਡਿਓਲੋਜੀ ਤੇ ਕੰਮ ਚੱਲਣਾ ਅਮਰਤਪਾਲ ਕੌਣ ਹੈ ਸਿੱਖੀ ਪਹਿਲਾਂ ਚੇਤਨਾ ਦੀ ਗੱਲ ਕਰਦੀ ਹੈ ਪਦਾਰਥ ਦੀ ਗੱਲ ਬਾਅਦ ਚ ਕਰਦੀ ਹੈ ਸਿੱਖੀ ਬਰਾਬਰ ਗੱਲ ਕਰਦੀ ਹੈ ਉਹ ਕਿੱਦਾਂ ਤੁਹਾਨੂੰ ਦੱਸ ਦਿੰਦਾ ਨਾ ਸਿੱਖੀ ਇਹ ਕਮਿਊਨਿਜ਼ਮ ਦੇ ਅੰਦਰ ਆ ਕਿ ਪਦਾਰਥ ਤੋਂ ਚੇਤਨਾ ਨੂੰ ਹੀ ਲੱਗਦਾ ਬਹੁਤ ਸਾਰੀਆਂ ਗੱਲਾਂ ਬਹੁਤ ਤੁਸੀਂ ਸਿੰਪਲੀਫਾਈ ਕਰ ਦਿੰਦੇ ਜਿੰਨਾ ਮੌਤ ਨੂੰ ਸ਼ਹਾਦਤ ਨੂੰ ਜਾਂ ਸਿਰਾਂ ਨੂੰ ਤੁਸੀਂ ਬਸ ਸਿੰਪਲੀਫਾਈ ਜਿਵੇਂ ਉਹ ਇੰਨਾ ਸਿੰਪਲੀਫਾਈ ਕਰਦੇ ਨੇ ਜਿਵੇਂ ਤੁਸੀਂ ਕਹਿੰਦੇ ਹੋ ਕਿ ਇੱਥੇ ਵੀ ਤਾਂ ਮਰੀ ਜਾਓਗੇ ਨਸ਼ਾ ਖਾ ਕੇ ਵੀ ਤਾਂ ਮਰੀ ਜਾਓਗੇ ਐਵੇਂ ਵੀ ਤਾਂ ਮਰੀ ਜਾਓਗੇ ਮੰਨ ਲਓ ਮੈਂ ਐਗਜ਼ਾਮਪਲ ਲਈ ਕਹਿਣਾ ਇੱਕ ਬੰਦਾ ਕੋਈ ਏਜੰਟ ਬੈਠਾਗਾ ਕਿਤੇ ਉਹ ਕਹੇ ਪੰਜਾਬ ਦੇ ਮੁੰਡਿਆਂ ਨੂੰ ਵੀ ਇੱਥੇ ਵੀ ਤਾਂ ਮਰੀ ਜਾਓਗੇ ਮੈਕਸੀਕੋ ਆ ਕੇ ਮਰ ਜੂ ਕੀ ਫਰਕ ਪੈਂਦਾਗਾ ਇਹ ਜਸਟੀਫਾਈ ਹੈ ਨਹੀਂ ਕੀ ਇਹ ਜਸਟੀਫਾਈਡ ਹੈ ਉਸੇ ਦੌਰ ਦੇ ਅੰਦਰ ਬੱਬਰਾਂ ਤੇ ਸੰਤਾਂ ਦੇ ਅੰਦਰ ਬਹੁਤ ਵੱਡਾ ਕਨਫਲਿਕਟ ਰਿਹਾ ਇੱਥੋਂ ਤੱਕ ਕਿ ਨਰੰਕਰੀ ਕਾਂਡ ਤੋਂ ਬਾਅਦ ਸੰਤਾਂ ਦੇ ਖਿਲਾਫ ਬੋਲਿਆ ਗਿਆ ਹਮ ਪਰਚੇ ਵੰਡੇ ਗਏ ਹਾਂ ਇਸ ਤੋਂ ਇਲਾਵਾ ਹੋਰ ਇਨੇ ਧੜਿਆਂ 'ਚ ਮੂਵਮੈਂਟ ਦੀ ਇਨੋਸੈਂਟ ਮੂਵਮੈਂਟ ਦੇ ਲੋਕਾਂ ਨੇ ਮਾਰਤੇ ਇਹ ਗੱਲਾਂ ਦੀ ਜਵਾਬਦੇਹੀ ਤੋਂ ਬਿਨਾ ਤੁਸੀਂ ਅਗਲੀ ਫੌਜ ਤਿਆਰ ਕਰ ਰਹੇ ਹੋਗੇ ਨਹੀਂ ਨਹੀਂ ਉਹ ਗੱਲਾਂ ਦੀ ਜਵਾਬਦੇਹੀ ਕਿੱਥੋਂ ਹੋਊਗੀ ਵੀ ਭਾਈ ਆ ਕੀਤਾ ਸੀ ਇਹਦੇ ਰਿਜ਼ਲਟ ਆਏ ਆਏ ਪਿਛਲੀ ਹਿਸਟਰੀ ਜੋ ਕੁਝ ਹੋਇਆਗਾ ਜੋ ਇਹਨੇ ਵੱਡੇ ਨੁਕਸਾਨ ਹੋ ਗਏ ਜੇ ਉਹਨਾਂ ਦਾ ਕੋਈ ਪਰਚੋਲ ਹੀ ਨਹੀਂ ਹੋ ਦੁਨੀਆ ਭਰ ਦੀਆਂ ਲਹਿਰਾਂ ਨੇ ਦੁਨੀਆ ਭਰ ਦੀਆਂ ਲਹਿਰਾਂ ਚੋਂ ਪਰਚੋਲ ਹੁੰਦੀ ਹੈ ਭਾਈ ਕਿੱਥੇ ਖਤਾ ਖਾਲੀ ਨੁਕਸਾਨ ਕਰਾ ਲਿਆ ਆਪਾਂ ਆਪਾਂ ਨਾਕ ਰਾਈਏ ਹੁੰਦੀ ਹੈ ਜਾਂ ਨਹੀਂ ਹੁੰਦੀ ਇਹ ਤਾਂ ਹੁੰਦੀ ਹੈ ਦੁਨੀਆ ਭਰ ਦੀਆਂ ਲਹਿਰਾਂ ਚ ਉਹ ਕਰਾਏ ਬਿਨਾ ਇੱਕ ਨਵੀਂ ਫੌਜ ਤਿਆਰ ਹੋ ਕੇ ਕੱਲ ਨੂੰ ਤਾਂ ਨੁਕਸਾਨ ਹੋ ਜਾਂਦਾ ਤਾਂ ਜ਼ਿੰਮੇਵਾਰ ਕੌਣ ਹੋਊਗਾ ਜੇ ਦੀ ਵਿਆਖਿਆ ਤੁਸੀਂ ਕਰ ਰਹੇ ਹੋਗੇ ਤੇ ਲੋਕ ਇਤਰਾਜ਼ ਕਰਦੇ ਕਿ ਅਮਰਪਾਲ ਦੀ ਜਿਹੜੀ ਸਿੱਖੀ ਦੀ ਵਿਆਖਿਆ ਉਹ ਫਾਈਨਲ ਵਿਆਖਿਆ ਕਿਵੇਂ ਹੋ ਸਕਦੀ ਨਹੀਂ ਮੈਂ ਤੋ ਕੋਈ ਕਿਹਾ ਫਾਈਨਲ ਵਿਆਖਿਆ ਕੀਤੀ ਨਹੀਂ ਇਹ ਤਾਂ ਸਿੱਖੀ ਦੀ ਪੋਲਿਟਿਕਸ ਆ ਜਿਹੜੀ ਉਹ ਇਨਕਲੂਸਿਵ ਆ ਇਨਕਲੂਸਿਵ ਆ ਮੈਂ ਤਾਂ ਹੀ ਕਹਿਣਾ ਇਹ ਗੱਲ ਤਾਂ ਮੈਂ ਸਵਾਲ ਕਰ ਰਿਹਾ ਮੈਂ ਨਹੀਂ ਮੈਂ ਤਾਂ ਕਹਿਣਾ ਸਾਰਾ ਮੇਰੇ ਮੇਰੇ ਕੰਨੋਂ ਤਾਂ ਸਾਰਾ ਮੈਂ ਕਹਿਣਾ ਕਿ ਸਾਰਾ ਪੰਜਾਬ ਅਮਰ ਚੱਕੇ ਹਨਾ ਸਿੱਖਾਂ ਤੋਂ ਬਿਨਾ ਵੀ ਲੋਕ ਅਮਰ ਚੱਕੇ ਵਧੀਆ ਗੱਲ ਆ ਇਹ ਪਰ ਗੱਲ ਇਨਕਲੂਸਿਵ ਤੇ ਐਕਸਕਲੂਸਿਵ ਦੀ ਹੈ ਸਿੱਖੀ ਹਮੇਸ਼ਾ ਇਨਕਲੂਸਿਵ ਦੀ ਗੱਲ ਕਰਦੀ ਐਕਸਕਲ ਤੁਹਾਨੂੰ ਹਿੰਦੂ ਰਾਸ਼ਟਰ ਨਾਲ ਕਿਸ ਮਸੱਈ ਹੈਗੀ ਕਿਉਂਕਿ ਉਹਨਾਂ ਦੀ ਆਈਡੀਓਲੋਜੀ ਇਨਕਲੂਸਿਵ ਨਹੀਂ ਹੈਗੀ ਬਿਲਕੁਲ ਹੀ ਉਹਨਾਂ ਦੀ ਡਿਓਲੋਜੀ ਇੱਕ ਉਹ ਕਹਿੰਦੇ ਨਾ ਵੀ ਸਿੱਖ ਹਿੰਦੂ ਹੈ ਕਹਿੰਦੇ ਆ ਕਿ ਨਹੀਂ ਕਹਿੰਦੇ ਉਹ ਕਹਿੰਦੇ ਵੀ ਮੁਸਲਮਾਨ ਵੀ ਹਿੰਦੂ ਹੈ ਜੇ ਨਹੀਂ ਕਹਿੰਦੇ ਤਾਂ ਦੱਸ ਤੂੰ ਪਰ ਫਿਰ ਤੁਸੀਂ ਉਹ ਉਹ ਸਿੱਖਾਂ ਨੂੰ ਕਹਿੰਦੇ ਨੇ ਤੁਸੀਂ ਇੱਕ ਤੁਸੀਂ ਅਪਗ੍ਰੇਡਾਂ ਨੂੰ ਕਹਿੰਦੇ ਹੋ ਕਿ ਅਪਗ੍ਰੇਡਾਂ ਨੂੰ ਅਸੀਂ ਸੋਧਾ ਲਾ ਦਾਂਗੇ ਅਸੀਂ ਹਿੰਦੂਆਂ ਨੂੰ ਕਹਿੰਦੇ ਦੇਖੋ ਸੋ ਅਪਗ੍ਰੇਡਾਂ ਨੂੰ ਕਿਉਂ ਆ ਜੇ ਤੇ ਸਿੱਖ ਕਹਿਣ ਸਿੱਖਾਂ ਦੇ ਅੰਦਰ ਹੋਣ ਚਾਹੀਏ ਬਾਹਰ ਹੋਣ ਉਸ ਤੇ ਇਸ ਸਟੇਟ ਦੀ ਗੱਲ ਹੋ ਰਹੀ ਹੈ ਦੇਖੋ ਤਾਂ ਜਦੋਂ ਨੇਸ਼ਨ ਸਟੇਟ ਬਣੂ ਸਿੱਖਾਂ ਦੀ ਕੀ ਫਿਰ ਸਿੱਖ ਵੀ ਜ਼ਿਲ੍ਹਾ ਚ ਜਾਣਗੇ ਮੈਂ ਸਿੱਧਾ ਪੁੱਛ ਰਿਹਾ ਪੁੱਛ ਲੋਕ ਕਹਿੰਦੇ ਅਸੀਂ ਅਮਰਤਪਾਲ ਨੂੰ ਦੁਬਈ ਤੇ ਜਾਣਦੇ ਆਂਗੇ ਹਾਂ ਅਮਰਤਪਾਲ ਦੀ ਨਾ ਬੋਲੀ ਇਹੀ ਜੀ ਹੁੰਦੀ ਸੀ ਅਮਰਤਪਾਲ ਦਾ ਨਾ ਸਟਾਈਲ ਇਹੋ ਜਿਹਾ ਸੀ ਇਹਨੇ ਸਟਾਈਲ ਵੀ ਬਦਲ ਲਿਆ ਬੋਲੀ ਵੀ ਬਦਲ ਲਈ ਇਹ ਸਟਾਈਲ ਇਹ ਥੋੜਾ ਚੁੱਕੇ ਆ ਜਿਵੇਂ ਸੰਤ ਥੋੜਾ ਚੁੱਕੇ ਤੁਰਦੇ ਨੇ ਉਹਵੇਂ ਤੁਰਨ ਲੱਗ ਗਿਆ ਘਰਾਂ ਨੂੰ ਪਰਤਣਾ ਮੁਸ਼ਕਿਲ ਬੜਾ ਕੌਣ ਪਛਾਣੇਗਾ ਸਾਨੂੰ ਮੱਥੇ ਤੇ ਮਾਤ ਦਸਤਕਤ ਕਰ ਗਈ ਐ ਚਿਹਰੇ ਤੇ ਯਾਰ ਪੈੜਾਂ ਛੱਡ ਗਏ ਨੇ ਸ਼ੀਸ਼ੇ ਵਿੱਚੋਂ ਹੁਣ ਕੋਈ ਹੋਰ ਝਾਕਦਾ ਤਾਂ ਸ਼ੀਸ਼ੇ ਵਿੱਚੋਂ ਬਹੁਤ ਕੋਈ ਝਾਕਦਾ ਰਿਆ ਪੰਜਾਬ ਲਈ ਪੰਜਾਬ ਚ ਨਕਸਲਵਾੜੀ ਲਹਿਰ ਰਹੀ ਐ ਪੰਜਾਬ ਦੇ ਅੰਦਰ ਪਿਛਲੇ ਦੌਰ ਚ ਖਾੜਕੂ ਲਹਿਰ ਰਹੀ ਐ ਬਹੁਤ ਸਾਰੇ ਮੁੰਡੇ ਘਰਾਂ ਤੋਂ ਤੁਰੇ ਵਾਪਸ ਨਹੀਂ ਆਏ ਬਹੁਤ ਸਾਰੀਆਂ ਕਵਤਾਵਾਂ ਪੰਜਾਬੀ ਚ ਇਹਨਾਂ ਬਾਰੇ ਲਿਖੀਆਂ ਗਈਆਂ ਅਮਰਪਾਲ ਸਿੰਘ ਦੀ ਐਂਟਰੀ ਹੋਈ ਹੈ ਜਿੰਨੀ ਜ਼ਬਰਦਸਤ ਐਂਟਰੀ ਹੈ ਉਹਨੇ ਜ਼ਬਰਦਸਤ ਇਤਰਾਜ਼ ਉੱਠੇ ਨੇ ਪਿਛਲੇ ਦਿਨਾਂ ਦੇ ਅੰਦਰ ਸਿੱਖੀ ਦੀ ਕੋਈ ਇੱਕ ਵਿਆਖਿਆ ਹੋ ਸਕਦੀ ਹੈ ਕਿ ਜੋ ਅਮਰਪਾਲ ਸਿੰਘ ਦੀ ਵਿਆਖਿਆ ਉਹ ਅੰਤਮ ਹੈ ਬਹੁਤ ਸਾਰੀਆਂ ਗੱਲਾਂ ਹੋ ਰਹੀਆਂ ਨੇ ਬਹੁਤ ਸਾਰੇ ਸਵਾਲ ਨੇ ਪਰ ਸਵਾਲਾਂ ਦਾ ਸਵਾਲ ਇਹ ਹੈ ਕਿ ਪੰਜਾਬ ਦੇ ਅੰਦਰ ਅਗਲੀ ਦਿਸ਼ਾ ਕੀ ਹੋਏਗੀ ਪੰਜਾਬ ਕਿਹੋ ਜਿਹਾ ਹੋਏਗਾ ਪੰਜਾਬ ਦੇ ਅੰਦਰ ਜਿਹੜੀ ਸ਼ਾਂਤੀ ਨੂੰ ਅਮਰਤਪਾਲ ਕਹਿੰਦੇ ਆ ਕਿ ਸ਼ਾਂਤੀ ਕਿੱਥੇ ਆ ਮੈਨੂੰ ਦਿਖਾਓ ਪਰ ਵੈਸੇ ਬੰਦਾ ਹਮੇਸ਼ਾ ਅਧਿਆਤਮ ਚ ਵੀ ਹਰ ਗੱਲ ਚ ਪੀਸ ਆਫ ਮਾਈਂਡ ਚਾਹੁੰਦਾ ਜਾਂ ਪੀਸ ਚਾਹੁੰਦਾ ਹੈ ਗੱਲਬਾਤ ਕਰਦੇ ਆ ਅਮਰਤਪਾਲ ਨਾਲ ਜਵਾਬ ਲੈਨੇ ਆ ਉਹਨਾਂ ਤੋਂ ਸਵਾਗਤ ਹੈ ਭਾਈ ਜੀ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਿੱਧਾ ਇੱਥੇ ਸ਼ੁਰੂ ਕਰਨਾ ਚਾਹੁੰਦਾ ਤੁਸੀਂ ਅਮਰਤ ਸ਼ੱਕਿਆ ਜੀ ਜੀ ਅਮਰ ਸ਼ੱਕੇ ਤੁਸੀਂ ਇੱਕ ਸਟੇਟਮੈਂਟ ਦਿੱਤੀ ਜਿਹੜੀ ਬਹੁਤ ਜ਼ਿਆਦਾ ਕੰਟਰੋਵਰਸ਼ੀਅਲ ਹੋਈ ਕਿ ਸੱਚਖੰਡ ਉਹੀ ਜਾਊਗਾ ਜਿਹੜਾ ਅਮਰ ਛਕੂਆ ਦੂਜੇ ਸੱਚਖੰਡ ਨਹੀਂ ਜਾਣਗੇ ਦੇਖੋ ਇਹ ਇਤਿਹਾਸਿਕ ਤੌਰ ਤੇ ਤੱਥ ਹੈ ਗੁਰੂ ਇਤਿਹਾਸ ਨੂੰ ਜਦੋਂ ਅਸੀਂ ਪੜ੍ਹਦੇ ਆ ਆ ਭਾਈ ਡੱਲੇ ਨੇ ਗੁਰੂ ਘਰ ਦੀ ਬਹੁਤ ਸੇਵਾ ਕੀਤੀ ਹੈ ਪੀੜ੍ਹੀਆਂ ਤੱਕ ਸੇਵਾ ਕੀਤੀ ਉਹਨਾਂ ਦੇ ਪਰਿਵਾਰ ਨੇ ਪਰ ਜਦੋਂ ਉਹਨਾਂ ਨੇ ਗੁਰੂ ਸਾਹਿਬ ਨੂੰ ਕਿਹਾ ਵੀ ਮੈਨੂੰ ਸੱਚਖੰਡ ਦੇ ਵਿੱਚ ਜਗ੍ਹਾ ਚਾਹੀਦੀ ਹੈ ਸੱਚਖੰਡ ਭਾਵ ਗੁਰੂ ਦੇ ਚਰਨਾਂ 'ਚ ਸਦੀਵ ਕਾਲੀ ਗੁਰੂ ਚ ਅਪੇਦ ਹੋ ਜਾਣਾ ਉਹ ਕੋਈ ਜੰਨਤ ਵਾਲਾ ਕਨਸੈਪਟ ਨਹੀਂ ਹੈਗਾ ਵੀ ਜਿੱਥੇ ਖਜ਼ਾਨੇ ਆ ਪਦਾਰਥ ਹੈ ਤੇ ਗੁਰੂ ਸਾਹਿਬ ਨੇ ਕਿਹਾ ਵੀ ਤੁਹਾਡੀ ਸੇਵਾ ਤੋਂ ਅਸੀਂ ਪਰੇਸ਼ਾਨ ਨੇ ਪਰ ਜੇ ਸੱਚਖੰਡ ਦੀ ਜਗ੍ਹਾ ਚਾਹੀਦੀ ਹੈ ਤੇ ਫਿਰ ਤੁਹਾਨੂੰ ਖੰਡੇ ਬਾਟੇ ਦੀ ਪਾਲ ਛਕਣੀ ਪੈਣੀ ਹੈ ਦਾਖਲਾ ਇਸ ਨਾਲ ਮਿਲਦਾ ਸੋ ਬਿਨਾ ਖੰਡੇ ਬਾਟੇ ਦੀ ਪਾਲ ਛਕੇ ਤੁਸੀਂ ਜੀਵਨ ਤੋਂ ਮੁਕਤੀ ਨਹੀਂ ਪਾ ਸਕਦੇ ਧਰਮ ਦਾ ਬਹੁਤ ਸਾਰੇ ਧਰਮਾਂ ਦਾ ਦਾਵਾ ਮੁਕਤੀ ਤੇ ਹੀ ਜਾ ਕੇ ਖੜ ਜਾਂਦਾ ਸੋ ਇਸ ਕਰਕੇ ਜਿਹੜੀ ਸੱਚਖੰਡ ਦਾ ਜਿਹੜਾ ਮੈਂ ਗੱਲ ਕੀਤੀ ਹੈ ਮੈਂ ਕੋਈ ਗੈਰ ਸਿਧਾਂਤਕ ਜਾਂ ਗੈਰ ਇਤਿਹਾਸਿਕ ਗੱਲ ਨਹੀਂ ਕੀਤੀ ਜਿਹੜੇ ਹੁਣ ਨਹੀਂ ਲੋਕ ਇਤਿਹਾਸ ਪੜ੍ਹਦੇ ਉਹਨਾਂ ਨੂੰ ਇਹ ਬਲੋਪਰੀ ਜੀ ਲੱਗਦੀ ਹੈ ਹਮਮ ਪਰ ਅਮਰਤ ਛਕਣ ਦਾ ਤੁਹਾਨੂੰ ਲੱਗਦਾ ਤੁਸੀਂ ਅਮਰ ਛਕਿਆ ਤੁਹਾਡੀ ਅਵਸਥਾ ਬਦਲ ਗਈ ਅਮਰਤਪਾਲ ਬਦਲ ਗਿਆ ਅਮਰ ਸ਼ਕਨ ਤੋਂ ਬਾਅਦ ਇਹ ਤੁਸੀਂ ਸਮਝੋ ਵੀ ਜਦੋਂ ਸਾਡਾ ਜਿਹੜਾ ਸਿੱਖੀ ਚ ਅਮਰਤ ਦਾ ਕਨਸੈਪਟ ਹੈ ਸੰਕਲਪ ਹੈ ਇਹ ਕੱਲਾ ਮੇਰਾ ਸਰੀਰਕ ਬਦਲ ਨਹੀਂ ਹੋਇਆ ਸਰੀਰ ਦੇ ਵਿੱਚ ਤਬਦੀਲੀਆਂ ਤੇ ਆਉਂਦੀਆਂ ਹੀ ਨੇ ਮਨੁੱਖ ਦੇ ਜਦੋਂ ਤੁਸੀਂ ਇੱਕ ਕੋਡ ਆਫ ਕੰਡਕਟ ਨੂੰ ਫਾਲੋ ਕਰਨਾ ਹੈ ਆਤਮਾ ਬਦਲ ਜਾਂਦੀ ਹੈ ਭਾਵ ਤੁਸੀਂ ਹੁਣ ਅੱਗੇ ਤੁਹਾਡੀ ਜ਼ਿੰਮੇਵਾਰੀ ਕਿਸੇ ਹੋਰ ਨੂੰ ਹੋ ਸਕਦੀ ਸੀ ਤੁਹਾਡੀ ਲਾਈਫ ਦਾ ਸਬਮਿਸ਼ਨ ਜਿਹੜਾ ਹੈ ਸਮਰਪਣ ਹੈ ਕਿਸੇ ਹੋਰ ਲਈ ਹੋ ਸਕਦਾ ਹੈ ਹੁਣ ਉਹ ਸਮਰਪਣ ਗੁਰੂ ਨੂੰ ਹੈ ਸੋ ਜਿਹੜੇ ਗੁਰੂ ਦੇ ਅੱਗੇ ਸਮਰਪਣ ਹੈ ਉਹਨੇ ਤੁਹਾਡੇ ਜੀਵਨ ਨੂੰ ਬਦਲਣਾ ਹੀ ਹੈ ਜਿਵੇਂ ਤੁਹਾਡੇ ਮਤਿਆਂ 'ਚ ਵੀ ਆਉਂਦਾ ਕਿ ਬਹੁਤ ਸਾਰਾ ਹਨ ਤੁਸੀਂ ਅਮਰਤ ਦੇ ਸੰਧਾਤਨਾ ਵੀ ਕਹਿੰਦੇ ਕਿ ਅਮਰਤ ਦੇ ਨਾਲ ਬੰਦਾ ਬਦਲ ਜਾਂਦਾ ਹੈਗਾ ਤੁਸੀਂ ਕਹਿੰਦੇ ਹੋ ਕਿ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਲਾਮਤਾਂ ਦੂਰ ਹੋ ਜਾਂਦੀਆਂ ਨੇ ਪਰ ਆਪਾਂ ਬਹੁਤ ਸਾਰੇ ਬੰਦੇ ਦੇਖਦੇ ਜਿਨ੍ਹਾਂ ਦਾ ਅਮਰ ਸ਼ੱਕਿਆ ਹੁੰਦਾਗਾ ਉਹ ਵੀ ਬਹੁਤ ਵੱਡੇ ਬਹੁਤ ਸਾਰੇ ਮਸਲਿਆਂ 'ਚ ਆਪਾਂ ਦੇਖਿਆ ਹੈਗਾ ਭ੍ਰਿਸ਼ਟਾਚਾਰ 'ਚ ਐਸਜੀਪੀਸੀC ਦੀ ਆਪਾਂ ਗੱਲ ਕਰਨੇ ਬੰਦੇ ਗੁਨਾਹਗਰ ਸਾਬਤ ਹੋਏ ਨੇ ਹਨਾ ਹੋਰ ਬਹੁਤ ਸਾਰੇ ਮਸਲਿਆਂ ਦੇ ਅੰਦਰ ਆਪਾਂ ਦੇਖਦੇ ਆਂਗੇ ਕਿ ਅਮਰ ਸ਼ੱਕੇ ਵਾਲੇ ਬੰਦੇ ਵੀ ਕੋਈ ਕਰਮ ਕਰਦੇ ਨੇ ਨਹੀਂ ਦੇਖੋ ਇੱਕ ਤੇ ਹੈਗਾ ਵਾ ਵੀ ਤੁਸੀਂ ਅ ਅਮਰਤ ਸ਼ੱਕਲੇ ਤੋ ਤੁਸੀਂ ਗੁਰੂ ਨੂੰ ਸਮਰਪਣ ਨਹੀਂ ਕੀਤਾ। ਹੂੰ ਇਹ ਵੀ ਸਮਝਣਾ ਪੈਣਾ ਹੈ। ਹੁਣ ਜਿਵੇਂ ਇੱਕ ਫੌਜ ਦੀ ਵਰਦੀ ਹੈ। ਫੌਜ ਦੇ ਵਿੱਚ ਟੈਸਟ ਟ੍ਰੇਨਿੰਗ ਦੇ ਕੇ ਬੰਦਾ ਪਹੁੰਚ ਜਾਂਦਾ ਹੈ। ਜੇ ਉੱਥੇ ਜਾ ਕੇ ਫੌਜ ਦੀ ਜੋ ਡਿਊਟੀ ਹੈ, ਕੋਡ ਆਫ ਕੰਡਕਟ ਉਹਨੂੰ ਨਾ ਨਭਾਵੇ। ਆਪਾਂ ਇਹ ਨਹੀਂ ਕਹਿ ਸਕਦੇ ਵੀ ਇਹ ਜਿਹੜਾ ਪ੍ਰੋਸੈਸ ਹੈ ਗਲਤ ਹੈ। ਹੁਣ ਇਹ ਜਿਹੜੀ ਧਾਰਾ ਹੈ ਨਾ ਮੁੱਖ ਧਾਰਾ। ਉਹਦੇ ਨਾਲੋਂ ਵੇਗ ਤੇ ਰਹਿਣਾ ਹੀ ਹੈ ਸੈਡਾਂ ਨੂੰ। ਜਿਵੇਂ ਦਰਿਆ ਇੱਕ ਧਾਰਾ ਬੀਤਰ ਵਗਦੀ ਹੈ ਸੈਂਟਰ ਦੇ ਵਿੱਚ। ਬਾਕੀ ਸਾਈਡਾਂ ਦੇ ਕਿਨਾਰੇ ਨੂੰ ਕੋਈ ਕਿਸੇ ਪਾਸੇ ਨੂੰ ਜਾ ਰਿਹਾ ਹੁੰਦਾ ਕੋਈ ਕਿਸੇ ਪਾਸੇ ਨੂੰ ਜਿਹੜੀ ਅਮਰਤ ਦੀ ਡੈਫੀਨੇਸ਼ਨ ਹੈ ਉਹ ਤੁਹਾਨੂੰ ਫਿਰ ਉਹਨਾਂ ਲੋਕਾਂ ਤੋਂ ਵੇਖਣੀ ਪੈਣੀ ਜਿਨ੍ਹਾਂ ਨੇ ਇਹਨੂੰ ਪਰਫੈਕਸ਼ਨ ਤੱਕ ਲੈ ਕੇ ਗਏ ਸੋ ਤੁਸੀਂ ਐਗਜ਼ਾਮਪਲ ਕਦੀ ਵੀ ਵਰਸਟ ਐਗਜ਼ਾਮਪਲ ਦੇ ਸਮਝ ਚ ਕੋਈ ਵੀ ਚੂਜ਼ ਨਹੀਂ ਕਰਦਾ ਹੁਣ ਆਪਾਂ ਕਿਸੇ ਅਮਰਤਧਾਰੀ ਬੰਦੇ ਨੂੰ ਸ਼ਰਾਬ ਪੀਂਦਾ ਵੇਖ ਕੇ ਇਹ ਨਹੀਂ ਕਵਾਂਗੇ ਵੀ ਅਮਰਤ ਦੀ ਡੈਫੀਨੇਸ਼ਨ ਹੁਣ ਇੱਧੇ ਜੁੜ ਗਈ ਆ ਕੇ ਆਪਾਂ ਉਹਨੂੰ ਕ੍ਰਿਟੀਸਾਈਜ਼ ਕਰਾਂਗੇ ਉਹਦਾ ਕ੍ਰਿਟੀਸਿਜ਼ਮ ਬਣਦਾ ਕਿਉਂਕਿ ਉਹ ਇੱਕ ਕੋਡ ਆਫ ਕੰਡਕਟ ਤੋਂ ਪਾਸੇ ਹੋ ਗਿਆ ਸੋ ਆਪਾਂ ਜਿਹੜਾ ਗੁਰੂ ਨੇ ਸਿਧਾਂਤ ਦਿੱਤਾ ਉਹ ਤੋ ਇਹ ਵੀ ਮਹਾਰਾਜ ਦੀ ਬਖਸ਼ਿਸ਼ ਹੈ ਕਿਉਂਕਿ ਕੋਈ ਵੀ ਸੰਸਾਰ ਤੇ ਪਰਫੈਕਸ਼ਨ ਤੇ ਕਦੇ ਵੀ ਨਹੀਂ ਹੈਗਾ ਜੇ ਉਹ ਲੋਕ ਨਾ ਹੋਣ ਤੇ ਚੰਗੇ ਅਮਰਤਧਾਰੀਆਂ ਦੀ ਕਦਰ ਨਾ ਹੋਵੇ ਜਿਨ੍ਹਾਂ ਨੇ ਗੁਰੂ ਨੂੰ ਪੂਰਨ ਸਮਰਪਣ ਕੀਤਾ ਪਰ ਜਿਵੇਂ ਅਮਰਤਵਾਰ ਇਹ ਕਿਹਾ ਜਾਂਦਾ ਕਿ ਪਹਿਲਾ ਬੰਦਾ ਅੰਦਰ ਕੁਰਬਾਨ ਹੁੰਦਾ ਹੈਗਾ ਬੰਦੇ ਦੀ ਜਿਹੜੀ ਅਵਸਥਾ ਆ ਗਈ ਫਿਰ ਉਹ ਬਾਹਰ ਜਾ ਕੇ ਸਾਰੀਆਂ ਗੱਲਾਂ ਕਰਦਾ ਤੁਹਾਡੇ ਅਮਰਤ ਨੂੰ ਐ ਮੰਨਿਆ ਗਿਆ ਕਿ ਜਿਵੇਂ ਤੁਸੀਂ ਅਮਰਸ਼ਕਨ ਨੂੰ ਇੱਕ ਇਵੈਂਟ ਬਣਾਤਾ ਜਿਵੇਂ ਕਹਿੰਦੇ ਗਿਆਨੀ ਕਰਤਾਰ ਸਿੰਘ ਜੀ ਗਏ 1.5 ਸਾਲ ਬਾਅਦ ਉਹਨਾਂ ਨੇ ਕਿਹਾ ਜੀ ਅਜੇ ਤਾਂ ਤੁਹਾਡਾ ਨਹੀਂ ਹੈ 1.5 ਸਾਲ ਬਾਅਦ ਫਿਰ ਆ ਕੇ ਉਹਨਾਂ ਨੇ ਅਮਰ ਸ਼ਕਿਆ ਤੁਸੀਂ ਉਸ ਚੀਜ਼ ਨੂੰ ਇਵੈਂਟ ਬਣਾਇਆ ਜਾਂ ਤੁਸੀਂ ਉਸ ਅਵਸਥਾ ਨੂੰ ਉਸ ਤਰੀਕੇ ਨਾਲ ਅਪਣਾਇਆ ਬਹੁਤ ਸਾਰੇ ਲੋਕਾਂ ਨੇ ਲਿਖਿਆ ਵੀ ਇਹ ਤੁਸੀਂ ਪੜਿਆ ਹੋਊ ਸ਼ਾਇਦ ਕਿ ਇਵੈਂਟ ਬਣਾ ਦਿੱਤਾ ਗਿਆਗਾ ਨਹੀਂ ਬਣਨਾ ਚਾਹੀਦਾ ਇਵੈਂਟ ਇਤਿਹਾਸਿਕ ਇਵੈਂਟ ਬਣਨਾ ਚਾਹੀਦਾ ਪਰ ਗੁਰੂ ਇਹ ਤਾਂ ਕਹਿੰਦੇ ਨਾ ਕਿ ਬਖਸ਼ਿਸ਼ ਹੁੰਦੀ ਹੈਗੀ ਇਹਦਾ ਗੁਰੂ ਦੀ ਬਖਸ਼ਿਸ਼ ਅਮਰਤਾ ਫਿਰ ਅਸੀਂ ਜੇ ਜੇ ਤਾਂ ਜਿਵੇਂ ਮੰਨ ਲਓ ਬਹੁਤ ਸਾਰੇ ਹੁਣ ਤਾਂ ਇਵੈਂਟ ਕੰਪਨੀਆਂ ਆ ਗਈਆਂ ਜਿਹੜੀਆਂ ਇਵੈਂਟ ਬਣਾਉਂਦੀਆਂ ਨੇ ਨਹੀਂ ਉਹ ਹੋਰ ਚੀਜ਼ ਹੋ ਸਕਦੀ ਹੈ ਬਖਸ਼ਿਸ਼ ਵੀ ਤੇ ਦੇਖੋ ਜਿਹੜੇ ਉੱਥੇ ਪਹੁੰਚੇ ਨੇ ਉਹ ਬਖਸ਼ਿਸ਼ ਤੋਂ ਬਿਨਾਂ ਤੇ ਪਹੁੰਚੇ ਨਹੀਂ ਉਹ ਮੀਰਾ ਕਰਕੇ ਨਹੀਂ ਉੱਥੇ ਪਹੁੰਚੇ ਇਹ ਇਵੈਂਟ ਦੇ ਸੈਂਟਰ 'ਚ ਮੈਂ ਨਹੀਂ ਹਾਂਗਾ ਇਵੈਂਟ ਦੇ ਸੈਂਟਰ 'ਚ ਅਮਰਤੀ ਹੈ ਖੰਡੇ ਬਾਟੀ ਦੀ ਪਾਉਲ ਹੈ ਜਿਹੜੇ ਉੱਥੇ ਨੌਜਵਾਨ ਪਹੁੰਚੇ ਤੁਸੀਂ ਇੰਟਰਵਿਊ ਕਰਿਓ ਉਹਨਾਂ ਦੀ ਕੋਈ ਨਸ਼ਾ ਛੱਡ ਕੇ ਆਇਆ ਹੈ ਕੋਈ ਕਿਸੇ ਤਰੀਕੇ ਦੀ ਕ੍ਰੀਤੀ ਗਣੂ ਲਾ ਕੇ ਆਇਆ ਸੋ ਇਹ ਮਹਾਰਾਜ ਨੇ ਮੇਰੇ ਕੋਲ ਚਲੋ ਸੇਵਾ ਲਈ ਹੈ ਮਿਰਚ ਹੰਕਾਰ ਹੋਵੇਂ ਨਾ ਆਵੇ ਇਸ ਚੀਜ਼ ਦੀ ਪਰ ਇਹ ਇਵੈਂਟ ਜਿਹੜਾ ਇਹਨੂੰ ਪੋਜ਼ਿਟਿਵ ਰੂਪ 'ਚ ਪੜਰੇ ਕਰਨਾ ਚਾਹੀਦਾ ਇਹ ਸਾਡੀ ਰਵਾਇਤ ਵੀ ਹੈ ਅਮਰਤ ਸਾਡੀ ਰਵਾਇਤ ਵੀ ਹੈ ਤੇ ਸਾਡੀ ਪਛਾਣ ਵੀ ਹੈ ਉਤੋਂ ਬਿਨਾਂ ਸਾਡੇ ਕੋਲ ਕੁਝ ਨਹੀਂ ਇਸ ਤੋਂ ਬਿਨਾ ਸਿੱਖੀ ਦਾ ਕਰਜਾ ਦਾਖਲਾ ਨਹੀਂ ਮਿਲਦਾ ਹਨਾ ਸੋ ਕਈ ਚੀਜ਼ਾਂ ਜਿਹੜੀਆਂ ਨੇ ਨਾ ਜਦੋਂ ਅਮਰਤ ਬੰਦਾ ਸ਼ੱਕਦਾ ਹੋਊਗਾ ਸ਼ੱਕਣ ਤੋਂ ਬਾਅਦ ਕੋਈ ਤਬਦੀਲੀਆਂ ਆਉਂਦੀਆਂ ਹੋਣੀਆਂ ਫਿਰ ਵਾਪਰਦਾ ਉਹ ਫਿਰ ਉਹਦੀ ਵਿਆਖਿਆ ਕਰਦਾ ਉਹ ਤੁਸੀਂ ਉਹਦੀ ਵਿਆਖਿਆ ਪਹਿਲਾਂ ਕਰਨ ਲੱਗੇ ਨਹੀਂ ਛਕਣ ਸਾਰੀ ਵਿਆਖਿਆ ਤੇ ਜਿਹੜੀ ਮਹਾਰਾਜ ਨੇ ਕੀਤੀ ਹੈ ਉਹੋ ਹੀ ਹੈ ਕਿ ਅਮਰਤ ਆਮ੍ਰਿਤ ਬੰਦੇ ਨੂੰ ਮੌਤ ਦੇ ਪੈ ਤੋਂ ਮੁਕਤ ਕਰਦਾ ਹੈ ਮ੍ਰਿਤ ਮ੍ਰਿਤਕ ਮੌਤ ਹੈ ਜਦੋਂ ਐੜਾ ਲੱਗ ਗਿਆ ਉਹਨੂੰ ਮੌਤ ਤੋਂ ਕਰ ਦੇਣਾ ਵੈਸੇ ਕਕਾਰ ਤੁਸੀਂ ਵੈਸੇ ਵੀ ਪਾ ਸਕਦੇ ਹੋ ਖੰਡੇ ਬਾਟੇ ਦੀ ਫੌਲ ਦਾ ਕੀ ਚੂਲੇ ਦਾ ਕੀ ਅਰਥ ਹੈ ਜਿਹੜਾ ਉਹ ਤੁਹਾਡੀਆਂ ਅੱਖਾਂ 'ਚ ਛਿੱਟੇ ਨੇ ਤੁਹਾਡੇ ਕਿਹਸਾ ਮੈਂ ਹੀ ਕਹਿ ਰਿਹਾ ਇਹ ਤੁਸੀਂ ਸੁਣੀਆਂ ਹੋਈਆਂ ਗੱਲਾਂ ਨੇ ਇੱਕ ਬੰਦੇ ਦੇ ਨਾਲ ਅਧਿਆਤਮਿਕ ਚੀਜ਼ਾਂ ਵਾਪਰਦੀਆਂ ਨੇ ਹਣਾ ਅਧਿਆਤਮਿਕ ਬੰਦਾ ਹਮੇਸ਼ਾ ਕਦੇ ਪਦਾਰਥਵਾਦੀ ਲੋਕਾਂ ਨੂੰ ਗੱਲ ਨਹੀਂ ਕਰਦਾ ਹਣਾ ਮਟੀਰੀਅਲ ਫਲਸਫੀ ਵਾਂਗੂ ਗੱਲ ਨਹੀਂ ਕਰਦਾ ਉਹ ਗੱਲ ਕਰਦਾ ਕਿ ਮੇਰੇ ਨਾਲ ਐਕਸਪੀਰੀਅੰਸ ਕੀ ਨੇ ਜ਼ਿੰਦਗੀ ਦੇ ਤੁਹਾਡੇ ਨਾਲ ਉਹ ਵਾਪਰਿਆ ਸੀ ਜੀ ਤੁਸੀਂ ਵਿਆਖਿਆ ਕਰ ਰਹੇ ਹੋ ਬਿਲਕੁਲ ਮੈਂ ਇਹ ਮਹਿਸੂਸ ਕਰਦਾ ਜੋ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਹੈ ਮੈਨੂੰ ਮੈਂ ਉਸ ਚੀਜ਼ ਨੂੰ ਮਹਿਸੂਸ ਕਰਕੇ ਕਹਿੰਦਾ ਮੈਂ ਕਦੀ ਇਹ ਗੱਲ ਸੋਚ ਕੇ ਨਹੀਂ ਕਹਿੰਦਾ ਤੁਸੀਂ ਵੀ ਵੇਖਿਆ ਵੀ ਮੇਰੇ ਅੰਦਰ ਕੋਈ ਫਿਲਟਰ ਜਾਂ ਨਹੀਂ ਲੱਗਾ ਹੋਇਆ ਵੀ ਮੇਰੀ ਗੱ ਜਦੋਂ ਤੁਹਾਡੇ ਥੌਟ ਪ੍ਰੋਸੈਸ ਹੋ ਰਿਹਾ ਕੋਈ ਤੁਹਾਡਾ ਤੇ ਤੁਹਾਡਾ ਗਾੜੀ ਜ਼बान ਕੁਝ ਹੋਰ ਕਹਿ ਰਹੀ ਹੈ ਤੇ ਇਹ ਸਬਕੌਂਸ਼ੀਅਸਲੀ ਲੋਕ ਫੜ ਲੈਂਦੇ ਕਨਫਰਸ ਹੋ ਸਕਦਾ ਉਹਦੇ ਚ ਪਰ ਸਬਕੌਂਸ਼ੀਅਸਲੀ ਲੋਕ ਟਰਸਟ ਨਹੀਂ ਕਰਦੇ ਤੁਹਾਡੇ ਤੇ ਸੋ ਇਹ ਚੀਜ਼ ਹੈ ਵੀ ਜਿਹੜੀ ਇਹ ਅਮਰਤ ਦੀ ਜਿਹੜੀ ਡੈਫੀਨੇਸ਼ਨ ਹੈ ਮਹਾਰਾਜ ਨੇ ਜੋ ਬਖਸ਼ੀ ਹੈ ਮੈਂ ਕਹ ਰਾਂਗਾ ਕਿ ਪਹਿਲੇ ਦਿਨੀ ਇਹਦਾ ਮਤਲਬ ਫਿਰ ਤੁਸੀਂ ਜੋ ਕੱਲਾ ਕਿਹਾ ਗਿਆ ਸੀ ਉਹ ਵੀ ਆਖਿਆ ਮੈਂ ਕੀਤੀਆਂ ਪਹਿਲੇ ਦਿਨੀ ਇਹ ਵਿਆਖਿਆ ਕਿਵੇਂ ਹੋ ਸਕਦੀ ਤੁਸੀਂ ਵਿਆਖਿਆ ਕਰਨ ਲੱਗੇ ਵਿਆਖਿਆ ਇਤਿਹਾਸ ਵਿਆਖਿਆ ਤਾਂ ਬੰਦਾ ਉਦੋਂ ਕਰਦਾ ਹੈਗਾ ਜਦੋਂ ਜਿਵੇਂ ਉਹ ਕਹਿੰਦੇ ਗੈਨੀਕਰਤਾਰ ਸਿੰਘ ਜਿਹਨੂੰ ਮੋੜ ਦਿੱਤਾ ਗਿਆ ਸੀ ਵੀ ਆਇਓ ਭਾਈ ਦਵਾਰਾ ਆਜਿਓ ਕੋਈ ਨਾ ਡੇਡ ਸਰਪੁਰ ਸਿੰਘ ਨੂੰ ਵੀ ਮੋੜ ਦਿੱਤਾ ਗਿਆ ਸੀ ਭਾਈ ਵੀਰ ਸਿੰਘ ਨੇ ਜਦੋਂ ਉਹ ਧਰਮ ਛੱਡ ਗਏ ਸੀ ਉਹਨਾਂ ਦੀ ਬੜੀ ਵੱਡੀ ਪ੍ਰੀਖਿਆ ਲਈ ਹੈ ਹੁਣ ਸਾਡੇ ਕੋਲ ਇੱਕ ਦੋ ਆਏ ਬਿਹਾਰ ਤੋਂ ਬੰਦੇ ਅੰਮ੍ਰਿਤਸਰ ਕਰਨ ਉਹਨਾਂ ਦੀ ਲਈ ਹੈ ਪ੍ਰੀਖਿਆ ਮਹਾਰਾਜ ਦੀ ਕਿਰਪਾ ਤੇ ਉਹਨਾਂ ਨੂੰ ਕਿਹਾ ਵੀ 30 ਦਿਨ ਦਾ ਤੁਸੀਂ ਰੱਖੋ 40 ਦਿਨ ਦਾ ਮਰਿਆਦਾ ਰੱਖੋ ਜਿਹੜੇ ਨੌਜਵਾਨ ਆਏ ਆ ਨਾ ਉਹ ਪੂਰਨ ਸਮਰਪਣ ਚ ਆਏ ਆ ਦੇਖੋ ਇੱਕ ਹੈਗਾ ਵੀ ਦਾਸਲੇ ਦੀ ਸਰ ਕਿਨੂੰ ਹੈਗੀ ਹੈ ਹਦਾਇਤ ਪਰ ਜੇ ਫਰਜ਼ ਕਰੋ ਕੋਈ ਛੱਡ ਕੇ ਚੱਲ ਗਿਆ ਹੋਵੇ ਸਿੱਖੀ ਨੂੰ ਇੱਕ ਰੀ ਬਦਾਵਾ ਲਿਖ ਕੇ ਦੇ ਕੇ ਗਿਆ ਹੋਵੇ ਹੈ ਮੋੜ ਕੇ ਆਵੇ ਉਹਦੀ ਤੇ ਪ੍ਰੀਖਿਆ ਜਾਇਜ਼ ਹੈ ਪਰ ਸਿੱਖਾਂ ਦੇ ਘਰ ਚ ਜੰਮੇ ਬਲੇ ਬੱਚੇ ਨੇ ਇਹਨਾਂ ਦੇ ਲਈ ਇੱਕ ਜ਼ਰੂਰੀ ਆ ਵੀ ਅਮਰਤ ਛਕਣਾ ਛੱਕ ਕਿਉਂਕਿ ਦੇਖੋ ਹੁਣ ਤੁਹਾਡੇ ਤੇ ਇੱਕ ਗੁਰੂ ਦਾ ਹੁਕਮ ਲਾਗੂ ਹੋ ਗਿਆ ਤੁਸੀਂ ਸਵੇਰੇ ਉੱਠ ਕੇ ਨਿਤਨੇਮ ਕਰਨਾ ਇਹ ਤੁਹਾਡੇ ਤੇ ਗੁਰੂ ਦਾ ਹੁਕਮ ਹੈ ਜਿੰਨਾ ਹੀ ਕਰਦੇ ਤੁਹਾਡੇ ਮਨ ਦੇ ਉੱਤੇ ਇੱਕ ਇਸ ਦਾ ਪੋਝ ਗਈ ਹੈ ਕਿ ਤੁਸੀਂ ਨਹੀਂ ਕੀਤਾ ਗੁਰੂ ਨੂੰ ਅੱਜ ਤੁਸੀਂ ਸਮਰਪਣ ਨਹੀਂ ਹੋਏ ਪੂਰਾ ਅਗਲੇ ਦਿਨ ਤੁਸੀਂ ਵੱਧ ਕਰਦੇ ਜੋ ਸੋ ਜਿਹੜਾ ਡਿਸਪਲਿਨ ਕਾਇਮ ਹੁੰਦਾ ਹੈ ਅਮਰ ਚੱਕੇ ਇਹ ਜ਼ਰੂਰੀ ਹੈ ਇਹ ਕਈ ਲੋਕਾਂ ਨੂੰ ਲੱਗਦਾ ਆਪਣੇ ਲੋਕਾਂ ਨੇ ਪਤਾ ਕੀ ਫਲਸਫੀ ਘੜ ਲਈਏ ਵੀ ਤੁਸੀਂ ਪਹਿਲਾਂ ਇਹਦੇ ਲਈ ਮੈਂਟਲੀ ਪ੍ਰੇਪੇਅਰ ਹੋ ਜੋ ਜਦੋਂ ਆਪਾਂ ਧਰਮ ਨੂੰ ਸਰੈਂਡਰ ਦਾ ਵਿਸ਼ਾ ਸਰੈਂਡਰ ਲਈ ਕਿਹੜਾ ਮੈਂਟਲੀ ਪ੍ਰੇਪੇਅਰ ਹੁੰਦਾ ਬੰਦਾ ਸਰੈਂਡਰ ਇਦਾਂ ਦੀ ਚੀਜ਼ ਹੈ ਖੁਦ ਨੂੰ ਖਤਮ ਕਰਨਾ ਇਦਾਂ ਦੀ ਚੀਜ਼ ਹੈ ਜਿੱਥੇ ਤੁਸੀਂ ਸਭ ਕੁਝ ਛੱਡ ਦਿੱਤਾ ਤੇ ਗੁਰੂ ਤੇ ਆਸਰਾ ਰੱਖ ਲਿਆ ਜਿਹੜੇ ਬੰਦੇ ਕਹਿ ਉਨਾ ਗਲ ਨਹੀਂ ਹੋਣੀ ਜਿਹੜੇ ਕਹਣਗੇ ਬ੍ਰੋਨ ਨੇ ਕਰਾਉਂਦਾ ਅਮਰਤ ਸ਼ੱਕੇ ਬੰਦਾ ਬਹੁਤ ਸਾਰੀਆਂ ਗੱਲਾਂ ਤੋਂ ਮੁਕਤ ਹੁੰਦਾਗਾ ਪਰ ਜੋ ਤੁਹਾਡਾ ਰੋਸ ਆਗਾ ਬਾਕੀ ਲੋਕਾਂ ਦੇ ਨਾਲ ਉਹ ਵੀ ਕਿਸੇ ਨਾ ਕਿਸੇ ਮਿਟਦਾਗਾ ਬਿਲਕੁਲ ਤੁਹਾਡਾ ਮਿਟਿਆ ਉਹ ਬਹੁਤ ਬਹੁਤ ਚੀਜ਼ਾਂ ਦੇ ਉੱਤੇ ਮੈਨੂੰ ਹੁਣ ਆਇਆ ਲੱਗਦਾ ਵੀ ਸੰਸਾਰ ਤੇ ਹਰ ਇੱਕ ਦੀ ਡਿਊਟੀ ਲੱਗੀ ਮੇਰੇ ਵਿਰੋਧੀਆਂ ਦੀ ਵੀ ਮੇਰੇ ਹਮਾਇਤੀਆਂ ਦੀ ਵੀ ਉਹ ਹਰ ਇੱਕ ਦੀ ਆਪਣੀ ਡਿਊਟੀ ਚਲੋ ਠੀਕ ਆਪੇ ਇੱਕ ਦੂਜੇ ਦਾ ਕ੍ਰਿਟਿਸਿਜ਼ਮ ਤੇ ਕਰਨਾ ਹੀ ਹੁੰਦਾ ਆਰਗੂਮੈਂਟ ਤੇ ਦੇਣਾ ਹੀ ਇੱਕ ਦੂਜੇ ਨੂੰ ਪਰ ਮੈਂ ਬਿਲੋ ਦਾ ਬੈਲਟ ਨਹੀਂ ਜਾਊਂਗਾ ਕਦੇ ਵੀ ਕਿਸੇ ਦੇ ਖਵਾ ਪਰ ਪਰ ਤੁਸੀਂ ਜਦੋਂ ਪੋਚਾ ਫੇਰਦੇ ਹੋਗੇ ਸਟੇਜ ਤੋਂ ਸਾਰਿਆਂ ਤੇ ਫੇਰ ਦਿੰਨੇ ਹੋਗੇ ਨਹੀਂ ਉਹ ਤੇ ਦੇਖੋ ਆਪਣੇ ਨੌਜਵਾਨਾਂ ਨੂੰ ਉਹ ਵੀ ਫੇਰਦੇ ਹੋ ਤੁਸੀਂ ਮੈਂ ਕੱਲ ਵੀ ਸੁਣ ਰਿਹਾ ਸੀ ਤੁਸੀਂ ਫੇਰਦੇ ਹੋਗੇ ਕਿ ਤੁਸੀਂ ਆਪਣੇ ਨੌਜਵਾਨਾਂ ਨੂੰ ਮਤਲਬ ਤੁਸੀਂ ਜਿਵੇਂ ਪੋਲਿਟিক্যাল ਸਟੇਟਮੈਂਟਾਂ ਹੁੰਦੀਆਂ ਲੀਡਰ ਦੀਆਂ ਕਈ ਵਾਰ ਐ ਦੇ ਦੇ ਦਿੰਨੇ ਹੋਗੇ ਤੁਸੀਂ ਉਸ ਗੱਲ ਨੂੰ ਉਹ ਨਹੀਂ ਕਰਦੇ ਕਿ ਇਹਦਾ ਅਸਰ ਕੀ ਹੋਊਗਾ ਇਹ ਇਹ ਜ਼ਰੂਰੀ ਵੀ ਹੈ ਦੇਖੋ ਨੌਜਵਾਨਾਂ ਨੂੰ ਕਈ ਵਾਰ ਮੈਂ ਤੰਜ ਵੀ ਕਸਦਾ ਖੜ ਕੇ ਮੈਂ ਉਹ ਕਸਦਾ ਕਿਉਂ ਹਾਂ ਕਿਉਂਕਿ ਮੇਰਾ ਉਹਨਾਂ ਨਾਲ ਪ੍ਰੇਮ ਹੈ ਨੌਜਵਾਨਾਂ ਦੇ ਨਾਲ ਕਿਸੇ ਨੂੰ ਕਹੀਏ ਵੀ ਉਹ ਬਾਹਰ ਘਰੋਂ ਬਾ ਨੌਜਵਾਨ ਉਸ ਚੀਜ਼ ਨੂੰ ਪੋਜ਼ਿਟਿਵ ਲੈ ਲੈਂਦੇ ਕਦੀ ਗੁੱਸਾ ਨਹੀਂ ਕਰਦੇ ਸੀਦਾ ਬਾਕੀ ਜਿਹੜੀ ਪੋਲੀਟੀਕਲ ਸਟੇਟਮੈਂਟ ਹੈ ਕੋਈ ਉਹ ਉਹ ਫਿਰ ਤੁਹਾਡੇ ਅੰਮ੍ਰਿਤ ਛੱਕ ਕੇ ਸੱਚ ਬੋਲਣ ਦੀ ਵੀ ਗੁਰੂ ਪਾਤਸ਼ਾਹ ਨੇ ਕਿਹਾ ਬਾਬਰ ਨੂੰ ਜਾਬਰ ਕਿਹਾ ਸੋ ਇਹ ਚੀਜ਼ਾਂ ਸਾਨੂੰ ਸਮਝਣੀਆਂ ਪੈਣੀਆਂ ਵੀ ਸੱਚ ਜਿਹੜਾ ਅੰਮ੍ਰਿਤ ਛੱਕਣ ਤੋਂ ਬਾਅਦ ਤੁਸੀਂ ਸੱਚ ਨੂੰ ਵਾਲਵੇਂ ਪਾ ਗਏ ਅੰਮ੍ਰਿਤਾਂ ਅੰਮਰ ਤੁਸੀਂ ਵੀ ਛੱਕਿਆ ਅੰਮਰ ਬਹੁਤ ਸਾਰੀਆਂ ਸੰਪਰਦਾਵਾਂ ਸਿਖਾਉਂਦੀਆਂ ਨੇ ਉਹਨਾਂ ਸੰਪਰਦਾਵਾਂ ਨਾਲ ਤੁਹਾਨੂੰ ਤਰਾਜ਼ ਰਿਹਾਗਾ ਹੁਣ ਵੀ ਤਰਾਜ਼ਾ ਕਾਫੀ ਹੱਦ ਤੱਕ ਹੈਗੇ ਵੀ ਆ ਜਿਹੜੇ ਸਿੱਖੀ ਦੇ ਸਿਧਾਂਤ ਦੇ ਉੱਤੇ ਨਹੀਂ ਚੱਲਦੇ ਮੌਕੇ ਦੇ ਉੱਤੇ ਜਿਹੜੇ ਸਿੱਖੀ ਦੇਖੋ ਅਮਰਤ ਦੀ ਡੈਫੀਨੇਸ਼ਨ ਕੱਲੀ ਰਿਲੀਜੀਅਸ ਨਹੀਂ ਹੈਗੀ ਪੋਲੀਟੀਕਲ ਵੀ ਹੈਗੀ ਹੈ ਅਮਰਤ ਖੰਡੇ ਨਾਲ ਤਿਆਰ ਹੁੰਦਾ ਹੈ ਖੰਡਾ ਜੰਗੀ ਹਥਿਆਰ ਹੈ ਸਰ ਬਲੋਹ ਦੇ ਬਾਟੇ 'ਚ ਤਿਆਰ ਹੁੰਦਾ ਹੈ ਸੋ ਅਮਰਤ ਨੂੰ ਕੇਵਲ ਰਿਲੀਜੀਅਸ ਸੈਂਟੀਮੈਂਟ ਤੱਕ ਸੀਮਿਤ ਰੱਖਣਾ ਇਹ ਗਲਤ ਗੱਲ ਹੈ ਇਹਦੇ 'ਚ ਪੋਲੀਟੀਕਲ ਮੈਚਿਓਰਿਟੀ ਵੀ ਪਈ ਹੈ ਮੈਂ ਜੇ ਮੈਂ ਸਿੱਧਾ ਪੁੱਛਦਾ ਤੁਹਾਨੂੰ ਢੱਡੀਆਂ ਵਾਲੇ ਅਮਰ ਸ਼ਿਕਾਉਂਦੇ ਨੇ ਉਹਨਾਂ ਬਾਰੇ ਕੀ ਵਿਚਾਰ ਨਹੀਂ ਸ਼ਿਕਾਉਂਦੇ ਉਹ ਤਾਂ ਸਿਕਾਉਂਦੇ ਰਹੇ ਹੈਗੇ ਦੇਖੋ ਇਹ ਜਿਹਨੂੰ ਉਹਨਾਂ ਨੇ ਸ਼ਿਕਾਇਤ ਹੋਏ ਨੇ ਉਹ ਕੌਣ ਨੇ ਉਹ ਸੱਚਖੰਡ ਜਾਣਗੇ ਜਾਂ ਨਹੀਂ ਜਾਣਗੇ ਨਹੀਂ ਜਾਣਗੇ ਜੇ ਤੇ ਗੁਰੂ ਸਾਹਿਬ ਦੀ ਮਰਿਆਦਾ ਤੇ ਚੱਲਣਗੇ ਮਰਿਆਦਾ ਤੇ ਸਾਨੂੰ ਕਾਲ ਤੱਕ ਸਾਹਿਬ ਦੀ ਦੱਸੀ ਗਈ ਨਾ ਉੱਥੇ ਮਰਿਆਦਾ ਤੇ ਉਹ ਉਹ ਹੀ ਪਾਲਣਾ ਕਰਨੀ ਪੈਣੀ ਹੈ ਨਾ ਮਰਿਆਦਾ ਕੋ ਆਪਾਂ ਦੇ ਨਵੀਂ ਦੇ ਘੜਨੀ ਲਈ ਕੋਈ ਸੰਪਰਦਾ ਖੋਲ ਕੇ ਨਵੀਂ ਮਰਿਆਦਾ ਘੜ ਲੈਣੀ ਹੈ ਮਰਿਆਦਾ ਉਹ ਹੀ ਹੈ ਦੇਖੋ ਅਮਰਤ ਕਿਸੇ ਕੋ ਵੀ ਸ਼ਕਿਆ ਹੈ ਅਮਰਤ ਸ਼ਕਣ ਤੋਂ ਬਾਅਦ ਦੋ ਚੀਜ਼ਾਂ ਹੋਣੀਆਂ ਚਾਹੀਦੀਆਂ ਇੱਕ ਤੇ ਇਹ ਆ ਵੀ ਤੁਸੀਂ ਗੁਰੂ ਨੂੰ ਪੂਰਨ ਸਮਰਪਣ ਹੋ ਜਾਣਾ ਦੂਜੀ ਇਹ ਆ ਵੀ ਜਦੋਂ ਕੌਮ ਦੀ ਸੀਸ ਦੇਣ ਦੀ ਲੋੜ ਪਈ ਉਹ ਦੇਣਾ ਜਿਹੜਾ ਬੰਦਾ ਇਹਨਾਂ ਦੋਨਾਂ ਚ ਇੱਕ ਤੇ ਮੁਕਰਦਾ ਉਹ ਨਹੀਂ ਸੀਸ ਵਾਲੀ ਗੱਲ ਤੇ ਬਾਅਦ ਚੋ ਨਾ ਮੈਂ ਕਹਿ ਰਿਹਾਗਾ ਕਿ ਇਹ ਅਵਸਥਾ ਅਮਰਤਪਾਲ ਇਹਨਾਂ ਤੋਂ ਬਿਯੋਂਡ ਹੋ ਗਿਆ ਮੈਂ ਕਹਣਾ ਇੱਕ ਬੰਦੇ ਦੀ ਜਿਹੜੀ ਇਹ ਆਤਮਿਕ ਅਵਸਥਾ ਆ ਗਈ ਉਹ ਕਹਿੰਦਾ ਸਿਫਰ ਕਰ ਦਿੰਦੀ ਹੈ ਉਹ ਕਿਸੇ ਨੂੰ ਅਧਿਆਤਮਿਕ ਤੌਰ ਦੇ ਉੱਤੇ ਇਹਦਾ ਅਧਿਆਤਮਿਕ ਤੌਰ ਤੇ ਡੁੱਬਿਆ ਹੋਇਆ ਬੰਦਾ ਉਹ ਇਹ ਜਿਹੜੀ ਬਨਾਮ ਪੋਲਿਟਿਕਸ ਹੁੰਦੀ ਆ ਵਰਸਸ ਹੁੰਦਾਗਾ ਇਹ ਤੋਂ ਬਹੁਤ ਦੂਰ ਹੋ ਜਾਂਦਾ ਉਹ ਇਹਦੇ ਚ ਨਾ ਜਿਹੜੀ ਬਾਣੀ ਆ ਨਾ ਉਹਦੇ ਚ ਬੰਦਾ ਕਦੀ ਮੁਕਤ ਨਹੀਂ ਹੁੰਦਾ ਇਹਨਾਂ ਚੀਜ਼ਾਂ ਤੋਂ ਇੱਕ ਪਾਵਰ ਸਾਡੇ ਕੋਲ ਤਾਕਤ ਹੈ ਪਰ ਬਾਣੀ ਜੀ ਬਾਰ ਬਾਰ ਗੁਰੂ ਸਾਹਿਬ ਕਹਿੰਦਾ ਕਿ ਕਹੋ ਨਾਨਕ ਹਮ ਨੀਚ ਕਰਮਾਂ ਕਰਨ ਪਰੇ ਕੀ রাখੋ ਸਰਬਾਰ ਬਾਰ ਬਾਰ ਸਾਨੂੰ ਚੇਤਾ ਕਰਾਇਆ ਜਾਂਦਾ ਵੀ ਅਸੀਂ ਨੀਚ ਆ ਸਾਡੇ ਮਨ ਚ ਇੱਕ ਨੀਚਤਾ ਪਈ ਆ ਜਿਹਨੂੰ ਰੋਜ਼ ਮਾਰਨਾ ਹੈ ਵਿਕਾਰਾਂ ਨਾਲ ਰੋਜ਼ ਲੜਨਾ ਪੈਣਾ ਸੋ ਅਧਿਆਤਮ ਦੀ ਅਵਸਥਾ ਦਾ ਦਾਵਾ ਜਿਹੜਾ ਮਨੁੱਖ ਕਰੂਗਾ ਨਾ ਵੀ ਮੇਰੀ ਆ ਅਵਸਥਾ ਆ ਗਈ ਹੈ ਉਹ ਦਾਵਾ ਝੂਠਾ ਪੈ ਜਾਊਗਾ ਇਸ ਕਰਕੇ ਜਿਹੜੀ ਅਵਸਥਾ ਹੈ ਰੋਜ਼ ਜੰਗ ਹੈ ਸਵੇਰੇ ਤੁਸੀਂ ਉੱਠਣਾ ਵਿਕਾਰਾਂ ਨਾਲ ਲੜਨਾ ਸ਼ਾਮ ਨੂੰ ਸੌਣ ਤੋਂ ਪਹਿਲਾਂ ਬਾਣੀ ਰੋਜ਼ ਆਪਾਂ ਕਿਉਂ ਪੜ੍ਹਦੇ ਆ ਵੈਸੇ ਤੇ ਕੋਈ ਸਮਝੂਗਾ ਵੀ ਸਮਝਣ ਵਾਲੀ ਚੀਜ਼ ਹੈ ਇੱਕ ਦਿਨ ਪੜ੍ਹਦੀ ਬਾਅਦ ਕੀ ਲੋੜ ਹੈ ਜਿਵੇਂ ਕੋਈ ਥੌਟ ਹੁੰਦਾ ਵੀ ਇੱਕ ਵਾਰੀ ਦਿਮਾਗ ਚ ਆ ਗਿਆ ਬਾਣੀ ਪ੍ਰੈਕਟਿਸ ਹੈ ਇਹਨੇ ਰੋਜ਼ ਕੀ ਤੁਸੀਂ ਅਮਰਤਾਰੀ ਬੰਦਿਆਂ ਨੂੰ ਨਾਲ ਗੈਰ ਅਮਰਤਾਰੀ ਬੰਦੇ ਉਹਨਾਂ ਨਾਲ ਰੱਖਣ ਨੂੰ ਤਿਆਰ ਹੋਗੇ? ਆਹ ਨਹੀਂ ਹੈਗੇ ਨੀ ਮੋਢੀ। ਇਹ ਮੈਨੂੰ ਇਹ ਲੱਗਦਾ ਫਿਰ ਤੁਸੀਂ ਇੰਨੀ ਇੰਨੀ ਐ ਸਟੇਟਮੈਂਟ ਕਿਉਂ ਦਿੱਤੀ ਕਿ ਜਿਹੜਾ ਨਹੀਂ ਸ਼ੱਕੂਗਾ ਉਹ ਸੱਚਖੰਡ ਨਹੀਂ ਜਾਊਗਾ? ਚਲੋ ਠੀਕ ਹੈ। ਇੰਨੀ ਜਿਹੜੀ ਇਹ ਇੰਨੀ ਵਾਈਫਰਕੇਸ਼ਨ ਆ ਜਿਹੜੀ ਇੰਨੀ ਲਕੀਰ ਖਿੱਚਣੀ ਆ ਕਿਉਂਕਿ ਸਿੱਖੀ ਦਾ ਘੇਰਾ ਤਾਂ ਬੜਾ ਵਸੀ ਹੈਗਾ। ਸਿੱਖੀ ਖਾਲਸਾ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਸਜਾਇਆ। ਉਸ ਤੋਂ ਪਹਿਲਾਂ ਤਾਂ ਸਿੱਖੀ ਹੈ ਨਾ ਉਸ ਤੋਂ ਪਹਿਲਾਂ ਵੀ ਸਿੱਖੀ ਹੈਗੀ। ਉਸ ਤੋਂ ਪਹਿਲਾਂ ਉਹ ਤਾਂ ਅਮਰਤ ਨਹੀਂ ਛੱਕਿਆ ਹੋਇਆ। ਕੀ ਉਹ ਸੱਚਖੰਡ ਨਹੀਂ ਗਏ ਹੋ ਤਤਸਿਕ ਤੱਥ ਜਿਹੜੇ ਆ ਉਹਨੂੰ ਪੜ੍ਹਨੇ ਪੈਣੇ ਆ ਚਰਨਾਮਰਤ ਜਿਹੜਾ ਹੈ ਗੁਰੂ ਦੇ ਚਰਨ ਤੋਂ ਜਿਹੜਾ ਜਲ ਹੈ ਉਹ ਸਿੱਖ ਸਿੱਖ ਕਿੱਦਾਂ ਬਣਦਾ ਸੀ ਗੁਰੂ ਦਾ ਇਦਾਂ ਹੀ ਬਣਦਾ ਸੀ ਸਿੱਖਿਆ ਤੇ ਤੇ ਚੱਲਣਾ ਹੈਗੀ ਆ ਗੱਲ ਇੱਕ ਚਰਨਾਮਰਤ ਤੋਂ ਬਾਅਦ ਖੰਡੇ ਬਾਟੇ ਦੀ ਪੋਲ ਤਿਆਰ ਕੀਤੀ ਹੈ ਗੁਰੂ ਗੋਬਿੰਦ ਪਾਸ਼ਾ ਨੇ ਵੀ ਕਾਫੀ ਲੰਮਾ ਸਮਾਂ ਚਰਨਾਮਰਤੀ ਕਰਾਇਆ ਫਿਰ ਜਦੋਂ ਖੰਡੇ ਬਾਟੇ ਦੀ ਪੋਲ ਤਿਆਰ ਹੋਈ ਹੈ ਸਿੱਖ ਦਾ ਪਿਆਰ ਗੁਰੂ ਨਾਲ ਹੈਗਾ ਤੁਸੀਂ ਗੁਰੂ ਨੂੰ ਸਮਰਪਣ ਹੋ ਸਕਦੇ ਜੋ ਪਿਆਰ ਕਰ ਸਕਦੇ ਪਰ ਗੁਰੂ ਨੇ ਇੱਕ ਕ੍ਰਾਈਟੇਰੀਆ ਰੱਖਿਆ ਹੋਇਆ ਜਿਵੇਂ ਮੈਂ ਕਹਿੰਦਾ ਖਾਲਸਾ ਪਹਿਲਾਂ ਅੰਦਰ ਕੁਰਬਾਨ ਹੁੰਦਾ ਫੇਰ ਬਾਹਰ ਕੁਰਬਾਨ ਹੁੰਦਾ ਤੁਸੀਂ ਅੰਦਰੋਂ ਕੁਰਬਾਨ ਅਮਰਤਪਾਲ ਅੰਦਰੋਂ ਕੁਰਬਾਨ ਹੋ ਚੁੱਕਿਆ ਮੈਂ ਕਹਿ ਰਿਹਾ ਵੀ ਜਿਹੜਾ ਅੰਦਰੋਂ ਹੋ ਗਿਆ ਨਾ ਉਹ ਬਾਹਰੋਂ ਰਹਿ ਨਹੀਂ ਸਕਦਾ ਤੁਸੀਂ ਅੰਦਰੋਂ ਕਿਸੇ ਨੂੰ ਸਮਰਪਿਤ ਹੋ ਜਾਓ ਪਿਆਰ ਕਰਨ ਲੱਗ ਪੋ ਤੇ ਉਹਦਾ ਬਾਹਰੀ ਹੁਕਮ ਕਿਉਂ ਨਾ ਮੰਨੋਗੇ ਜੇ ਗੁਰੂ ਨੂੰ ਤੁਹਾਡਾ ਪਿਆਰ ਹੈ ਨਾ ਤੇ ਗੁਰੂ ਦਾ ਹੁਕਮ ਕਿਉਂ ਨਹੀਂ ਮੰਨਣਾ ਸਵਾਲ ਤੇ ਇੱਥੇ ਆ ਨੌਜਵਾਨਾਂ ਦੇ ਵਿੱਚ ਸ਼ੰਕੇ ਹੈਗੇ ਆ ਵਿਕਾਰ ਨੇ ਬੰਦੇ ਦੇ ਮਨ ਦੇ ਵਿੱਚ ਇਹਨਾਂ ਨੂੰ ਪ੍ਰੇਮ ਨਾਲ ਸੱਜਣਾ ਚਾਹੀਦਾ ਪ੍ਰੇਮ ਨਾਲ ਸੱਜਦਾ ਸੱਚਖੰਡ ਦੇ ਵਿੱਚ ਦੇਖੋ ਜਿਹਨੇ ਜਗ੍ਹਾ ਲੈਣੀ ਹੈ ਮਹਾਰਾਜ ਦੀ ਕਿਰਪਾ ਦੇ ਨਾਲ ਉਹਨੂੰ ਗੁਰੂ ਦਾ ਹੁਕਮ ਮੇਰਾ ਨਾ ਕੋਈ ਦਾਵਾ ਹੈ ਨਾ ਮੇਰਾ ਕੋਈ ਮਤਲਬ ਇਹਦੇ ਚ ਆਪਣਾ ਪਰਸਨਲ opinion ਹੈ ਗੁਰੂ ਦਾ ਹੁਕਮ ਹੈ ਗੁਰੂ ਦਾ ਸੱਚਖੰਡ ਹੈ ਜਿੰਨੇ ਜਾਣਾਂ ਮੈਂ ਗੁਰੂ ਦਾ ਕ੍ਰਾਈਟਰੀਆ ਪਿਆ ਦੀਪ ਸਿੱਧੂ ਪਤਿਤ ਵੀ ਸੀ ਤੇ ਦੀਪ ਸਿੱਧੂ ਦਾ ਅਮਰਤ ਵੀ ਨਹੀਂ ਛਕਿਆ ਸੀ ਬਿਲਕੁਲ ਇਹਦੇ ਚ ਦੀਪ ਸਿੱਧੂ ਸੱਚਖੰਡ ਗਿਆ ਜਾਂ ਨਹੀਂ ਗਿਆ ਅ ਦੀਪ ਸਿੱਧੂ ਨੂੰ ਇਹਦੇ ਚ ਨਾ ਦੇਖੋ ਆਪਾਂ ਇੱਕ ਇੱਕ ਰੱਖਦੇ ਆ ਸਿਸਟਮ ਦੀਪ ਸਿੱਧੂ ਜਿਹੜਾ ਜੀਵਨ ਜੀ ਕੇ ਗਿਆ ਮਹਾਰਾਜ ਸੱਚੇ ਪਾਸ਼ਾ ਬਖਸ਼ਿਸ਼ ਕਰਕੇ ਉਹਨੂੰ ਇੱਕ ਚੰਗਾ ਗੁਰਸਿੱਖ ਦਾ ਜੀਵਨ ਦੇਣਗੇ ਇਸ ਤੋਂ ਵੀ ਮਹਾਨ ਆਪਾਂ ਜਨਮ ਜਨਮ ਦੇ ਗੇੜ ਦੇ ਵਿੱਚ ਯਕੀਨ ਕਰਦੇ ਹਾਂ ਨਾ ਸਿੱਖੀ ਦੇ ਵਿੱਚ ਹੈਗਾ ਜਨਮਾ ਜਨਮ ਮਨੁੱਖ ਜਨਮ ਲੈਂਦਾ ਹੈ ਮੁਕਤੀ ਜਿਹੜੀ ਆ ਉਹ ਅੰਮ੍ਰਿਤ ਛੱਕ ਕੇ ਗੁਰੂ ਦੇ ਲੇਵ ਲੈ ਕੇ ਹੀ ਮਿਲਣੀ ਹੈ ਸੁਦੀਪ ਸਿੱਧੂ ਦੀ ਜਿਹੜੀ ਤ੍ਰਿਸ਼ਨਾ ਸੀ ਉਹਦੇ ਅੰਦਰ ਉਹ ਮਾਰਾ ਸੱਚੇ ਪਾਤਸ਼ਾਹ ਨੂੰ ਤੇ ਤ੍ਰਿਸ਼ਨਾ ਤਾਂ ਕਿਸੇ 'ਚ ਵੀ ਹੋ ਸਕਦੀ ਹੈ ਇਹ ਇਹ ਤੁਸੀਂ ਕਿਵੇਂ ਜੱਜ ਕਰੋਗੇ ਅਮਰਤਪਾਲ ਕਿਵੇਂ ਜੱਜ ਕਰੋ ਮੰਨ ਲਓ ਕਿਸੇ 'ਚ ਵੀ ਤ੍ਰਿਸ਼ਨਾ ਹੋਵੇ A B C D ਤ੍ਰਿਸ਼ਨਾ ਤਾਂ ਪਰਮਾਤਮਾ ਜਾਣਦਾ ਹੈ ਨਾ ਪਿਆਸੇ ਦੀ ਪਿਆਸ ਪਿਆਸ ਜਿਹੜਾ ਦੂਜਾ ਕੋਈ ਤ੍ਰਿਸ਼ਨਾ ਲੈ ਕੇ ਮਰ ਜੂਗਾ ਉਹਨੂੰ ਤੁਸੀਂ ਕਹਿਣੋ ਤੂੰ ਸੱਚਖੰਡ ਨਹੀਂ ਜਾਓਗੇ ਮੈਂ ਮੈਂ ਕਦੋਂ ਕਿਹਾ ਮੈਂ ਕਹਤੇ ਕਿ ਇਹ ਗੱਲ ਮੈਂ ਤਾਂ ਕਹਿ ਰਿਹਾ ਵੀ ਉਹਨੂੰ ਜਨਮ ਮਿਲੇਗਾ ਗੁਰਸਿੱਖੀ ਦੇ ਜੀਵਨ ਜੀਣ ਦੀ ਉਹ ਜਿਹੜਾ ਜਿਹੜਾ ਬੰਦਾ ਤ੍ਰਿਸ਼ਨਾ ਲੈ ਕੇ ਕੋਈ ਵੀ ਸੰਸਾਰ ਤੋਂ ਜਾਂਦਾ ਹੈ ਨਾ ਪਰਮਾਤਮਾ ਨੂੰ ਮੌਕਾ ਦਿੰਦਾ ਹੈ ਪਰ ਸੱਚੀ ਤ੍ਰਿਸ਼ਨਾ ਹੋਣੀ ਚਾਹੀਦੀ ਉਹਦੇ ਅੰਦਰ ਭਾਵਨਾ ਸੱਚੀ ਹੋਣੀ ਚਾਹੀਦੀ ਸੋ ਇਸ ਕਰਕੇ ਜਿਹੜੀ ਇਹ ਡੈਫੀਨੇਸ਼ਨ ਹੈ ਨਾ ਸਾਰੀ ਇਹਦੇ 'ਚ ਆਪਾਂ ਕਿ ਬਾਇਸਨੈਸ ਨਹੀਂ ਕਰਦੇ ਵੀ ਫਲਾਣੇ ਨੂੰ ਸੱਚਖੰਡ ਘਲਤਾ ਹੈ ਇਹ ਮੇਰੇ ਕੋਲ ਕਿਹੜਾ ਗੇਟ ਮੈਂ ਕਿਹੜਾ ਗੇਟ ਦੇਖਣਾ ਸੱਚਖੰਡ ਦੇ ਤੇ ਕਿ ਜਿਹਨੂੰ ਬਾੜਨਾ ਹੈ ਇਹਦੇ ਗੁਰੂ ਨੇ ਕ੍ਰਾਈਟੇਰੀਆ ਰੱਖਿਆ ਹੈ ਗੁਰੂ ਨੇ ਤੇ ਆਪਣੇ ਪੁੱਤਰਾਂ ਵਾਸਤੇ ਕ੍ਰਾਈਟੇਰੀਆ ਨਹੀਂ ਬ ਸ਼ਹੀਦ ਹੋ ਸਕਦਾ ਸ਼ਹੀਦ ਅਖਵਾ ਸਕਦਾ ਸ਼ਹੀਦ ਜਿਹੜਾ ਸ਼ਹਾਦਤ ਦਾ ਇੱਕ ਗਵਾਹੀ ਹੈ ਗਵਾਹੀ ਤੁਸੀਂ ਪੂਰਨ ਨਾਮੇ ਚੱਲ ਰਹੇ ਹੋ ਕਿਸੇ ਵਸਧਾਨ ਦੇ ਉੱਤੇ ਉਹਦੇ ਹੱਕ 'ਚ ਤੁਸੀਂ ਗਵਾਹੀ ਦੇ ਸਕਦੇ ਜੋ ਪਰ ਜਿਹੜਾ ਸ਼ਹੀਦ ਅਖਵਾਉਣਾ ਤੇ ਸੱਜਖੰਡ ਦਾ ਜਿਹੜਾ ਸੰਗਲਪ ਹੈ ਉਹਦੋਂ ਵੱਖਰੀਆਂ ਵੱਖਰੀਆਂ ਚੀਜ਼ਾਂ ਨੇ ਸਿੱਖ ਇਤਿਹਾਸ 'ਚ ਕਿੰਨੇ ਪਤਿਤ ਸ਼ਹੀਦ ਨੇ ਬਹੁਤ ਨੇ ਤੇ ਸਾਰਿਆਂ ਦਾ ਸਤਕਾਰ ਸਿੱਖ ਬਰਾਬਰ ਕਰਦੇ ਆਏ ਕਦੀ ਕਿਸੇ ਨੇ ਕਿਹਾ ਵੀ ਇਹ ਪਲਾਣਾ ਪਰ ਪਤਿਤ ਸ਼ਹੀਦਾਂ ਦੀ ਇੱਕ ਗੱਲ ਇਹ ਵੀ ਸੁਣ ਲਈ ਗੁਰੂ ਸਾਹਿਬ ਦੇ ਟਾਈਮ 'ਵੀ ਨੀ ਗੁਰੂ ਸਾਹਿਬ ਦੇ ਟਾਈਮ ਤੇ ਪਤਿਤ ਪੁਣਾ ਨਹੀਂ ਸੀ ਆ। ਪਾਪਾ ਬੰਦਾ ਸਿੰਘ ਬਹਾਦਰ ਦੇ ਟਾਈਮ ਵੀ। ਪਾਪਾ ਬੰਦਾ ਸਿੰਘ ਬਹਾਦਰ ਅੰਮ੍ਰਿਤਧਾਰੀ ਸਿੱਖ ਸਨ। ਪਾਪਾ ਬੰਦਾ ਸਿੰਘ ਬਹਾਦਰ ਅੰਮ੍ਰਿਤਧਾਰੀ ਸਿੱਖ। ਮੈਂ ਹੀ ਕਹਿ ਰਿਆਂਗਾ ਕਿ ਉਦੋਂ ਵੀ ਕੋਈ ਪਤਿਤ ਪਤਿਤ ਹੋਏ। ਨਹੀਂ ਉਦੋਂ ਆਪਣੇ ਪਤੇ ਸ਼ਹੀਦ ਨਹੀਂ ਹੋਏ। ਉਦੋਂ ਕੋਈ ਪਤਿਤ ਸ਼ਹੀਦ ਸਿਰਫ ਤੁਸੀਂ ਜਿਹੜੇ ਮਾਡਰਨ ਹਿਸਟਰੀ ਦੀ 84 ਤੋਂ ਪਹਿਲਾਂ ਨਹੀਂ ਹੋਏ ਆ ਥੋੜੇ ਜਿਹੇ 84 ਤੋਂ ਬਾਅਦ ਦੀ ਗੱਲ ਕਰਦਾ ਮੈਂ। ਪਰ ਉਹਨਾਂ ਦੇ ਅੰਦਰ ਵੀ ਤੁਸੀਂ ਇੱਕ ਭਾਵਨਾ ਇਹ ਦੇਖੋ ਵੀ ਉਹਨਾਂ ਨੇ ਜਦੋਂ ਸ਼ਹੀਦੀ ਪ੍ਰਾਪਤ ਇਹ ਮ리아ਦਾ ਮਲੇ ਇਹ ਸ਼ਹੀਦੀ ਦਾ ਦਰਜਾ ਜਿਹੜਾ ਤੁਸੀਂ ਕਹਿੰਨੇ ਹੋਗੇ ਕਿ ਪਤਿਤ ਨੂੰ ਸ਼ਹੀਦੀ ਸ਼ਾਦ 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 ਦਾ ਦਰੱਘ ਵਾਈ ਗਵਾਈ ਕੀ ਹੈ ਇੱਕ ਸਿਧਾਂਤ ਪੰਥ ਚ ਕਹਿਣਾ ਕਿ ਪੰਥ ਪ੍ਰਮਾਣਤਾ ਹੈ ਪੰਥ ਚ ਪ੍ਰਮਾਣਤਾ ਹੈ ਭਾਈ ਦਲਾਵਰ ਸਿੰਘ ਨੂੰ ਪ੍ਰਮਾਣਿਤ ਕੀਤਾ ਨਹੀਂ ਬੰਦਾ ਅਜੈਬ ਘਰ ਚ ਫੋਟੋ ਲੱਗੀ ਹੈ ਤਸਵੀਰ ਲੱਗੀ ਹੈ ਦਰਬਾਰ ਸਾਹਿਬ ਦੇ ਵਿੱਚ ਉਹ ਅਸੀਂ ਇਹ ਗੱਲ ਕਹਿਨੇ ਆ ਵੀ ਦੇਖੋ ਉਹਨਾਂ ਨੇ ਇੱਕ ਬਹੁਤ ਵੱਡੇ ਕੌਜ਼ ਲਈ ਕੰਮ ਕੀਤਾ ਸ਼ਾਦਤ ਦਾ ਦਰਜਾ ਉਹਨਾਂ ਨੂੰ ਤਾਂ ਮਿਲਿਆ ਵੀ ਉਹਨਾਂ ਨੇ ਗੁਰੂ ਨੂੰ ਸਮਰਪਿਤ ਹੋ ਕੇ ਕੰਮ ਕੀਤਾ ਹੈ ਉਹਨਾਂ ਦੀ ਕੀ ਮਜਬੂਰੀਆਂ ਰਹੀਆਂ ਹੁਣ ਕੀ ਨਾ ਰਹੀਆਂ ਹੁਣ ਪਹਿਲੀ ਗੱਲ ਤੇ ਆਮ ਬੰਦੇ ਨੂੰ ਉਹਨਾਂ ਨਾਲ ਕੰਪੈਰੀਜ਼ਨ ਨਹੀਂ ਕਰਨਾ ਚਾਹੀਦਾ ਕਿਉਂ ਨਹੀਂ ਕਰਨਾ ਚਾਹੀਦਾ ਵੀ ਉਹ ਇੱਕ ਜੰਗ ਦੇ ਜੋਧੇ ਨੇ ਆਮ ਬੰਦਾ ਵੈਸੇ ਹੀ ਕਹੀ ਜਾਵੇ ਵੀ ਮੈਂ ਫਲਾਣੇ ਤੋਂ ਇਨਸਪਾਇਰਡ ਹੋਣਾ ਹੈ ਵੀ ਜੇ ਤੁਸੀਂ ਆਮ ਜ਼ਿੰਦਗੀ ਦੇ ਵਿੱਚ ਵੀ ਇਨਸਪਾਇਰਡ ਹੋ ਫਲਾਣੇ ਤੋਂ ਹੋਣਾ ਹੈ ਜਾਂ ਤੇ ਫਿਰ ਉਹਨਾਂ ਅੱਗੇ ਕੰਮ ਕਰੋ ਜੇ ਨਹੀਂ ਕਰ ਸਕਦੇ ਫਿਰ ਤੇ ਗੁਰੂ ਦਾ ਹੁਕਮ ਨਾ ਮੰਨਣੇ ਤੁਹਾਡੇ ਕੋਲ ਤੇ ਕੋਈ ਵਜ੍ਹਾ ਨਹੀਂ ਹੈਗੀ ਸ਼ਹੀਦੀ ਦੇ ਉੱਤੇ ਆਉਨੇ ਹੁਣ ਜਿਹੜਾ ਤੁਸੀਂ ਬਾਰ-ਬਾਰ ਇੱਕ ਗੱਲ ਤੁਸੀਂ ਅਕਸਰ ਕਹਿ ਰਹੇ ਹੋ ਕਿ ਸਿਰਾਂ ਦੀ ਲੋੜ ਆ ਗਈ ਹਨਾ ਸ਼ਹੀਦੀਆਂ ਦੀ ਲੋੜ ਆ ਜਾਂ ਕੌਮ ਨੂੰ ਇਹ ਸਾਰਾ ਕੁਝ ਕਰਨ ਦੀ ਲੋੜ ਆ ਗਈ ਸ਼ਹੀਦੀ ਦੇ ਕਨਸੈਪਟ ਦੋ ਚੀਜ਼ਾਂ ਸਭ ਤੋਂ ਜ਼ਿਆਦਾ ਕੋਟ ਹੁੰਦੀਆਂ ਨੇ ਜੋ ਤੋਂ ਪ੍ਰੇਮ ਖੇਲਣ ਕਾ ਚਾਹੋ ਜਾਂ ਹੁੰਦੀ ਹੈਗੀ ਸੂਰਾਸੋ ਪਹਿਚਾਨੀ ਜੁਲਰੇ ਦੀਨ ਖੇਤ ਤੁਸੀਂ ਵੀ ਜ਼ਿਆਦਾ ਮੈਂ ਦੇਖਿਆ ਬਹੁਤ ਸਾਰੀਆਂ ਥਾਵਾਂ ਤੇ ਇਹੀ ਕੋਟ ਕਰਦੇ ਹੋਗੇ ਇੱਕ ਸਪਿਰਚੁਅਲ ਕਨਸੈਪਟ ਆ ਕਿਉਂਕਿ ਉਦੋਂ ਤੱਕ ਤਾਂ ਨਾ ਗੁਰੂ ਨਾਨਕ ਸਾਹਿਬ ਉਸ ਤਰ੍ਹਾਂ ਦੀਆਂ ਸ਼ਹੀਦੀਆਂ ਦੀ ਲੜਾਈ ਚ ਨੇ ਨਾ ਕਬੀਰ ਜੀ ਨੇ ਨਾ ਹੋਰ ਭਗਤਾਂ ਨੇ ਜਿਨ੍ਹਾਂ ਨੇ ਕਦੇ ਲਿਖਿਆਗਾ ਤਾਂ ਇਹ ਵੀ ਤੁਹਾਡੇ ਤੇ ਲੱਗਦਾ ਕਿ ਤੁਸੀਂ ਵਿਆਖਿਆ ਮਤਲਬ ਜਿਹੜੀ ਗੁਰੂ ਗੋਬਿੰਦ ਸਿੰਘ ਜੀ ਤੋਂ ਬਾਅਦ ਉਸੇ ਦੀ ਇਹ ਸਪਿਰਚੁਅਲ ਸ਼ਹੀਦੀ ਦੀ ਗੱਲ ਆਗੀ ਇਹ ਕਿਹਾ ਜਾਂਦਾ ਕਿ ਇਹ ਜਿਹੜਾ ਸਿਰ ਦੇਣਾ ਉਹ ਅੰਦਰ ਦਾ ਬੇਸਿਕਲੀ ਜੋ ਜੋ ਸਮਰਪਣ ਆ ਜੋ ਸਿਲੰਡਰ ਤੁਸੀਂ ਕਹਨੇ ਹੋਗੇ ਉਹ ਸਿਰ ਆਗਾ ਇਹ ਜਿਹੜਾ ਤੁਸੀਂ ਸਿਰ ਮੰਗਣ ਲੱਗਿਆ ਨੇ ਉਹ ਨਹੀਂ 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 ਇਹ ਨਾ ਅਸਲ ਚੇ ਜਿਹੜੀ ਰੈਸ਼ਨੈਲਿਟੀ ਦਾ ਆਈਡੀਆ ਨਿਕਲੇਗਾ ਨਾ ਇਸ ਚੀਜ਼ ਤੋਂ ਭੱਜਣ ਲਈ ਇੱਕ ਆਈਡੀਆ ਆਇਆ ਵੀ ਅੰਦਰ ਦੀ ਸ਼ੀਦੀ ਦੀ ਗੱਲ ਹੋਈ ਹੈ ਸੂਰਮੇ ਦੀ ਜਦੋਂ ਡੈਫੀਨੇਸ਼ਨ ਆਪਾਂ ਪ੍ਰੈਕਟੀਕਲ ਮਟੀਰੀਅਲ ਕੰਡੀਸ਼ਨ ਦੇਖ ਲੈਨੇ ਆ ਗੁਰੂ ਨਾਨਕ ਸਾਹਿਬ ਦੇ ਟਾਈਮ ਪ੍ਰੈਕਟੀਕਲ ਮਟੀਰੀਅਲ ਕੰਡੀਸ਼ਨ ਦੇਖੋ ਜਾਂ ਜਾਂ ਆਪਣਾ ਕਬੀਰ ਜੀ ਵੇਲੇ ਜਿਹੜੀ ਨਹੀਂ ਉਹ ਤੋਂ ਮਟੀਰੀਅਲ ਕੰਡੀਸ਼ਨ ਆ ਗਈ ਉਹ ਮਟੀਰੀਅਲ ਕੰਡੀਸ਼ਨ 'ਚ ਸ਼ੀਦੀ ਨਹੀਂ ਹੋ ਰਹੀ ਕੋਈ ਨਹੀਂ ਇਸਲਾਮ ਦੇ ਵਿੱਚ ਬਹੁਤ ਸ਼ਾਦਤਾਂ ਹੋਈਆਂ ਕਰਬਲਾ ਦੇ ਮੈਦਾਨ ਚ ਕਿੰਨੀਆਂ ਸ਼ਹਾਦਤਾਂ ਹੁੰਦੀਆਂ ਨੇ ਸੂਰਮੇ ਲੜਦੇ ਆਏ ਨੇ ਸੰਸਾਰ ਦੇ ਵਿੱਚ ਜਦੋਂ ਕਿੰਨੇ ਗਗਨ ਦਮਾ ਮਾਂ ਬਾਜੀ ਉਹ ਪਰੇ ਉਹਨੇ ਸਾਨੇ ਕਾਓ ਖੇਤ ਜੋ ਮੰਡਿਓ ਸੂਰਮਾ ਅਬ ਜੋਜਣ ਕੋ ਦਾ ਸੂਰਾ ਸੋ ਪਹਿਚਾਨੀ ਹੈ ਜੋ ਲਰੇ ਦੀਨ ਕੇ ਹੇਤ ਪੁਰਜਾ ਪੁਰਜਾ ਕੱਟ ਮਰੇ ਕਬੂ ਨਾ ਛੱਡੇ ਖੇਤ ਹੈ ਦੀਨ ਦੇ ਹੇਤ ਲੜਨ ਵਾਲਾ ਕੋਈ ਵੀ ਮਨੁੱਖ ਜਿਹੜਾ ਜਦੋਂ ਉਹ ਪੁਰਜਾ ਜਦੋਂ ਤੁਸੀਂ ਇੱਕ ਤਿਆਰੀ ਕਰ ਲਈ ਤੇ ਇਹ ਦੇਖੋ ਮਨੁੱਖ ਮੈਂ ਕਹਿੰਦਾ ਕਿ ਇਹ ਗੱਲਾਂ ਦਾ ਜਿਹੜਾ ਸ਼ਹੀਦੀ ਦਾ ਕਨਸੈਪਟ ਆ ਸਿੱਖੀ ਚ ਉਹ ਸਪਿਰਚੁਐਲਿਟੀ ਵਾਲਾ ਨਹੀਂ ਹੈਗਾ ਕੱਲਾ ਸਪਿਰਚੁਐਲਿਟੀ ਚ ਨਹੀਂ ਇਹ ਦੋ ਤੋ ਦੇਖੋ ਸਿੱਖੀ ਦੇ ਵਿੱਚ ਜਿਹੜੀ ਤੁਹਾਨੂੰ ਲੱਗਦਾ ਨਹੀਂ ਜਦੋਂ ਤੁਸੀਂ ਉਸ ਗੱਲ ਨੂੰ ਕਹਿੰਦੇ ਹੋ ਉਹਨੂੰ ਜ਼ਿਆਦਾ ਐਕਸਲਰੇਟ ਕਰ ਦਿੰਦੇ ਹੋਗੇ ਮਤਲਬ ਜਿਹੜੇ ਜਿਹੜੇ ਮੰਨ ਲਓ ਜਿਹੜੇ ਕਿਸੇ ਨੂੰ ਲੱਗ ਸਕਦਾ ਮਹਾਰਾਜ ਨੇ ਕੀ ਕਿਹਾ ਵੀ ਮੱਤ ਵੀ ਸੌਂਪਣੀ ਹੈ ਤੇ ਜਦੋਂ ਲੋੜ ਪਈ ਸਿਰ ਵੀ ਦੇਣਾ ਹੈ ਜਦੋਂ ਪੰਜ ਪਿਆਰੇ ਕਹਿੰਦੇ ਜੀ ਲੋੜ ਪਈ ਪੰਥ ਲਈ ਸਿਰ ਦੇਵਾਂਗਾ ਉਹ ਕਿਹੜੇ ਸਿਰ ਦੀ ਗੱਲ ਕਰਦੇ ਮੱਤ ਤੇ ਸੌਂਪ ਦਿੱਤੀ ਹੁੰਦੀ ਅਮਰ ਚੰਗਨ ਮੇਲੇ ਉਹ ਤਾਂ ਸ਼ਹੀਦੀ ਦੀ ਗੱਲ ਕਰ ਰਹੇ ਹਨ ਸੋ ਇਹ ਕੀ ਆ ਵੀ ਜਿਹੜੇ ਲੋਕਾਂ ਨੇ ਸ਼ਹੀਦੀ ਦੇ ਕਨਸੈਪਟ ਨੂੰ ਝੂਠਾ ਪਾਉਣਾ ਸੀ ਨਾ ਉਹਨਾਂ ਨੇ ਕਿਹਾ ਵੀ ਗਰਬਾਣੀ ਸਿਰਫ ਮੰਨ ਦੀ ਗੱਲ ਗਰਮਾਣੀ ਹੋਰ ਕੋਈ ਪ੍ਰੈਕਟੀਕਲ ਜੀਵਨ ਚ ਕੋਈ ਗੱਲ ਨਹੀਂ ਉਹਨਾਂ ਅੰਮ੍ਰਿਤ ਨੂੰ ਵੀ ਰੱਦ ਕੀਤਾ ਇਸ ਗੱਲ ਕਹਿ ਕੇ ਵੀ ਮਨ ਸਾਫ਼ ਹੋਣਾ ਚਾਹੀਦਾ ਹੁਣ ਗੁਰੂ ਗੋਬਿੰਦ ਪਾਤਸ਼ਾਹ ਦਾ ਮਨ ਸੀ ਸਾਹਿਬ ਗੁਰਗੋਬਿੰਦ ਸਿੰਘ ਮਹਾਰਾਜ ਦਾ ਮਨ ਸਾਫ਼ ਨਹੀਂ ਸੀ ਪਹਿਲਾਂ ਉਹਨਾਂ ਅੰਮ੍ਰਿਤ ਛਕਾਇਆ ਫਿਰ ਆਪ ਛਕਿਆ ਨਹੀਂ ਤੇ ਗੁਰੂ ਨੂੰ ਤੇ ਬਈ ਜਿਹੜੀ ਮੈਂ ਕਹ ਰਹੀ ਜਿਹੜੀ ਅਧਿਆਤਮ ਦੀ ਇੰਨੀ ਵੱਡੀ ਧਾਰਾ ਇਹਦੀ ਵਿਆਖਿਆ ਕਰਦੀ ਰਹੀ ਹੈ ਮਸਲਾ ਤਾਂ ਵਿਆਖਿਆਵਾਦੀ ਆ ਨਾ ਗੱਲਾਂ ਦਾ ਹਨਾ ਮਤਲਬ ਹਰ ਚੀਜ਼ ਦੀ ਹਰ ਚੀਜ਼ ਦੀ ਵਿਆਖਿਆ ਕੌਣ ਕਿੱਥੋਂ ਖੜ ਕੇ ਕਿਵੇਂ ਕਰ ਰਿਹਾ ਹੈਗਾ ਇਹ ਦੋਵੇਂ ਪਾਸੇ ਲਾਗੂ ਹੁੰਦੀ ਹੈ ਜਿਹੜੇ ਪਾਸੇ ਤੁਸੀਂ ਕ ਤਾਂ ਜਿਹੜੀ ਵਿਆਖਿਆ ਤੁਸੀਂ ਕਰਦੇ ਹੋਗੇ ਰੌਲਾ ਤਾਂ ਉਹ ਤੇ ਪੈਂਦਾ ਕਿ ਅਮਰਤਪਾਲ ਇੱਕੋ ਤਰ੍ਹਾਂ ਦੀ ਵਿਆਖਿਆ ਕਰ ਰਿਹਾ ਹੈਗਾ ਇਸ ਗੱਲ ਦੀ ਨਹੀਂ ਨਹੀਂ ਮੈਂ ਤਾਂ ਦੋਨਾਂ ਤਰ੍ਹਾਂ ਦੀ ਕੀਤੀ ਹੈ ਸੀਸ ਕਿ ਦੇ ਆਤਮ ਦੇ ਤਾਂ ਮਤਲਬ ਵਿਦਿਆਤਮਕਤਾ ਤਾਂ ਉਹਦੇ ਚ ਜੇ ਵਾਪਰਨੀ ਹੁੰਦੀ ਜੇ ਮੈਂ ਕਹਿ ਰਿਹਾਗਾ ਕਿ ਭਾਈ ਜਿਹੜਾ ਅਮਰ ਛਕਿਆਗਾ ਉਹਦੀ ਬਹੁਤ ਵੱਡੀ ਜਿਵੇਂ ਤੁਸੀਂ ਇਹ ਗੱਲਾਂ ਕਹਿੰਦੇ ਰਹੇ ਹੋ ਕਿ ਭਾਈ ਕੌਣ ਹੁੰਦਾਗਾ ਜਿਹੜਾ ਸੰਤ ਹੁੰਦਾ ਜਾਂ ਕੌਣ ਹੁੰਦਾ ਉਹ ਬੰਦਾ ਜਿਹੜਾ ਅਧਿਆਤਮ ਜੋ ਤੁਸੀਂ ਢੱਡਰੀਆਂ ਵਾਲੇ ਦਾ ਵਿਰੋਧ ਕਰਦੇ ਹੁੰਦੇ ਸੀਗੇ ਹੂੰ ਹੂੰ ਜਿਹੜੇ ਵੀ ਤੁਸੀਂ ਨੌਜਵਾਨ ਜਿੰਨੇ ਬਹੁਤ ਸਾਰੇ ਢੱਡਰੀਆਂ ਵਾਲੇ ਦਾ ਵਿਰੋਧ ਰਿਹਾਗਾ ਬਹੁਤ ਸਾਰਿਆਂ ਨੇ ਦੇਉ ਪ੍ਰੈਕਟਿਸ ਆ ਜਿਹੜੀ ਜਿਹੜੀ ਕਿਸੇ ਦੇ ਭਾਈ ਜਾਂ ਸੰਤ ਬਣਨ ਦੀ ਜਾਂ ਜਿਹੜੀ ਉਹ ਪ੍ਰੈਕਟਿਸ ਹੈਗੀ ਉਹਦੇ ਲਈ ਇੱਕ ਉਰੂਹ ਚਾਹੀਦੀ ਹੈਗੀ ਉਹ ਉਹ ਪ੍ਰੈਕਟਿਸ ਚਾਹੀਦੀ ਹੈਗੀ ਹਮ ਹਣਾ ਗੁਰਬਾਣੀ ਨਾਲ ਜੁੜਿਆ ਹੋਣਾ ਚਾਹੀਦਾਗਾ ਕਿਰਦਾਰ ਦਾ ਹੋਣਾ ਚਾਹੀਦਾਗਾ ਹਮ ਬਿਲਕੁਲ ਦੋਸਤੇ ਤੇ ਅੱਜ ਵੀ ਗਾਇਮ ਹੈ ਕਿ ਜਿਹੜੀ ਨਹੀਂ ਮੈਂ ਕਹ ਰਿਹਾਗਾ ਕਿ ਜੋ ਉਹਨਾਂ ਨੂੰ ਇਨੀ ਪ੍ਰੈਕਟਿਸ ਚਾਹੀਦੀ ਤੁਹਾਡੀ ਵੀ ਤਾਂ ਪ੍ਰੈਕਟਿਸ ਨਹੀਂ ਸੀ ਫਿਰ ਨਹੀਂ ਦੇਖੋ ਤੁਹਾਡਾ ਤੁਸੀਂ ਤਾਂ ਅਮਰਿਤ ਛਕਿਆਗਾ ਪ੍ਰੈਕਟਿਸ ਦੀ ਉਪਾਧੀ ਨਹੀਂ ਲਈ ਅਸੀਂ ਅਮਰਿਤ ਛਕਣ ਤੇ ਨਹੀਂ ਕਦੀ ਕ੍ਰਿਟਿਕ ਕੀਤਾ ਡੜੀਆਂ ਵਾਲੇ ਦੀ ਪਿਓ ਛਕੇ ਜਾਂ ਛਕਾਵੇ ਕਦੀ ਨਹੀਂ ਕਿਹਾ ਮੈਨੂੰ ਨਹੀਂ ਛਕਾਉਣਾ ਚਾਹੀਦਾ ਜਾਂ ਉਹਨੂੰ ਛਕਣਾ ਨਹੀਂ ਚਾਹੀਦਾ ਅਸੀਂ ਤੇ ਕਹਿੰਨੇ ਆਂ ਵੀ ਐਜ਼ ਅ ਪ੍ਰਚਾਰਕ ਐਜ਼ ਅ ਸਿੱਖ ਪ੍ਰਚਾਰਕ ਉਹਨੂੰ ਪਦਾਰਥ ਤੋਂ ਮੁਕਤ ਹੋਣਾ ਚਾਹੀਦਾ ਨਾ ਬੇਸ਼ੱਕ ਪਦਾਰਥ ਸਿੱਖੀ ਦੇ ਵਿੱਚ ਹੁਣ ਦੇਖੋ ਸਿੱਖੀ ਦੀ ਜਿਹੜੀ ਧਾਰਾ ਹੈ ਉਹਦੇ ਵਿੱਚ ਪਦਾਰਥ ਤੋਂ ਪੂਰਨ ਮੁਕਤੀ ਸੰਸਾਰ ਚ ਤੇ ਹੈ ਨਹੀਂ ਆਪਾਂ ਜਦੋਂ ਮਹਾਰਾਜ ਨੇ ਕਿਹਾ ਵੀ ਸ਼ਸਤਰ ਰੱਖੋ ਘੋੜੇ ਰੱਖੋ ਹੈ ਮਹਾਰਾਜ ਨੇ ਰਾਜ ਭਾਗ ਦੀ ਗੱਦੀਆਂ ਵੀ ਬੈਠੇ ਵੀ ਆਪ ਰਾਜ ਭਾਗ ਵੀ ਕਾਇਮ ਕੀਤਾ ਸੋ ਇਹਦਾ ਅਰਥ ਇਹ ਆ ਵੀ ਪਦਾਰਥ ਹੈਗਾ ਪਰ ਪਦਾਰਥ ਤੁਹਾਡੇ ਦੇ ਹਾਵੀ ਨਹੀਂ ਹੈਗਾ ਤੁਸੀਂ ਪਦਾਰਥ ਆ ਵੀ ਜੋ ਛੱਡਣ ਦੀ ਲੋੜ ਪਈ ਮਾਰਾ ਛੱਡ ਕੇ ਮਾਚੀਵਾੜੇ ਤੁਰ ਪਏ ਤੁਹਾਨੂੰ ਨਹੀਂ ਲੱਗਦਾ ਬਹੁਤ ਸਾਰੀਆਂ ਗੱਲਾਂ ਬਹੁਤ ਤੁਸੀਂ ਸਿੰਪਲੀਫਾਈ ਕਰਦੇ ਨੇ ਜਿੰਨਾ ਮੌਤ ਨੂੰ ਸ਼ਹਾਦਤ ਨੂੰ ਜਾਂ ਸਿਰਾਂ ਨੂੰ ਤੁਸੀਂ ਬਸ ਸਿੰਪਲੀਫਾਈ ਜਿਵੇਂ ਇੰਨਾ ਸਿੰਪਲੀਫਾਈ ਕਰਦੇ ਨੇ ਜਿਵੇਂ ਤੁਸੀਂ ਕਹਿੰਦੇ ਹੋ ਕਿ ਇੱਥੇ ਵੀ ਤਾਂ ਮਰੀ ਜਾਓਗੇ ਹਾਂ ਨਸ਼ਾ ਖਾ ਕੇ ਵੀ ਤਾਂ ਮਰੀ ਜਾਓਗੇ ਐਵੇਂ ਵੀ ਤਾਂ ਮਰੀ ਜਾਓਗੇ ਮੰਨ ਲਓ ਮੈਂ ਐਗਜ਼ਾਮਪਲ ਲਈ ਕਹਿੰਦਾ ਇੱਕ ਬੰਦਾ ਕੋਈ ਏਜੰਟ ਬੈਠਾਗਾ ਕਿਤੇ ਉਹ ਕਹੇ ਪੰਜਾਬ ਦੇ ਮੁੰਡਿਆਂ ਨੂੰ ਵੀ ਇੱਥੇ ਵੀ ਤਾਂ ਮਰੀ ਜਾਓਗੇ ਮੈਕਸੀਕੋ ਆ ਕੇ ਮਰ ਜਾਓ ਕੀ ਫਰਕ ਪੈਂਦਾਗਾ ਇਹ ਜਸਟੀਫਾਈ ਆ ਨਹੀਂ ਕੀ ਜਸਟੀਫਾਈਡ ਆ ਨਹੀਂ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਮੈਕਸੀਕੋ ਕਿਹੜੇ ਕੌਜ਼ ਲਈ ਜਾ ਰਹੇ ਜੋ ਨਹੀਂ ਮੈਂ ਕੌਜ਼ ਜਸਟੀਫਾਈ ਕਰਦਾ ਚੀਜ਼ਾਂ ਨੂੰ ਜੇ ਤੇ ਕੌਜ਼ ਤੁਹਾਡਾ ਧਰਮ ਦੀ ਲਈ ਹੈ ਫਿਰ ਤੇ ਮੈਂ ਕਹਿੰਦਾ ਮੈਂ ਕਹਿ ਸਕਦਾ ਵੀ ਇੱਕ ਨਸ਼ੇ ਦੀ ਮੌਤ ਜਿਹੜੀ ਹੈ ਇਹ ਸਿੰਪਲ ਗੱਲ ਹੈ ਇੱਕ ਨਸ਼ੇ 'ਚ ਮਰਨ ਵਾਲੇ ਦੀ ਮੌਤ ਨਾਲੋਂ ਸ਼ਹਾਦਤ ਤਗੜੀ ਹੈ ਪਰ ਇੱਕ ਇੱਥੇ ਮਰਨ ਵਾਲੇ ਦੇ ਮੈਕਸੀਕੋ ਮਰਨ ਵਾਲੇ ਚ ਕੋਈ ਕੰਪੈਰੀਸਨ ਨਹੀਂ ਬਣ ਸਕਦਾ ਉਹ ਤਾਂ ਇੱਕ ਸਿੱਧੀ ਮੌਤ ਇਹ ਇਹ ਲੌਜੀਕ ਜਸਟੀਫਾਈਡ ਨਹੀਂ ਨਾ ਹੋ ਸਕਦਾ ਕਿ ਕੋਈ ਏਜੰਟ ਕਹੇ ਵੀ ਭਾਈ ਇੱਥੇ ਵੀ ਮਰੀ ਰਹੇ ਹੋ ਪੰਜਾਬ ਚ ਪੂਰੇ ਭੁੱਖੇ ਮਰ ਰਹੇ ਹੋ ਮੈਕਸੀਕੋ ਮਰ ਜੂਗੇ ਤਾਂ ਜੇ ਜੇ ਤੇ ਏਜੰਟ ਕੋਈ ਕਿਸੇ ਨੂੰ ਸ਼ਹੀਦੀ ਦੇ ਤੌਰ ਰਿਹਾ ਕੋਈ ਧਰਮ ਦੇ ਯੋਧੇ ਤੇ ਭੇਜ ਰਿਹਾ ਹੈ ਤੇ ਏਜੰਟ ਦੀ ਗੱਲ ਜਾਇਜ਼ ਹੋ ਸਕਦੀ ਹੈ ਏਜੰਟ ਉੱਥੇ ਵੀ ਪਦਾਰਥ ਦੇ ਬਸਾਰਾ ਇੱਥੇ ਵੀ ਪਦਾਰਥ ਤੋਂ ਮਸ਼ਟਕਾਰਾ ਕਰਾਉਣ ਦੀ ਗੱਲ ਕਰ ਰਿਹਾ ਹੈ ਵੀ ਇੱਥੇ ਤੁਹਾਡੇ ਕੋ ਪਦਾਰਥ ਘਾਟੇ ਉੱਥੇ ਵੱਧ ਜੁਗ ਜਾ ਕੇ ਧਰਮ ਦੇ ਜਿਹੜੀ ਤੁਸੀਂ ਗੱਲ ਕਹਨੇ ਹੋਗੇ ਕਿ ਆ ਆ ਕੇ ਵੀ ਐਵੇਂ ਵੀ ਤਾਂ ਮਰੀ ਰਹੇ ਹੋਗੇ ਐ ਮਰ ਜਾਓ ਐ ਸ਼ੀ ਦੋ ਜੀ ਨਹੀਂ ਉਹਦੇ ਚ ਉਹਦੇ ਚ ਮੌਲ ਜੇ ਕਿਸੇ ਦੀ ਅਵਸਥਾ ਹੀ ਨਹੀਂ ਹੈਗੀ ਮੰਨ ਲਓ ਕੋਈ ਨੌਜਵਾਨ ਤੁਹਾਡੀ ਗੱਲ ਸੁਣ ਕੇ ਅੱਗੇ ਵਧ ਜਾਂਦਾਗਾ ਹਾਂ ਉਦੀ ਉਹਦੀ ਉਹ ਅਵਸਥਾ ਵੀ ਨਹੀਂ ਹੈਗੀ ਨਾ ਉਹਦਾ ਪਰਿਵਾਰ ਮਤਲਬ ਕੱਲੂ ਹਣਾ ਕੱਲੂ ਉਹਨਾਂ ਨੂੰ ਉਹ ਨੌਜਵਾਨ ਨੂੰ ਵੀ ਲੱਗੀ ਜਾਵੇ ਕਿਤੇ ਫਸੇ ਉਹ ਤੇ ਉਹਦੇ ਪਰਿਵਾਰ ਨੂੰ ਵੀ ਲੱਗੀ ਜਾਵੇ ਯਾਰ ਸਾਡਾ ਮੁੰਡਾ ਕਿਤੇ ਫਸ ਗਿਆ ਜਾ ਕੇ ਨਹੀਂ ਉਹ ਲੱਗ ਜਾਵੇ ਵਿਚਾਰੇ ਨੂੰ ਜਦੋਂ ਦੀ ਅਵਸਥਾ ਹੀ ਨਹੀਂ ਹੈਗੀ ਉਹ ਇੱਕ ਤੇ ਪਹਿਲੀ ਤੇ ਗੱਲ ਤੁਹਾਡੀ ਗੱਲ ਸੁਣ ਕੇ ਆ ਜੇ ਮੰਨ ਲਓ ਨਹੀਂ ਆ ਜੇ ਪਹਿਲੀ ਗੱਲ ਤੇ ਇਹ ਆ ਵੀ ਕੋਈ ਇਦਾਂ ਦੀ ਜੰਗ ਤੇ ਲੱਗੀ ਨਹੀਂ ਮੌਕੇ ਦੇ ਉੱਤੇ ਵੀ ਜਿੱਥੇ ਜਾਂਦੇ ਆਂ ਹੀ ਸਿਰ ਲੱਗ ਜਣਾ ਆਪਾਂ ਜਦੋਂ ਮੌਤ ਦੇ ਜਦੋਂ ਭੈ ਦੀ ਗੱਲ ਕਰਦੇ ਆ ਬਾਣੀ ਬਾਰ ਬਾਰ ਕੀਦੀ ਬਾਣੀ ਦਾ ਬਾਰ-ਬਾਰ ਹੁਕਮ ਹੈ ਨਾ ਪਹਿਲਾ ਮਰਨ ਕਬੂਲ ਜੀਵਨ ਕੀ ਛੜਿਆਸ ਹੋ ਸਬਨਾ ਕਿਰਨ ਕਾ ਤੋਂ ਉਹ ਹਮਾਰੇ ਪਾਸ ਗੁਰੂ ਨੇ ਕਿਉਂ ਕਿਆ ਮੌਤ ਦਾ ਡਰ ਕਢੋ ਆਪਣੇੰਦਰ ਇਤਨੀ ਵੀ ਗੁਰੂ ਸਾਹਿਬ ਉਹ ਤੋਂ ਜੰਗ ਲੜ ਰਿਹਾ ਸੀ ਉਦੋਂ ਮੌਕੇ ਤੇ ਜੰਗ ਨਹੀਂ ਸੀ ਚੱਲ ਰਹੀ ਕੋਈ ਵੀ ਮੌਤ ਦਾ ਭੈ ਮੌਤ ਜੀਵਨ ਦਾ ਬਹੁਤ ਨਿਖੜਵਾੰਗ ਸੋ ਮੌਤ ਦੇ ਭੈ ਇਹ ਨਹੀਂ ਹੈਗਾ ਵੀ ਤੁਹਾਨੂੰ ਸਵੇਰੇ ਖੂਦ ਛਾਲ ਮਰਦਣੀ ਚਾਹੀਦੀ ਹੈ ਪਰ ਘੱਟੋ-ਘੱਟ ਜਦੋਂ ਸਿਧਾਂਤਕ ਲਕੀਰ ਹੈ ਤੁਹਾਡੀ ਉੱਥੇ ਤੁਹਾਨੂੰ ਇਸ ਭੈ ਤੋਂ ਮੁਕਤ ਹੋਣਾ ਪੈਣਾ ਧਰਮ ਦੇ ਯੁੱਧ ਚ ਤੁਹਾਨੂੰ ਇਸ ਭੈ ਤੋਂ ਮੁਕਤ ਹੋਣਾ ਪੈਣਾ ਜਦੋਂ ਕੋ ਤੁਸੀਂ ਵੱਡਾ ਕੌਜ਼ ਕਰਨਾ ਹੈ ਉਦ ਸੋ ਇਸ ਕਰਕੇ ਜਦੋਂ ਆਪਾਂ ਨੌਜਵਾਨਾਂ ਨੂੰ ਕਹਿੰਨੇ ਆ ਨੌਜਵਾਨਾਂ ਨੂੰ ਅਸੀਂ ਇਹ ਕਹਿੰਨੇ ਆ ਵੀ ਜਲਾਲਤ ਦੀ ਮੌਤ ਹੈ ਗੁਲਾਮੀ ਆਪਾਂ ਅਕਸਰ ਕਹਿੰਦੀਆਂ ਨਾ ਵੀ ਜਲਾਲਤ ਦੀ ਮੌਤ ਨਾਲੋਂ ਚੰਗਾ ਵੀ ਤੁਸੀਂ ਮਾਵਾਂ ਅਕਸਰ ਕਹਿੰਦੀਆਂ ਵੀ ਇਹਨੋਂ ਚੰਗਾ ਤੇ ਮਰ ਜਾ ਵੈਸੇ ਨਸ਼ੇ ਪਤ ਰੋਜ਼ ਮਰਨਿਆ ਬੰਦਾ ਇਹੋ ਹੀ ਆਪਾਂ ਨੌਜਵਾਨਾਂ ਨੂੰ ਕਹਿੰਨੇ ਆ ਵੀ ਤੁਸੀਂ ਜਦੋਂ ਇਸ ਕੋੜ ਚੋਂ ਨਿਕਲੋਗੇ ਤੇ ਮੌਤ ਦਾ ਭੈ ਤੁਹਾਡੇ ਅੰਦਰ ਨਹੀਂ ਹੋਊਗਾ ਫਿਰ ਇੱਕ ਪੰਥ ਲਈ ਕਿਤਾ ਸੀਸ ਦੇਣ ਦੀ ਲੋੜ ਪਊਗੀ ਬਦਾਓਗੇ ਨਾ ਜੇ ਮੌਤ ਦਾ ਭੈ ਹੀ ਸਤਾਈ ਗਿਆ ਵੀ ਮਰ ਜਾਾਂਗੇ ਜੀ ਉੱਥੇ ਜਾ ਕੇ ਮਰ ਜਾਾਂਗੇ ਉੱਥੇ ਜਾ ਕੇ ਮਰ ਜਾਾਂਗੇ ਇਹ ਕਰਕੇ ਅਸੀਂ ਇਹ ਕਹਿੰਦੇ ਆ ਵੀ ਜਿਹੜਾ ਲੱਕ ਬੰਦਾ ਰੋਜ਼ ਮਰ ਜਾਂਦਾ ਜੇ ਮੰਨ ਲਓ ਮੈਂ ਕਹਿੰਨਾ ਖਾਲਸਤਾਨ ਮੂਵਮੈਂਟ ਚ ਇੰਨੇ ਬੰਦੇ ਸ਼ਹੀਦ ਹੋਏ ਹਨਾ ਬਹੁਤ ਸਾਰੇ ਲੋਕਾਂ ਦੀਆਂ ਟਰੋਮੇ ਚ ਮੌਤਾਂ ਹੋ ਗਈਆਂ ਬਹੁਤ ਸਾਰੇ ਲੋਕਾਂ ਦੇ ਘਰ ਬਰਬਾਦ ਹੋ ਗਏ ਉਸ ਗੱਲ ਦੀ ਕੋਈ ਜਸਟੀਫਿਕੇਸ਼ਨ ਬਾਅਦ ਚੋ ਹੈ ਜਿਹਦਾ ਐਨਾਲਿਸਿਸ ਵੀ ਨਹੀਂ ਹੈਗਾ ਕਿਤੇ ਕਿਤੇ ਉਹਦਾ ਕੋਈ ਵਿਸ਼ਲੇਸ਼ਣ ਨਹੀਂ ਕਿਤੇ ਉਹਦਾ ਕੋਈ ਐਨਾਲਿਸਿਸ ਨਹੀਂ ਹੈਗਾ ਨਹੀਂ ਉਹਦੀ ਜਸਟੀਫਿਕੇਸ਼ਨ ਤੇ ਦੇਖੋ ਪਹਿਲੀ ਤੇ ਗੱਲ ਇਹ ਜਦੋਂ ਸਟਰਗਲ ਚੱਲਦੀ ਹੈ ਉਹਦੇ ਚ ਤਾਂ ਬਹੁਤ ਕੁਝ ਵਾਪਰਦਾ ਹੈ ਹੈ ਉਦਿਸ ਮੁੱਖਧਾਰਾ ਜੀ ਵੀ ਆਪਰਦਾ ਹੈ ਕਈ ਬੰਦੇ ਇਨੋਸੈਂਟ ਵੀ ਜਿਨ੍ਹਾਂ ਦਾ ਕੋਈ ਲੈਣਾ ਦੇਣਾ ਨਹੀਂ ਹੁੰਦਾ ਉਹ ਵੀ ਦਾਤੇ ਲੱਗ ਜਾਂਦੇ ਉਹਨਾਂ ਦੀ ਵੀ ਜ਼ਿੰਦਗੀ ਚਲੀ ਜਾਂਦੀ ਹੈ ਪਰ ਇਹਦੇ ਲਈ ਜਦੋਂ ਆਪਾਂ ਗਿਲਡ ਲੈਣੀ ਹੈ ਜਾਂ ਕਿਸੇ ਨੂੰ ਦੇਣੀ ਹੈ ਇਹ ਰਿਸਪੌਂਸਿਬਲ ਕੌਣ ਹੈ ਇਹਦੇ ਲਈ ਆਮ ਫਰਜ਼ ਉਹਦਾ ਕੋਈ ਐਨਲਿਸਿਸ ਹੋਊਗਾ ਮੈਂ ਕਹਿ ਰਿਆਂਗਾ ਕਿ ਕਿੰਨੇ ਢੜੇ ਸੀਗੇ ਆਪਾਂ ਨੂੰ ਪਤਾ ਕਿ ਆਪਾਂ ਨੂੰ ਇਹ ਪਤਾ ਕਿ ਕਿਸੇ ਦੌਰ ਦੇ ਅੰਦਰ ਬੱਬਰਾਂ ਤੇ ਸੰਤਾਂ ਦੇ ਅੰਦਰ ਬਹੁਤ ਵੱਡਾ ਕਨਫਲਿਕਟ ਰਿਹਾ ਇੱਥੋਂ ਤੱਕ ਕਿ ਨਰੰਕਾਰੀ ਕਾਹਣ ਤੋਂ ਬਾਅਦ ਸੰਤਾਂ ਦੇ ਖਿਲਾਫ ਬੋਲਿਆ ਗਿਆ ਬਿਲਕੁਲ ਹੂੰ ਪਰਚੀਵੰਡੇਗੇ ਹਾਂ ਇਸ ਤੋਂ ਇਲਾਵਾ ਹੋਰ ਇਨੇ ਧੜਿਆਂ 'ਚ ਮੂਵਮੈਂਟ ਦੀ ਇਨੋਸੈਂਟ ਮੂਵਮੈਂਟ ਦੇ ਲੋਕਾਂ ਨੇ ਮਾਰਤੇ ਇਹ ਗੱਲਾਂ ਦੀ ਜਵਾਬਦੇਹੀ ਤੋਂ ਬਿਨਾ ਤੁਸੀਂ ਅਗਲੀ ਫੌਜ ਤਿਆਰ ਕਰ ਰਹੇ ਹੋਗੇ ਨਹੀਂ ਨਹੀਂ ਉਹ ਗੱਲਾਂ ਦੀ ਜਵਾਬਦੇਹੀ ਕਿੱਥੋਂ ਹੋਊ ਗੱਲਾਂ ਦੀ ਜਵਾਬਦੇਹੀ ਭਾਈ ਆ ਕੀਤਾ ਸੀ ਇਹਦੇ ਰਿਜ਼ਲਟ ਆਏ ਆਏ ਹਾਂ ਇੱਕ ਮਿੰਟ ਤੁਹਾਨੂੰ ਮੈਂ ਦੱਸ ਦਿਆਂ ਗੱਲ ਦੁਨੀਆ ਦੇ ਉੱਤੇ ਕੋਈ ਸੰਘਰਸ਼ ਐਸਾ ਨਹੀਂ ਹੈਗਾ ਜਿਹੜਾ ਪਰਫੈਕਟ ਹੋਵੇ ਜਿਹਦੇ 'ਚ ਕਨਫਲਿਕਟ ਨਾ ਹੋਵੇ ਦੋ ਬੰਦੇ ਜਦੋਂ ਦੋ ਬੰਦੇ ਦੋ ਤਿੰਨਾਂ ਨੂੰ ਲੀਡ ਕਰਨਗੇ ਨਾ ਡਿਫਰੈਂਸਸ ਆ ਜਾਣਗੇ ਉਹਨਾਂ ਦੇ ਵਿੱਚ ਪ੍ਰੋਬਲਮ ਫੌਜੀ ਦੀਆਂ ਬਟਾਲੀయన్స్ ਦੇ ਵਿੱਚ ਆਪਸੀ ਲੜਾਈ ਹੋ ਜਾਂਦੀ ਫੌਜੀ ਫੌਜੀ ਨੂੰ ਗੋਲੀ ਮਾਰ ਦਿੰਦਾ ਹੈ ਇਹਦਾ ਅਰਥ ਇਹ ਨਹੀਂ ਹੁੰਦਾ ਵੀ ਤੁਸੀਂ ਗੁਲਾਮ ਹੀ ਰਹੋ ਇਸ ਦੀ ਵੀ ਤੌਰ ਤੇ ਜਿਹੜਾ ਆਪਾਂ ਜਦੋਂ ਐਕਸੈਪਸ਼ਨਸ ਦੀ ਗੱਲ ਕਰਦੇ ਹਾਂ ਨਾ ਇਹਨਾਂ ਮਸਲਿਆਂ ਦੇ ਵਿੱਚ ਕਨਫਲਿਕਟਸ ਦੀ ਗੱਲ ਕਰਦੇ ਆਪਾਂ ਨੂੰ ਇਹ ਸਮਝਣਾ ਚਾਹੀਦਾ ਵੀ ਜਦੋਂ ਕੌਜ਼ ਲਈ ਤੁਰਨਾ ਹੈ ਇਹ ਚੀਜ਼ਾਂ ਦੀ ਪੋਸੀਬਿਲਿਟੀ ਨੂੰ ਲੈ ਕੇ ਤੁਰਨਾ ਪੈਣਾ ਇਹਨਾਂ ਦੀ ਪੋਸੀਬਿਲਿਟੀ ਹੈ ਜੇ ਤੁਸੀਂ ਇੱਕ ਤੁਹਾਡਾ ਕਲੇਮ ਅਮਰਪਾਲ ਤੁਸੀਂ ਕਲੇਮ ਕਰ ਰਹੇ ਹੋ ਜਾਂ ਤੁਸੀਂ ਐਜ਼ ਅ ਲੀਡਰ ਇੱਕ ਪੂਰੀ ਦਸਤਾਰ ਬੰਦੀ ਕਰਕੇ ਫਾਰਮ ਦੇ ਲੀਡਰ ਬਣਨ ਦੀ ਕੋਸ਼ਿਸ਼ ਕਰ ਰਹੇ ਹਾਂ ਮੈਂ ਕਹਿ ਦਿੰਨਾ ਚਲੋ ਜੇ ਨਹੀਂ ਆਵੇਂਕਰ ਕੋਸ਼ਿਸ਼ ਕਰ ਰਹੇ ਹਾਂ ਚਲੋ ਜੱਥੇਬੰਦੀ ਕੋਸ਼ਿਸ਼ ਕਰ ਰਹੇ ਜੱਥੇਬੰਦੀ ਬਣਾ ਰਹੇ ਜੋ ਤੁਹਾਡੀ ਵਿਆਖਿਆ ਜੋ ਮਰਜ਼ੀ ਹੋ ਸਕਦੀ ਹੈ ਲੋਕਾਂ ਦੀ ਵਿਆਖਿਆ ਇਹ ਆ ਕਿ ਅਮਰਤਪਾਲ ਅਗਰ ਇੰਨਾ ਵੱਡਾ ਕਲੇਮ ਕਰਦਾ ਤਾਂ ਜਿਹੜਾ ਪਿਛਲੀ ਹਿਸਟਰੀ ਜੋ ਕੁਝ ਹੋਇਆਗਾ ਜੋ ਇਨੇ ਵੱਡੇ ਨੁਕਸਾਨ ਹੋ ਗਏ ਜੇ ਉਹਨਾਂ ਦਾ ਕੋਈ ਪਰਚੋਲ ਹੀ ਨਹੀਂ ਹੋ ਦੁਨੀਆ ਭਰ ਦੀਆਂ ਲਹਿਰਾਂ ਨੇ ਦੁਨੀਆ ਭਰ ਦੀਆਂ ਲਹਿਰਾਂ ਚ ਪਰਚੋਲ ਹੁੰਦੀ ਹੈ ਭਾਈ ਕਿੱਥੇ ਖਤਾ ਖਾਲੀ ਨੁਕਸਾਨ ਕਰਾ ਲਿਆ ਆਪਾਂ ਆਪਾਂ ਨਾਕرائی ਹੁੰਦੀ ਹੈ ਜਾਂ ਨਹੀਂ ਹੁੰਦੀ ਇਹ ਤਾਂ ਹੁੰਦੀ ਹੈ ਦੁਨੀਆ ਭਰ ਦੀਆਂ ਲ ਕੋਈ ਤਿਆਰ ਹੋ ਕੇ ਕੱਲ ਨੂੰ ਤਾਂ ਨੁਕਸਾਨ ਹੋ ਜਾਣਾ ਚੰਗਲਵਾਰ ਕੋਈ ਆਪਾਂ ਇਹਨੂੰ ਇਦਾਂ ਕਿਉਂ ਸਮਝ ਰਹੇ ਆਂ ਵੀ ਕੋਈ ਆਰਮ ਸਟਰਗਲ ਸ਼ੁਰੂ ਹੋਣ ਵਾਲੀ ਕੱਲ ਨੂੰ ਇਹ ਡੈਫੀਨੇਸ਼ਨ ਕਿੱਥੋਂ ਆਈ ਆ ਆਪਾਂ ਸਟਰਗਲ ਤੇ ਤੁਸੀਂ ਬਿਲਕੁਲ ਵਿਸ਼ਵਾਸ ਨਹੀਂ ਕਰਦੇ ਨਹੀਂ ਮੈਂ ਇਹ ਨਹੀਂ ਕਹਿੰਦਾ ਮੈਂ ਵਿਸ਼ਵਾਸ ਨਹੀਂ ਰੱਖਦਾ ਮੈਂ ਇਹ ਪਹਿਲਾਂ ਨਹੀਂ ਕਹੀ ਸੀ ਸਟੇਟਮੈਂਟ ਆਪਣੀ ਕਿਉਂਕਿ ਤੁਸੀਂ ਕਹਿੰਦੇ ਹੋ ਸ਼ਾਂਤੀ ਕਿੱਥੇ ਆ ਤੁਸੀਂ ਬਾਰ ਬਾਰ ਕਹਿੰਦੇ ਹੋ ਸ਼ਾਂਤੀ ਮੈਂ ਪੁੱਛਦਾ ਕਿੱਥੇ ਆ ਮੈਨੂੰ ਜਦੋਂ ਨੌਜਵਾਨ ਨਸ਼ਿਆਂ ਨਾਲ ਮਰਦੇ ਸ਼ਾਂਤੀ ਤਾਂ ਦੂਜਾ ਰੂਪ ਤਾਂ ਫਿਰ ਵਾਇਲੈਂਸੀ ਹੁੰਦਾ ਵਾਇਲੈਂਸ ਦਾ ਰਾਈਟ ਆਫ ਵਾਇਲੈਂਸ ਕਿੱਥੇ ਆ ਸਟੇਟ ਵਾਇਲੈਂਸ ਕਰ ਅਸੀਂ ਰਿਟੈਲੀਏਟ ਕਰਾਂਗੇ ਜੇ ਇਨ ਕੇਸ ਹੁਣ ਪ੍ਰੋਬਲਮ ਪਤਾ ਕੀ ਆ ਅਨਲਿਸਿਸ ਕਿੰਨੇ ਕਰਨਾ ਜੇ ਸਾਡੀਆਂ ਧਿਰਾਂ ਨੇ ਇੱਕ ਦੂਜੇ ਦੇ ਬੰਦੇ ਮਾਰੇ ਆ ਮੈਂ ਕਿਹਾ ਨਾ ਨੌਂ ਬੰਦੇ ਮਾਰਨ ਦੀ ਗੱਲ ਨਹੀਂ ਆਪਸ ਚ ਪੂਰੀ ਮੂਵਮੈਂਟ ਦਾ ਇੱਕ ਅਨਲਿਸਿਸ ਹੈਗਾ ਭਾਈ ਅਸੀਂ ਇਹ ਸ਼ੁਰੂ ਕਰ ਲਈ 1986 ਦੇ ਅੰਦਰ ਸਰਬੱਤ ਖਾਲਸਾ ਦੇ ਅੰਦਰ ਐਲਾਨ ਹੁੰਦਾ ਖਾਲਿਸਤਾਨ ਦਾ ਬਿਲਕੁਲ ਉਦੋਂ ਪਹਿਲਾਂ ਤਾਂ ਕੋਈ ਐਲਾਨ ਨਹੀਂ ਸੀ ਨਾ ਉਸ ਤੋਂ ਬਾਅਦ ਇੰਨਾ ਉਥੋਂ ਲੈ ਕੇ 86 ਤੋਂ ਲੈ ਕੇ 2022 ਚ ਖੜੇ ਆ ਅਸੀਂ ਉੱਚ ਕਿੰਨੇ ਪਾਣੀ ਵਾਗੇ ਉਹਦਾ ਕੋਈ ਕਿਤੇ ਕੋਈ ਕੋਈ ਉਹਦੇ ਬਹੁਤ ਹੀ ਬਹੁਤੀ ਵਾਰ ਨਾ ਬਹੁਤੀ ਵਾਰ ਜਦੋਂ ਆਪਾਂ ਅਨਾਲਿਸਿਸ ਪੜ੍ਹਦੇ ਆ ਉਹ ਉਦੋਂ ਹੁੰਦਾ ਜਦੋਂ ਕਾਮਾ ਕਿਸੇ ਪੀਛੇ ਨੂੰ ਸਰ ਕਰ ਲੈਂਦੀਆਂ ਉਹ ਤੋਂ ਬਾਅਦ ਲੋਕ ਬੈਠਦੇ ਆ ਹਨਾ ਸਾਡਾ ਤੇ ਜੈਨੋਸਾਈਡ ਤੇ ਜੈਨੋਸਾਈਡ ਚੱਲ ਰਿਆ ਅਨਾਲਿਸਿਸ ਕਰਨਾ ਕਿੰਨੇ ਆ ਇੱਥੇ ਬੈਠ ਕੇ ਜਿਹੜਾ ਬੰਦਾ ਕਰਨ ਤੁਰਦਾ ਹੈ ਹੈ ਉਹ ਉਹ ਇੰਡੀਵਿਜੂਅਲ ਗਲਤੀਆਂ ਵੀ ਤਾਂ ਹੋਣਗੀਆਂ ਉਹਦੇ ਚ ਉਹਦਾ ਅਨਾਲਿਸਿਸ ਕਿੱਥੇ ਹੋਊਗਾ ਜੇ ਅੱਗੇ ਤੁਰਨਾ ਮਤਲਬ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਅਸੀਂ ਅਸੀਂ ਉਤੋਂ ਸਿੱਖ ਕੇ ਤੁਰਾਂਗੇ ਅਸੀਂ ਉਤੋਂ ਸਿੱਖ ਕੇ ਤੁਰਾਂਗੇ ਵੀ ਇੱਕ ਲਾਈਨ ਸਾਨੂੰ ਡਰਾ ਕਰਨੀ ਪੈਣੀ ਹੈ ਆਪਸੀ ਨਹੀਂ ਬਣਦੀ ਸਾਡੀ ਦੋਵਾਂ ਤਰ੍ਹਾਂ ਦੀ ਕਿਸੇ ਦੀ ਇਹ ਹੋਗੇ ਤਾਂ ਤਾਂ ਨਾ ਜੇ ਜੇ ਕਿਤੇ ਅਨਲਿਸਿਸ ਹੋਊਗਾ ਨਹੀਂ ਅਨਲਿਸਿਸ ਵਿਆਖਿਆ ਹੋਊਗੀ ਕਿਤੇ ਵਿਸ਼ਲੇਸ਼ਣ ਹੋਊਗਾ ਵਿਸ਼ਲੇਸ਼ਣ ਅਸੀਂ ਕਰਨਾ ਨਾ ਬੈਠ ਕੇ ਹੁਣ ਕਿਦਾਂ ਕਰਨਾ ਹੈ ਫਰਜ਼ ਕਰੋ ਮੈਂ ਜਿਵੇਂ ਤੁਹਾਡੇ ਨੂੰ ਇੱਕ ਫੋਰ ਇੱਕ ਐਗਜ਼ਾਮਪਲ ਤੁਹਾਨੂੰ ਦੱਸਦਾ ਕਿਸੇ ਬੰਦੇ ਦਾ ਕਤਲ ਹੋ ਗਿਆ ਲਹਿਰ ਦੇ ਵਿੱਚ ਉਹ ਕਤਲ ਹੋ ਗਿਆ ਕਿਸੇ ਡਾਊਟ ਨੂੰ ਲੈ ਕੇ ਕਿ ਫਲਾਣਾ ਏਜੰਸੀਆਂ ਦਾ ਬੰਦਾ ਜਿੱਦਾਂ ਅੱਜ ਵੀ ਨੈਰੇਟਿਵ ਚੱਲਦਾ ਅਸੀਂ ਇਹੋ ਗੱਲ ਕਹਿੰਨੇ ਵੀ ਇਹ ਕੰਮ ਹੁਣ ਬੰਦ ਹੋਣਾ ਚਾਹੀਦਾ ਵੀ ਫਲਾਣੇ ਏਜੰਸੀਆਂ ਦਾ ਬੰਦਾ ਆਪਸੀ ਕਨਫਲਿਕਟ ਨਹੀਂ ਅਸੀਂ ਸ਼ੁਰੂ ਕਰਨਾ ਜਿੰਨੇ ਬੰਦੇ ਆ ਚਾਹੇ ਸਾਡੇ ਵਿਰੋਧੀ ਇਹੀ ਗੱਲ ਕਹੀ ਹੈ ਨਾ ਤੁਹਾਨੂੰ ਵੀ ਕਿ ਸਾਡੇ ਵਿਰੋਧੀ ਵੀ ਹੋਣ ਅਸੀਂ ਉਹਨਾਂ ਦੇ ਨਾਲ ਬਿਲੋ ਦਾ ਬੈਲਟ ਨਹੀਂ ਜਾਣਾ ਠੀਕ ਹੈ ਉਹਨਾਂ ਦੇ ਨਾਲ ਸਾਡੀ ਸਾਰਾਸ ਨਹੀਂ ਰਲਣੀ ਸਾਰੀ ਉਮਰ ਕਈ ਵਾਰ ਨਹੀਂ ਰਲਦੀ ਹੁੰਦੀ ਬੰਦਿਆਂ ਦੀ ਵਿਚਾਰਧਾਰਾਂ 'ਚ ਫਰਕ ਪੈ ਜਾਂਦਾ ਬਹੁਤ ਫਰਕ ਪੈ ਜਾਂਦੇ ਪਰ ਜੇ ਆਪਾਂ ਕੋਡ ਆਫ ਕੰਡਕਟ ਬਣਾ ਲਏ ਨੇ ਵੀ ਪਿਛਲੀ ਮੂਵਮੈਂਟ ਦਾ ਇਹ ਨਤੀਜਾ ਨਿਕਲਿਆ ਕਿ ਜੇ ਫਰਜ਼ ਕਰੋ ਉਦੋਂ ਨਾ ਵੀ ਮਾਰਦੇ ਇੱਕ ਦੂਜੇ ਨੂੰ ਤੇ ਆਪ ਤੁਰੇ ਰਹਿੰਦੇ ਕੁਝ ਵੀ ਸਕਸੈਸਫੁਲ ਨਾ ਹੁੰਦਾ ਅਸੀਂ ਇਹ ਸਿੱਖਿਆ ਉਹਦੇ ਚ ਅਨਲਿਸਿਸ ਕਈ ਵਾਰ ਕਿਤਾਬਾਂ 'ਚ ਲਿਖਣਾ ਨਹੀਂ ਹੁੰਦਾ ਅਨਲਿਸਿਸ ਆਮ ਕਾਮਨ ਨੌਲੇਜ ਦੇ ਵਿੱਚ ਵੀ ਹੁੰਦਾ ਹੈ ਵੀ ਫਲਾਣਾ ਜਦੋਂ ਕਤਲ ਹੋਇਆ ਸੀ ਨਾ ਲੋਕਾਂ ਨੇ ਕਿਹਾ ਸੀ ਵੀ ਗਲਤ ਹੋ ਗਿਆ ਜੋ ਵੀ ਕੁਝ ਹੋਇਆ ਸੋ ਇਸੇ ਤਰੀਕੇ ਨਾਲ ਸਾਨੂੰ ਭਵੇਖ ਦੇ ਵਿੱਚ ਸੋਚਣਾ ਚਾਹੀਦਾ ਵੀ ਅਸੀਂ ਵਿਰੋਧੀਆਂ ਇੱਕ ਦੂਜੇ ਦੇ ਮਤਲਬ ਇੱਕੇ ਰਾਹ ਤੇ ਤੁਰ ਰਹੇ ਹਾਂ ਫਿਰ ਵੀ ਇੱਕ ਦੂਜੇ ਦੇ ਵਿਰੋਧੀ ਹਾਂ ਉਹਦੇ ਵਿੱਚ ਵੀ ਸਾਨੂੰ ਇੱਕ ਦੂਜੇ ਨੂੰ ਬਰਾਬਰ ਰਿਸਪੈਕਟ ਦੇਣੀ ਪੈਣੀ ਹੈ ਵੀ ਆਹ ਬੰਦੇ ਦੇ ਇੰਨੀ ਸਪੇਸ ਆ ਇਹਨੂੰ ਇਨਵੇਡ ਨਾ ਕਰੀ ਜਾਂ ਇਹਨੂੰ ਠੱਕੜੇ ਦੀ ਕੋਈ ਚੀਜ਼ ਨਾ ਤੁਸੀਂ ਕਿਰ ਖਿੱਚਦੇ ਹੋ ਮੰਨ ਲਓ ਸਿੱਖੀ ਦੇ ਅੰਦਰ ਪੀਰ ਬੁੱਧੂ ਸ਼ਾਹ ਵੀ ਆ ਸਿੱਖੀ ਦੇ ਅੰਦਰ ਭਗਤ ਵੀ ਨੇ ਸਿੱਖੀ ਦੇ ਅੰਦਰ ਤਾਂ ਕਿੰਨਾ ਕੁ ਸਮਾਇਆ ਹੋਇਆਗਾ ਸਿੱਖੀ ਤਾਂ ਬਹੁਤ ਸਾਰੇ ਕਾਸੇ ਸਮਾਈ ਹੋਈ ਹੈਗੀ ਨਾ ਭਾਈ ਨੰਦ ਲਾਲ ਜੀ ਵੀ ਨੇ ਬਿਲਕੁਲ ਫਿਰ ਜਿਹੜੀ ਸਿੱਖੀ ਦੀ ਵਿਆਖਿਆ ਤੁਸੀਂ ਕਰ ਰਹੇ ਹੋਗੇ ਤੇ ਲੋਕ ਇਤਰਾਜ਼ ਕਰਦੇ ਆ ਕਿ ਅਮਰਤਪਾਲ ਦੀ ਜਿਹੜੀ ਸਿੱਖੀ ਦੀ ਵਿਆਖਿਆ ਉਹ ਫਾਈਨਲ ਵਿਆਖਿਆ ਕਿਵੇਂ ਹੋ ਸਕਦੀ ਨਹੀਂ ਮੈਂ ਤਾਂ ਕੋਈ ਫਾਈਨਲ ਵਿਆਖਿਆ ਕੀਤੀ ਨਹੀਂ ਕੋਈ ਗੈਰ ਇਤਿਹਾਸਕ ਗੱਲ ਕੀਤੀ ਜਾਂ ਗੈਰ ਸਿਧਾਂਤਕ ਜਾਂ ਗੈਰ ਕਿਸੇ ਧਰਮ ਗ੍ਰੰਥ ਤੋਂ ਬਾਹਰ ਹੀ ਗੱਲ ਕਰ ਦਿੱਤੀ ਹੋਵੇ ਪੀਰ ਬੁੱਧੂ ਸ਼ਾਹ ਨੇ ਭਾਈ ਪੀਰ ਪੀਖਣਸ਼ਾਹ ਜਿਹੜੇ ਉਹਨਾਂ ਦੇ ਪਿਤਾ ਸੀ ਮੈਂ ਤੁਹਾਨੂੰ ਦੱਸਦਾ ਏ ਇਸਲਾਮ ਦੀ ਸਭ ਤੋਂ ਵੱਡੀ ਧਾਰਨਾ ਹੈ ਵੀ ਨਮਾਜ਼ ਮ ਇਦਨ ਗੁਰੂ ਸਾਹਿਬ ਦਾ ਪਟਨੇ ਅਵਤਾਰ ਧਾਰਦੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਪੀਰ ਭਾਈ ਪੀਕਣ ਸਾਹਿਬ ਪੀਰ ਬੁੱਧੂ ਸਾਹਿਬ ਦੇ ਪਿਤਾ ਪਟਨੇ ਨੂੰ ਕਰਕੇ ਨਮਾਜ਼ ਪੜ੍ਹਦੇ ਨੇ ਪਟਨੇ ਵੱਲ ਨੂੰ ਆਪਣਾ ਮੂੰਹ ਕਰਕੇ ਉਹਨਾਂ ਦੇ ਚੇਲੇ ਪੁੱਛਦੇ ਨੇ ਵੀ ਕਿ ਗੀਤੋ ਕਹਿੰਦੇ ਪਰਮਾਤਮਾ ਉੱਧਰ ਪ੍ਰਗਟ ਹੋ ਗਿਆ ਪਟਨੇ ਦੇ ਵਿੱਚ ਸੋ ਇਹਦਾ ਅਰਥ ਕੀ ਹੈ ਵੀ ਜਿਹੜੇ ਉਦੋਂ ਜਿਹੜੀਆਂ ਧਾਰਾਵਾਂ ਸੀ ਨਾ ਜਿਹੜੇ ਲੋਕ ਅਮਰਤ ਨਹੀਂ ਸੀ ਛਕਿਆ ਜਿਹੜੇ ਸਿੱਖੇ 'ਚ ਨਹੀਂ ਸੀ ਆਏ ਉਹ ਵੀ ਗੁਰੂ ਨੂੰ ਪੂਰਨ ਸਮਰਪਣ ਸੀ ਪਾਈਨੰਦ ਲਾਲ ਦਾ ਤੁਸੀਂ ਗੁਰੂ ਦੀ ਡੈਫੀਨੇਸ਼ਨ ਪੜ੍ਹ ਕੇ ਵੇਖੋ ਜੋ ਪਾਈਨੰਦ ਲਾਲ ਨੇ ਕੀਤੀ ਹੈ ਸੋ ਇਸ ਕਰਕੇ ਆ ਮੇਰੀ ਕੋਈ ਡੈਫੀਨੇਸ਼ਨ ਨਹੀਂ ਹੈਗੀ ਜਿਹੜੀ ਗੁਰੂ ਨੂੰ ਗੁਰੂ ਨੂੰ ਅਕਾਲ ਪੁਰਖ ਦਾ ਰੂਪ ਤੇ ਪਾਈਨੰਦ ਲਾਲ ਨੇ ਕਿਹਾ ਕਿੰਨੀ ਥਾਵਾਂ ਦੇ ਉੱਤੇ ਕਿਹਾ ਪਟਾਣੇ ਨੇ ਕਿਹਾ ਗੁਰੂ ਨੂੰ ਅਕਾਲ ਪੁਰਖ ਰੂਪ ਪਟਾਣੇ ਨੇ ਕਿਹਾ ਤੇ ਬਾਣੀ ਚੋ ਹੀ ਸਾਰਾ ਕੁਝ ਮਿਲਿਆ ਮੈਂ ਤਾਂ ਕੋਈ ਬਾਹਰੋਂ ਆਪਣੇ ਕੋਲ ਬਣਾਇਆ ਨਹੀਂ ਕੁਝ ਵੀ ਸੋ ਮੇਰੀ ਕੋਈ ਡੈਫੀਨੇਸ਼ਨ ਨਹੀਂ ਸਿੱਖੀ ਦੇ ਪ੍ਰਤੀ ਮੇਰੀ ਉਹੀ ਡੈਫੀਨੇਸ਼ਨ ਹੈ ਜਿਹੜੀ ਬਾਣੀ ਚ ਲਿਖੀ ਹੋਈ ਹੈ ਜਿਹੜੀ ਗੁਰ ਇਤਿਹਾਸ ਚ ਲਿਖੀ ਹੋਈ ਹੈ ਗੁਰੂ ਨੂੰ ਕਿਵੇਂ ਵੇਖਣਾ ਕਿੰਨੀ ਨੇ ਸਿੰਧੀ ਸਿੱਖ ਨੇ ਮਾਲੂ ਨਹੀਂ ਬਹੁਤ ਸਾਰੇ ਸਿੱਖ ਨੇ ਜਿਹੜੇ ਖਾਲਸਤਾਨ ਨਾਲ ਸਹਿਮਤ ਨਹੀਂ ਹੈਗੇ ਨਹੀਂ ਖਾਲਸਤਾਨ ਦੇ ਉੱਤੇ ਨਹੀਂ ਸਿੱਖੀ ਦਾ ਕ੍ਰਾਈਟੇਰੀਆ ਨਹੀਂ ਰੱਖਿਆ ਹੋਇਆ ਸੀ ਰਾਜ ਦੇ ਉੱਤੇ ਰਾਜ ਕਰੇਗਾ ਖਾਲਸਾ ਆ ਕੀ ਰਹੇ ਨਾ ਕੋਏ ਰਾਜ ਖਾਲਸਤਾਨੀ ਹੈ ਹੁਣ ਜੇ ਕੋਈ ਬੰਦਾ ਦੇਖੋ ਹੁਣ ਇੱਕ ਸਿੰਪਲ ਗੱਲ ਹੈ ਕਿ ਸਿੱਖਾਂ ਚ ਕਿੰਨੀਆਂ ਸੰਪਰਦਾਵਾਂ ਉਦੋਂ ਵੀ ਰਹੀਆਂ ਤੁਹਾਨੂੰ ਪਤਾ ਬੱਬਰ ਸੰਤ ਲੋਂਗਵਾਲ ਦੇ ਨੇੜੇ ਰਹੇ ਬਿਲਕੁਲ ਰਹੇ ਨਾ ਹੋਰ ਕਿੰਨੇ ਪਰ ਬੱਬਰਾਂ ਨੇ ਅਖੀਰ ਤੇ ਆਣ ਕੇ ਤੇ ਇੱਕੋ ਕੰਕਲੂਜਨ ਕੱਢਿਆ ਬਹੁਤ ਸਾਰੇ ਮੈਂ ਤਾਂ ਕਿ ਇਹ ਤਾਂ ਛੋਟੀ ਕੰਟਰਡਿਕਸ਼ਨਾਂ ਹੋਰ ਕਿੰਨੀਆਂ ਸੰਪਰਦਾਵਾਂ ਨੇ ਕਿੰਨੇ ਲੋਕ ਨੇ ਜਿਹੜੇ ਇਸ ਵਿਚਾਰ ਨਾਲ ਸਹਿਮਤ ਨਹੀਂ ਆ। ਨਾ ਹੁਣ ਕੋਈ ਜ਼ਬਰਦਸਤ ਉਹ ਕਹਿੰਦਾ ਕੁਸ਼ਤਾ ਇਹ ਮੰਦੇ ਆ ਕਿ ਪਾਤਸ਼ਾਹੀ ਤਾਂ ਗੁਰੂ ਬਖਸ਼ ਗਏ ਗੁਰੂ ਸਿੱਖ ਤੇ ਹਮੇਸ਼ਾ ਚੜ੍ਹਦੀ ਕਲਾ ਚ ਹੀ ਹੁੰਦਾ ਜਿਵੇਂ ਤੁਹਾਡਾ 15ਵਾਂ ਮੱਤਾ ਕਹਿੰਦਾਗਾ ਜਿਹੜਾ ਤੁਹਾਡਾ 15ਵਾਂ ਮੱਤਾ ਜਾਂ ਜਿਵੇਂ ਤੁਸੀਂ ਸਟੇਜ ਦੇ ਉੱਤੋਂ ਕਹਿੰਦੇ ਹੋ ਕਿ ਜਦੋਂ ਖਾਲਸਤਾਨ ਬਣੂਗਾ ਜਾਂ ਜਦੋਂ ਸਾਡਾ ਰਾਜ ਆਊਗਾ ਉਹਦੀ ਅਸੀਂ ਚੜ੍ਹਦੀ ਕਲਾ ਚ ਹੋਮਾਂਗੇ ਹਾਂ ਉਹਦੇ ਦੀ ਇੱਕ ਮੈਂ ਤੁਹਾਨੂੰ ਦੱਸ ਦਿੰਦਾ ਗੁਰੂ ਤਾਂ ਕਹਿੰਦਾ ਤੁਸੀਂ ਚੜ੍ਹਦੀ ਗੁਰੂ ਇੱਕ ਇੱਕ ਮਿੰਟ ਚੜ੍ਹਦੀ ਐਕਸਪੀਰੀਐਂਸ ਮੈਂ ਬੰਦ ਇੱਕ ਗੁਰੂ ਕਹਿ ਕੇ ਗਏ ਹਾਂ ਤੁਹਾਨੂੰ ਪਾਤਸ਼ਾਹੀ ਬਖਸ਼ ਦਿੱਤੀ ਗਿਆ ਸਿੱਖ ਹਮੇਸ਼ ਇੱਕ ਤੇ ਹੁੰਦਾ ਇੰਡੀਵਿਜੂਅਲ ਸਿੱਖ ਦੇ ਉੱਤੇ ਇਹ ਗੱਲ ਲਾਗੂ ਹੋ ਸਕਦੀ ਹੈ ਕਿ ਕੋਈ ਬੰਦਾ ਬਹੁਤ ਚੜ੍ਹਦੀ ਕਲਾ 'ਚ ਕੁਝ ਸਮੂਹ ਸਿੱਖਾਂ ਦਾ ਚੜ੍ਹਦੀ ਕਲਾ 'ਚ ਰਹਿ ਸਕਦਾ ਆਪਾਂ ਜਦੋਂ ਰਾਜ ਦੀ ਗੱਲ ਕਰਦੇ ਆਪਾਂ ਮਾਸਸ ਵਾਸਤੇ ਕਰਦੇ ਆਂ ਮਾਸਸ ਵਾਸਤੇ ਜਿਹੜੇ ਬੱਚੇ ਨੇ ਸਕੂਲ ਜਾਣਾ ਸਾਡੇ ਜਿਹੜੇ ਜਿਹਦੇ ਮਾਪਿਓਂ ਕੌਮ ਦੀ ਪੂਰੀ ਕਿਸੇ ਵੀ ਕੌਮ ਦੀ ਆਬਾਦੀ ਆਪਾਂ ਨੂੰ ਪੋਲੀਟਿਕਲ ਵਿੱਚ ਰਣ ਦੀ ਵੀ ਲੋੜ ਹੈ ਨਾ ਸਾਡੀ ਜਿਹੜੀ ਆਬਾਦੀ ਖਤਮ ਹੋ ਗਈ ਘਟ ਗਈ ਤਾਂ ਵੀ ਅਸੀਂ ਸਰਵਾਈਵ ਨਹੀਂ ਕਰ ਸਕਦੇ ਸੋ ਇਸ ਕਰਕੇ ਇੱਕ ਸਟਰਕਚਰ ਖੜਾ ਕਰਨਾ ਜਿਹੜਾ ਬੇਸਿਕਲੀ ਉਹ ਕੰਮ ਕਰਦਾ ਹੈ ਜਿਹੜਾ ਸਟੇਟ ਕਰਦੀ ਹੈ ਜਿਵੇਂ ਸਾਡੇ ਬੱਚੇ ਹਿੰਦੀ ਸ ਸਾਡੇ ਬੱਚੇ ਪੰਜਾਬੀ ਐਫਰਟ ਨਾ ਸਿੱਖਦੇ ਨੇ ਪੰਜਾਬ ਚ ਰਹਿ ਕੇ ਸਾਨੂੰ ਐਫਰਟ ਕਰਨਾ ਪੈਂਦਾ ਏਕ ਸਟੇਟ ਦਾ ਹੋਣ ਦਾ ਫਾਇਦਾ ਸੋ ਅਸੀਂ ਜਦੋਂ ਰਾਜ ਦੀ ਮੰਗ ਕਰਦੇ ਆ ਨਾ ਰਾਜ ਦੀ ਮੰਗ ਇਸ ਕਰਕੇ ਨਹੀਂ ਕਰਦੇ ਵੀ ਗੱਦੀ ਤੇ ਬੈਠਣ ਦਾ ਸਾਨੂੰ ਚਾਹ ਚੜ ਗਿਆ ਅਸੀਂ ਇਸ ਕਰਕੇ ਮੰਗ ਕਰਦੇ ਆ ਵੀ ਜੇ ਫਰਜ਼ ਕਰੋ ਕਿਸੇ ਦੇ ਮਾਪਿਓ ਨੇ ਕੰਮੇ ਸਿੱਖਿਆ ਚੰਗੇ ਸਿੱਖ ਨਹੀਂ ਹੈਗੇ ਉਹ ਨਹੀਂ ਬਣ ਸਕੇ ਚੰਗੇ ਸਿੱਖ ਘਟੋ ਘਟ ਬੱਚਾ ਜਦੋਂ ਮਾਪਿਓ ਦੇ ਘਰ ਤੋਂ ਬਾਹਰ ਜਾਂਦਾ ਏ ਉੱਥੇ ਵੀ ਇੱਕ ਸਿੱਖੀ ਦਾ ਮਾਹੌਲ ਹੋਵੇ ਸੁਰਾਜ ਅਸਲ ਦੇ ਵਿੱਚ ਢਾਂਚਾ ਹੁੰਦਾ ਵੱਡੇ ਕਰਦੇ ਰੂਪ ਦੇ ਵਿੱਚ ਵੀ ਜਿੱਥੇ ਬੱਚਾ ਸਿਕਿਉਰ ਫੀਲ ਕਰਦਾ ਜਿੱਥੇ ਇੱਕ ਸੇਫ ਮਾਹੌਲ ਹੈ ਤੁਹਾਡੇ ਬੱਚਿਆਂ ਵਾਸਤੇ ਆਪਣੇ ਕਲਚਰ ਨਾਲ ਵਿਰਸੇ ਨਾਲ ਧਰਮ ਨਾਲ ਜੁੜਨ ਦਾ ਇਹ ਰਾਜ ਦਾ ਕਨਸੈਪਟ ਹੈ ਹੁਣ ਇਹਦੇ ਤੋਂ ਜੇ ਕੋਈ ਬੰਦਾ ਮੁਨਕਰ ਹੁੰਦਾ ਫਿਰ ਤੋਂ ਦੁਨੀਆ ਦੇ ਸਾਰੇ ਰਾਜ ਖਤਮ ਕਰਦੇ ਹੋ ਫਿਰ ਤੇ ਹਿੰਦੁਸਤਾਨ ਨੂੰ ਵੀ ਖਤਮ ਕਰਦੇ ਹੋ ਪਾਕਿਸਤਾਨ ਨੂੰ ਵੀ ਖਤਮ ਕਰਦੇ ਹੋ ਅਫਗਾਨਿਸਤਾਨ ਰਿਆਂ ਨੂੰ ਕਰਦੇ ਹੋ ਦੁਨੀਆ ਦੇ ਉੱਤੇ ਮੁਲਕ ਬਣੇ ਗਲੋਬਲ ਪ੍ਰੋਜੈਕਟ ਆ ਜਾਂ ਪੰਜਾਬ ਦਾ ਪ੍ਰੋਜੈਕਟ ਆਗਾ ਸਿੱਖੀ ਗਲੋਬਲ ਪ੍ਰੋਜੈਕਟ ਹੈ ਜਿਵੇਂ ਲਾਹੌਰ ਦਰਬਾਰ ਤੇ ਕਬਜ਼ਾ ਹੋਇਆ ਸੀ ਪਹਿਲਾਂ ਰਾਜ ਖਾਲਸਾ ਫੇਰ ਐ ਐਕਸਪੈਂਸ਼ਨ ਤੇ ਐਗਜ਼ਿਸਟੈਂਸ ਤੋਂ ਬਿਨਾ ਤੁਸੀਂ ਕਹਿੰਦੇ ਹੋ ਸਿੱਖੀ ਗਲੋਬਲ ਪ੍ਰੋਜੈਕਟ ਆ ਤੁਸੀਂ ਕਹਿੰਦੇ ਹੋ ਜਿਹੜਾ ਅਮਨ ਅਮਰਤ ਨਹੀਂ ਛੱਕੂ ਸੱਤ ਸੱਤਾ ਪਰ ਡਿਵਰਸਟੀ ਨੇ ਸਿੱਖੀ ਖਤਮ ਨਹੀਂ ਕਰਦੀ ਨਹੀਂ ਸਿੱਖੀ ਚ ਮੈਂ ਤਾਂ ਕਹਿੰਨਾ ਸਿੰਧੀ ਨੇ ਸਿੱਖੀ ਚ ਵਿਦੇਸ਼ਾਂ ਜਿਹੜੀ ਹਾਂ ਸਾਡੀ ਦੂਜੀ ਤੀਜੀ ਪੀੜ੍ਹੀ ਆ ਉਹਨਾਂ ਦਾ ਫਿਰ ਕੀ ਮਤਲਬ ਜੇ ਸਿੱਖੀ ਗਲੋਬਲ ਪ੍ਰੋਜੈਕਟ ਆ ਗਈ ਤਾਂ ਜਿਹੜੀ ਸਾਡੀ ਧਾਰਨਾ ਵੀ ਤਾਂ ਫਿਰ ਵੱਡੀ ਹੋਣੀ ਚਾਹੀਦੀ ਆ ਨਾ ਨਹੀਂ ਗਲੋਬਲ ਪ੍ਰੋਜੈਕਟ ਦੇ ਵਿੱਚ ਡਿਵਰਸਟੀ ਵੀ ਤੇ ਰਿਸਪੈਕਟ ਕਰਨੀ ਪੈਣੀ ਆ ਨਾ ਸਿੱਖ ਦੇ ਮਨਚੇ ਇਹ ਖਿਆਲ ਕਿਉਂ ਆ ਵੀ ਸਾਰੀ ਦੁਨੀ ਜਿਵੇਂ ਸਲਾਮ ਦੇ ਵਿੱਚ ਵੀ ਜਹਾਦ ਹੋਵੇ ਦੁਨੀਆ ਪਰਚੇ ਸਲਾਮ ਦਾ ਝੰਡਾ ਝੂਲੇ ਸਾਡਾ ਇਹ ਖਿਆਲ ਨਹੀਂ ਹੈਗਾ ਸਾਡਾ ਖਿਆਲ ਹੈ ਵੀ ਸਿੱਖ ਪਾਵਰਫੁਲ ਇਨਾਫ ਹੋਣ ਸੰਸਾਰ ਦੇ ਉੱਤੇ ਪਰ ਸਿੱਖ ਕਿਸੇ ਨੂੰ ਜਬਰੀ ਬਦਲਣਾ ਸਿੱਖ ਕਿਸੇ ਦੀ ਜਬਰੀ ਜਬਰੀ ਇਨਰਨਿਟੀ ਅਸੀਂ ਫਲਵਾੜੀ ਹੈ ਪਰ ਜੋ ਤੁਸੀਂ ਕਹਿੰਦੇ ਹੋ ਕਿ ਜੇ ਜੇ ਸਿੱਖ ਅਮਰਤ ਨਹੀਂ ਛਕਦਾ ਸਿੱਖ ਅਮਰਤ ਨਹੀਂ ਛਕਦਾ ਹਾਂ ਹਾਂ ਸਿੱਖ ਸਿੱਖ ਅਮਰਤ ਨਹੀਂ ਛਕਦਾ ਜੀ ਸਿੱਖ ਅਮਰਤ ਨਹੀਂ ਛਕਦਾ ਤਾਂ ਫਿਰ ਇੱਕ ਤਰ੍ਹਾਂ ਦੀ ਵੰਡਣਾ ਹੋਈ ਜਿਹੜਾ ਨਹੀਂ ਛਕੂਗਾ ਉਹਨੂੰ ਇਹ ਮਹਿਸੂਸ ਨਹੀਂ ਹੋਊਗਾ ਮੰਨ ਲਓ ਰਾਜ ਆਜੇ ਤੁਹਾਡਾ ਹਰੇ ਉਹਨੂੰ ਮਹਿਸੂਸ ਨਹੀਂ ਹੋਊਗਾ ਨਹੀਂ ਉਹਦੇ ਉਹਦੇ ਚ ਦੇਖੋ ਕੋਈ ਪਨਿਸ਼ਮੈਂਟ ਥੋੜੀ ਹੈਗੀ ਜੇ ਸਿੱਖ ਅਮਰਤ ਨਹੀਂ ਸ਼ਕੋਗੇ ਜਿਉਂ ਤੁਸੀਂ ਇਹ ਇੱਕ ਮੰਨ ਲਓ ਕੌਮ ਦਾ ਲੀਡਰ ਇਹ ਕਹਿ ਦੂਗਾ ਕਿ ਜੇ ਅਮਰਤ ਨਹੀਂ ਸ਼ਕੋਗੇ ਤਾਂ ਸੱਚਖੰਡ ਨਹੀਂ ਜਾਓਗੇ ਜਦ ਸਿੱਖ ਜਦ ਅਮਰਤ ਇਹਨੂੰ ਮੈਂ ਦੂਜੇ ਸ਼ਬਦਾਂ ਚ ਦੂਜੇ ਸ਼ਬਦਾਂ ਚ ਸਿੱਖਣੇ ਉਹ ਵੰਡ ਨਹੀਂ ਹੈਗੀ ਨਹੀਂ ਮੈਂ ਦੂਜੇ ਸ਼ਬਦਾਂ ਚ ਕਹਿ ਦਿੰਦਾ ਵੀ ਜੇ ਤੁਸੀਂ ਗੁਰੂ ਦਾ ਹੁਕਮ ਨਹੀਂ ਮੰਨੋਗੇ ਤਾਂ ਖ਼ਵਾਰ ਹੋਵੋਗੇ ਜਿਹੜਾ ਸਿੱਖ ਗੁਰੂ ਦਾ ਹੁਕਮ ਨਹੀਂ ਮੰਨੂਗਾ ਉਹ ਖ਼ਵਾਰ ਹੋਵੇਗਾ ਇਹ ਤਾਂ ਫਿਰ ਵੀ ਇਹ 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 ਗੱਲ ਠੀਕ ਹੋ ਸਕਦੀ ਹੈ ਨਹੀਂ 1 ਮਿੰਟ ਮੇਰੀ ਗੱਲ ਸੁਣਾ ਅਮਰਤ ਤੁਹਾਡੇ ਤੋਂ ਪਹਿਲਾਂ ਇਹ ਗਲਤ ਕਿਸੇ ਨੇ ਨਹੀਂ ਕੀਤਾ ਤੁਸੀਂ ਇਤਿਹਾਸ ਪੜ੍ਹ ਲਓ ਭਾਈ ਦੱਲੇ ਦਾ ਇਤਿਹਾਸ ਹੈ ਗੁਰੂ ਸਾਹਿਬ ਨੇ ਕਿਹਾ ਖੰਡੇ ਬਾਟੇ ਦੀ ਪੌਲ ਕਿ ਤਿਆਰ ਕੀਤੀ ਗੁਰੂ ਸਾਹਿਬ ਨੇ ਇਹ ਦੱਸੋ ਮੈਨੂੰ ਇਹਦਾ ਕੀ ਲੋਜ ਫਿਰ ਮੈਂ ਕਹਿ ਰਿਆਂਗਾ ਕਿ ਅੱਜ ਦੇ ਟਾਈਮ 'ਚ ਜੇ ਸਿੱਖੀ ਗਲੋਬਲ ਪ੍ਰੋਜੈਕਟ ਆ ਹਾਂ ਗਲੋਬਲ ਸਿੱਖ ਬੈਠੇ ਨੇ ਗਲੋਬਲ ਮੁਕਤਰਾ ਸਿੱਖੀ ਦੀ ਸਿੱਖੀ ਦੇ ਮੁਕਤਰਾ ਪਾਕਿਸਤਾਨ 'ਚ ਬੈਠੇ ਨੇ ਸਿੰਧੀ ਨੇ ਮੈਂ ਕਹਿ ਰਾਂਗਾ ਉਹਨਾਂ 'ਚ ਬਹੁਤ ਸਾਰੇ ਹੋਣਗੇ ਜਿਹੜੇ ਨਹੀਂ ਮੰਨ ਲੋ ਛਕਣਾ ਚਾਹੁੰਦੇ ਹੋਣਗੇ ਜਾਂ ਨਹੀਂ ਛਕਦੇ ਹੋਣਗੇ ਉਹਨਾਂ ਦਾ ਕੀ ਕਰੋਗੇ ਬਾਹਰ ਨਹੀਂ ਉਹ ਬਾਹਰ ਦੀ ਸਿੱਖੀ ਜੋ ਬਾਹਰ ਨਹੀਂ ਕੋਈ ਨਹੀਂ ਕਹਿੰਦੇ ਅ ਇੱਕ ਬੰਦਾ ਕਵੇ ਵੀ ਦੇਖੋ ਜੀ ਮੈਂ ਸਕੂਲੇ ਜਾਣਾ ਹੈ ਦਾਖਲਾ ਨਹੀਂ ਲੈਣਾ ਮੈਂ ਬਾਹਰ ਬੈਠ ਕੇ ਆ ਜਾਣਾ ਸਕੂਲ ਦੇ ਬਾਹਰ ਕੋ ਕੰਦਾ ਗੁੰਦਾ ਤੋਂ ਪੜ ਕੇ ਆ ਜਾਣਾ ਜਿੰਨੇ ਗੁਰੂ ਸਾਹਿਬ ਦੇ ਸਕੂਲ ਚ ਦਾਖਲਾ ਲੈਣਾ ਸਿੱਖੀ ਚ ਉਹਨੂੰ ਖੰਡੇ ਬਾਡੇ ਦੀ ਪੌੜ ਛਕਣੀ ਪੈਣਗੇ ਹੈ ਇਹ ਖੰਡੇ ਬਾਡੇ ਦੀ ਪੌੜ ਨੇ ਸਿੱਖਾਂ ਚ ਮੀਰੀ ਪੀਰੀ ਦਾ ਸਿਧਾਂਤ ਵੀ ਪੈਦਾ ਕਰਨਾ ਜਿਹੜੀ ਸਿੱਖੀ ਦੀ ਮੋਢਲੀ ਸਾਡੀ ਲੋੜ ਹੈ ਮੀਰੀ ਪੀਰੀ ਦੇ ਸਿਧਾਂਤ ਤੋਂ ਬਿਨਾ ਸਿੱਖੀ ਬੋਰਨ ਚੱਲ ਨਹੀਂ ਸਕਦੀ ਮੈਂ ਹੀ ਪੁੱਛ ਰਿਹਾ ਤਦ ਜਿਹੜਾ ਹਿੱਸਾ ਰਹਿ ਜਾਊਗਾ ਉਹਦਾ ਕੀ ਕਰੋਂਗੇ ਉਹਨਾਂ ਨੂੰ ਪ੍ਰੇਰਿਤ ਕਰਾਂਗੇ ਵੀ ਆਓ ਭਾਈ ਅਸੀਂ ਉਹਨਾਂ ਨੂੰ ਕਿਹੜਾ ਕੋਈ ਏਦਾਂ ਦਾ ਕੋ ਇਹ ਜਿਹੜਾ ਤੁਸੀਂ ਜੀਵ ਰਾਜ ਬਣ ਜਾਂਦਾ ਹਾਂ ਤੇ ਉਹਦੇ ਚ ਸਾਰੇ ਜੇ ਉਹਦੇ ਚ ਜਿਹੜੇ ਜਿਹੜੇ ਜੇ ਉਹਦੇ ਚ ਇਹ ਜਿਹੇ ਲੋਕ ਹੋਣਗੇ ਜਿਹੜੇ ਕਹਿਣਗੇ ਅਸੀਂ ਅਮਰਤ ਨਹੀਂ ਛਕਣਾ ਫੇਰ ਦੇਖੋ ਉਹਦੇ ਚ ਹਿੰਦੂ ਰਹਿਣਗੇ ਹਿੰਦੂ ਨੇ ਅਮਰਤ ਨਹੀਂ ਛਕਣਾ ਨਹੀਂ ਸਿੱਖਾਂ ਦੀ ਗੱਲ ਕਰ ਰਿਹਾ ਮੈਂ ਮੈਂ ਕਹਿੰਦਾ ਜੇ ਹਿੰਦੂਆਂ ਨੂੰ ਕੋਈ ਪਤਾ ਹੀ ਆਪਾਂ ਨੂੰ ਜੇ ਸਿੱਖ ਨਾ ਛਕਣਗੇ ਤਾਂ ਕੀ ਹੋ ਜਾਊਗਾ ਅਮਰਤ ਅਮਰਤ ਦੇਖੋ ਦੋ ਚੀਜ਼ਾਂ ਆ ਅਮਰਤ ਦੇ ਵਿੱਚ ਜਦੋਂ ਛਕਣ ਜਾਈਦਾ ਪੰਜ ਪਿਆਰੇ ਸਭ ਤੋਂ ਪਹਿਲਾਂ ਕੀ ਪੁੱਛਦੇ ਆ ਵੀ ਇਹ ਤੁਸੀਂ ਕਿਸੇ ਦੇ ਪ੍ਰੈਸ਼ਰ ਚ ਦੇ ਨਹੀਂ ਆਏ ਕਿਸੇ ਨੇ ਤੁਹਾਨੂੰ ਵਰਗਲਾ ਕੇ ਦੇ ਨਹੀਂ ਲਿਆਂਦਾ ਤੁਸੀਂ ਆ ਮਰਿਆਦਾ ਸੁਣਾਉਂਦੇ ਨੇ ਫਿਰ ਅਮਰਤ ਸਿਖਾਉਂਦੇ ਨੇ ਪਹਿਲਾਂ ਮਰਿਆਦਾ ਹੁੰਦੀ ਹੈ ਪੂਰੀ ਸੋ ਇਹਦਾ ਮਤਲਬ ਹੈ ਫੋਰਸਫੁਲੀ ਤੇ ਕਿਸੇ ਨਾਲ ਨਹੀਂ ਹੋ ਰਿਆ ਸੋ ਉੱਥੇ ਵੀ ਜੇ ਸਿੱਖ ਮੁੜ ਜਾਊਗਾ ਤੇ ਇਦਾਂ ਦਾ ਤਾਂ ਕੋਈ ਲਾਅ ਨਹੀਂ ਹੈਗਾ ਇਸਲਾਮ ਚ ਲਾਅ ਹੈਗਾ ਵੀ ਜਿਹੜਾ ਬੰਦਾ ਇਸਲਾਮ ਛੱਡ ਕੇ ਤੁਰ ਜੂ ਹੈ ਤੁਹਾਡੀਆਂ ਇਹ ਗੱਲਾਂ ਦੇ ਉੱਤੇ ਕੁਛ ਲੋਕ ਇਹ ਤੁਹਾਡੀ ਸਮਝਦਾਰੀ ਤੇ ਸਵਾਲ ਕਰਦੇ ਨੇ ਕਿ ਅਮਰਤ ਇਸ ਤਰ੍ਹਾਂ ਦੀਆਂ ਗੱਲਾਂ ਕਿਉਂ ਕਰਦਾ ਮਤਲਬ ਇਹ ਉਹਨੂੰ ਕੇਰਾ ਵੱਡਾ ਰੱਖਣਾ ਚਾਹੀਦਾਗਾ ਉਹਨੂੰ ਇਸ ਤਰ੍ਹਾਂ ਦੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਜਿਸ ਤਰ੍ਹਾਂ ਦੀਆਂ ਸਟੇਟਮੈਂਟਾਂ ਉਹ ਦੇ ਰਿਹਾ ਸ਼ਹੀਦੀ ਦੇ ਕਨਸੈਪਟ ਬਾਰੇ ਜਾਂ ਬਾਕੀ ਚੀਜ਼ ਦੀ ਉਹਨਾਂ ਨੂੰ ਕਿਉਂ ਲੱਗਦੀਆਂ ਹੌਲੇ ਕਿਉਂਕਿ ਉਹਨਾਂ ਨੇ ਨਾ ਸਿੱਖੀ ਨੂੰ ਇੱਕ ਬਣਾ ਲਿਆ ਵੀ ਜਿੱਦਾਂ ਉਹ ਕਿਸੇ ਨੂੰ ਹਰ ਇੱਕ ਨੂੰ ਵੰਡ ਦਈਦੀ ਨਾ ਜਾ ਕੇ ਚੀਜ਼ ਵੀ ਆ ਤੁਸੀਂ ਵੀ ਆਜੋ ਤੁਸੀਂ ਵੀ ਆਜੋ ਸਿੱਖੀ ਪਤਾ ਕੀ ਹੈ ਸਿੱਖੀ ਕੋਡ ਆਫ ਕੰਡਕਟ ਤੇ ਹੈਗਾ ਹੁਣ ਸਿੱਖੀ ਨੇ ਮਹਾਰਾਜੇ ਨੇ ਜਦੋਂ ਪਹਿਲਾਂ ਹੀ ਮੰਗਿਆ ਜਉਂ ਤੋਂ ਪ੍ਰੇਮ ਖੇਲਣ ਕਾ ਚਾਹੋ ਸਿਰ ਧਰ ਤਲੀ ਗਲੀ ਮਹਾਰਾਜ ਕੋਈ ਸੌਖੀ ਗੱਲ ਵੀ ਕਰ ਸਕਦੇ ਸੀ ਨਾ ਵੀ ਸਿਰ ਨਾ ਦੋ ਚਲੋ ਕੋਈ ਨਹੀਂ ਵੀ ਆਣ ਕੇ ਮੇਨੂੰ ਮੱਥਾ ਹੀ ਟੇਕ ਲੋ ਜੇ ਮਹਾਰਾਜ ਇਹ ਕਹਿ ਦਿੰਦੇ ਮਾਰਾ ਜੀ ਨੇ ਸਿਰ ਮੰਗ ਲਿਆ ਤੁਸੀਂ ਹੁਣ ਗੁਰੂ ਨਾਨਕ ਪਾਤਸ਼ਾਹ ਨੂੰ ਕਹਿ ਦਿਓਗੇ ਵੀ ਗੁਰੂ ਸਾਹਿਬ ਐਡਾ ਵੱਡਾ ਕ੍ਰਾਈਟੇਰੀਆ ਰੱਖ ਦਿੱਤਾ ਹੈ ਵੀ ਸਿਰ ਹੀ ਮੰਗੀ ਜਾਂਦੇ ਜਿਹੜੇ ਪਹਿਲਾਂ ਸ਼ੁਰੂਤ ਸਾਡਾ ਪਰ ਗੁਰੂ ਸਾਹਿਬ ਤਾਂ ਆਪਾਂ ਜੋਤ ਹੀ ਕਹਿੰਦੇ ਆ ਨਾ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਥੱਲੇ ਤੱਕ ਆਪਾਂ ਕਹਿੰਦੇ ਗੁਰੂ ਗੋਬਿੰਦ ਸਿੰਘ ਜੀ ਦੀ ਜੋਤ ਹੈ ਹਾਂ ਅਕਾਲ ਪੁਰਖ ਨੇ ਨੌ ਗੁਰੂ ਨੇ ਉਹਨਾਂ 'ਚ ਤਾਂ ਉਹਨਾਂ ਦੀ ਸਿੱਖੀ ਦੀ ਵਿਆਖਿਆ ਜਿਹੜੀ ਹੈਗੀ ਖਾਲਸਾ ਦੀ ਵਿਆਮਾਹ ਕਹਿੰਦਾ ਨਾ ਖਾਲਸਾ ਐਂਟਰੀ ਹੁੰਦੀ ਹੈ ਇਹ 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 ਪਤਾ ਕਿਉਂ ਆਪਾਂ ਨੂੰ ਕਨਫਿਊਜ਼ਨ ਲੱਗਦੀ ਹੈ ਸਿੱਖੀ ਦਾ ਸਿਧਾਂਤ ਕੀ ਕਹਿੰਦਾ ਜਦੋਂ ਗੁਰੂ ਪ ਅਕਾਲ ਜੋਤ ਹੈ ਜਾਮਾ ਬਦਲਿਆ ਸੋ ਪਹਿਲੇ ਪਾਤਸ਼ਾਹ ਜਾਮੇ ਚ ਗੁਰੂ ਨਾਨਕ ਪਾਤਸ਼ਾਹ ਨੇ ਜੋ ਸਿੱਖੀ ਦੀ ਡੈਫੀਨੇਸ਼ਨ ਘੜੀ ਦਸਵੇਂ ਜਾਮੇ ਚ ਉਹਨੂੰ ਸੰਪੂਰਨ ਕੀਤਾ ਇਹ ਜਿਦਾਂ ਇੱਕ ਜੀਵਨ ਦੇ ਵਿੱਚ ਬੰਦਾ ਲਾਸਟ ਤੇ ਆ ਕੇ ਸੰਪੂਰਨਤਾ ਹੀ ਕਰਦਾ ਹੈ ਕਿਸੇ ਨੂੰ ਸੋ ਆਪਾਂ ਜਿਹੜੀ ਸਿੱਖੀ ਹੈ ਨਾ ਆਪਾਂ ਗੁਰੂਆਂ ਨੂੰ ਜਦੋਂ ਡਿਫਰੈਂਸ਼ੀਏਟ ਕਰਕੇ ਵੇਖਾਂ ਕਿ ਫਲਾਣਾ ਗੁਰੂ ਅੱਡ ਹੈ ਦੂਜਾ ਅੱਡ ਹੈ ਤੇ ਜਾ ਨਹੀਂ ਮੈਂ ਤਾਂ ਜੋਤੀ ਕਹਿ ਰਹੇ ਹਾਂ ਕਿ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਜੋਤ ਹੈ ਤੇ ਜੋਤ ਦੇ ਜੋਤ ਮੈਂ ਕਹ ਰਹਿंगा ਕਿ ਜੋ ਪਿੱਛੇ ਲਿਖਿਆ ਗਿਆ ਜੋ ਗੁਰੂ ਨਾਨਕ ਸਾਹਿਬ ਨੇ ਲਿਖਿਆ ਜੋ ਆਪਾਂ ਨੂੰ ਪਤਾ ਬਾਣੀਆਂ ਗੁਰੂ ਸਾਹਿਬ ਦੀ ਆਪਣੀ ਆਪਣੀ ਬਾਣੀਆਂ ਆ ਪਮੰਧੀਆਂ ਨਾ ਕਿ ਗੁਰੂ ਨਾਨਕ ਸਾਹਿਬ ਦੀ ਬਾਣੀ ਐ ਅੱਗੇ ਆਪਾਂ ਮੰਨਦੇ ਆ ਇਹਨਾਂ ਦੀ ਬਾਣੀ ਐ ਇਹਨਾਂ ਦੀ ਬਾਣੀ ਐ ਹਣਾ ਤਾਂ ਆਪਾਂ ਉਦੋਂ ਵੀ ਤਾਂ ਕਹਿੰਨੇ ਕਿ ਇਹਨਾਂ ਦੀ ਬਾਣੀ ਐ ਇਹ ਤਾਂ ਮੈਂ ਕਹ ਰਿਹਾ ਡਿਫਰੈਂਸ਼ੀਏਸ਼ਨ ਤਾਂ ਦਿੰਨੇ ਆਪਾਂ ਵੀ ਜਾਮੇ ਅਡੜ ਮੇ ਅਕਾਲ ਜੋਤ ਇੱਕ ਐ ਉਹਦੇ ਚ ਚਰਨਾ ਅਮਰਤ ਦੀ ਪਹਿਲਾ ਰਵਾਇਤ ਸੀ ਸਿੱਖਾਂ ਦੇ ਵਿੱਚ ਚਰਨਾ ਅਮਰਤ ਪੀ ਕੇ ਹੀ ਸਿੱਖ ਬਣਦਾ ਸੀ ਗੁਰੂ ਦਾ ਜਿਹਨੇ ਗੁਰੂ ਦਾ ਸਿੱਖ ਬਣਨਾ ਹੈ ਹੈ ਸੋ ਇਸ ਉਸ ਤੋਂ ਬਾਅਦ ਖੰਡੇ ਬਾਟੇ ਦੀ ਪਾਉਲ ਸ਼ੁਰੂ ਹੋਈ ਹੈ ਉਸ ਤੋਂ ਬਾਅਦ ਖੰਡੇ ਬਾਟੇ ਦੀ ਪਾਉਲ ਛੱਕ ਕੇ ਹੀ ਸਿੱਖ ਬਣਿਆ ਜਾਂਦਾ ਸੀ ਗੁਰੂ ਨਾਲ ਪ੍ਰੇਮ ਤੁਹਾਡਾ ਹੋ ਸਕਦਾ ਹੈ ਪਰ ਮੇਰਾ ਸਵਾਲ ਇੱਕੋ ਹੀ ਹੈ ਮੈਂ ਇਹਨੂੰ ਸਖਤੀ ਜੀ ਨਹੀਂ ਪੁੱਛਦਾ ਮੈਂ ਕਹਿੰਨਾ ਵੀ ਜਿਹਦੇ ਨਾਲ ਪ੍ਰੇਮ ਹੈ ਜਿਹਦੀ ਖਾਤਰ ਸਿਰ ਦੇ ਦਿੱਤਾ ਜਾ ਸਕਦਾ ਤੁਸੀਂ ਕਹਿੰਦੇ ਨਾ ਤੁਸੀਂ ਸਮਝਦਾਰੀ ਤੇ ਸਵਾਲ ਖੜੇ ਕਰਦੇ ਹੋ ਇਹ ਕਿਹਦੇ ਬਿਲਕੁਲ ਸਿੱਖਾਂ ਦੀ ਸਮਝਦਾਰੀ ਤੇ ਸਵਾਲ ਸਿੱਖਾਂ ਦੀ ਨਹੀਂ ਇਹ ਸਿੱਖ ਤੇ ਮੈਨੂੰ ਤੇ ਬਹੁਤ ਨੌਜਵਾਨ ਮਿਲਦੇ ਆ ਉਹ ਜਿਹੜੇ ਜਿਹੜੇ ਮੋਨੇ ਵੀ ਆ ਉਹ ਕਹਿੰਦੇ ਵੀ ਅਸੀਂ ਜਰੂਰ ਕੋਸ਼ਿਸ਼ ਕਰ ਰਹੇ ਹਾਂ ਮਹਾਰਾਜ ਦੇ ਅੱਗੇ ਵੀ ਅਰਦਾਸ ਬੇਨਤੀ ਕਰਦੇ ਹਾਂ ਵੀ ਜਿਹਨੇ ਰਾਤੇ ਤੁਰਨਾ ਨਹੀਂ ਉਹਨੂੰ ਐ ਲੱਗਦਾ ਵੀ ਮੈਨੂੰ ਐਕਸਕਲੂਡ ਐਕਸਕਲੂਡ ਉਹਨੂੰ ਵੀ ਨਹੀਂ ਕਰਨਾ ਕਿਸੇ ਉਹ ਉਹ ਕਿਉਂ ਮੰਨ ਉਹ ਕਿਉਂ ਕਹਿੰਦਾ ਵੀ ਮੈਂ ਪਰਫੈਕਟ ਸਿੱਖ ਹਾਂ ਜੇ ਉਹ ਹੁਕਮ ਨਹੀਂ ਮੰਨ ਰਿਹਾ ਤੇ ਕੀ ਲੋੜ ਹੈ ਆਪਾਂ ਨੂੰ ਪ੍ਰੋਫੈਕਸ਼ਨ ਦਾ ਕਲੇਮ ਕਰਨ ਦੀ ਗੱਲ ਤੇ ਕਲੇਮ ਤੇ ਆਣ ਕੇ ਖੜੀ ਗਈ ਹੈ ਨਾ ਅਸੀਂ ਕਲੇਮ ਕਿਉਂ ਕਰਦੇ ਹਾਂ ਜਿੰਨਾ ਚਿਰ ਅਸੀਂ ਪਰਫੈਕਟ ਨਹੀਂ ਬਣਦੇ ਸੋ ਇਹ ਮਾਡਰਨ ਦਿਨਾਂ 'ਚ ਤੁਹਾਡੇ ਵਾਂਗੂ ਇਹਨਾਂ ਅਥਾਰਟੀ ਟੱਪ ਹੋ ਕੇ ਕਿਸੇ ਨੇ ਨਹੀਂ ਗਿਆ ਤੇ ਉਹਨਾਂ ਨੇ ਅਥਾਰਟੀ ਟੱਪ ਹੋ ਕੇ ਕਹਿ ਰਹੇ ਲੋਕਾਂ ਨੂੰ ਤਾਂ ਲੱਗਦਾ ਕਿ ਅਮਰਤਪਾਲ ਇੰਨੀ ਅਥਾਰਟੀ ਨਾਲ ਕਿਉਂ ਕਹਿ ਰਿਹਾ ਮੈਂ ਜਿਹੜੀ ਗੱਲ ਦੀ ਸਿੱਖੀ ਤੇ ਇੰ ਨੀ ਕਮਾਂਡ ਦੀ ਗੱਲ ਨਹੀਂ ਵੀ ਜਿਹੜੀ ਹਰ ਗੱਲ ਨੂੰ ਇੰਨੀ ਥੋੜੀ ਕਿਉਂ ਕਹਿਣਾ ਜੇ ਜੇ ਤੇ ਕੋਈ ਬੰਦਾ ਕਹਦੇ ਬਿ ਇਤਿਹਾਸ ਦੇ ਉਤੋਂ ਉਹ ਤੋਂ ਹਲਟੀ ਗੱਲ ਕਰਤੀ ਇਤਿਹਾਸ ਚ ਵਾਪਰ ਹੀ ਨਹੀਂ ਇਹ ਗੱਲ ਇਹ ਗੱਲ ਅਥਾਰਟੀ ਨਾ ਪਤਾ ਕਿਉਂ ਕਹੀ ਐ ਕਿਉਂਕਿ ਮੈਨੂੰ ਗੁਰੂ ਤੇ ਪੂਰਨ ਭਰੋਸਾ ਹੈ ਮੈਨੂੰ ਗੁਰੂ ਨਾਲ ਪ੍ਰੇਮ ਹੈ ਹੈ ਮੈਂ ਜਿਹੜਾ ਗੁਰੂ ਦਾ ਹੁਕਮ ਹੈ ਉਹਨੂੰ ਬਦਲ ਕੇ ਨਹੀਂ ਸੁਣਾ ਸਕਦਾ ਲੋਕਾਂ ਨੂੰ ਸੌਖਾ ਕਰਕੇ ਵੀ ਭਾਈ ਤੁਸੀਂ ਸੌਖਾ ਕਰਕੇ ਸੁਣਾ ਰਿਹਾ ਤੁਹਾਨੂੰ ਮੈਂ ਬੜੀ ਾਰ ਕਿਹਾ ਵੀ ਮੇਰੀ ਬੇਨਤੀ ਹੈ ਸਾਰਿਆਂ ਨੂੰ ਪਰ ਹੁਕਮ ਗੁਰੂ ਨੇ ਹੁਕਮ ਕੀਤਾ ਗੁਰੂ ਨੇ ਹੁਕਮ ਕੀਤਾ ਕੱਲ ਨੂੰ ਕੋਈ ਬੰਦਾ ਕਹੂਗਾ ਵੀ ਮੈਂ ਗ ਪਰ ਮੈਂ ਸਿੱਖ ਬਣਨਾ ਚਾਹੁੰਦਾ ਨਰੰਕਾਰੀਆਂ ਨੇ ਇਹੋ ਕਨਫਲਿਕਟ ਹੋਇਆ ਨਾ ਸਾਡਾ ਮੈਂ ਕਹਿੰਦੇ ਜਦੋਂ ਬਾਰ ਬਾਰ ਸਟੇਜ ਤੋਂ ਖੜ ਕੇ ਕਹਿੰਦੇ ਹੋ ਐਂ ਲੱਗਦਾ ਹੁੰਦਾ ਵੀ ਜਿਵੇਂ ਬਾਕੀ ਲੋਕ ਇਰੈਸ਼ਨਲ ਨੇ ਉਹਨਾਂ ਨੂੰ ਕੁਝ ਪਤਾ ਨਹੀਂ ਹੈਗਾ ਉਹਦੀ ਡੈਫੀਨੇਸ਼ਨ ਮੈਂ ਮੈਂ ਤੁਹਾਡੇ ਤੋਂ ਪੁੱਛਦਾ ਇਹ ਗੱਲ ਕੀ ਜੋ ਤੁਸੀਂ ਉਹਨਾਂ ਨੂੰ ਕਹਿੰਦੇ ਹੋਗੇ ਕਿ ਜੇ ਹੈ ਨਾ ਮਤਲਬ ਕੀ ਉਹ ਫਿਰ ਉਹ ਤੁਸੀਂ ਲੋਕਾਂ ਦੀ ਸਮਝ ਤੇ ਸ਼ੱਕ ਕਰਦੇ ਹੋ ਨਹੀਂ ਮੈਂ ਸ਼ੱਕ ਨਹੀਂ ਕਰਦਾ ਮੈਂ ਮੈਂ ਸਿੱਖੀ ਦੀ ਗੱਲ ਕਰਦਾ ਜਦੋਂ ਫਿਰ ਉਹਨਾਂ ਨੂੰ ਆਪ ਹੀ ਗਿਆਨ ਹੋ ਜਾ ਗੁਰੂ ਦੇ ਤਾਂ ਉਹ ਵੀ ਸਾਰੇ ਗੁਰੂ ਦੇ ਹੁਕਮ ਚ ਹੀ ਆ ਨਾ ਚੰਗੀ ਗੱਲ ਹੈ ਤੁਸੀਂ ਵੀ ਗੁਰੂ ਦੇ ਹੁਕਮ ਚ ਉਹ ਵੀ ਗੁਰੂ ਦੇ ਹੁਕਮ ਚ ਨੇ ਹੂੰ ਸਭ ਹੁਕਮ ਚ ਹੈ ਫਿਰ ਜਦੋਂ ਹੁਕਮ ਚ ਨੇ ਤਾਂ ਫਿਰ ਤੁਸੀਂ ਇਨ ਥੋਰਟੀ ਨਾ ਕਿਉਂ ਕਹਿੰਦੇ ਉਹਨਾਂ ਨੂੰ ਨਹੀਂ ਪਰ ਜੇ ਮੇਰਾ ਥੋਰਟੀ ਨਾ ਕਹਿਣਾ ਵੀ ਤਾਂ ਹੁਕਮ ਚ ਹੀ ਆ ਨਾ ਮੇਰਾ ਉਹਨਾਂ ਨੂੰ ਥੋਰਟੀ ਨਾਲ ਕਹਿਣਾ ਗੁਰੂ ਦੇ ਹੁਕਮ ਤੋਂ ਬਾਹਰ ਹੀ ਕਿਦੋਂ ਚੱਲ ਗਿਆ ਇਹ ਤੇ ਇਹ ਆ ਵੀ ਹਰ ਇੱਕ ਦੀ ਸੇਵਾ ਲੱਗੀ ਹੈ ਮੈਂ ਜਦੋਂ ਥੋਰਟੀ ਨਾ ਕਿਹਾ ਪਹਿਲੀ ਗੱਲ ਤੇ ਮੈਂ ਬੇਨਤੀ ਕੀਤੀ ਹਰ ਥਾਂ ਦੇ ਉੱਤੇ ਹਨਾ ਬੋਲਣ ਦਾ ਲਈ ਜਾ ਕਿਸੇ ਦਾ ਕੋਈ ਵੀ ਹੋ ਸਕਦਾ ਮੈਂ ਬੇਨਤੀ ਕੀਤੀ ਹੈ ਕਿ ਆਪਾਂ ਗੁਰੂ ਦੇ ਘਰ ਬੜਨਾ ਹੈ ਗੁਰੂ ਨੂੰ ਸੀਸ ਦੇਣਾ ਹੈ ਜੇ ਤੇ ਕ ਜੀ ਤਾਂ ਕਿ ਉਹ ਫਲਾਣੇ ਮੰਤਰੀ ਜੀ ਲੋਕਾਂ ਨੇ ਇੱਥੋਂ ਤੱਕ ਕਿਹਾ ਕਿ ਜੇ ਤੁਸੀਂ ਇਹ ਗੱਲ ਕਹੀ ਕਿ ਉਹ ਸਿੱਖ ਨਹੀਂ ਹੈ ਜੋ ਅਮਰਤ ਨਹੀਂ ਛੱਕਦਾ ਜਿਹੜਾ ਸੱਚ ਖੰਡ ਨਹੀਂ ਜਾਊਗਾ ਲੋਕਾਂ ਨੇ ਕਿਹਾ ਪਿੱਛੇ ਇੰਨਾ ਹਿਸਟਰੀ ਪਈ ਆ ਗੁਰੂ ਸਾਹਿਬ ਦੀ ਸਾਰੀ ਜਿੱਥੇ ਅਮਰਤ ਨਹੀਂ ਛੱਕਿਆ ਮੈਂ ਚਰਨਾਮਰਤ ਦੀ ਗੱਲ ਕੀਤੀ ਮੈਂ ਚਰਨਾਮਰਤ ਦੀ ਗੱਲ ਕੀਤੀ ਜੇ ਲੋਕਾਂ ਨੂੰ ਪਤਾ ਹੀ ਨਹੀਂ ਗਾ ਇਸ ਮਸਲੇ ਜਿਹੜੇ ਸਵਾਲ ਕਰਦੇ ਨੇ ਸਾਰਿਆਂ ਨੂੰ ਨਹੀਂ ਮੈਂ ਕਹਿੰਦਾ ਫਿਰ ਤੁਸੀਂ ਨਾਲ ਹੀ ਸ਼ਬਦ ਕਿਉਂ ਨਹੀਂ ਵਰਤੇ ਉੱਥੇ ਕਿਹੜਾ ਚਰਨਾਮਰਤ ਵੀ ਵਰਤ ਦਿੰਦੇ ਤਾਂ ਕਿ ਕੰਟ੍ਰੋਵਰਸੀ ਦਾ ਨਾਮ ਅਮਰਤ ਛਕਣ ਤੋਂ ਪਹਿਲਾਂ ਗਿਆਨੀ ਰਾਮ ਸਿੰਘ ਨੇ ਕਥਾ ਕੀਤੀ ਹੈ ਚਰਨਾਮਰਤ ਤੇ ਪੂਰੀ ਜੀ ਹੁਣ ਤੁਸੀਂ ਕਿਸੇ ਬੰਦੇ ਦੀ ਤੁਹਾਡੀ ਸਟੇਟਮੈਂਟ ਦੇਖੋ ਲੋਕਾਂ ਨੂੰ ਤੁਹਾਡੀ ਸਟੇਟਮੈਂਟ ਲੈਣੀ ਹੈ ਮੈਂ ਹੁਣ ਕਹਿ ਦਿੰਨਾ ਹੁਣ ਕਹਿ ਦਿੰਨਾ ਦੁਬਾਰਾ ਇਤਿਹਾਸਿਕ ਗੱਲ ਨਵੀਂ ਤੇ ਬਣਾ ਕੇ ਪੇਸ਼ ਨਹੀਂ ਕਰ ਦੇਣੀ ਇਤਿਹਾਸਿਕ ਚ ਵੀ ਸਾਰਿਆਂ ਨੇ ਤਾਂ ਚਰਨ ਅਮਰਤ ਨਹੀਂ ਛਕਿਆ ਹੋਣਾਗਾ ਜਿਨ੍ਹਾਂ ਨੇ ਛਕਿਆ ਹੈ ਗੁਰੂ ਦਾ ਸਿੱਖ ਉਹ ਹੀ ਅਖਵਾਇਆ ਗੁਰੂ ਦਾ ਸਿੱਖ ਬਣਨ ਦੀ ਕੀ ਰਵਾਇਤ ਹੈ ਇੱਕ Hindu ਆ ਕੇ ਕਹੇ ਜਾਂ ਕੋਈ ਮੁਸਲਮਾਨ ਆ ਕੇ ਕਹੇ ਮੈਂ ਤੁਹਾਡਾ ਸਿੱਖ ਬਣਨਾ ਹੈ ਗੁਰੂ ਨੇ ਚਰਨ ਅਮਰਤ ਦੀ ਰਵਾਇਤ ਕਿ ਹੈ ਬਾਅਦ ਚ ਜਦੋਂ ਬਾਈ ਡੱਲੇ ਦੀ ਸਾਖੀ ਹੁੰਦੀ ਹੈ ਤੇ ਦੂਜੀਆਂ ਸਾਖੀ ਬਹੁਤ ਸਿੱਖਾਂ ਨੇ ਕਿਹਾ بس ਤੁਹਾਡੀ ਪੀੜ੍ਹੀਆਂ ਤੋਂ ਸੇਵਾ ਕਰਦੀਆਂ ਨੇ ਨਹੀਂ ਤਾਂ ਮੈਂ ਕਹਿਣਾਗਾ ਕਿ ਆਪਾਂ ਮਾਡਰਨ ਹਿਸਟਰੀ 'ਚ ਆ ਜਾਈਏ ਜਿਵੇਂ ਗੁਰੂ ਸਾਹਿਬ ਨੇ ਕਹਤਾ ਕਿ ਭਾਈ ਅਮਰ ਸੱਕਣਾ ਸਾਰਿਆਂ ਨੇ ਹਾਂ ਪਰ ਅਮਰਤ ਪੰਜਾਬ ਦੇ ਅੰਦਰ ਕਿੰਨੇ ਪਰਸੈਂਟ ਲੋਕਾਂ ਨੇ ਸਿੱਖਾਂ ਨੇ ਛੱਕਿਆ ਹੋਊਗਾ ਮਤਲਬ ਮੰਨ ਲਓ 20% ਨੇ ਜਾਂ 10% ਨੇ ਆਪਾਂ ਮੰਨ ਲੈਨੇ ਆਂ ਜ਼ਿਆਦਾ ਮੈਂ ਕਹਿਣਾ ਹੈ ਨਾ 10-20% ਮੰਨ ਲੈਨੇ ਆਪਾਂ ਸਿੱਖਾਂ ਦੀ ਵਾਦੀ ਉਰੇ 60-65% ਹੈਗੀ ਤੇ ਬਾਕੀਆਂ ਨੇ ਤਾਂ ਨਹੀਂ ਛੱਕਿਆ ਹੋਇਆ ਫੇਰ ਫਿਰ ਉਵੇਂ ਮੈਂ ਤਾਂ ਕਹਿੰਦੇ ਉਹ ਵੀ ਤਾਂ ਗੁਰੂ ਸਾਹਿਬ ਕਹਿ ਕੇ ਗਏ ਨੇ ਤਾਂ ਚਰਨ ਅੰਮ੍ਰਿਤ ਵੇਲੇ ਵੀ ਤਾਂ ਇਹ ਹੋਊਗਾ ਕਈਆਂ ਨੇ ਨਹੀਂ ਛੱਕਿਆ ਹੋਣਾਗਾ ਪਰ ਉਹ ਨਾਲ ਆਇਡੈਂਟੀਫਾਈ ਕਰਦੇ ਗੁਰੂ ਸਾਹਿਬ ਨਾਲ ਤਾਂ ਬਹੁਤ ਸਾਰੇ ਲੋਕ ਆਏ ਜਿਹੜੇ ਜਿਹੜੇ ਸਿੱਖ ਵੀ ਨਹੀਂ ਸੀ ਆਪਾਂ ਡਿਫੈਂਡ ਕਿਉਂ ਕਰ ਰਹੇ ਆ ਗੁਰੂ ਦਾ ਹੁਕਮ ਹੈ ਅੰਮ੍ਰਿਤ ਛਕਣਾ ਅਸੀਂ ਨਾ ਛਕਣ ਨੂੰ ਡਿਫੈਂਡ ਕਿਉਂ ਕਰ ਰਹੇ ਆ ਮੇਰੇ ਨਾ ਛਕਣ ਨੂੰ ਨਹੀਂ ਮੈਂ ਕਹਿੰਦਾ ਉਹ ਐਕਸਕਲੂਡ ਦੇਖੋ ਇਨਕਲੂਜਨ ਨਹੀਂ ਕੋਈ ਕੋਈ ਕਿੰਨੀ ਪੋਲਿਟਿਕਸ ਆ ਜਿਹੜੀ ਉਹ ਇਨਕਲੂਸਿਵ ਆ ਇਨਕਲੂਸਿਵ ਹੈ ਇਨਕਲੂਸਿਵ ਮੈਂ ਤਾਂ ਕਹਿੰਦਾ ਇੱਕ ਤਾਂ ਮੈਂ ਸਵਾਲ ਕਰ ਰਿਹਾ ਮੈਂ ਨਹੀਂ ਮੈਂ ਤਾਂ ਕਹਿੰਦਾ ਸਾਰਾ ਪੰਜਾਬ ਅਮਰ ਛਕੇ ਹਾਂ ਹਨਾ ਸਿੱਖਾਂ ਤੋਂ ਬਿਨਾ ਵੀ ਲੋਕ ਅਮਰ ਛਕ ਬਿਲਕੁਲ ਬਿਲਕੁਲ ਵਧੀਆ ਗੱਲ ਆ ਇਹ ਪਰ ਗੱਲ ਇਨਕਲੂਸਿਵ ਤੇ ਐਕਸਕਲੂਸਿਵ ਦੀ ਆ ਸਿੱਖੀ ਹਮੇਸ਼ਾ ਇਨਕਲੂਸਿਵ ਦੀ ਗੱਲ ਕਰਦੀ ਐ ਐਕਸਕਲੂਸਿਵ ਦੀ ਨਹੀਂ ਕਰਦੀ ਕਿ ਅਸੀਂ ਜੇ ਕੋਈ ਨਹੀਂ ਛਕੂਗਾ ਜਾਂ ਇਨਕਲੂਸਿਵਨੈਸ ਦੇ ਵਿੱਚ ਇਹ ਤੇ ਹੈਗਾ ਕਿ ਅਸੀਂ ਕਿਸੇ ਨੂੰ ਕਿਸੇ ਦਾ ਨਰਾਦਰ ਨਹੀਂ ਕਰਦੇ ਅਸੀਂ ਕਿਸੇ ਨੂੰ ਮਾਰਦੇ ਕੁੱਟਦੇ ਨਹੀਂ ਅਸੀਂ ਕਿਸੇ ਨੂੰ ਕੋਈ ਸਟੇਟ ਵੀ ਆ ਇਸਲਾਮ ਦੇ ਵਿੱਚ ਕੀ ਹੈ ਜਿਹੜਾ ਬੰਦਾ ਇਸਲਾਮ ਘਰ ਪੈਦਾ ਹੋਇਆ ਉਹ ਛੱਡ ਜਾਂਦਾ ਇਨ ਕੇਸ ਉਦਰੀ ਸਜ਼ਾਏ ਮੌਤ ਦਾ ਕਨਸੈਪਟ ਹੈ ਹਨਾ ਹੁਣ ਸਿੱਖੀ ਚ ਇਦਾਂ ਦਾ ਕੋਈ ਨਹੀਂ ਬਦਾਵਾ ਲਿਖ ਕੇ ਜਾਣਾ ਤੁਸੀਂ ਜਾ ਸਕਦੇ ਜੋ ਕਦੋਂ ਵੀ ਗੁਰੂ ਨੇ ਤੇ ਕਦੇ ਨਹੀਂ ਰੋਕਿਆ ਕਿਸੇ ਨੂੰ ਜਾਣ ਲੱਗਿਆਂ ਪਰ ਬਦਾਵਾ ਲਿਖ ਕੇ ਤੁਸੀਂ ਛੱਡ ਕੇ ਜਾ ਸਕਦੇ ਜੋ ਜਦੋਂ ਮੁੜ ਕੇ ਆਉਣਾ ਦਬਾ ਪਾੜਨ ਦੀ ਕੀ ਕਰਾਉਣਾ ਪੈਂਦਾ ਆਪਾਨੂੰ ਪਤਾ ਹੈ ਜਿਵੇਂ ਉਨਥੇ ਕਵੇ ਮਹਾਰਾਜ ਮੇਰੇ ਮਨ ਚ ਪ੍ਰੇਮ ਪਹਿਲਾਂ ਨਹੀਂ ਸੀ ਹੈਗਾ ਹੁਣ ਜਾਗ ਗਿਆ ਫਿਰ ਖਤਮ ਹੋ ਗਿਆ ਨਾ ਐਦਾਂ ਨਹੀਂ ਗੱਲ ਹੁੰਦੀ ਆਪਾਂ ਡਿਫੈਂਡ ਪਤਾ ਕਿਉਂ ਕਰ ਰਹੇ ਹੁਣ ਪੰਜਾਬ ਦੇ ਵਿੱਚ 40% ਲੋਕ ਨਸ਼ੇ ਕਰਦੇ ਆ ਉਹ ਕਹਣਾ ਵੀ ਸਿੱਖੀ ਤਾਂ ਸਾਡੇ ਦਿਲ ਚ ਵੀ ਪਈ ਹੈ ਅਸੀਂ ਨਹੀਂ ਨਸ਼ੇ ਛੱਡਣੇ ਤੇ ਅਸੀਂ ਚੰਗੇ ਸਿੱਖ ਵੀ ਖਵਾਈ ਜਾਣਾ ਪ੍ਰੋਬਲਮ ਇਹ ਆ ਵੀ ਵਕਾਰ ਜਿਹੜੇ ਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਪੰਜ ਵਕਾਰ ਨੇ ਜਿਹੜੇ ਇਹ ਸਾਰਿਆਂ ਦੇ ਮਨਾਂ ਚ ਹੈਗੇ ਆ ਕੋਸ਼ ਸਿੱਖ ਜਿਹੜੇ ਆ ਨਾ ਜਿਹੜੇ ਨਿਮਾਣੇ ਸਿੱਖ ਸਤਗੁਰੂ ਦੇ ਉਹ ਕਹਿੰਦੇ ਵੀ ਸਾਡੇ ਚ ਹੈਗੇ ਆ ਪਰ ਅਸੀਂ ਮਹਾਰਾਜ ਗੁਰਦਾਸ ਬੇਨਤੀ ਕਰਦੇ ਹਾਂ ਦੂਰ ਕਰ ਦੇ। ਕੋਸ਼ ਕਹਿੰਦੇ ਵੀ ਵਿਕਾਰਾਂ ਦੇ ਨਾਲ ਹੀ ਅਸੀਂ ਚੰਗੇ ਸਿੱਖ ਹਾਂ ਜੀ। ਇਹਦੇ ਜਸਟੀਫਾਈਡ ਆ ਜੀ, ਕਾਮ ਜਸਟੀਫਾਈਡ ਆ, ਕਰੋਧ ਜਸਟੀਫਾਈਡ ਆ, ਲੋਭ ਜਸਟੀਫਾਈਡ ਆ, ਵੀ ਗਰੀਡ ਜਿਹੜੀ ਸਾਰਾ ਕੁਝ। ਸੋ ਇਸ ਕਰਕੇ ਜਸਟੀਫਿਕੇਸ਼ਨ ਉੱਥੇ ਖੜੀ ਹੁੰਦੀ ਹੈ ਜਿੱਥੇ ਬੰਦਾ ਬਦਲਣਾ ਨਹੀਂ ਚਾਹੁੰਦਾ। ਆ ਬੰਦੇ ਡਿਫੈਂਡ ਵੀ ਉਹ ਕਰਦੇ ਆ। ਮੈਂ ਇੱਥੇ ਮੁੰਡਿਆਂ ਨੂੰ ਮਿਲਦਾ ਵਾਂ ਜਿਹੜੇ ਚਿੱਟੇ ਚਾਹਦੀ ਆ। ਪਰ ਉਹਨਾਂ ਇੱਕ ਵਾਰੀ ਨਹੀਂ ਕਿਹਾ ਵੀ ਸਾਡਾ ਚਿੱਟਾ ਪੀਣਾ ਠੀਕ ਆ। ਉਹਨਾਂ ਇੱਕ ਵਾਰੀ ਨਹੀਂ ਕਿਹਾ ਵੀ ਸਾਡਾ ਗੈਰ ਸਾਡਾ ਪਤਾ ਤਾਂ ਹੋਣਾ ਠੀਕ ਆ। ਬੰਦਾ ਉਹ ਡਿਫੈਂਡ ਕਰੂਗਾ ਉਹਨੂੰ ਲੱਗੂਗਾ ਮੈਨੂੰ ਐਕਸਕਲੂਡ ਕੀਤਾ ਜਾ ਰਿਹਾ ਜੇ ਮੰਨ ਲਓ ਮੈਂ ਕਹਿੰਦਾ ਅਮਰਤਪਾਲ ਕੱਲ ਨੂੰ ਸੈਂਟਰ ਸਟੇਜ ਤੇ ਹੋਵੇ ਅਮਰਤਪਾਲ ਕੱਲ ਨੂੰ ਖਾਲਸਾ ਦਾ ਰਾਸ਼ਟਰਪਤੀ ਬਣ ਜੇ ਮੈਂ ਕਹਿ ਦਨਾ ਮੰਨ ਲਓ ਤਾਂ ਉਰੇ ਬਹੁਤ ਸਾਰੇ ਲੋਕ ਹੋਣਗੇ ਮੰਨ ਲਓ ਢੱਡਰੀਆਂ ਵਾਲੇ ਹੋਣਗੇ ਉਰੇ ਬਹੁਤ ਸਾਰੇ ਲੋਕ ਹੋਣਗੇ ਜਿਹੜੇ ਤੁਹਾਡੀ ਗੱਲ ਦੇ ਨਾਲ ਸਹਿਮਤ ਨਹੀਂ ਹੋਣਗੇ ਕਿ ਉਹ ਰਹਿਣਗੇ ਤੇ ਹੋਰ ਕਿੱਥੇ ਜਾਣਾ ਉਹਨਾਂ ਨੇ ਮੈਂ ਕਹਿ ਰਿਹਾ ਵੀ ਜਦੋਂ ਸਾਡੇ ਤੋਂ ਉਲਟ ਧਰਮ ਹੈ ਹਿੰਦੂ ਕੀ ਐਕਸੈਪਟੈਂਸ ਹੈ ਮੈਂ ਕਹਿ ਰਿਹਾ ਬਿਲਕੁਲ ਹੈਗੀ ਐਸਮ ਦੇ ਅੰਦਰ ਆਪਣਾ ਧਰਮ ਸਿਖਾਉਦਾ ਐਕਸੈਪਟੈਂ ਅਸੀਂ ਜਦੋਂ ਡਾਈਵਰਸਿਟੀ ਦੀ ਗੱਲ ਕਰਦੇ ਆ ਅਸੀਂ ਇਹ ਕਹਿੰਦੇ ਆ ਕਿ ਜਦੋਂ ਨਰੰਕਾਰੀਆਂ ਨਾਲ ਸਾਡਾ ਕਨਫਲਿਕਟ ਪੈਦਾ ਇਸ ਕਰਕੇ ਨਹੀਂ ਹੋਇਆ ਕਿ ਵੱਖ-ਵੱਖ ਤਰ੍ਹਾਂ ਦੇ ਚੱਲੇ ਇਸ ਕਰਕੇ ਹੋਇਆ ਕਿ ਉਹਨਾਂ ਗੁਰੂ ਦੇ ਉੱਤੋਂ ਦੀ ਜਾ ਕੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗੁਰੂ ਦੇ ਥੱਲੇ ਰਹਿ ਕੇ ਬਰਕ ਪੈ ਸਕਦੇ ਨੇ ਲੋਕਾਂ ਦੇ ਵਿੱਚ ਬਹੁਤ ਸਾਡੀ ਡੇਰੇ ਨੇ ਜਿਹੜੇ ਆਪਣੇ ਪੰਜਾਬ ਦੇ ਅੰਦਰ ਮੈਂ ਕਹਿੰਦਾ ਪੰਜਾਬ ਦੇ ਅੰਦਰ ਮੈਂ ਤਾਂ ਹੀ ਕਹਿ ਰਿਹਾ ਸਿੱਖੀ ਦੇ ਅੰਦਰ ਕਿੰਨੀਆਂ ਸੰਪਰਦਾਵਾਂ ਨੇ ਤੁਹਾਨੂੰ ਵੀ ਹਾਂ ਬਿਲਕੁਲ ਕਿੰਨੀਆਂ ਸੰਪਰਦਾਵਾਂ ਹੋਣਗੀਆਂ ਟੋਟਲ ਪਤਾ ਨਹੀਂ ਗਿਣਤੀ ਸੰਭ ਬਹੁਤ ਵੱਡੀਆਂ ਪੱਦਰ ਤੇ ਹੋਣਗੀਆਂ ਮਤਲਬ 50 ਤੋਂ 100 ਦੀ ਗਿਣਤੀ ਚ ਤਾਂ ਹੋ ਇੰਨੀਆਂ ਸੰਪਰਦਾਵਾਂ ਨੇ ਜਿਨ੍ਹਾਂ ਦੇ ਆਪਣੀ ਆਪਣੀ ਬਹੁਤ ਸਾਰਿਆਂ ਦੀ ਮਰਿਆਦਾ ਵੀ ਹੈ। ਬਿਲਕੁਲ। ਇੰਨੇ ਆਪਣੇ ਆਪਣੇ ਉਹ ਨੇ ਜਿਹੜੇ ਇੱਕ ਦੂਜੇ ਦੇ ਵਿਚਾਰਾਂ ਨਾਲ ਸਹਿਮਤ ਨਹੀਂ ਆ। ਇੰਨੇ ਗਲੋਬਲ ਜਦੋਂ ਆਪਾਂ ਸਿੱਖੀ ਕਹਿੰਦੇ ਆਗੇ ਬਾਹਰ ਬੈਠੇ ਨੇ ਅਫਗਾਨਿਸਤਾਨ 'ਚ ਬੈਠੇ ਨੇ ਪਾਕਿਸਤਾਨ ਕਿੱਥੇ ਕਿੱਥੇ ਸਿੱਖ ਬੈਠੇ ਨੇ ਜਿਨ੍ਹਾਂ ਦਾ ਕਿਸੇ ਇੱਕ ਆਈਡੀਆ ਨਾਲ ਇੱਕ ਕਨਸੈਪਟ ਨਾਲ ਸਹਿਮਤੀ ਨਹੀਂ ਆ। ਬਿਲਕੁਲ। ਕਿਸੇ ਵੀ ਇੱਕ ਆਈਡੀਆ ਤੇ ਕਿਸੇ ਦਾ ਇੱਕ ਦਬਦਬਾ ਹੋ ਸਕਦਾ ਹਨਾ ਕਿਸੇ ਦਾ ਵੀ। ਤਾਂ ਇਹ ਮੈਂ ਕਹਿ ਰਾਂਗਾ ਕਿ ਕਿਉਂ ਉਹ ਇਨਕਲੂਸਿਵਨੈਸ ਤੁਹਾਡੀਆਂ ਗੱਲਾਂ ਚੋਂ ਨਹੀਂ ਝਲਕਦੀ ਤਾਂ ਐਂ ਲੱਗਦਾਗਾ ਕਿ ਤੁਸੀਂ ਐਕਸਕਲੂਸਿਵ ਕਰ ਰਹੇ ਹੋ ਸਾਰਿਆਂ ਨੂੰ ਤੁਸੀਂ ਸਿੱਖੀ ਨੂੰ ਐਕਸਕਲੂਸਿਵ ਕਰ ਰਹੇ ਹੋ ਨਹੀਂ ਨਹੀਂ ਮੈਂ ਇਹ ਗੱਲ ਨਹੀਂ ਕਹਿੰਦਾ ਕਦੇ ਵੀ ਅਸੀਂ ਗੱਲ ਕੀਤੀ ਹੈ ਸਿੱਖੀ ਦੀ ਠੀਕ ਹੈ ਸਿੱਖੀ ਚ ਇਨਕਲੂਸਿਵਨੈਸ ਸਾਰਿਆਂ ਦੀ ਹੈ ਸਾਰਿਆਂ ਨੂੰ ਇਨਕਲੂਡ ਕਰਨਾ ਹੈ ਸਾਰੇ ਲਕਾਈ ਨੂੰ ਇਨਕਲੂਡ ਕਰਨਾ ਹੈ ਪ੍ਰੋਬਲਮ ਪਤਾ ਕਿੱਥੇ ਆਉਂਦੀ ਹੈ ਜਦੋਂ ਅਸੀਂ ਆਪਣੀਆਂ ਕਮੀਆਂ ਲੈ ਕੇ ਸਿੱਖੀ ਦੇ ਦਾਅਵੇਦਾਰ ਬਣ ਦੀ ਕੋਸ਼ਿਸ਼ ਕਰਦੇ ਹਾਂ ਤੁਹਾਡੀ ਅਵਸਥਾ ਹੈ ਹੁਣ ਕਿਹੜੀ ਮਤਲਬ ਇਹ ਅਵਸਥਾ ਹੈ ਕਿ ਹਾਂ ਭਾਈ ਸਾਰੇ ਸਰ ਮੇਰਾ ਕਿਸੇ ਨਾਲ ਕੋਈ ਭਾਵ ਨਹੀਂ ਹੈ ਮੈਂ ਕਮਪਟਾਰੀ ਸਿੱਖਾ ਮੈਂ ਗੁਰੂ ਦਾ ਸਿੱਖਾ ਹੁਣ ਮੈਂ ਸਭ ਕੋਲੇ ਜਾ ਸਕਦਾ ਨਹੀਂ ਮੈਂ ਜਾ ਸਕਦਾ ਪਰ ਜਿਹੜਾ ਬੰਦਾ ਗੁਰੂ ਸਿਧਾਂਤ ਦੇ ਉਲਟ ਨਹੀਂ ਚੱਲ ਰਿਹਾ ਮੈਂ ਉਹਨਾਂ ਨੂੰ ਨਫ਼ਰਤ ਨਹੀਂ ਕਰਦਾ ਨਾ ਪੁੱਛਦਾ ਕੌਣ ਕੌਣ ਚੱਲ ਰਹੇ ਨੇ ਪੰਜਾਬ ਚ ਨਾਲੋ ਜਿੱਦਾਂ ਫਰਜ਼ ਕਰੋ ਨਿਰੰਕਾਰੀ ਸੀ ਗੁਰੂ ਦਾਮ ਤੋਂ ਨਿਰੰਕਾਰੀਆਂ ਨੂੰ ਤਾਂ ਚਲੋ ਆਪਾਂ ਸਾਈਡ ਤੇ ਰੱਖ ਦੋ ਪਰ ਮੈਂ ਇੱਕ ਗੱਲ ਕਹਿਣਾ ਸ਼ੁਰੂਆਤ ਤੇ ਇਦਾਂ ਹੀ ਹੁੰਦੀ ਹੈ ਨਾ ਜਦੋਂ ਤੁਸੀਂ ਮੈਂ ਸਿੱਖਾ ਜਿਹੜੇ ਹੁਣ ਇਸ ਟਾਈਮ ਨੇ ਨਹੀਂ ਮੈਂ ਤਾਂ ਸੰਪਰਦਾਵਾਂ ਸਾਰੀਆਂ ਚ ਗਿਆ ਮੈਨੂੰ ਕਿਸੇ ਨੇ ਕੋਈ ਦੰਦੀ ਵੱਢ ਲੈਣੀ ਮੈਂ ਗਿਆ ਮਾਨਾ ਕੋਲ ਜੇ ਤੇ ਮੈਂ ਉਹਨਾਂ ਨਾਲ ਬੈ ਮੈਂ ਕਹਿਣਾ ਵਾਂ ਵੀ ਹੋ ਸਕਦਾ ਤੇ ਉਹਨਾਂ ਦੇ ਵਿੱਚ ਵੇਖੀਏ ਤੇ ਸਹੀ ਵੀ ਉਹ ਕਰ ਕੀ ਰਿਹਾ ਹੈ ਪ੍ਰੋਬਲਮ ਕਿੱਥੇ ਹੈ ਤੁੱਕੀ ਗੱਲ ਕਈ ਵਾਰ ਐ ਲੱਗਣ ਲੱਗ ਜਾਂਦੀ ਹੈ ਵੀ ਜਿਵੇਂ ਮੁਸਲਮਾਨਾਂ ਚ ਸ਼ੀਆ ਸੁੰਨੀ ਨੇ ਐ ਲੱਗਣ ਲੱਗ ਜਾਂਦੀ ਹੈ ਨਹੀਂ ਇਹ ਲੱਗ ਸਕਦੀ ਕਿਸੇ ਨੂੰ ਪਰ ਸਾਡੇ ਚ ਕੋਈ ਨਹੀਂ ਮੰਨ ਲਓ ਕਿਸੇ ਦਾ ਮੰਨ ਲਓ ਕੋਈ ਮਿਸ਼ਨਰੀ ਵੀ ਨੇ ਸਿੱਖਾਂ ਚ ਮਿਸ਼ਨਰੀ ਐਕਸੈਪਟਡ ਨੇ ਤੁਹਾਨੂੰ ਮਿਸ਼ਨਰੀ ਇੱਕ ਹੱਦ ਤੱਕ ਆਪ ਨੂੰ ਅਕਸੈਪਟਡ ਹੀ ਆ ਹੁਣ ਜਿਹੜੇ ਇੱਕ ਹੱਦ ਤੱਕ ਕਿਉਂ ਕਹਨੇ ਹੋਗੇ ਅਪਗ੍ਰੇਡ ਜਿਹੜੇ ਹੋ ਗਏ ਆ ਫਿਰ ਹੱਦ ਤੱਕ ਕਿਉਂ ਕਹਨੇ ਹੋ ਅਪਗ੍ਰੇਡਡ ਹੋਣ ਕੋਈ ਵੀ ਹੋਣਾ ਛੱਕਣ ਨਹੀਂ ਤੁਹਾਨੂੰ ਜੇ ਤੁਸੀਂ ਜਦੋਂ ਤੁਸੀਂ ਰਾਜ ਦੀ ਗੱਲ ਕਰਦੇ ਹੋ ਮੈਂ ਤਾਂ ਕਹਣਾ ਇੱਕ ਤਾਂ ਮੈਂ ਹੋਰ ਗੱਲ ਦੱਸਾਂ ਜੰਮਰਦਾਵਾਂ ਦੇ ਵਿੱਚ ਸਨਾਤਨੀ ਪ੍ਰਭਾਵ ਬਹੁਤ ਆਇਆ ਸਨਾਤਨੀ ਪਰ ਸਾਨੂੰ ਤੇ ਉਹ ਵੀ ਐਕਸੈਪਟਡ ਨਹੀਂ ਹੈਗਾ ਸਨਾਤਨੀ ਪ੍ਰਭਾਵ ਜਿਹੜਾ ਤੇ ਜੇ ਜੇ ਮਿਸ਼ਨਰੀਆਂ ਦੇ ਵਿੱਚ ਕੋਈ ਅਪਗ੍ਰੇਡਡ ਹੀ ਵਿਚਾਰ ਆਗੇ ਨੇ ਜਿਹੜੇ ਟੋਟਲੀ ਮਟੀਰੀਅਲਿਸਟਿਕ ਨੇ ਅਸੀਂ ਉਹਨੂੰ ਕਿਦਾਂ ਐਕਸੈਪਟ ਕਰ ਲਈਏ ਮਤਲਬ ਇੱਕ ਧਾਰਾ ਕਿਕਰੋਗੇ ਮੈਂ ਹੀ ਪੁੱਛ ਰਿਹਾਗਾ ਮੰਨ ਲਓ ਤੁਹਾਡੇ ਕੋਲ ਤਾਕਤ ਹੋਵੇ ਹਾਂ ਤੁਹਾਡੇ ਕੋਲ ਪਾਵਰ ਆ ਜੀ ਹਾਂ ਫਿਰ ਕੀ ਕਰੋਗੇ ਉਹਨਾਂ ਦਾ ਪਾਵਰ ਇੱਕ ਇੱਕ ਸੁਣੋ ਗੱਲ ਮੇਰੀ ਜਦੋਂ ਸਾਡੇ ਕੋਲ ਪਾਵਰ ਆ ਗਈ ਹੈ ਪੂਰਨ ਤੌਰ ਦੇ ਉੱਤੇ ਅਸੀਂ ਸਿੱਖੀ ਦੀ ਧਾਰਾ ਦੇ ਡਿਫਾਈਨ ਹੋਈ ਹੁੰਦੀ ਹੈ ਉਹਦੇ ਤੇ ਤੇ ਪਾਵਰ ਮਿਲਣੀ ਆਪਾਂ ਨੂੰ ਹੈ ਇਦੇ ਚ ਇਹ ਨਹੀਂ ਹੁੰਦਾ ਵੀ ਬੰਦਾ ਚੱਕ ਕੇ ਤੇ ਜੇਲ੍ਹ ਚ ਦੇ ਦੇਣਾ ਵਿਚਾਰਾਂ ਦੀ ਆਜ਼ਾਦੀ ਹੁਣ ਕੋਈ ਵੀ ਦੁਨੀਆ ਮੈਂ ਕਹ ਰਿਹਾ ਕਿ ਉਦੋਂ ਸਿੱਖੀ ਨੂੰ ਅਮਰਤਪਾਲ ਹੁਰੀ ਡਿਫਾਈਨ ਕਰਨਗੇ ਜਦੋਂ ਬਾਬਾ ਨਹੀਂ ਅਸੀਂ ਕੋਈ ਡਿਫਾਈਨ ਕਰਨਾ ਗੁਰੂ ਨੇ ਡਿਫਾਈਨ ਕੀਤੀ ਉਹ ਸਿੱਖੀ ਗੁਰੂ ਨੇ ਡਿਫਾਈਨ ਤੇ ਗੁਰੂ ਦੀ ਸਿੱਖੀ ਤਾਂ ਸਾਰੇ ਨਹੀਂ ਹੈਗੇ ਨਾ ਚਾਹੇ ਚਾਹੇ ਕੋਈ ਕੋਈ ਵੀ ਉਹ ਕਰਦਾ ਜੀ ਜਿਸ ਨੂੰ ਹੁਕਮ ਚ ਚਾ ਮੰਨ ਲੋ ਵੀ ਅਪਗ੍ਰੇਡ ਵੀ ਆਪਦੇ ਹੁਕਮ ਚ ਹੋਣਗੇ ਫਿਰ ਰਹਿਣ ਦੋ ਉਹਨਾਂ ਨੂੰ ਹੁਕਮ ਚ ਹੋਣਾ ਤੇ ਹੁਕਮ ਦੇ ਵਿੱਚ ਤੋਂ ਬੰਦਾ ਹੁੰਦਾ ਹੈ ਪਾਪੀ ਕੋਈ ਇੱਕ ਪਾਪੀ ਬੰਦਾ ਹੁੰਦਾ ਇਨ ਕੇਸ ਤੇ ਗੁਰੂ ਦਾ ਸਿੱਖ ਜਿਹੜਾ ਵਾ ਉਹਦਾ ਸੋਧ ਹੁਕਮ ਨੂੰ ਏਦਾਂ ਨਹੀਂ ਡਿਫਾਈਨ ਕਰ ਸਕਦੇ ਆਪਾਂ ਕਿ ਹੁਕਮ ਦੇ ਵਿੱਚ ਤੁਹਾਡੇ ਸਾਹਮਣੇ ਪਾਪ ਹੋ ਰਿਹਾ ਹੈ ਤੇ ਤੁਸੀਂ ਚੁੱਪ ਕਰਕੇ ਬੈਠ ਰਹੋ ਵੀ ਮੈਂ ਹੁਕਮ ਚੰਨਾ ਹੁਕਮ ਦਾ ਬਹੁਤ ਵੱਖਰੀ ਡੈਫੀਨੇਸ਼ਨ ਹੈ ਹੁਕਮ ਦੀ ਹੁਕਮ ਦੇ ਵਿੱਚ ਪਾਪ ਪੁੰਨ ਚੱਲਦੇ ਆ ਇਕੱਠੇ ਪਰ ਇਹਦਾ ਅਰਥ ਇਹ ਨਹੀਂ ਕਿ ਮੈਂ ਕਹਿੰਦਾ ਅੱਜ ਤੱਕ ਸਿੱਖੀ ਚ ਕਦੇ ਐ ਨਹੀਂ ਹੋਇਆ ਕਿ ਜੇ ਮੈਂ ਤੁਸੀਂ ਕਹਿ ਰਹੇ ਹੋ ਉਹਨਾਂ ਨੂੰ ਕੀ ਕਰੋਗੇ ਜਿਹੜੇ ਜੇ ਮੰਨ ਲਓ ਅਪਗ੍ਰੇਡ ਨੇ ਉਹਨਾਂ ਦਾ ਕੀ ਕਰੋਗੇ ਅਸੀਂ ਤਾਂ ਦੇਖੋ ਪਿਆਰ ਮੁਹੱਬਤ ਨਾਲ ਹੀ ਸਾਰੇ ਨੂੰ ਕਹਿੰਦੇ ਆ ਉਹਨਾਂ ਨੂੰ ਤੁਸੀਂ ਜੇਲਾਂ ਚ ਨਹੀਂ ਸੁਟੋਗੇ ਪਰ ਇਹ ਨਹੀਂ ਗੁਰੂ ਦਾ ਨਰਾਦਰ ਜਿਹੜਾ ਬਰਦਾਸ਼ਤ ਕਰਨਾ ਚਾਹੀਦਾ ਸੀ ਨਹੀਂ ਨਹੀਂ ਮੈਂ ਪੁੱਛ ਰਿਹਾ ਤੁਹਾਡੇ ਜੇ ਕੋਈ ਗੁਰੂ ਦਾ ਨਰਾਦਰ ਕਰੂਗਾ ਉਹਦੇ ਨਾਲ ਉਹੀ ਕੁਝ ਹੋਊਗਾ ਜਿਹੜਾ ਹੁੰਦਾ ਹੈ ਗੁਰੂ ਕਾਲ ਤੋਂ ਜਿਹੜਾ ਗੁਰੂ ਦੇ ਹੁੰਦਿਆਂ ਹੋਇਆ ਜਿਹੜਾ ਬਾਬੇ ਬਿਧੀ ਚੰਦ ਨੇ ਗੁਰੂ ਸਾਹਿਬ ਦੇ ਸਾਹਮਣੇ ਕੀਤਾ ਸੀ ਗੁਰੂ ਦਾ ਨਰਾਦਰ ਕਰਨ ਵਾਲੇ ਬੰਦੇ ਨਾਲ ਉਹੀ ਹੁੰਦਾ ਰਹੂਗਾ ਸੰਸਾਰ ਦੇ ਵਿੱਚ ਗੁਰੂ ਦਾ ਨਰਾਦਰ ਤੇ ਕੋਈ ਅੱਛਾ ਜਿਹੜੀ ਧਰੇ ਕਹਿੰਦੀ ਪਈ ਅਸੀਂ ਸਿੱਖੀ ਦੀ ਧਾਰਾ ਹੈ ਉਹਦੇ ਕੋਲ ਰਾਈਟ ਹੋਣਾ ਚਾਹੀਦਾ ਗੁਰੂ ਦਾ ਨਰਾਦਰ ਕਰਨ ਦਾ ਨਹੀਂ ਹੋਣਾ ਚਾਹੀਦਾ ਸਵਾਲ ਤੇ ਮੈਂ ਇਹ ਕਰ ਰਿਹਾ ਪਰ ਹੁਣ ਇਹਦੀ ਮੈਂ ਇਹੀ ਕਹਿ ਰਿਆਂਗੇ ਇਹ ਅਮਰਤ ਵਿਆਖਿਆ ਕਰਨ ਦੀ ਗੱਲ ਆ ਹਨਾ ਤੁਹਾਡੀ ਇੱਕ ਵਿਆਖਿਆ ਕਿਸੇ ਦੀ ਦੂਜੀ ਹੋ ਸਕਦੀ ਮੇਰੀ ਨਹੀਂਗੀ ਮੇਰੀ ਦੂਜਾ ਤੂਗਾ ਮੈਂ ਤਾਂ ਗੁਰੂ ਦੇ ਸਤਕਾਰ ਚ ਸਾਰਾ ਕੁਝ ਕਰ ਰਿਹਾ ਅੱਛਾ ਗੁਰੂ ਦੇ ਸਤਕਾਰ ਦੇ ਵਿੱਚ ਗੁਰੂ ਨੂੰ ਇਹ ਕਹਿ ਦੇਣਾ ਵੀ ਗੁਰੂ ਲੁਕਿਆ ਬੈਠਾ ਸੀ ਹੈ ਗੁਰੂ ਦੇ ਸਤਕਾਰ ਦੇ ਵਿੱਚ ਗੁਰੂ ਦਾ ਨਾਂ ਪੁੱਠਾ ਸਿੱਧਾ ਕਰਕੇ ਲੈਣਾ ਗੁਰੂ ਦੇ ਸਤਕਾਰ ਚ ਗੁਰੂ ਦੇ ਨਾਂ ਨਾਲ ਗਾਲ ਕੱਢ ਦੇਣੀ ਹੈ ਇਹ ਗੁਰੂ ਦਾ ਸਤਕਾਰ ਹੈ ਜਿਹੜਾ ਕੰਮ ਹੋ ਰਿਹਾ ਹੈ ਇਹ ਟੀਵੀਾਂ ਦੇ ਉੱਤੇ ਸੋ ਇਸ ਕਰਕੇ ਗੁਰੂ ਦਾ ਸਤਕਾਰ ਜਿਵੇਂ ਕੌਣ ਕਰ ਰਿਹਾ ਹੈ ਆ ਕਰਦੇ ਹੀ ਨੇ ਜਿਹੜਾ ਚੈਨਲ ਚੱਲਦੇ ਨੇ ਬਾਨ ਨਿਊ ਕਰਦੇ ਨਹੀਂ ਸਾਰੇ ਲੋਕੇ ਇੱਕ ਵੀਡੀਓ ਮੌਜੂਦ ਨੇ ਆਪਣੇ ਕੋਲ ਸਾਰਾ ਕੁਝ ਹੈਗਾ ਹੁਣ ਜਦ ਜਦੋਂ ਗੁਰੂ ਦੇ ਸਤਕਾਰ ਹੈ ਜਿੰਨੂੰ ਮੈਂ ਹੀ ਤਾਂ ਹੀ ਮੈਂ ਇਹਨੂੰ ਥਿਓਰੈਟਿਕਲੀ ਤੇ ਫਿਲਾਸਫਿਕਲੀ ਤੇ ਕਨਸੈਪਚੂਅਲੀ ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ ਸੀ ਕੀ ਇਹ ਉਹ ਰਾਜ ਆਉਣ ਤੋਂ ਬਾਅਦ ਜਿਹੜਾ ਰਾਜ ਤੁਸੀਂ ਕਹਿ ਰਹੇ ਹੋਗੇ ਜਿਹੜੇ ਰਾਜ ਚ ਮਨ ਲਓ ਤੁਹਾਡੇ ਕੋਲ ਪਾਵਰ ਹੋਵੇ ਬਾਹਰ ਕਰ ਦਿੱਤੇ ਜਾਣਗੇ ਮਾਰੇ ਜਾਣਗੇ ਦੁਨੀਆ ਦੇ ਉੱਤੇ ਇੱਕ ਡੈਮੋਕ੍ਰੇਸੀ ਮੈਨੂੰ ਬਣਾ ਦਿਓ ਸਭ ਤੋਂ ਨਾਰਮਲ ਕਨਸੈਪਟ ਹੈ ਜਿਹੜੀ ਸਟੇਟ ਦੇ ਕੋਰ ਸਟਰਕਚਰ ਨੂੰ ਇਦਾਂ ਵਾਇਲੈਂਟਲੀ ਕ੍ਰਿਟੀਸਾਈਜ਼ ਕਰਨ ਦਾ ਮੌਕਾ ਦਿੰਦੀ ਹੋਵੇ ਰਿਲੀਜੀਅਸ ਰਾਜ ਤੇ ਛੱਡ ਦਿਓ ਤੁਸੀਂ ਇੰਡੀਆ ਦਿੰਦਾ ਨਹੀਂ ਦਿੰਦਾ ਅਮਰੀਕਾ ਦਿੰਦਾ ਨਹੀਂ ਦਿੰਦਾ ਕਿਉਂਕਿ ਜਿਹੜੀ ਸਟੇਟ ਹੈ ਉਹਨੇ ਇੱਕ ਆਈਡੀਆ ਤੇ ਸਰਵਾਈਵ ਕਰਨਾ ਹੈ ਨਾ ਜੇ ਉਸ ਆਈਡੀਆ ਨੂੰ ਤੁਸੀਂ ਕਰ ਦਿੱਤਾ ਖਤਮ ਬਿਲਕੁਲ ਹੀ ਤੇ ਫਿਰ ਕਿੰਨਾ ਹੁਣ ਇਹ ਸਵਾਲ ਹੈ ਪਤਾ ਕਿੱਥੇ ਪੈਦਾ ਹੁੰਦਾ ਹੈ ਤਾਂ ਖਾਲਸਾਤਨ ਨੇਸ਼ਨ ਸਟੇਟ ਹੋਊਗਾ ਖਾਲਸਾਤਨ ਨੇਸ਼ਨ ਸਟੇਟ ਹੀ ਬਣੂਗਾ ਦੁਨੀਆ ਦੇ ਉੱਤੇ ਨੇਸ਼ਨ ਸਟੇਟਾਂ ਨਹੀਂ ਬਣੀਆਂ ਹੋਈਆਂ ਨੇਸ਼ਨ ਕੀ ਹੈ ਲੋਕਾਂ ਦਾ ਸਮੂਹ ਹੈ ਸਿੱਖਾਂ ਦੀ ਇੱਕ ਕਲੈਕਟਿਵ ਕੌਨਸ਼ੀਅਸਨੈਸ ਹੈਗੀ ਹੈ ਨਾ ਉਹਦੇ ਤੇ ਚੱਲੂਗਾ ਆਈਡੀਆ ਤੇ ਖਾਲਸਤਾਨ ਦੇਖੋ ਪ੍ਰੋਬਲਮ ਪਤਾ ਕਿ ਸਾਡੇ ਇਹ ਉਲਝਾਇਆ ਜਾਂਦਾ ਨੈਸ਼ਨ ਸਟੇਟ ਵਰਸ ਰਾਜ ਹੈ ਜਿਹੜਾ ਖਲੀਮੀ ਨੈਸ਼ਨ ਸਟੇਟ ਤਾਂ ਮਾਡਰਨ ਫੀਨੋਮਨਾ ਹੈਗਾ ਸਿੱਖੀ ਤੇ ਰਵੈਤਨਾ ਚੱਲਦੀ ਹੈਗੀ ਦੇਖੋ ਨੈਸ਼ਨ ਸਟੇਟ ਮਾਡਰਨ ਫੀਨੋਮਨਾ ਹੈਗਾ ਨੈਸ਼ਨ ਸਟੇਟ ਦਾ ਕੱਲ ਦੀ ਜਦੋਂ ਯੂਰਪ ਦੇ ਅੰਦਰ ਨੈਸ਼ਨ ਸਟੇਟ ਇੰਡਸਟਰੀ ਰੈਵੋਲੂਸ਼ਨ ਹੋਇਆ ਉਸ ਤੋਂ ਬਾਅਦ ਬੇਸ਼ੱਕ ਨੈਸ਼ਨ ਸਟੇਟ ਮਾਡਰਨ ਫੀਨੋਮਨਾ ਹੈ ਜੇ ਸੇਖਾਂ ਦੀ ਨੈਸ਼ਨ ਸਟੇਟ ਹੋਊਗੀ ਉਹ ਦੁਨੀਆਂੋਂ ਵੱਖਰੀ ਨਹੀਂ ਹੋਊਗੀ ਉਹ ਕਿਵੇਂ ਵੱਖਰੀ ਹੋ ਮੈਂ ਕਹਿ ਰਿਹਾ ਜਦੋਂ ਅੱਜ ਵੀ ਜਿਹੜੇ ਨੈਸ਼ਨ ਸਟੇਟ ਹੈ ਜਦੋਂ ਸਿੱਖਾਂ ਦੇ ਵਿਦਵਾਨ ਇਹ ਕ ਖੂਨ ਤੇ ਟਿੱਕੀ ਹੁੰਦੀ ਹੈ ਲੋਕਾਂ ਦੇ ਨਹੀਂ ਇਹ ਗਲਤ ਗੱਲ ਹੈ ਇਹ ਪਤਾ ਨਹੀਂ ਕਿੰਨੇ ਕਾ ਪੜ ਲੀਏ ਤੇ ਕਿੰਨੇ ਕਹਿਤੀ ਹੈ ਇੱਕ ਸਿੰਪਲ ਗੱਲ ਸੁਣੋ ਨੇਸ਼ਨ ਕੌਮ ਦਾ ਸਮੂਹ ਜਿਹੜਾ ਹੈ ਇੱਕ ਨੈਸ਼ਨਲਿਜ਼ਮ ਦੀ ਆਇਡੈਂਟੀਟੀ ਵੀ ਕ੍ਰੀਏਟ ਹੁੰਦੀ ਹੈ ਉਹਦੇ ਚ ਸਾਰਾ ਕੁਝ ਆ ਉਹ ਕੌਮ ਦੀ ਜਿਹੜੀ ਵਿਚਾਰਧਾਰਾ ਹੈ ਜਿਹੜੀ ਕਲੈਕਟਿਵ ਉਹਦੇ ਚ ਹੀ ਪੈਦਾ ਹੋਊਗੀ ਨਾ ਜੇ ਆਪਾਂ ਕਹਿੰਨੇ ਪਾ ਅੱਜ ਸਟੇਟ ਹਿੰਦੂ ਫਾਸਟ ਸਟੇਟ ਮਹਾਰਾਸ਼ਟਰ ਨਾਲ ਕੀ ਸਮੱਸਿਆ ਹੈਗੀ ਕਿਉਂਕਿ ਉਹਨਾਂ ਦੀ ਆਇਡਿਓਲੋਜੀ ਇਨਕਲੂਸਿਵ ਨਹੀਂ ਹੈਗੀ ਬਿਲਕੁਲ ਵੀ ਉਹਨਾਂ ਦੀ ਆਇਡਿਓਲੋਜੀ ਇੱਕ ਉਹ ਕਹਿੰਦੇ ਨਾ ਵੀ ਸੱਚ ਹਿੰਦੂ ਆ ਕਹਿੰਦੇ ਆ ਕਿ ਨਹੀਂ ਕਹ ਜੇ ਨਹੀਂ ਕਹਿੰਦੇ ਤਾਂ ਦੱਸ ਦੋ ਜੇ ਫਿਰ ਤੁਸੀਂ ਉਹ ਉਹ ਸਿੱਖਾਂ ਨੂੰ ਕਹਿੰਦੇ ਨੇ ਤੁਸੀਂ ਇੱਕ ਤੁਸੀਂ ਅਪਗ੍ਰੇਡਾਂ ਨੂੰ ਕਹਿੰਦੇ ਹੋ ਕਿ ਅਪਗ੍ਰੇਡਾਂ ਨੂੰ ਅਸੀਂ ਸੌਂਦਾ ਲਾ ਦਾਂਗੇ ਅਸੀਂ ਹਿੰਦੂਆਂ ਨੂੰ ਨਹੀਂ ਕਹਿੰਦੇ ਦੇਖੋ ਸੋ ਅਪਗ੍ਰੇਡਾਂ ਨੂੰ ਕਿਉਂ ਆ ਜੇ ਤੇ ਸਿੱਖ ਕੇ ਜੇ ਸਿੱਖਾਂ ਦੇ ਅੰਦਰ ਰੋ ਕੇ ਬਾਹਰ ਹੋ ਕੇ ਇਸ ਸਟੇਟ ਦੀ ਗੱਲ ਹੋ ਰਹੀ ਹੈ ਦੇਖੋ ਡੈਮੋਕਰੈਟਿਕ ਸਟੇਟ ਆ ਜਿਹੜੀ ਉਹ ਦਿਖਾਉਣ ਲਈ ਤਾਂ ਹਮੇਸ਼ਾ ਡੈਮੋਕਰੈਟਿਕ ਰਹਿੰਦੀ ਆ ਨਾ ਉਹ ਦਿਖਾਉਣ ਲਈ ਰਹਿੰਦੀ ਕੱਲੇ ਫਿਰ ਦਿਖਾਉਣ ਲਈ ਵੀ ਰਹਿੰਦੀ ਆ ਰਾਈਟ ਵੀ ਦਿੰਦੀ ਆ ਇੱਕ ਲੈਵਲ ਦੇ ਉੱਤੇ ਜਾ ਕੇ ਰਾਈਟ ਹਰ ਇੱਕ ਯੋਰ ਉਪਦੇ ਅੰਦਰ ਤੇ ਪੱਛਮ ਦੇ ਅੰਦਰ ਤਾਂ ਬਹੁਤ ਜ਼ਿਆਦਾ ਦਿੱਤੇ ਹੋਣ ਬਹੁਤ ਜ਼ਿਆਦਾ ਦਿੱਤੇ ਆ ਪਰ ਮੈਂ ਇੱਕ ਗੱਲ ਤੁਹਾਨੂੰ ਪੁੱਛ ਰਿਹਾ ਬਲੈਕ ਮੂਵਮੈਂਟ ਉੱਥੇ ਕੀ ਕੀਤਾ ਨਾ ਜੀ ਇਹ ਤੇ ਸਿੱਖਾਂ ਨੇ ਕਦੀ ਦਾਵਾ ਕੀਤਾ ਹੋਵੇ ਕਿ ਮੁਸਲਮਾਨ ਸਿੱਖ ਆ ਹੈ ਜੇ ਸਿੱਖਾਂ ਨੇ ਦਾਵਾ ਕੀਤਾ ਹੋਵੇ ਕਿ ਹਿੰਦੂ ਸਿੱਖ ਆ ਹੈ ਫਿਰ ਤੇ ਅਸੀਂ ਕਿਸੇ ਨੂੰ ਮਾਰਨ ਦੀ ਕੋਸ਼ਿਸ਼ ਕਰਾਂਗੇ ਜਦੋਂ ਪਾਵਰ ਆਊਗੀ ਅਸੀਂ ਤੇ ਕਹਿੰਦੇ ਆ ਵੀ ਸਰਬੱਤ ਦੇ ਭਲੇ ਦਾ ਸਿਧਾਂਤ ਹੈ ਸਾਡਾ ਵੀ ਜੀਓ ਤੇ ਜੀਉਣ ਦੇ ਅਧਿ ਨੀਤੀ ਆ ਤੁਮ ਕੋ ਤੇ ਤੁਹਾਡਾ ਕੋ ਹਾਂ ਮੈਂ ਕਹਿ ਰਿਹਾਗਾ ਕਿ ਹਿੰਦੂ ਰਾਸ਼ਟਰ ਸਮੱਸਿਆ ਇਹ ਥੋੜੀ ਹੈਗਾ ਕਿ ਗੱਲ ਉੱਥੇ ਇਨਕਲੂਸਿਵ ਤੇ ਇਨਕਲੂਸ ਲੋਕਤੰਤਰ ਚ ਜਾਉਂਦਾ ਰਹਿਣਾ ਚਾਹੁੰਦੀ ਹੈ ਕਿਸੇ ਵੀ ਨੇਸ਼ਨ ਸਟੇਟ ਚ ਕਹਿ ਦਿੰਨਾ ਮੈਂ ਨੇਸ਼ਨ ਸਟੇਟ ਚ ਜਾਉਂਦਾ ਰਹਿਣਾ ਚਾਹੀਦਾ ਉਹਦਾ ਹੱਕ ਕਿਉਂ ਨਹੀਂ ਹੈਗਾ ਜਿਹਨੂੰ ਹੋਣਾ ਚਾਹੀਦਾ ਹੈ ਬਸ਼ਰਤੇ ਉਹ ਵਾਇਸ ਕਿਸੇ ਦਾ ਗਲ ਘੁੱਟ ਕੇ ਨਾ ਬੋਲਣ ਢੀ ਹੋਵੇ ਹਰ ਇੱਕ ਦਾ ਹੱਕ ਹੋਣਾ ਚਾਹੀਦਾ ਜੇ ਕੋਈ ਸਿੱਖੀ ਦਾ ਗਲ ਘੁੱਟ ਕੇ ਬੋਲਣਾ ਚਾਹੂਗਾ ਤੇ ਉਹਨੂੰ ਉਹ ਤਾਂ ਕਿਉਂ ਵੀ ਨਹੀਂ ਲੱਖਿਆ ਨਾ ਮੰਨ ਲਓ ਮੰਨ ਲਓ ਹੁਣ ਤੁਸੀਂ ਪਰ ਵਿਆਖਿਆ ਗੁਰੂ ਤੋਂ ਉੱਪਰ ਨਹੀਂ ਹੋ ਸਕਦੀ ਤੁਸੀਂ ਕਹਿੰਦੀ ਹੈ ਕੀ ਸਿੱਖ ਹਿੰਦੂਆਂ ਦਾ ਹਿੱਸਾ ਨੇ ਮੰਨ ਲਓ ਨਹੀਂ ਪਰ ਆ ਕਿਉਂ ਕਹਿੰਦੇ ਆਗੇ ਕਿ ਅਸੀਂ ਨਹੀਂ ਕਹਿੰਦੇ ਆ ਮਿਨੋਰਿਟੀ ਕਮਿਸ਼ਨ ਕਹਿੰਦੇ ਸਾਡਾ ਉਹ ਪਰ ਦੋ ਬੀਜੇਪੀ ਇਹ ਕਹਿੰਦੀ ਹੈ ਅੱਜਕੱਲ ਅੱਜਕੱਲ ਬੀਜੇਪੀ ਨਾਲ ਤੁਸੀਂ ਗੱਲ ਕਰਦੇ ਹੋ ਇਹ ਗੱਲ ਕਹਿੰਦੇ ਠੀਕ ਹੈ ਜਦੋਂ ਔਨ ਰਿਕਾਰਡ ਉਹ ਇਹ ਗੱਲ ਕਹਿੰਦੇ ਨੇ ਕਨਸਟੀਟਿਊਸ਼ਨ ਕਹਿ ਰਿਹਾ ਹਾਂ ਹਾਂ ਔਨ ਰਿਕਾਰਡ ਇਹ ਗੱਲ ਕਹਿੰਦੇ ਨੇ ਕਿ ਅਸੀਂ ਕਹਿੰਦੇ ਹਾਂ ਸਿੱਖ ਇੱਕ ਵੱਖਰੀ ਕੌਮ ਆ ਬੀਜੇਪੀ ਦੇ ਬਹੁਤ ਸਾਰੇ ਲੀਡਰ ਕਹਿੰਦੇ ਨੇ ਪਰ ਗੜਬੜਾਂ ਬਹੁਤ ਸਾਰੀਆਂ ਹੁੰਦੀਆਂ ਨੇ ਹਿੰਦੂ ਰਾਸ਼ਟਰ ਨਾਲ ਸਮੱਸਿਆ ਤੇ ਹੀ ਹੈ ਨਾ ਤੁਹਾਡੀ ਜੇ ਤੁਸੀਂ ਵੀ ਹਿੰਦੂ ਰਾਸ਼ਟਰ ਵਰਗੇ ਹੋਗੇ ਫਿਰ ਕੀ ਫਰਕ ਰਹੂਗਾ ਕਿਦਾਂ ਹੋ ਜਾਗੇ ਮੈਂ ਉਹ ਸਵਾਲ ਕਰ ਰਿਹਾ ਕਿਦਾਂ ਹੋ ਜਾਗੇ ਜਦੋਂ ਜਦੋਂ ਕੋਈ ਵੀ ਜਿਹੜੀ ਵਾਇਸ ਆ ਹੁਣ ਜਿਹੜਾ ਨ ਪਰ ਜੇ ਨਿਰੰਕਾਰੀ ਕਹਿਣਗੇ ਵੀ ਜਿਹੜੇ ਸਿੱਖਾਂ ਦਾ ਗੁਰੂ ਆ ਉਹਦੀ ਗੰਗਦੀ ਚੱਲ ਰਹੀ ਹੈ ਅੱਜ ਤੱਕ ਜੇ ਅਪਗ੍ਰੇਡ ਇੱਕ ਵੱਖਰਾ ਸੈਕਟ ਚਲਾਉਂਦੇ ਨੇ ਚਲਾ ਲੈਣ। ਨਾਸਤਿਕ ਇੱਕ ਵੱਖਰਾ ਸੈਕਟ ਚਲਾ ਰਹੇ ਨੇ। ਨਾਸਤਿਕ ਚਲਾ ਹੀ ਰਹੇ ਨੇ। ਦੇਖੋ ਸਿੱਖਾਂ ਨੇ ਕਦੇ ਕਿਸੇ ਨੂੰ ਇਦਾਂ ਨਹੀਂ ਮਾੜਾ ਚੰਗਾ ਬੋਲਿਆ। ਪ੍ਰੋਬਲਮ ਕੀ ਆ ਵੀ ਜਦੋਂ ਸਾਰਾ ਡਿਸਕੋਰਸ ਪੰਜਾਬ ਦੇ ਕਾਮਰੇਡਾਂ ਦਾ ਹੈ ਅਪਗ੍ਰੇਡਾਂ ਦਾ ਸਿੱਖੀ ਦਾ ਕ੍ਰਿਟਿਕ ਕਰਨ ਤੇ ਕ੍ਰਿਟਿਕ ਵੀ ਐਡੇ ਹਲਕੇ ਪੱਧਰ ਦਾ ਵੀ ਸਿੱਖਾਂ ਨੇ ਮੁਕਾਬਲੇ ਬਣਾਉਣੇ ਝੂਠੇ ਨੌਜਵਾਨਾਂ ਦੇ ਸਟਰਗਲ ਕਰਦੇ ਆ ਤੇ ਮੈਂ ਇਹ ਕਹਿ ਰਿਹਾ ਜਿਹੜੀਆਂ ਇਹ ਗੱਲਾਂ ਨੇ ਅਮਰਪਾਲ ਕਿਤੇ ਇਹ ਤਾਂ ਨਹੀਂ ਹੋ ਸ਼ੀਆ ਸੁੰਨੀ ਵਾਲਾ ਮਸਲਾ ਖੜਾ ਹੋ ਜੇ ਸਿੱਖਾਂ ਚ ਇੱਕ ਗੱਲ ਸੁਣ ਇਹ ਜਿਹੜੀਆਂ ਗੱਲਾਂ ਦੀ ਰਿਫਲੈਕਸ਼ਨ ਦੇਖੋ ਤੁਸੀਂ ਮੈਂ ਸਾਰਿਆਂ ਦੀ ਗੱਲ ਕਰ ਰਿਹਾ ਹਾਂ ਹਾਂ ਬਿਲਕੁਲ ਤੁਸੀਂ ਕਹਿੰਦੇ ਹੋਗੇ ਕਿ ਉਹ ਉਹ ਸਿੱਖਾਂ ਨਾ ਕਰਦੇ ਨੇ ਤੁਸੀਂ ਇਹ ਕਹਿੰਦੇ ਹੋ ਹਿੰਦੂ ਰਾਸ਼ਟ ਸਿੱਖਾਂ ਨਾ ਕਰ ਰਿਹਾ ਮੈਂ ਕਹਿੰਦਾ ਸਿੱਖ ਸਿੱਖਾਂ ਨਾਲ ਵੀ ਕਿਉਂ ਕਰਨ ਜਿਸ ਸਿੱਖਾਂ ਚ ਵੀ ਕੋਈ ਕਨਫਲਿਕਟ ਨਹੀਂ ਕੋਈ ਗੱਲ ਹੈ ਗੱਲ ਰੱਖਣ ਦਾ ਹੱਕ ਤਾਂ ਸਭ ਨੂੰ ਆ ਅਸੀਂ ਤੱਕ dennੇ ਹੀ ਹੱਕ ਸਾਰਿਆਂ ਨੂੰ ਪਰ ਅਸੀਂ ਇਹ ਗੱਲ ਕਹਿੰਦੇ ਆ ਕਿ ਕ੍ਰਿਟਿਕਿਜ਼ਮ ਗੁਰੂ ਤੇ ਨਾ ਪਹੁੰਚੀ ਸ਼ੀਆ ਤੁਹਾਡਾ ਬਣ ਗਿਆ ਸਿੱਖਾਂ ਦਾ ਇੱਕ ਸੁੰਨੀ ਤੁਹਾਡਾ ਬਣ ਗਿਆ ਨਹੀਂ ਦੇਖੋ ਉਹਦੇ ਚ ਕੀ ਪ੍ਰੋਬਲਮ ਹੈ ਆਪਾਂ ਸ ਸਿੱਖੀ ਟਿਕੀ ਹੋਈ ਹੈ ਗੁਰੂ ਦੇ ਹੇਠ ਸੰਪਰਦਾਵਾਂ ਵਿੱਚ ਨਿਰਮਲਿਆਂ ਦਾ ਚੱਲਦਾ ਹੈ ਨਿਰਮਲੇ ਸਿੱਖਾਂ ਦੀ ਮੁੱਖ ਧਾਰਾ 'ਚ ਨਹੀਂ ਆਉਂਦੇ ਬਹੁਤੀ ਹਰ ਕਦੀ ਸੁਣੇ ਹੁੰਦੇ ਨਿਰਮਲਿਆਂ ਦਾ ਸਿੱਖਾਂ ਨਾਲ ਕਨਫਲਿਕਟ ਪੈਦਾ ਹੋ ਗਿਆ ਹੋਵੇ ਸੰਪਰਦਾਵਾਂ ਦੇ ਵਿੱਚ ਕੋਈ ਮਾਸ ਖਾਣ ਵਾਲਾ ਕੋਈ ਨਹੀਂ ਖਾਣਾ ਲੱਗਦੀ ਸੁਣਿਆ ਆਪੇ ਛੇਤਰਮਾਰ ਦੇ ਫਿਰਦੇ ਹੁਣ ਦੂਜੇ ਪ੍ਰੋਬਲਮ ਕਿੱਥੇ ਆਉਂਦੀ ਹੈ ਵੀ ਜਿਹੜੇ ਕੁਝ ਬੰਦੇ ਬੇਲਗਾਮ ਹੋ ਕੇ ਗੁਰੂ ਨੂੰ ਮੰਦਣਾ ਸ਼ੁਰੂ ਕਰ ਦਿੰਦੇ ਆ ਉਹਨਾਂ ਨਾਲ ਪ੍ਰੋਬਲਮ ਖੜੀ ਹੁੰਦੀ ਹੈ ਸਿੱਖੀ ਡਾਈਵਰਸਿਟੀ ਨੂੰ ਕਦੇ ਵੀ ਮਾਰਦੀ ਸਿੱਖੀ ਡਾਈਵਰਸਿਟੀ ਦਾ ਨਾਮ ਹੈ ਡਾਈਵਰਸਿਟੀ ਦਾ ਅਰਥ ਕੀ ਹੈ ਵੀ ਜੇ ਜਾਣਾ ਚਾਹੁੰਦੇ ਸੀ ਵਖਰੀ ਧਰ ਜੁਰ ਚਲ ਗਏ ਗੁਰੂ ਸਾਹਿਬ ਨੇ ਰੋਕਿਆ ਨਹੀਂ ਗੱਦੀ ਪਰ ਗੱਦੀ ਕਿਉਂ ਨਹੀਂ ਦਿੱਤੀ ਫਿਰ ਜੇ ਡਾਇਵਰਸਿਟੀ ਦੇ ਵਿੱਚ ਇਨਕਲੂਸਿਵ ਨਾ ਸੀ ਹੋਵੇ ਸਾਰੀ ਤੇ ਫਿਰ ਗੁਰੂ ਸਾਹਿਬ ਗੱਦੀ ਬਾਬਾ ਜੀ ਨੂੰ ਮੈਂ ਤੁਹਾਨੂੰ ਸਿੱਧਾ ਪਹਿਲਾਂ ਇਸ ਗੱਲ ਦਾ ਜਵਾਬ ਦੇ ਦੋ ਤੁਹਾਡੇ ਕੋਲ ਪਾਵਰ ਹੋਵੇ ਤੁਹਾਡਾ ਨੇਸ਼ਨ ਸਟੇਟ ਹੋਵੇ ਸਾਰੇ ਜਾਂਦੇ ਰਹਿਣਗੇ ਜਾਂ ਵਕ ਸੌਦਾ ਲਾ ਦਿੱਤਾ ਜਿਹੜਾ ਤੁਹਾਡੇ ਵਿਚਾਰਾਂ ਨਾਲ ਸਹਿਮਤ ਨਹੀਂ ਹੋਇਓ ਕਹਿੰਦੇ ਤੁਹਾਡੇ ਵਿਚਾਰਾਂ ਨਾਲ ਜਿਨ੍ਹਾਂ ਦੀ ਸਹਿਮਤੀ ਨਹੀਂ ਹੋਈ ਉਹਨਾਂ ਦਾ ਸੌਦਾ ਲੱਗ ਜਾ ਅੱਜ ਸੌਦਾ ਕਿਉਂ ਲੱਗਦਾ ਹੈ ਕਿਉਂਕਿ ਸਾਡੇ ਕੋਲ ਪਾਵਰ ਨਹੀਂ ਸਾਡੇ ਕੋਲ ਕੋਰਟ ਨਹੀਂ ਲਾ ਨਹੀਂ ਕੋਈ ਜਸਟਿਸ ਨਹੀਂ ਕੋਈ ਸਿਸਟਮ ਨਹੀਂ ਸਟੇਟ ਕੀ ਕਰਦੀ ਐ ਵਾਇਲ ਜੱਜ ਜਿਹੜਾ ਐ ਜੱਜ ਬੰਦਾ ਕਤਲ ਨਹੀਂ ਕਰਦਾ ਜਦੋਂ ਫਾਂਸੀ ਦਾ ਆਰਡਰ ਦਿੰਦਾ ਕਤਲ ਕਰਦਾ ਨਾ ਜੱਜ ਦੇ ਉੱਤੇ ਕਿਉਂ ਨਹੀਂ ਆਪਾਂ ਕਤਲ ਕੀ ਨਹੀਂ ਜੱਜ ਨੂੰ ਕਿਉਂ ਨਹੀਂ ਕਿਹਨੇ ਕਿਉਂਕਿ ਸਿਸਟਮ ਦੇ ਥਰੂ ਹੋ ਰਿਹਾ ਸਾਰਾ ਕੁਝ ਸਟੇਟ ਦਾ ਇੱਕ ਸਿਸਟਮ ਹੁੰਦਾ ਰਨ ਕਰਨ ਦਾ ਉਹਦੇ ਚ ਨਾ ਤੇ ਮੇਰੀ ਪਾਵਰ ਚੱਲਣੀ ਐ ਨਾ ਕਿਸੇ ਹੋਰ ਬੰਦੇ ਦੀ ਨਹੀਂ ਜਿੱਦਿ ਉਹਨੇ ਸਿਸਟਮ ਦੇ ਥਰੂ ਸਾਰੇ ਅਪਗ੍ਰੇਡ ਜੇਲ੍ਹ ਚ ਨਹੀਂ ਜੇਲ੍ਹ ਚ ਕਦੇ ਜਾਣਾ ਅਪਗ੍ਰੇਡਾਂ ਨੇ ਅਪਗ੍ਰੇਡ ਦੇਖੋ ਮਿਸ਼ਨਰੀ ਆਪ ਅਪਗ੍ਰੇਡਾਂ ਨੂੰ ਸਪੋਰਟ ਨਹੀਂ ਕਰਦੇ ਹਾਂ ਮਾਫੀ ਕਰਉਣਾ ਝੂਠ ਨਹੀਂ ਕਰਦੇ ਮਿਸ਼ਨਰੀਆਂ ਦੇ ਵਿੱਚ ਬਹੁਤ ਮੱਦੇਖ ਮੈਂ ਇੱਥੋਂ ਤੱਕ ਕਹਿਣਾ ਮੈਂ ਇਹ ਕਹਿ ਰਿਹਾ ਕਿ ਇੰਨੇ ਸਿੱਖ ਨੇ ਸਿੱਖਾਂ 'ਚ ਹਾਂ ਇੰਨੇ ਸਿੱਖਾਂ ਦੇ ਅੰਦਰ ਸੰਪਰਦਾਵਾਂ ਨੇ ਸਿੱਖਾਂ ਦੀਆਂ ਇੰਨੀਆਂ ਧਰਾਵਾਂ ਨੇ ਉਹ ਕਿਸੇ ਇੱਕ ਆਈਡੀਆ ਨਾਲ ਕਿਵੇਂ ਬਣੀਆਂ ਜਾ ਸਕਦੀਆਂ ਕੋਣ ਬੰਨ ਰਿਹਾ ਉਹਨਾਂ ਨੂੰ ਤੁਸੀਂ ਸਟੇਟ ਦੇ ਲੈਵਲ ਤੇ ਕਹਿੰਦੇ ਜੇ ਨਹੀਂ ਹੋਊਗਾ ਚੱਕੇ ਅੰਦਰ ਨਹੀਂ ਕੋਣ ਬੰਨਦਾ ਜੇਲ ਤਾਂ ਤੁਸੀਂ ਕਹੀ ਦਿੱਤਾ ਨਾ ਵੀ ਜੇਲ 'ਚ ਤਾਂ ਦੇਵਾਂਗੇ ਨਹੀਂ ਨਹੀਂ ਜੇਲ ਤੇ ਵਿੱਚ ਜੇਲ ਤੇ ਕ੍ਰਿਮੀਨਲ ਬੰਦੇ ਨੂੰ ਵੀ ਦੇਣਾ ਇਹ ਵਿਚਾਰਤਾ ਰੱਖ ਜੇਲ ਦੀ ਗੱਲ ਨਹੀਂ ਮੈਂ ਕਰਦਾ ਪਿਆ ਮੈਂ ਕਹਿ ਰਿਹਾ ਜਿਹੜੇ ਤੁਹਾਡੇ ਆਈਡੀਆ ਨਾਲ ਸਾਡੀ ਜਿਹੜੀ ਸਿੱਖਾਂ ਦੀ ਸਟੇਟ ਹੈ ਉਹਦੇ ਵਿੱਚ ਘਟੋ-ਘੱਟ ਗੁਰੂ ਨੂੰ ਤੇ ਕ੍ਰਿਟਿਕ ਤੋਂ ਬਾਹਰ ਤੁਸੀਂ ਸਿੱਖਾਂ ਦੀ ਸੰਪਰਦਾਵਾਂ 'ਤੇ ਕ੍ਰਿਟਿਕ ਕਰੀ ਜੇ ਮੈਂ ਸ਼ਰੀਅਤ ਦਾ ਕਾਨੂੰਨ ਆਗਾ ਸਲਾਮ 'ਚ ਉਹ ਸ਼ਰੀਅਤ ਦਾ ਕਾਨੂੰਨ ਹੈ ਤੇ ਨਬੀ 'ਤੇ ਕੋਈ ਕ੍ਰਿਟਿਕ ਆਗਾ ਨਹੀਂ ਹੈਗਾ ਮੈਂ ਉਹੀ ਕਹਿ ਰਿਹਾ ਕਿ ਐ ਹੋਊਗਾ ਨਹੀਂ ਸ਼ਰੀਅਤ ਦੇ ਕਾਨੂੰਨ ਦੇ ਵਿੱਚ ਤੇ ਬਹੁਤ ਚੀਜ਼ਾਂ ਵੀ ਜੋ ਕੋਈ ਸਿੱਖੀ ਛੱਡ ਕੇ ਜਾਣਾ ਚਾਹੁੰਦਾ ਪਰ ਜ਼ਿਕਰ ਇੱਕ ਹੋਰ ਤੁਸੀਂ ਵੀ ਜ਼ਿਕਰ ਕਰ ਰਹੇ ਸੀ ਸਟੇਜ ਤੋਂ ਉਸ ਕਾਨੂੰਨ ਦਾ ਪਾਕਿਸਤਾਨ ਦੇ ਅੰਦਰ ਹੈ ਹਾਂ ਬਲਾਸਫੇਮੀ ਲਾਉ ਹੈ ਹਾਂ 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 ਬਲਾਸਫੇਮੀ ਨਹੀਂ ਬਲਾਸਫੇਮੀ ਲਾਉ ਤਾਂ ਤੁਸੀਂ ਇੱਥੇ ਵੀ ਮੰਗ ਰਹੇ ਆ ਜਿਦੋਂ ਸਾਡੇ ਗੁਰੂ ਦੀ ਬੇਅਦਬੀ ਦੇਖੋ ਸਿੱਖੀ ਤੇ ਸਲਾਮ 'ਚ ਕੀ ਫਰਕ ਹੈ ਬਹੁਤ ਫਰਕ ਹੈ ਫਰਕ ਕਿਉਂ ਨਹੀਂ ਆ ਤੁਸੀਂ ਸ 6 ਤਾਂ ਤੇ ਚੱਲਿਆ ਨਾ ਹੁਣ ਮਾਰ ਜੀ ਅਜੀਤ ਸਿੰਘ ਦਾ ਅੱਜ ਗੁਰੂ ਦੀ ਬੇਦਬੀ ਨਹੀਂ ਦਾ ਮਤਲਬ ਉਹ ਰਾਜ ਮੜਾ ਸੀ ਮਤਲਬ ਆਪਾਂ ਇਹ ਸੋਚਦੇ ਆਂ ਕਿ ਜਿਹੜੇ ਬੰਦੇ ਕ੍ਰਿਟਿਸਿਜ਼ਮ ਕਰਦੇ ਆ ਉਹਨਾਂ ਕੋਲ ਇੰਨੀ ਖੋਲ ਹੋਣੀ ਚਾਹੀਦੀ ਵੀ ਉਹ ਸਾਡੀਆਂ ਧੀਆਂ ਭਣਾਂ ਦੇ ਲੀੜੇ ਪਾੜ ਦੇਣੇ ਸੀ ਚੁੱਪ ਕਰਕੇ ਬੈਠੇ ਰਹੀਏ ਮਤਲਬ ਇੱਕ ਫਰੀडम ਆਫ ਸਪੀਚ ਦੀ ਇੱਕ ਲਿਮਿਟੇਸ਼ਨ ਤੇ ਹੈਗੀ ਆ ਨਾ ਨਹੀਂ ਉਹ ਠੀਕ ਮੈਂ ਇਹ ਪੁੱਛ ਰਿਆਂਗਾ ਸਟੇਟ ਜਿਹੜੀ ਮੈਂ ਕਹਿ ਰਿਆਂ ਅਨਕੋਡਡ ਕੋਡਡ ਦਿਖਾਉਣ ਨਾ ਦਿਖਾਉਣ ਚ ਸਟੇਟ ਆਪਣਾ ਇੱਕ ਚਿਹਰਾ ਹਮੇਸ਼ਾ ਡੈਮੋਕਰੈਟਿਕ ਰੱਖਦੀ ਹੈ ਜਿਹੜਾ ਤੁਸੀਂ ਕਹਿ ਰਹੇ ਹੋ ਅਦਾਲਤਾਂ ਦਾ ਉਹਨਾਂ ਮੈਂ ਜਿਹੜੇ ਵਿਚਾਰਾਂ ਨਾਲ ਸਹਿਮਤ ਨਹੀਂ ਹੋਣਗੇ ਵਿਚਾਰਾਂ ਨਾਲ ਸਹਿਮਤ ਨਾ ਹੋਣਾ ਕੋਈ ਗਨਾਰੀ ਗੱਲ ਨਹੀਂ ਬਹੁਤ ਸਾਰੇ ਸੈਕਟਰ ਹੋਣਗੇ ਜਿਹੜੇ ਜਿਵੇਂ ਕਿਸੇ ਨੇ ਲਿਖਿਆ ਕਿ ਅਮਰਤਪਾਲ ਜਵਦੀ ਟਕਸਾਲ ਵਾਲਿਆਂ ਦੇ ਚਲਾ ਗਿਆ ਜਵਦੀ ਟਕਸਾਲ ਤਾਂ ਗੁਰੂ ਜੀ ਬੇਅਦਬੀ ਕਰਦੀ ਹੈ ਕਰਦੀ ਰਹੀ ਆ ਉਹਨਾਂ ਨੇ ਕਿਹਾ ਇੱਕ ਮੈਗਜ਼ੀਨ ਚ ਗੁਰੂ ਦੇ ਖਿਲਾਫ ਆਰਟੀਕਲ ਲਿਖਿਆ ਗਿਆ ਗੁਰੂ ਸਾਹਿਬ ਦੇ ਮੈਂ ਤਾਂ ਦੱਸ ਦੇਣਾ ਜਿਹੜੇ ਜਵਦੀ ਟਕਸਾਲ ਚ ਅਸੀਂ ਗਏ 33 ਸਾਜਾਂ ਦਾ ਕੀਰਤਨ ਸਕਾਰੇ ਉਹਨਾਂ ਨੇ 30 ਹਜ਼ਾਰ ਸਟੂਡੈਂਟ ਤਿਆਰ ਕੀਤਾ ਹੈ ਉੱਥੇ ਗੁਰੂ ਦੀ ਪੂਰਨ ਮਰਿਆਦਾ ਦੇ ਤਹਿਤ ਗੁਰਗ੍ਰੰਥ ਸਾਹਿਬਾਰ ਪ੍ਰਕਾਸ਼ ਹੈ ਹੁਣ ਕਈ ਯਾਰ ਗੱਲ ਪ ਅਸੀਂ ਇਹ ਮੈਂ ਰੈਫਰੈਂਸ ਲਈ ਕੀਤੀ ਸੀ ਆਪਾਂ ਉਹ ਮੂਹਰੇ ਤੇ ਉਹ ਰੈਫਰੈਂਸ ਲਈ ਇਸ ਕਰਕੇ ਕੀਤੀ ਆ ਕਿ ਫਿਰ ਮੰਨ ਲਓ ਇੱਥੇ ਬਹੁਤ ਸਾਰੇ ਮੈਂ ਤਾਂ ਹੀ ਕਹਿਣਾ ਹੋਰ ਕਿੰਨਾ ਕੋਚ ਆਗਾ ਹੂੰ ਸਿੱਖੀ ਚ ਤਾਂ ਜਦੋਂ ਨੇਸ਼ਨ ਸਟੇਟ ਬਣੂ ਸਿੱਖਾਂ ਦੀ ਕਿ ਫਿਰ ਸਿੱਖ ਵੀ ਜ਼ਿਲ੍ਹਾ ਚ ਜਾਣਗੇ ਮੈਂ ਸਿੱਧਾ ਪੁੱਛ ਰਿਹਾ ਨਹੀਂ ਸਿੱਖ ਜ਼ਿਲ੍ਹਾ ਚ ਜੇ ਤੇ ਤੁਸੀਂ ਇਹ ਸੋਚੋ ਵੀ ਇੱਕ ਕਿਸੇ ਨੂੰ ਵੱਖਰੀ ਵਿਚਾਰਧਾਰਾ ਹੋਣ ਕਰਕੇ ਜੇਲ੍ਹ ਸੁਟਿਆ ਜਾਊਗਾ ਨਹੀਂ ਵਿਚਾਰਧਾਰਾ ਦੀ ਇੰਪੋਜੀਸ਼ਨ ਤੇ ਤੇ ਹੋ ਸਕਦੀ ਕੋਈ ਪ੍ਰੋਬਲਮ ਹੈ ਹਣ ਇੱਕ ਚੀਜ਼ ਆਪਣੇ ਮਨ ਚ ਆ ਗਈ ਹੈ ਵੀ ਮੈਂ فرض ਕਰੋ ਸਿੱਖ ਨਹੀਂ ਬਣਨਾ ਚਾਹੁੰਦਾ ਇੱਕ ਪਰ ਇਹ ਨਹੀਂ ਮੈਂ ਇੱਕ ਗਲਾਸ ਐਗਜ਼ਾਮਪਲ ਦੇ ਜਿਹੜਾ ਪਸੰਦ ਨਹੀਂ ਸੀ ਉਹ ਜੇਲ੍ਹ ਗਿਆ ਸਤਲਨ ਨੂੰ ਜੋ ਪਸੰਦ ਨਹੀਂ ਇਹਦਾ ਇਹਦਾ ਸਤਲਨ ਨੇ ਚੱਕ ਕੇ ਸਭ ਜ਼ਿਲ੍ਹਾ ਚ ਪਾ ਦਿੱਤੇ ਸਤਲਨ ਦੀ ਆਪਣੀ ਅੰਮ੍ਰਿਤਪਾਲ ਨੂੰ ਜੋ ਪਸੰਦ ਨਹੀਂ ਇਹ ਹੋਊਗਾ ਅੰਮ੍ਰਿਤਪਾਲ ਦੀ ਨਹੀਂ ਇਹ ਗੁਰੂ ਦੀ ਈਡੀਓਲੋਜੀ ਤੇ ਕੰਮ ਚੱਲਣਾ ਅੰਮ੍ਰਿਤਪਾਲ ਕੌਣ ਹੈ ਮੈਂ ਰਹਿਣਾ ਹੀ ਨਹੀਂ ਉਦੋਂ ਨੂੰ ਤੇ ਮੈਂ ਮੈਨੂੰ ਇਹ ਗੱਲ ਇਹ ਪਤਾ ਕੀ ਹੈ ਮੈਂ ਇਹ ਗੱਲ ਕਹਿ ਰਿਹਾ ਕੋਈ ਗੱਲ ਤੁਸੀਂ ਕਰ ਰਹੇ ਹੋ ਤਾਂ ਤੁਸੀਂ ਤੁਹਾਡੇ ਰੈਫਰੈਂਸ ਗੁਰੂ ਦਾ ਰਾਜ ਜਿਹੜਾ ਹੈ ਗੁਰੂ ਸਿਧਾਂਤ ਦਾ ਰਾਜ ਹੈ ਗੁਰੂ ਗੋਬਿੰਦ ਪਾਸ਼ਾ ਦਾ ਅਨੰਦਪੁਰ ਦਾ ਰਾਜ ਹੈ ਸਾਡਾ ਸਿੱਖਾਂ ਦਾ ਕੋਈ ਬੱਚਾ ਵੀ ਕਹੇ ਕਿ ਮੈਂ ਸਿੱਖ ਨਹੀਂ ਬਣਨਾ ਉਹਨੂੰ ਵੀ ਜੇਲ੍ਹ ਨਹੀਂਗੀ ਇੱਥੋਂ ਇਹ ਤੋਂ ਨਾਰਮਲ ਗੱਲ ਤੇ ਮੈਂ ਪਰ ਸਿੱਖ ਦਾ ਬੱਚਾ ਹੋ ਕੇ ਕੋਈ ਮੈਂ ਗੁਰੂ ਨੂੰ ਗਾਲ ਕੱਢਣੀ ਹੈ ਗੰਦੀ ਮੈਂ ਉਹੀ ਕਹਿ ਰਿਹਾ ਹੈਗਾ ਜਿਹੜੀਆਂ ਤੁਹਾਡੀਆਂ ਵਿਆਖਿਆ ਸੱਚਖੰਡ ਵਾਲੀ ਤੋਂ ਸ਼ੁਰੂ ਹੁੰਦੀ ਹੈ ਜੀ ਹੁਣ ਸਿੱਖ ਦਾ ਜਿਹੜੇ ਬੰਦੇ ਏਡੇ ਮਟੀਰੀਅਲਿਸਟ ਆ ਉਹ ਸੱਚਖੰਡ ਜਾਣਾ ਕਿ ਚਾਹੁੰਦੇ ਜਿਹਨੂੰ ਗੁਰੂ ਨਾਲ ਪ੍ਰੇਮ ਨਹੀਂ ਸੱਚਖੰਡ ਜਾਣਾ ਕਿ ਚਾਹੁੰਦਾ ਦੇਖੋ ਜਿਹੜੀ ਚੀਜ਼ 'ਚ ਵਿਸ਼ਵਾਸ ਨਹੀਂ ਕਰਦੇ ਉਹਦੇ 'ਚ ਜਿੱਦ ਕਰੀ ਬੈਠੇ ਵੀ ਸਾਨੂੰ ਉੱਚ ਲੈ ਕੇ ਜਾਓ ਤੇ ਜਿਹਨੇ ਜਾਣਾ ਉਹ ਗੁਰੂ ਦਾ ਹੁਕਮ ਮੰਨ ਲੇ ਮਤਲਬ ਇਹ ਤੁਸੀਂ ਕ੍ਰਿਟਿਸ ਜਿਹੜੀ ਨਾ ਕ੍ਰਿਟਿਕਿਜ਼ਮ ਦੀ ਹੱਦ ਵੇਖੋ ਕਿ ਟ੍ਰਿਟਿਕ ਤੁਸੀਂ ਕਰਨਾ ਕਿਹੜੀ ਚੀਜ਼ ਨੂੰ ਸੱਚਖੰਡ ਨੂੰ ਸੱਚਖੰਡ ਨੂੰ ਮੰਨ ਜੋ ਮੰਨਦੇ ਨਹੀਂਗੇ ਜਿਹੜੇ ਮੰਨਦੇ ਉਹ ਚੱਲ ਜਣ ਨਾ ਚੱਲ ਜਣ ਉਹਨਾਂ ਨੂੰ ਕੀ ਫਰਕ ਪੈਂਦਾ ਗੱਲ ਤੇ ਗੁਰੂ ਦੇ ਹੁਕਮ ਤੇ ਟਿੱਕੀ ਐ ਸੋ ਉਹ ਕਹਿੰਦੇ ਨੇ ਵੀ ਸੱਚਖੰਡ ਦਾ ਸਿਧਾਂਤ ਖਤਮ ਕਰ ਮੈਂ ਕਿਦਾਂ ਖਤਮ ਕਰਦਾ ਇਤਿਹਾਸ ਦੇ ਵਿੱਚ ਬਾਣੀ ਦੇ ਵਿੱਚ ਸੱਚਖੰਡ ਵਸੇ ਨਰੰਕਾਰ ਇਹਦਾ ਕੀ ਅਰਥ ਸੋ ਆਪਾਂ ਇਹ ਗੱਲ ਪਤਾ ਕੀ ਚੱਕਰ ਹੁੰਦਾ ਹੈ ਇਹਦੇ ਚ ਉਹ ਕੀ ਗੱਲ ਤਾਂ ਜੋੜ ਕੇ ਕਹੀ ਜਾਂਦੀ ਹੈ ਕਿ ਜਿਵੇਂ ਸਾਰੀਆਂ ਗੱਲਾਂ ਦੇ ਨਾਲ ਕਿ ਜਿਵੇਂ ਮੰਨ ਲਓ ਹੁਣ ਤੁਹਾਡੀ ਜਥੇਬੰਦੀ ਹੈਗੀ ਹਮ ਹਣਾ ਤੁਸੀਂ ਆਪਣੇ ਲਈ ਕਹਿੰਦੇ ਨਾ ਪੋਲਿਟਿਕਸ ਆਫ ਕਨਵੀਨੀਅੰਸ ਕਰਦੇ ਹੋ ਹਮ ਹਮ ਜਿਵੇਂ ਦੀਪ ਪੱਤੇ ਤਾਂ ਤੁਹਾਡੀ ਜਥੇ ਜਥੇਬੰਦੀ ਦਾ ਸਰਪ੍ਰਸਤਾ ਉਹ ਇੱਕ ਤਰ੍ਹਾਂ ਦਾ ਤਾਂ ਤੁਸੀਂ ਆਪਣੇ ਲਈ ਕਨਵੀਨੀਅੰਸ ਆਫ ਪੋਲਿਟਿਕਸ ਰੱਖਦੇ ਹੋ ਜਦੋਂ ਉਹਦੀ ਗੱਲ ਆਈ ਤੁਸੀਂ ਕਹਿੰਦਾ ਕਿ ਉਹ ਉਹਦੀ ਇੱਛਾ ਸੀ ਤ੍ਰਿਸ਼ਨਾ ਸੀ ਮੈਂ ਮੈਂ ਨਹੀਂ ਸੱਚ ਮੈਂ ਸੱਚਖੰਡ ਦੇ ਵਿੱਚ ਕਿਹਾ ਉਹਨੂੰ ਜਗ੍ਹਾ ਮਿਲ ਗਈ ਮੈਂ ਇਹ ਵੀ ਕਹਿ ਸਕਦਾ ਸੀ ਕਹਿਣ ਨੂੰ ਕੋਈ ਕੋਡ ਆਫ ਕੰਡਕਟ ਚੇਂਜ ਕੀਤਾ ਤੇ ਆਸ ਤੇ ਤ੍ਰਿਸ਼ਨਾ ਸੀ ਉਹਦੇ 'ਚ ਉਹ ਦੁਬਾਰਾ ਜਨਮ ਲਊਗਾ ਜੇ ਨਹੀਂ ਇਹ ਉਹਦੇ ਉਹਦੇ 'ਚ ਜੇ ਤੇ ਉਹਨੇ ਨਹੀਂ ਸਟੇਟਮੈਂਟ ਦਿੱਤੀ ਵੀ ਮੈਂ ਅਬਰਤਕਣਾ ਚਾਹੁੰਨਾ ਉਹ ਆਪਾਂ ਨੂੰ ਪਤਾ ਹੈ ਰਿਕਾਰਡਿੰਗ ਬਾਹਰ ਆਈ ਸੀ ਸਾਰਾ ਕੁਝ ਹੋਇਆ ਸੀ ਹੈ ਹੁਣ ਤ੍ਰਿਸ਼ਨਾ ਦੇ ਵਿੱਚ ਧਰਮ ਤੇ ਇਦਾਂ ਹੀ ਆ ਅਧੂਰੀ ਇੱਛਾ ਲੈ ਕੇ ਕੋਈ ਸੰਸਾਰ ਤੋਂ ਤੁਰ ਜਾਂਦਾ ਕੋਈ ਚੰਗਾ ਕਾਰਜ ਕਰਕੇ ਪਰਮਾਤਮਾ ਸਤਗੁਰ ਸੱਚੇ ਪਾਤਸ਼ਾਹ ਤੇ ਰਹਿਮਤ ਕਰਕੇ ਉਹਨੂੰ ਗੁਰਸਿੱਖੀ ਜੀਵਨ ਬਖਸ਼ਦੇ ਆ ਇਹ ਮੈਨੂੰ ਨਹੀਂ ਸਮਝ ਆਉਂਦੀ ਕਿ ਇਹ ਕ੍ਰਿਟਿਸਿਜ਼ਮ ਕਿੱਥੇ ਖੜਾ ਹੋ ਜਾਂਦਾ ਹੈ ਜਿਹੜਾ ਬੰਦਾ ਦੇਖੋ ਗੁਰੂ ਦੇ ਮਾਰਗ ਤੇ ਚੱਲਣਾ ਨਹੀਂ ਚਾਹੁੰਦਾ ਉਹਨੂੰ ਕੀ ਪਰਵਾਹ ਆ ਵੀ ਉਹ ਸੱਚਖੰਡ ਜਾ ਰਿਹਾ ਕਿ ਨਹੀਂ ਜਾ ਰਿਹਾ ਇਹ ਤਾਂ ਉਹਨਾਂ ਨੂੰ ਚਾਹੀਦੀ ਜਿਹੜੇ ਗੁਰੂ ਦੇ ਹੁਕਮ 'ਚ ਜਾਣਾ ਚਾਹੁੰਦੇ ਉਹਨਾਂ ਨੂੰ ਹੀ ਡਰ ਲੱਗਦਾ ਹੈ ਕਿ ਜਿਹੜੀ ਤੁਸੀਂ ਨੇਸ਼ਨ ਸਟੇਟ ਬਣਾਉਣੀ ਆ ਉਹ ਤੋਂ ਬਾਅਦ ਸੱਚਖੰਡ ਤਾਂ ਨਾ ਜਾ ਜਾਈਏ ਕਿਤੇ ਜੇਲ੍ਹ ਚਲੇ ਜਾਈਏ ਨਹੀਂ ਨਹੀਂ ਜੇਲ੍ਹ ਇਸ ਟਾਲਣ ਵਾਲਾ ਕੰਮ ਨਹੀਂ ਹੈਗਾ ਹਾਂ ਇੱਕ ਜਰੂਰ ਗੱਲ ਹੈ ਜੇਲ੍ਹ ਚਲੇ ਜਾਈ ਬੇਦਬੀ ਕਰਨ ਵਾਲੇ ਬੰਦੇ ਦਾ ਬੇਦ ਅੱਛਾ ਜੇ ਕੋਈ ਬੰਦਾ ਕਹਿੰਦਾ ਵੀ ਮੈਂ ਪੋਜੀਟਿਵ ਕ੍ਰਿਟਿਸਿਜ਼ਮ ਕਰਨਾ ਚਾਹੁੰਦਾ ਜਾਂ ਮੈਂ ਕੋਈ ਸਵਾਲ ਕਰਨਾ ਚਾਹੁੰਦਾ ਕਿੰਨੇ ਮਸ਼ਿਨਰੀਆਂ ਦਾ ਸੌਦਾ ਲੱਗਾ ਅਜੇ ਤੱਕ ਤੁਸੀਂ ਮੈਨੂੰ ਸਵਾਲ ਮੈਂ ਤੁਹਾਨੂੰ ਪੁੱਛਦਾ ਲੱਗਾ ਕਿਸਦਾ ਸੌਦੇ ਐਵੇਂ ਹਰ ਗੱਲ ਉੱਤੇ ਅਟੈਕ ਹੋਇਆ ਸੀ ਢੜਰੀਆਂ ਵਾਲੇ ਦੇ ਜਿਨ੍ਹਾਂ ਨੇ ਅਟੈਕ ਕੀਤਾ ਉਹਨਾਂ ਨੂੰ ਪੁੱਛਣਾ ਚਾਹੀਦਾ ਜਾ ਕੇ ਹੈ ਤੁਸੀਂ ਉਹ ਠੀਕ ਮੰਨਦੇ ਹੋ ਗਲਤ ਮੰਨਦੇ ਨਹੀਂ ਮੈਂ ਨਹੀਂ ਠੀਕ ਮੰਨਦਾ ਉਸ ਗੱਲ ਨੂੰ ਜਦੋਂ ਅਟੈਕ ਹੋਇਆ ਸੀ ਉਸ ਤੋਂ ਬਾਅਦ ਢੜਰੀਆਂ ਵਾਲਾ ਬਹੁਤ ਆਫ ਦਾ ਟਰੈਕ ਚੱਲ ਗਿਆ ਮੈਂ ਉਦੋਂ ਨਹੀਂ ਸੀ ਮੰਨਦਾ ਵੀ ਇਹ ਗੱਲ ਠੀਕ ਹੈ ਫਿਰ ਜਿਹੜੀ ਗੱਲ ਤੁਸੀਂ ਕਹਿੰਦੇ ਹੋ ਕਿ ਢੱਡਰੀਆਂ ਵਾਲਾ ਅਟੈਕ ਹੋਣ ਤੋਂ ਬਾਅਦ ਬਿਲਕੁਲ ਹੀ ਆਈਸੋਲੇਟ ਹੋ ਕੇ ਆਪਣੀ ਤਰ੍ਹਾਂ ਦੀ ਗੱਲ ਕਰਨ ਲੱਗਿਆ ਨਹੀਂ ਕੱਲਾ ਆਈਸੋਲੇਟ ਉਸੇ ਆਈਸੋਲੇਟ ਜਾਂ ਜੋ ਵੀ ਚਲੋ ਤੁਹਾਡੀ ਵਿਆਖਿਆ ਹੋ ਸਕਦੀ ਹੈਗੀ ਜਿਵੇਂ ਹੁਣ ਤੁਸੀਂ ਗੱਲ ਕਰ ਰਹੇ ਹੋ ਕੋਈ ਉਮੀ ਤੁਹਾਡੀ ਵਿਆਖਿਆ ਚੋਂ ਲਗਦਾ ਯਾਰ ਇਹ ਤਾਂ ਐ ਕਰਦੇ ਨੇ ਠੀਕ ਆਪਾਂ ਤਾਂ ਆਪਣੇ ਤਰੀਕੇ ਨਾਲ ਚੱਲਦੇ ਆ ਨਹੀਂ ਇਹ 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 ਬੇਫਿਕੂਫੀ ਹੈ ਪਤਾ ਕਿਉਂ ਹੈ ਤੁਸੀਂ ਜੇ ਡੱਫਤ ਨਾਲ ਗੱਲ ਕਰੋ ਲੋਕ ਇਹ ਕਹਿੰਦੇ ਕਿ ਅਮਰਤਪਾਲ ਨੂੰ ਇੱਕ ਵੱਡੀ ਸਟੱਡੀ ਕਰਕੇ ਪੰਜਾਬ ਆਇਆ ਉਹਨੂੰ ਅੰਡਰਸਟੈਂਡ ਕਰਨਾ ਚਾਹੀਦਾ ਸੀ ਪੰਜਾਬ ਦੇ ਉਹ ਨਹੀਂ ਪੰਜਾਬ ਦੇ ਬਾਹਰੋਂ ਪੰਜਾਬ ਦੇਖ ਰਿਆ ਸੀ ਉਹ ਆ ਕੇ ਨਹੀਂ ਮੈਂ ਇੱਥੇ ਜੰਮਿਆ ਪੜਿਆ ਹਾਂ ਇੱਕ ਤੇ ਬੰਦੇ ਨੂੰ ਇਹ ਅੰਡਰਸਟੈਂਡ ਕਰਨਾ ਚਾਹੀਦਾ ਮੈਂ ਇੱਥੇ ਜੰਮਿਆ ਪੜਿਆ 20 ਸਾਲ ਮੈਂ ਇੱਥੇ ਕੱਟੇ ਨੇ ਆਪਣੀ ਜ਼ਿੰਦਗੀ ਦੇ ਜਿੱਥੇ ਮੈਂ ਰਿਆਂ ਉਹ ਪੰਜਾਬ ਤੋਂ ਕੋਬੜੀ ਵੱਖਰੀ ਬੈਸੀ ਗੈਪ ਤਾਂ ਸੀ 6 ਸਾਲਾਂ ਦਾ ਨਹੀਂ 10 ਸਾਲ ਲਗਾਇਆ ਪਿਆ 10 ਸਾਲ ਦਾ ਵੀ 10 ਸਾਲ ਬਾਅਦ ਆ ਕੇ ਪੰਜਾਬ ਕਿੰਨਾ ਬਦਲਿਆ ਉਹ ਨੂੰ ਅੰਡਰਸਟੈਂਡ ਕਰਨਾ ਚਾਹੀਦਾ ਅਸਲ ਚ ਨਾ ਗੱਲ ਪ੍ਰੋਬਲਮ ਪਤਾ ਕੀ ਹੈ ਲੋਕਾਂ ਨੂੰ ਇਹ ਗੱਲ ਕਿਉਂ ਨਹੀਂ ਹਜਮ ਹੋ ਰਹੀ ਵੀ ਮੈਂ ਜਿਹੜੀ ਗੱਲ ਕਰ ਰਿਹਾ ਲੋਕ ਸੁਣ ਰਹੇ ਨੇ ਜੇ ਤੇ ਦੇਖੋ ਕਿਸੇ ਨੇ ਕਿਸੇ ਦੇ ਮੂੰਹ ਤੇ ਚਿਕਲੀ ਪਾਈ ਹੋਈ ਹੈ ਵੀ ਤੁਸੀਂ ਨਹੀਂ ਬੋਲਣਾ ਅਸੀਂ ਬੋਲਣਾ ਮੈਂ ਕਿਹਾ ਕਿ ਕਿਸੇ ਨੂੰ ਵੀ ਤੁਸੀਂ ਨਾ ਬੋਲੋ ਮੈਂ ਵੀ ਕਿਹਾ ਵੀ ਮੇਰੇ ਨਾਲ ਕੇ ਬੈਠ ਜਾਓ ਇੱਥੋਂ ਤੱਕ ਕਿਹਾ ਨਾ ਸਾਰੇ ਬੰਦੇ ਨੂੰ ਕਿਹਾ ਵੀ ਤੁਸੀਂ ਆ ਕੇ ਮੇਰੇ ਨਾਲ ਡਿਬੇਟ ਡਿਸਕਸ਼ਨ ਕਰ ਲਓ ਤੁਸੀਂ ਵੀ ਆ ਜ ਪੀ ਜਿਹੜਾ ਵੈਕਿਊਮ ਹੈ ਪੰਜਾਬ ਦੇ ਵਿੱਚ ਬਹੁਤ ਡੇਂਜਰਸ ਵੈਕਿਊਮ ਨੌਜਵਾਨਾਂ ਨੂੰ ਤੁਸੀਂ ਕੁਝ ਨਹੀਂ ਕਰ ਰਹੇ ਬੋਲ ਨਹੀਂ ਰਹੇ ਉਹਨਾਂ ਨਾਲ ਕੋਈ ਆਰਗੂਮੈਂਟ ਨਹੀਂ ਕਰ ਰਹੇ ਕੋਈ ਉਹਨਾਂ ਨੂੰ ਦੱਸ ਨਹੀਂ ਰਿਹਾ ਵੀ ਕੀ ਹੈ ਹੁਣ ਇੱਥੋਂ ਤੱਕ ਵੀ ਤੁਸੀਂ ਨੌਜਵਾਨਾਂ ਨੂੰ ਇੰਨਾ ਹਨੇਰੇ 'ਚ ਰੱਖਣਾ ਚਾਹੁੰਦੇ ਜੋ ਵੀ ਲੋਕਾਂ ਨੂੰ ਪੁਲਿਸ ਕਰਨ ਦੇ ਚੱਕਰ ਫਰਜ਼ ਕਰੋ ਦੁਨੀਆ ਦੇ ਸਾਰੇ ਲੋਕ ਸ਼ਰਾਬ ਪੀਣ ਲੱਗ ਪਏ ਸਾਰੇ ਲੋਕ ਕੋਈ ਨਾ ਬਚੇ ਤੇ ਇੱਕ ਬੰਦਾ ਸ਼ਰਾਬੀ ਨਾ ਹੋਵੇ ਕੀ ਉਸ ਬੰਦੇ ਨੂੰ ਇਹ ਪ੍ਰੈਸ਼ਰ ਚਾੜ੍ਹ ਕੇ ਸ਼ਰਾਬ ਨੂੰ ਜਸਟੀਫਾਈ ਕਰ ਦੇਣਾ ਚਾਹੀਦਾ ਸੱਚ ਬਦਲ ਦੇਣਾ ਚਾਹੀਦਾ ਕੂੜ ਨਖੋਟੇ ਨਾਨਕ ਔੜਕ ਸੱਚ ਰਹੀ ਜੇ ਤੇ ਮੈਂ ਝੂਠ ਬੋਲਾਂ ਕਿਸੇ ਗੱਲ ਦੇ ਉੱਤੇ ਫਿਰ ਤੇ ਮੈਨੂੰ ਘੇਰਿਆ ਜਾ ਸਕਦਾ ਵੀ ਮੇਰੀ ਆਪਣੀ ਕੋ ਜਦੋਂ ਮੇਰੇ ਤੇ ਇਹ ਕਹਿੰਦੇ ਨੇ ਫਲਾਣੇ ਨੇ ਆਪਣੀ ਡੈਫੀਨੇਸ਼ਨ ਦੇ ਮੈਂ ਕੋਈ ਆਪਣੀ ਡੈਫੀਨੇਸ਼ਨ ਨਹੀਂ ਦਿੱਤੀ ਜੇ ਤੇ ਇਤਿਹਾਸ ਤੋਂ ਬਾਹਰੀ ਕੋਈ ਡੈਫੀਨੇਸ਼ਨ ਦਿੱਤੀ ਫਿਰ ਮੈਨੂੰ ਕੋ ਦੱਸੇ ਜ਼ਰੂਰ ਸਿੱਖੀ ਦੇ ਸਿਧਾਂਤ ਦੇ ਮੁਤਾਬਕ ਨੇਸ਼ਨ ਸਟੇਟ ਓਕੇ ਹੈਗੀ ਸਿੱਖੀ ਕੀ ਸਿੱਖੀ ਇਹਦੀ ਦਿੰਦੀ ਹੈਗੀ ਕਿਉਂਕਿ ਬਹੁਤ ਸਾਰੇ ਸਿੱਖਾਂ ਦੇ ਵਿਦਵਾਨ ਕਹਿੰਦੇ ਕਿ ਸਿੱਖੀ ਤੇ ਪਾਤਸ਼ਾਹੀ ਦਾਵਾ ਨਹੀਂ ਪਾਤਸ਼ਾਹੀ ਦਾਵਾ ਨੇਸ਼ਨ ਸਟੇਟ ਨੇਸ਼ਨ ਸਟੇਟ ਤੇ ਕਿਹਨੇ ਕਿਹਾ ਨਵੇਂ ਡੈਮੋਕਰੈਟਿਕ ਫੀਨੋਮੇਨ ਦੇ ਇੱਕ ਛੋਟੀ ਜੀ ਗੱਲ ਆ ਰਾਜ ਜਿਹੜੇ ਹੁੰਦੇ ਆ ਨਾ ਰਾਜਾਂ ਦੇ ਤੰਤਰ ਦੇ ਤਰੀਕੇ ਬਦਲਦੇ ਆ ਠੀਕ ਆ ਜਦੋਂ ਨੇਸ਼ਨ ਸਟੇਟਾਂ ਆਈਆਂ ਵੀ ਡੈਮੋਕਰੇਸੀ ਨੂੰ ਇਨਕਲੂਡ ਕੀਤਾ ਗਿਆ ਵਿੱਚ ਬਹੁਤ ਕੁਝ ਆਇਆ ਨੇਸ਼ਨ ਸਟੇਟ ਦੇ ਨਾਲ ਨੇਸ਼ਨ ਸਟੇਟ ਇੰਟਰਸਟ ਰਿਲੇਸ਼ਨ ਵੀ ਆਈ ਮਟੀਰੀਅਲਿਜ਼ਮ ਦਾ ਵੀ ਬੋਲਬਲਾ ਵਧਿਆ ਪਰ ਉਹ ਕਿਤੇ ਡਿਪੈਂਡ ਕਰਦਾ ਹੈ ਹਰ ਦੁਨੀਆ ਦੀ ਹਰ ਨੇਸ਼ਨ ਸਟੇਟ ਵੱਖਰੇ ਥੇਕੇ ਨਾਲ ਕੰਮ ਕਰ ਰਹੀ ਹੈ ਨਾ ਇਹ ਨਹੀਂ ਕਹਾਂ ਵੀ ਸਾਰੀਆਂ ਇੱਕੋ ਤਰੀਕੇ ਨਾਲ ਫੀਨੋਮੇਨ ਦੇ ਚੱਲ ਰਹੀਆਂ ਡੈਮੋਕਰੇਸੀ ਵੱਖ-ਵੱਖ ਹੈ ਡੈਮੋਕਰੇਸੀ ਦੀ ਡੈਫੀਨੇਸ਼ਨ ਅਮਰੀਕਾ 'ਚ ਹੋਰ ਹੈ ਇ ਪਾਕਿਸਤਾਨ ਦੇ ਨੇਸ਼ਨ ਸਟੇਟ ਦਾ ਜਿਹੜਾ ਰਵਈਆ ਹੈਗਾ ਕਿਸੇ ਵੀ ਗੱਲ ਨੂੰ ਲੈ ਕੋ ਤਾਂ ਉਵੇਂ ਹੀ ਰਹੂਗਾ ਉਹਦੀ ਨੇਚਰ ਸੇਮ ਆ ਜੇ ਮੰਨ ਲਓ ਤੁਸੀਂ ਤੁਸੀਂ ਆਪ ਮੰਨਿਆ ਵੀ ਅਮਰੀਕਾ ਨੇਸ਼ਨ ਸਟੇਟ ਦੱਸੋ ਨਹੀਂ ਤੁਸੀਂ ਉਹ ਤਾਂ ਠੀਕ ਆ ਵੀ ਉਹ ਦੇਖੋ ਮੈਂ ਕਹਿੰਦਾ ਤੁਸੀਂ ਮੈਨੂੰ ਇੱਕ ਬੈਸਟ ਨੇਸ਼ਨ ਸਟੇਟ ਦਾ ਨਾਮ ਲਓ ਸਿੱਖਾਂ ਦੀ ਇਹੋ ਜੀ ਹੋਊਗੀ ਨਹੀਂ ਸਿੱਖਾਂ ਦੀ ਨੇਸ਼ਨ ਸਟੇਟ ਜਿਹੜੀ ਆ ਨਾ ਉਹ ਇਹੋ ਜੀ ਹੋਊਗੀ ਵੀ ਇਰਾਨ ਬੈਸਟ ਸੀ ਨਾ ਇਰਾਨ ਚ ਸਲਾਮੇ ਕ੍ਰਾਂਤੀ ਹੋਈ ਹਾਂ ਕਾਨਾ ਸ਼ਾਇਓ ਇਨਿਸਲਾਮ ਬਣਾਈ ਇੱਥੇ ਅੱਜ ਕੀ ਹੋ ਰਿਹਾ ਜਿਹੜੇ ਧਰਮਧਾਰਤ ਜਿੰਨੇ ਰਾਜ ਬਣੇ ਉਹਨਾਂ ਚ ਅੱਜ ਕੀ ਹੋ ਰਿਹਾਗਾ ਧਰਮ ਉਹ ਧਰਮ ਦੇ ਡਿਫਰੈਂਸ਼ੀਏਸ਼ਨ ਨਾ ਦੋ ਮੈਂ ਤੁਹਾਨੂੰ ਵੀ ਇਹਦੀ ਇੱਕ ਐਗਜ਼ਾਮਪਲ ਹੈ ਉੱਥੇ ਐਡੀ ਵੱਡੀ ਬਗਾਵਤ ਇਰਾਨ ਦੇ ਅੰਦਰ ਅੱਜ ਉਹਦੇ ਚ ਇਹਦੀ ਉਹਦੀ ਇੱਕ ਐਗਜ਼ਾਮਪਲ ਹੈ ਸਭ ਤੋਂ ਵੱਡੀ ਦੋ ਕਿਤਾਬਾਂ ਤੁਹਾਡੇ ਸਾਹਮਣੇ ਪਈਆਂ ਨੇ ਤੁਸੀਂ ਮੈਨੂੰ ਕਹੋਗੇ ਵੀ ਦੋਵੇਂ ਕਿਤਾਬਾਂ ਇੱਕੋ ਜੀਆਂ ਕਹੋਗੇ ਤੁਸੀਂ ਨਹੀਂ ਕਹੋਗੇ ਨਾ ਜਦੋਂ ਦੋ ਧਰਮ ਵੱਖ-ਵੱਖ ਹੈ ਉਹਨਾਂ ਦੋਵਾਂ ਧਰਮਾਂ ਦੇ ਬੇਸਡ ਨੇਸ਼ਨ ਸਟੇਟਾ ਕਿੰਨਾ ਕੋਈ ਨਹੀਂ ਸਿੱਖੀ ਨੇਸ਼ਨ ਸਟੇਟ ਨਾ ਛੋਟੀ ਹੁੰਦੀ ਹੈ ਕਿੰ ਕਸੀ ਗੱਲ ਆ ਵੱਡੀ ਗੱਲ ਆ ਪਤਾ ਕਿੰਨੇ ਕਹੀ ਆ ਹੱਥ ਨਾ ਆਪਣੇ ਧੂ ਕਵੜੀ ਜਿਨ੍ਹਾਂ ਨੂੰ ਪਿੰਡ ਦੀ ਸਰਪੰਚੀ ਨਹੀਂ ਮਿਲਦੀ ਉਹ ਕਹਿੰਦੇ ਪਿੰਡ ਦੀ ਸਰਪੰਚੀ ਨਹੀਂ ਲੈਣੀ ਅਸੀਂ ਪ੍ਰਧਾਨ ਮੰਤਰੀ ਬਣਨਾ ਸਿੱਧੇ ਲਾਹੌਰ ਦਾ ਰਾਜ ਦੱਬਿਆ ਸੀ ਮਹਾਰਾਜਾ ਰਣਜੀਤ ਸਿੰਘ ਨੇ ਲਾਹੌਰ ਦਾ ਰਾਜ ਦੱਬਿਆ ਸੀ ਨਾ ਜੇ ਲਾਹੌਰ ਤੇ ਉਹ ਕਬਜ਼ਾ ਨਾ ਕਰਦਾ ਵੀ ਮੈਂ ਤਾਂ ਸਿੱਧਾ ਬ੍ਰਹਮੰਡ ਤੇ ਰਾਜ ਕਰਨਾ ਇਹੋ ਕਹਿੰਦੇ ਨੇ ਬ੍ਰਹਮੰਡੀ ਰਾਜ ਆ ਸਾਡੇ ਹੁਣ ਪ੍ਰੋਬਲਮ ਇਹ ਆ ਵੀ ਰਾਜ ਤੇ ਸਿੱਖਾਂ ਨੇ ਕੀਤਾ ਸਿੱਖੀ ਵਿਚਾਰਤਾਰਾ ਦੇ ਕੀਤਾ ਤੇ ਹੁਣ ਵੀ ਰਾਜ ਸਿੱਖਾਂ ਨੇ ਕਰਨਾ ਅੱਜ ਵੀ ਜੇ ਰਾਜ ਸਿੱਖਾਂ ਦੇ ਕੋਲ ਹੋਵੇ ਤੇ ਸਿੱਖ ਕਿੰਨਾ ਇਹੋ ਕੰਮ ਕਰਨ ਜਿਹੜੇ ਦੁਨੀਆ ਪ੍ਰੋਬਲਮ ਕਿੱਥੇ ਆਉਂਦੀ ਹੈ ਵੀ ਜਦੋਂ ਨੇਸ਼ਨ ਨਹੀਂ ਜਦੋਂ ਤੁਸੀਂ ਗੱਲ ਕਹਿ ਰਹੇ ਹੋ ਮੈਂ ਇਹੀ ਗੱਲ ਕਹਿਣਾ ਕੀ ਕੀ ਸਿੱਖਾਂ ਦੇ ਅੰਦਰ ਤੁਸੀਂ ਕੋਈ ਵਿਕਾਰ ਨਹੀਂ ਦੇਖਦੇ ਅਮਰਤਾਰੀਆਂ ਮੈਂ ਕਹਿੰਦਾ ਤੁਸੀਂ ਵਸਟ ਐਗਜ਼ਾਮਪਲ ਨਾਲ ਲਓ ਆਪਾਂ ਬੈਲੈਂਸ ਕਰਕੇ ਗੱਲ ਕਰਦੇ ਹਾਂ ਤਾਂ ਦੋਵੇਂ ਪਾਸੇ ਹੋਣਗੇ ਨਾ ਉਹ ਹੈ ਗਿਆ ਬਹੁਤ ਸਾਰੇ ਸਿੱਖਾਂ ਦੇ ਕਲੈਕਟਿਵ ਕੌਨਸ਼ੀਅਸ ਦੇ ਵਿੱਚ ਜਨਸਾਈਡ ਹੈ ਮੈਂ ਤੁਹਾਨੂੰ ਪੁੱਛ ਲੈਣਾ ਮੈਂ ਤੁਹਾਨੂੰ ਪੁੱਛਦਾ ਜਿਨ੍ਹਾਂ ਦਾ ਅਮਰ ਛੱਕਿਆ ਹੋਇਆ ਨਹੀਂ ਉਹ ਇੰਡੀਵਿਜੂਅਲ ਵੀ ਆਪਣੀ ਕੌਮ ਦੇ ਲੀਡਰ ਨੇ ਆਪਣੇ ਕੌਮਾਂ ਦੀ ਕਲੈਕਟਿਵ ਕੌਨਸ਼ੀਅਸ ਤੇ ਜਿੱਥੇ ਸਿੱਖਾਂ ਦੇ ਲੀਡਰ ਨੇ ਉਹ ਬਹੁਤ ਸਾਰੇ ਲੋਕ ਜਿਨ੍ਹਾਂ ਦੇ ਅ ਸਮੂਹਿਕ ਚੇਤਨਤਾ ਦੀ ਸਿੱਖਾਂ ਦੀ ਸਮੂਹਿਕ ਚੇਤਨਤਾ ਜਿਵੇਂ ਜੇਨੋਸਾਈਡ ਲੱਭ ਕੇ ਦਿਖਾਓ ਕਿਸੇ ਕੌਮ ਦਾ ਜਿਹਨੂੰ ਇਕੱਠੇ ਹੋ ਕੇ ਪੀੜਾਂ ਦੇ ਵਿੱਚ ਕਦੀ ਕੀਤਾ ਹੋਵੇ ਜਾਂ ਕਰਨ ਦਾ ਖਿਆਲ ਕਰਨਾ ਦੱਸੋ ਮੈਨੂੰ ਇੱਕ ਰੀਵੀਂ ਦਿੱਲੀ 'ਚ ਹੋਇਆ ਯੂਪੀ 'ਚ ਹੋਇਆ ਹੋਇਆ ਨਾ ਦੋ ਜਿੰਨ ਸਟੇਟਾਂ ਦੇ ਵਿੱਚ ਪਾਕਿਸਤਾਨ 'ਚ ਵੀ ਹੋ ਜਾਂਦਾ ਸਾਰੀਆਂ ਸਟੇਟਾਂ 'ਚ ਹੋਇਆ ਬਸ ਇੱਕ ਕਦੇ ਨੇਸ਼ਨ ਸਟੇਟਸ ਦਾ ਰਹੀ ਨਹੀਂ ਗੇ ਨਹੀਂ ਨੇਸ਼ਨ ਸਟੇਟ ਦੀ ਗੱਲ ਹੀ ਨਹੀਂ ਸਮੂਹਿਕ ਚੇਤਨਤਾ ਦੇ ਤਾ ਪਾਵਰ ਦੀ ਹੈਗੀ ਨਹੀਂ ਪਾਵਰ ਦੀ ਦੇਖੋ ਉਹ ਉਹ ਦਿਮਾਗ ਜਿੰਨਾਂ ਦਾ ਵੀ ਖਰਾਬ ਹੁੰਦਾਗਾ ਉਹਨਾਂ ਦਾ ਦਿਮਾਗ ਕੌਣ ਖਰਾਬ ਕਰਦਾ ਕੋਈ ਨਹੀਂ ਪਾਵਰ ਖਰਾਬ ਕਰਦੀ ਹੈ ਆਈਡੀਓਲ ਅਡੀओल ਪਾਵਰ ਜਦੋਂ ਪਾਵਰ ਹੈ ਪਾਵਰ ਆਪਣੇ ਆਪ ਚ ਕੋਈ ਨਹੀਂ ਚੀਜ਼ ਹੈਗੀ ਪਾਵਰ ਨੂੰ ਡਾਇਓਲੋਜੀ ਡਰਾਈਵ ਕਰੂਗੀ ਤੁਹਾਡੇ ਅੱਗੇ ਤਲਵਾਰ ਹੈ ਇੱਕ ਡਾਕਟਰ ਦੇ ਹੱਥ ਚ ਚਾਕੂ ਹੈ ਆਪਰੇਟ ਕਰਦਾ ਹੈ ਇੱਕ ਦੇ ਕਾਤਲ ਦੇ ਹੱਥ ਚ ਚਾਕੂ ਉਹ ਬੰਦਾ ਮਾਰ ਦਿੰਦਾ ਹੈ ਚਾਕੂ ਤੇ ਉਹ ਰਹਿੰਦਾ ਹੈ ਚਾਕੂ ਪਾਵਰ ਸਮਝ ਲਓ ਤੁਸੀਂ ਉਹਨੂੰ ਡਰਾਈਵ ਕੌਣ ਕਰ ਰਿਹਾ ਇਹ ਮੈਟਰੀ ਕਰਦਾ ਸੋ ਜਦੋਂ ਸਿੱਖ ਡਰਾਈਵ ਕਰਦੇ ਜਿੱਥੇ ਬੰਦੀ ਬਣਾਈ ਹੈ ਕਿਹਾ ਗਿਆ ਕਿ ਪੰਜ ਜਿਹੜਾ ਜਿਵੇਂ ਹੈ ਨਾ ਪਹਿਲਾਂ ਗੱਲ ਹੋ ਜਦੋਂ ਵਾਰਸ ਪੰਜਾਬ ਦੇ ਲਾਂਚ ਹੋਈ ਕਿ ਜੋ ਪੰਜ ਪ੍ਰਧਾਨੀ ਦਾ ਕਨਸੈਪਟ ਆ ਜੋ ਪੰਜ ਪਿਆਰਾਂ ਦਾ ਕਨਸੈਪਟ ਆ ਜੋ ਸਿੱਖੀ ਦੇ ਅੰਦਰ ਇੱਕ ਕੋਈ ਕਨਸੈਪਟ ਆ ਡੀਸੈਂਟਰਲਾਈਜੇਸ਼ਨ ਦਾ ਬੇਸਿਕਲੀ ਸਭ ਤੋਂ ਵੱਡੀ ਡੀਸੈਂਟਰਲਾਈਜੇਸ਼ਨ ਸਾਨੂੰ ਗੁਰੂ ਸਾਹਿਬ ਦੇ ਕੇ ਗਏ ਪੰਜ ਪਿਆਰਿਆਂ ਦੇ ਰੂਪ ਚ ਕੀ ਕੋਈ ਇੱਕ ਬੰਦਾ ਡਿਕਟਰਰ ਨਾ ਹੋ ਜੇ ਹਾਂ ਓਵਰਫਲੈਕਟ ਕਿਉਂ ਨਹੀਂ ਹੁੰਦਾ ਨਹੀਂ ਕਿਉਂ ਨਹੀਂ ਹੁੰਦਾ ਹੁੰਦਾ ਮੇਰੇ ਨਾਲ ਦੇ ਬੰਦੇ ਜਿਹੜੇ ਆ ਸਾਰੇ ਉਹ ਸਾਰੇ ਕਰਦੇ ਨੇ ਜੋ ਆਪਣੇ ਜੱਜ਼ ਦਾ ਅਕਾਲ ਤਖਤ ਸਾਹਿਬ ਦਾ ਜਥੇਦਾਰ ਜਿਨ੍ਹਾਂ ਤੁਸੀਂ ਬੋਲਿਓ ਉਹ ਸਭ ਨਾਲ ਰਹਿ ਕਰਕੇ ਬੋਲਿਓ ਜਾਂ ਇੰਡੀਵਿਜੂਅਲ ਬੋਲਿਓ ਨਹੀਂ ਜੋ ਸਭ ਨਾਲ ਰਹਿ ਵੀ ਹੁੰਦੀ ਹੈ ਸਾਰਿਆਂ ਨਾਲ ਨਹੀਂ ਜਿਵੇਂ ਜਿਵੇਂ ਕੋਈ ਇਸ ਤਰ੍ਹਾਂ ਦਾ ਢਾਂਚਾ ਹੈ ਜਿਵੇਂ ਤੁਸੀਂ ਨੇਸ਼ਨਲ ਥ੍ਰੀਟ ਬਣਾਉਣ ਬਾਰੇ ਸੋਚ ਰਹੇ ਹੋ ਜੱਟ ਬੰਦੀ ਦਾ ਵੀ ਢਾਂਚਾ ਹੋਊਗਾ ਤੁਸੀਂ ਡਿਸਕਸ਼ਨ ਕਰੋਗੇ ਲਾਜ਼ਮ ਸਲਾਹ ਹੁੰਦੀ ਹੈ ਮੈਂ ਪੰਜ ਪਿਆਰਿਆਂ ਦੇ ਹੁਕਮ ਤੋਂ ਅਸੀਂ ਬਾਹਰੀ ਆ ਜੇ ਜਥੇਬੰਦੀ ਦੇ ਪੰਜ ਸਿੰਘ ਆਣ ਕੇ ਸਾਨੂੰ ਹੁਕਮ ਲਾਉਣਗੇ ਤੇ ਬਾਹਰੀ ਤੇ ਨਹੀਂ ਹੋ ਜਾਣਾ ਨਹੀਂ ਲਾਉਣਗੇ ਨਹੀਂ ਕੀ ਹੋਇਆ ਕੀ ਹਾਂ ਹੋਇਆ ਡਿਸਕਸ਼ਨ ਹੋਈਆਂ ਤੁਹਾਡੀਆਂ ਸਾਰਿਆਂ ਦੇ ਬਿਲਕੁਲ ਹੋਈਆਂ ਡਿਸਕਸ਼ਨ ਆ ਦੇਖੋ ਜਿਹੜੀ ਚੀਜ਼ ਤੇ ਰੈਲੇਵੈਂਸੀ ਹੁੰਦੀ ਡਿਸਕਸ਼ਨ ਹੁੰਦੀ ਹੈ ਕੋਈ ਡਿਸੀਜਨ ਲੈਣਾ ਕੋਈ ਜਥੇਦਾਰ ਆਪਣੇ ਕਾਲ ਤੱਕ ਸਾਹਿਬ ਦੇ ਜਥੇਦਾਰ ਹੈ ਇੱਕ ਇੱਕ ਕਿੰਨੇ ਆ ਇੱਕ ਹੀ ਆ ਨਾ ਪੰਜਾਂ ਤੱਕ ਤਾਂ ਦੇ ਇੱਕ ਇੱਕ ਜਥੇਦਾਰ ਆ ਐਸ.ੀ.ਪੀ.ਸੀ ਦਾ ਇੱਕ ਪ੍ਰਧਾਨ ਹੈ ਸੰਪਰਦਾਵਾਂ ਦੇ ਇੱਕ ਇੱਕ ਮੁਖੀ ਹੈ ਪੰਜ ਪ੍ਰਧਾਨੀ ਦਾ ਸਿਸਟਮ ਸਿੱਖੀ 'ਚ ਹੈਗਾ ਪੰਜ ਪੰਜਾਂ ਪਿਆਰਿਆਂ ਦਾ ਹੁਕਮ ਗੁਰੂ ਦਾ ਹੁਕਮ ਮੰਨਣ ਦਾ ਸਿਧਾਂਤ ਹੈ ਸਿੱਖੀ ਦੇ ਵਿੱਚ ਪਰ ਇਹਦਾ ਅਰਥ ਇਹ ਨਹੀਂ ਵੀ ਇੱਕ ਬੰਦਾ ਲੀਡ ਨਹੀਂ ਕਰਦਾ ਤੁਸੀਂ ਇਹ ਗੱਲ ਕਹਿੰਦੇ ਹੋ ਕਿ ਇਸਲਾਮ ਆ ਜਿਹੜਾ ਜਿਵੇਂ ਇਸਲਾਮ ਦੇ ਅੰਦਰ ਅਸੀਂ ਦੇਖਦੇ ਆ ਕਿ ਜਿਹੜੇ ਇਸਲਾਮਿਕ ਜਿਹਹਾਦ ਆ ਉਹ ਕਹਿੰਦਾ ਕਿ ਜੇ ਤੁਸੀਂ ਕਿਤੇ ਸ਼ਹਾਦਤ ਦੇ ਦੋਗੇ ਤਾਂ ਸਿੱਧਾ ਜੰਨਤ ਚ ਜਾਓਗੇ ਹਨਾ ਤੁਹਾਨੂੰ ਹੂਰਾ ਪਰੀਆਂ ਸਭ ਜੰਨਤ ਚ ਜਾ ਕੇ ਨਸੀਬ ਹੋਣੀ ਹੈ ਤੁਸੀਂ ਸੇਮ ਕਨਸੈਪਟ ਇਹ ਸੱਚਖੰਡ ਦੇ ਨਾਲ ਜੋੜਦੇ ਹੋ ਕਿ ਜੇ ਸੱਚਖੰਡ ਤਾਂ ਜਾਓਗੇ ਜੇ ਸੱਚਖੰਡ ਦੇ ਵਿੱਚ ਦੇਖੋ ਜੇ ਕੋਈ ਬੰਦਾ ਹੂਰਾ ਪਰੀਆਂ ਲਈ ਜਾ ਰਿਹਾ ਨਹੀਂ ਹੂਰਾ ਪਰੀਆਂ ਨਹੀਂ ਚਲੋ ਜਨਰਲ ਜੰਨਤ ਹੀ ਕਹਿੰਦੇ ਨੇ ਉਹ ਉਹ ਜੰਨਤ ਚ ਤਾਂ ਅਗਲੀ ਗੱਲ ਹੈ ਨਾ ਜੰਨਤ ਕਹਿੰਦੇ ਨੇ ਉਹਦੇ ਉਹਦੇ ਚ ਦੇਖੋ ਇਸਲਾਮਿਕ ਜਹਾਦ ਦੇ ਕਹਿੰਦਾ ਕਿ ਜੇ ਸ਼ਹੀਦੀ ਦੇਓਗੇ ਜੰਨਤ ਚ ਜਾਓਗੇ ਤੁਸੀਂ ਕਹਿੰਦੇ ਜੇ ਸੱਚਖੰਡ ਜਾਓਗੇ ਜੇ ਸਿਰ ਦੇਓਗੇ ਤਾਂ ਤੁਸੀਂ ਸਿੱਧਾ ਦੇਖੋ ਧਰਮਾਂ ਨੇ ਆਪਾਂ ਆਪਣੀ ਡੈਫੀਨੇਸ਼ਨ ਰੱਖੀ ਹੈ ਠੀਕ ਹੈ ਸਵਾਲ ਇਹ ਪੈਦਾ ਹੁੰਦਾ ਹੈ ਵੀ ਤੁਸੀਂ ਸ਼ਹੀਦ ਦੀ ਕਿਹੜੇ ਕੌਜਲੀ ਦੇ ਰਹੇ ਜੋ ਤੇ ਜਾ ਕੇ ਕੀ ਕਰ ਰਹੇ ਜੋ ਜਨਤ ਵਿੱਚ ਤੁਹਾਨੂੰ ਕੀ ਮਿਲ ਰਿਹਾ ਤੇ ਸੱਚਖੰਡ ਨੂੰ ਤੇ ਐਂ ਪੌਟਰੇ ਕੀਤਾ ਜਾ ਰਿਹਾ ਵੀ ਜਿੱਥੇ ਤੇ ਪਦਾਰਥ ਨਾ ਭਰਿਆ ਹੋਇਆ ਸੱਚਖੰਡ ਗੁਰੂ ਦੇ ਚਰਨਾਂ 'ਚ ਥਾਂ ਹੈ ਤੇ ਗੁਰੂ ਦੇ ਚਰਨਾਂ 'ਚ ਕੌਣ ਜਾਊਗਾ ਜਿਹੜਾ ਗੁਰੂ ਨੂੰ ਪ੍ਰੇਮ ਕਰਦਾ ਉਹ ਹੀ ਜਾਊਗਾ ਨਾ ਜਿਨੇ ਪਦਾਰਥ ਲੈਣੇ ਉਹ ਤਾਂ ਸੰਸਾਰ ਤੇ ਲਊਗਾ ਤੇ ਜਨਨ ਚਲ ਜਾਊਗਾ ਕਿਤੇ ਹੋਰ ਸੋ ਇਸ ਕਰਕੇ ਆਪਾਂ ਜਿਹੜਾ ਧਰਮਯੋਧ ਦੀ ਗੱਲ ਚੱਲਦੀ ਹੈ ਧਰਮਯੋਧ ਜਿਹੜਾ ਵਾ ਉਹ ਡਿਫਾਈਨਡ ਹੈ ਬਹੁਤ ਕਲੀਅਰਲੀ ਧਰਮਯੋਧ ਕੀ ਹੈ ਪੁਰਜਾ ਪੁਰਜਾ ਕਟਮਰੇ ਕਬੂ ਨਾ ਛੱਡ ਕੇ ਜੋ ਦੀਨ ਦੇ ਤ ਲੜਦਾ ਜਿਹੜਾ ਹੈ ਸੋ ਆਪਾਂ ਇਹ ਕਵਾਂਗੇ ਵੀ ਨਹੀਂ ਜੀ ਇਹ ਕਨਸੈਪਟ ਹੀ ਨਹੀਂ ਹੈਗਾ ਸੱਚਖੰਡ ਦਾ ਜੋ ਜਿਹੜੀ ਸਿੱਖੀ ਦਾ ਆਈਡੀਆ ਨੇ ਨੇਸ਼ਨ ਸਟੇਟ ਪਦਾਰਥਾ ਜਾਂ ਚੇਤਨਾ ਇਹ ਨੇਸ਼ਨ ਸਟੇਟ ਦੇਖੋ ਪਦਾਰਥ ਰਹਿਣਾ ਵਸਦੇ ਚੇਤਨਾ ਦੇ ਵਿੱਚ ਇਹ ਇਹਨਾਂ ਕਦੀ ਵੀ ਕਹੀਏ ਪਦਾਰਥਾ ਪਦਾਰਥ ਵੀ ਹੈਗਾ ਪਰ ਪਦਾਰਥ ਦੇ ਉੱਤੇ ਚੇਤਨਤਾ ਹਵੀ ਹੋਣੀ ਚਾਹੀਦੀ ਬੰਦੇ ਦੀ ਅਵਚੇਤਨਮ ਜਿਹੜਾ ਇੱਕ ਸਿੰਪਲ ਗੱਲ ਹੈ ਦੀ ਪਦਾਰਥ ਤੋਂ ਬਿਨਾ ਸੰਸਾਰ ਦੇ ਵਿੱਚ ਆਪਾਂ ਆਏ ਇੱਥੇ ਪਦਾਰਥ ਤੋਂ ਬਿਨਾ ਕੁਛ ਹੈਗਾ ਸਰੀਰ ਵੀ ਤੁਹਾਡਾ ਪਦਾਰਥੀ ਹੈ ਇਹਨੂੰ ਛੱਡ ਕੇ ਚੱਲ ਜਣਾ ਨਾ ਆਤਮ ਸਿੱਖੀ ਚ ਜੋਗੀ ਵਾਲਾ ਕਨਸੈਪਟ ਨਹੀਂ ਹੈਗਾ ਕਿ ਜੇ ਧਰਮ ਪਾਉਣਾ ਹੈ ਤੇ ਜੰਗਲਾਂ ਜਾਵੜੋ ਪਦਾਰਥਾਂ ਤੋਂ ਦੂਰ ਹੋ ਜਾਓ ਅਸੀਂ ਰਹਿਣਾ ਸਿੱਖੀ ਪਹਿਲਾਂ ਚੇਤਨਾ ਦੀ ਗੱਲ ਕਰਦੀ ਹੈ ਪਦਾਰਥ ਦੀ ਗੱਲ ਬਾਅਦ ਚ ਕਰਦੀ ਹੈ ਸਿੱਖੀ ਬਰਾਬਰ ਗੱਲ ਕਰਦੀ ਹੈ ਉਹ ਕਿੱਦਾਂ ਤੁਹਾਨੂੰ ਦੱਸ ਦਿੰਦਾ ਜਦੋਂ ਮਨੁੱਖ ਪੈਦਾ ਹੁੰਦਾ ਇਹ ਕਮਿਊਨਿਜ਼ਮ ਦੇ ਅੰਦਰ ਆ ਕਿ ਪਦਾਰਥ ਤੋਂ ਚੇਤਨਾ ਨਹੀਂ ਉਹ 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 ਮਟੀਰੀਅਲ ਤੋਂ ਬਿਗਨਰੇਸ਼ਨ ਕਰਦੇ ਨੇ ਨੇਸ਼ਨ ਸਟੇਟ ਇੱਕ ਪਦਾਰਥ ਆ ਤੁਸੀਂ ਜਿਹੜੀਆਂ ਸਟੇਟਮੈਂਟਾਂ ਦੇ ਰਹੇ ਹੋ ਕਿ ਜੇ ਐ ਹੋ ਜਾਊਗਾ ਤੁਹਾਡਾ 15ਵਾਂ ਮਤਾ ਇਹ ਕਹਿੰਦਾ ਜੇ ਐ ਹੋ ਜਾਊਗਾ ਤਾਂ ਕੌਮ ਠੀਕ ਹੋ ਜੂ ਜੇ ਐ ਹੋ ਜਾਊਗਾ ਤਾਂ ਠੀਕ ਹੋ ਜਾਊ ਕਿਉਂਕਿ ਅਸੀਂ ਪਦਾਰਥ ਦੇ ਅੰਦਰੋਂ ਤੋਂ ਪਹਿਲਾ ਇਹ ਹੈ ਕਿ ਪਹਿਲਾਂ ਚੇਤਨਾ ਫਿਰ ਪਦਾਰਥ ਤੱਕ ਜਾਣਾ ਅਸੀਂ ਅਸੀਂ ਚੇਤਨਾ ਦੇ ਵਿੱਚੋਂ ਹੀ ਪਦਾਰਥ ਨੂੰ ਵਰਤਣ ਦੀ ਗੱਲ ਕਰ ਰਹੇ ਹਾਂ ਨਾ ਅਸੀਂ ਪਦਾਰਥ ਹੁਣ ਮੈਂ ਤੁਹਾਨੂੰ ਅੱਗੇ ਡਾਕਟਰ ਦੀ ਐਗਜ਼ਾਮਪਲ ਦਿੱਤੀ ਸੀ ਪਦਾਰਥ ਆ ਚਾਕੂ ਵੀ ਪਦਾਰਥ ਆ ਹੁਣ ਉਹਨੂੰ ਵਰਤਣ ਦੀ ਚੇਤਨਤਾ ਤੇ ਪਿੱਛੇ ਚਾਹੀਦੀ ਹੈ ਨਾ ਹੁਣ ਚੇਤਨਤਾ ਤੇ ਅਸੀਂ ਹੈਗੀ ਆ ਸਾਡੇ ਕੋਲ ਸਿੱਖੀ ਦਾ ਕਨਸੈਪਟ ਆ ਉਹਨੂੰ ਮਾਸ ਲੈਵਲ ਤੱਕ ਸਪੈਂਡ ਕਰਨ ਲਈ ਸਟਰਕਚਰ ਨਹੀਂ ਚਾਹੀਦਾ ਸਟਰਕਚਰ ਦੀ ਗੱਲ ਕਰ ਰਹੇ ਹਾਂ ਨਾ ਸਟਰਕਚਰ ਆਪਣੇ ਆਪ ਚ ਕੁਝ ਨਹੀਂ ਤੁਸੀਂ ਕਹਿੰਦੇ ਜਦਨੇ ਸਟਰਕਚਰ ਆ ਜਾਊਗਾ ਉਦੋਂ ਸਾਰੇ ਮਸਲੇ ਹੱਲ ਹੋ ਜਾਣਗੇ ਉਹ ਸਾਬ ਕਹਿੰਦੇ ਕਿ ਤੁਹਾਡੇ ਮੇ ਚੜਦੀ ਕਲਾ ਬਖਸ਼ੀ ਹੋਈ ਹੈ ਤੁਸੀਂ ਨਾ ਸਾਰੇ ਨਹੀਂ ਤੁਹਾਡੇ ਕੋਲੇ ਪਾਤਸ਼ਾਹੀ ਦਾਵਾ ਆਲਰੇਡੀ ਹੈਗਾਗਾ ਮੈਂ ਗੱਲ ਕਹਿ ਰਿਹਾ ਸਾਰੇ ਨਹੀਂ ਪਾਤਸ਼ਾਹੀ ਦਾਵਾ ਤੇ ਲਾਗੂ ਕਿੱਥੇ ਕਰਨਾ ਪਾਤਸ਼ਾਹੀ ਦਾਵਾ ਹੈ ਸਾਡੇ ਕੋਲ ਦਾਵੇ ਦੀ ਦਾਵੇ ਨੂੰ ਲਾਗੂ ਕਿੱਥੇ ਕਰਨਾ ਮੈਂ ਇਹ ਕਹਿ ਰਿਹਾ ਵੀ ਸਾਰੇ ਮਸਲੇ ਨਹੀਂ ਹੱਲ ਹੋ ਸਕਦੇ ਉਹ ਦਿੱਕਤੀ ਵੀ ਹਮੇਸ਼ਾ ਸੋਸਾਇਟੀਜ਼ ਚ ਪ੍ਰੋਬਲਮ ਰਹਿੰਦੀ ਹੈ ਪਰ ਜੈਨੋਸਾਈਡ ਤੇ ਨਹੀਂ ਹੋ ਕਟੋ ਕਟ ਤੋ ਅਸੀਂ ਆਪਣੇ ਸਰਵਾਈਵਲ ਦੀ ਗੱਲ ਕਰਨੀ ਹੈ ਰਾਜ ਦੇ ਵਿੱਚੋਂ ਸਰਵਾਈਵਲ ਚਾਹੀਦਾ ਸਾਨੂੰ ਥਰਾਈਵ ਵੀ ਕਰਾਂਗੇ ਸਰਵਾਈਵ ਵੀ ਕਰਾਂਗੇ ਪਰ ਜਿਹੜਾ ਸਾਨੂੰ ਇਹ ਆਈਡੀਆ ਦੇ ਕੇ ਇੱਥੇ ਲਿਮਟਡ ਕੀਤਾ ਜਾਂਦਾ ਲਿਮਿਟੇਸ਼ਨ ਸਾਡੀ ਰੱਖੀ ਜਾਂਦੀ ਹੈ ਵੀ ਤੁਸੀਂ ਦੇਖੋ ਜੀ ਪਹਿਲਾਂ ਪਰਫੈਕਸ਼ਨ ਸ਼ੋ ਕਰੋ ਆਪਣੀ ਇਹੋ ਆਈਡੀਆ ਨਾ ਵੀ ਪਹਿਲਾਂ ਸਿੱਖ ਆਪਣੇ ਆਪ ਨੂੰ ਪਰਫੈਕਸ਼ਨ ਚ ਲੈ ਕੇ ਆਵੇ ਤੇ ਫਿਰ ਅਸੀਂ ਇਹਨਾਂ ਨੂੰ ਰਾਜ ਦੀ ਗੱਲ ਕਰਦੇ ਆਵਾਂਗੇ ਇਹ ਆਈਡੀਆ ਬਹੁਤ ਡੇਂਜਰਸ ਮੈਂ ਕਹਿ ਰਿਹਾਗਾ ਕਿ ਜਦੋਂ ਆਪਾਂ ਕਿਸੇ ਸਟੇਟ ਬਣਾਉਣ ਦੀ ਗੱਲ ਕਰ ਰਹੇ ਹਾਂ ਪਦਾਰਥਿਕ ਇੱਕ ਸਮਝਾ ਸਾਡੀ ਕਿ ਪਹਿਲਾਂ ਪਦਾਰਥ ਹੋਊਗਾ ਫੇ ਸਾਡੀ ਚੇਤਨਾ ਡਵੈਲਪ ਹੋ ਉਹੀ ਕਹਿ ਰਿਹਾ ਨਹੀਂ ਨਹੀਂ ਮੈਂ ਹੁਣ ਅਮਰਚਕਾਉਣ ਦੀ ਗੱਲ ਪਹਿਲਾਂ ਕਰ ਰਿਆਂ ਕਿ ਬਾਅਦ ਕਰ ਰਿਆਂ ਤੁਸੀਂ ਮੈਨੂੰ ਇਹ ਦੱਸੋ ਮੈਂ ਅਮਰਚਕਾਉਣ ਦੀ ਗੱਲ ਪਹਿਲਾਂ ਕੀਤੀ ਮੈਂ ਇਹ ਕਿਹਾ ਵੀ ਸਟੇਟ ਆਊਗੀ ਤੇ ਅਮਰ ਚਕਣਾ ਨਹੀਂ ਕਿਹਾ ਨਾ ਚੇਤਨ ਦਾ ਪਹਿਲਾਂ ਪਰ ਚੇਤਨ ਦਾ ਫਿਰ ਤੁਹਾਨੂੰ ਚਾਹੀਦਾ ਨਹੀਂ ਮਾਸ ਲੈਵਲ ਤੇ ਮਾਸ ਲੈਵਲ ਤੇ ਪਹਿਲਾਂ ਚੇਤਨਤਾ ਚਾਹੀਦੀ ਹੈਗੀ ਯਾਨੀ ਮਾਸ ਲੈਵਲ ਤੇ ਚੇਤਨ ਦਾ ਸਟੇਟ ਦੇ ਟੂਲ ਤੋਂ ਬਿਨਾ ਕਦਾਂ ਹੋਊਗੀ ਸਟੇਟ ਦੇ ਟੂਲ ਤੋਂ ਬਿਨਾ ਮਾਸ ਲੈਵਲ ਇੱਕ ਪਾਸੇ ਸਾਨੂੰ ਡੈਮੇਜ ਕੀਤਾ ਜਾ ਰਿਹਾ ਦੂਜੇ ਪਾਸੇ ਅਸੀਂ ਰਿਕਵਰ ਕਰਨਾ ਹੈ ਬੈਲੈਂਸ ਬਣਾਉਣਾ ਹੈ ਡੈਮੇਜ ਕਰਨ ਵਾਲੀ ਸਟੇਟ ਪਦਾਰਥ ਤੇ ਚੇਤਨਾ ਇਹ ਦੁਨੀਆ ਭਰ ਦੇ ਧਰਮਾਂ ਦੀ ਦੁਨੀਆ ਭਰ ਦੇ ਫਲਸਫਿਆਂ ਦੀ ਜੇ ਮੈਂ ਕਮਿਊਨਿਜ਼ਮ ਦੀ ਗੱਲ ਕਰਦਾ ਕਮਿਊਨਿਜ਼ਮ ਕਹਿੰਦਾ ਪਹਿਲਾਂ ਪਦਾਰਥ ਉਹ ਤਾਂ ਪਦਾਰਥ ਤੇ ਟਿਕਿਆ ਸਾਰਾ ਕੁਝ ਉਹਨਾਂ ਦਾ ਫਿਰ ਉਹ ਕਹਿੰਦੇ ਆ ਪਦਾਰਥ ਤੋਂ ਚੇਤਨਾ ਵੱਲ ਨਹੀਂ ਅਸੀਂ 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 ਸਿੱਖੀ ਕਹਿੰਦੀ ਹੈ ਪਹਿਲਾਂ ਚੇਤਨਾ ਫਿਰ ਪਦਾਰਥ ਅਸੀਂ ਪਤਾ ਕੀ ਕਹਿੰਦੇ ਆ ਅਸੀਂ ਸਿੱਖੀ ਦੇ ਵਿੱਚ ਕੀ ਹੈ ਸਾਡੇ ਸਾਡੇ ਇਹ ਹੈ ਜਿਹੜਾ ਪਦਾਰਥ ਹੈ ਉਹ ਜਰੀਆ ਬਣ ਸਕਦਾ ਹੈ ਜਰੀਆ ਬਣ ਸਕਦਾ ਹੈ ਚੇਤਨਤਾ ਦਾ ਵੀ ਹੁਣ ਜਦੋਂ ਪਹਿਲਾਂ ਚੇਤਨਤਾ ਆ ਗਈ ਆਪਣੇ ਕੋਲ ਇਹ ਤਾਂ ਤੁਹਾਡੀ ਆਪਦੀ ਵਿਆਖਿਆ ਨਾ ਮੈਂ ਕਹਿੰਦਾ ਕੀ ਸਿੱਖੀ ਦੀ ਹੈ ਕੀ ਸਿੱਖੀ ਦੀ ਇਹ ਫਿਲਾਸੋਫੀਕਲ ਵਿਆਖਿਆ ਹੈ ਗੁਰੂ ਸਾਹਿਬ ਦੀ ਹੈਗੀ ਹੈਗੀ ਜਿਵੇਂ ਮੈਂ ਐਗਜ਼ਾਮਪਲ ਉਹਦੇ ਚ ਜਿੱਦਾਂ ਮੀਰੀ ਪੀਰੀ ਦਾ ਸਿਧਾਂਤ ਹੈ ਪੀਰੀ ਉੱਪਰ ਹੈ ਮੀਰੀ ਥੱਲੇ ਹੈ ਹੁਣ ਜੇ ਕੋਈ ਬੰਦਾ ਕਹਵੇ ਵੀ ਮੀਰੀ ਹੋਣੀ ਨਹੀਂ ਚਾਹੀਦੀ ਇੱਥੇ ਪਦਾਰਥ ਦੀ ਕੋਈ ਜਗ੍ਹਾ ਨਹੀਂ ਥੱਲੇ ਤੇ ਹੈਗੀ ਹੈ ਨਾ ਜਗ੍ਹਾ ਉਹਦੀ ਥੱਲੇ ਹੈ ਨਾ ਫਿਰ ਮੈਂ ਤਾਂ ਇਹੀ ਕਹਿ ਰਿਹਾ ਤੇ ਯਾਨੀ ਚੇਤਨਾ ਤੋਂ ਪਦਾਰਥ ਜਦੋਂ ਜਦੋਂ ਗੁਰੂ ਸਾਹਿਬ ਨੇ ਰਾਜਪਾ ਗੈਮ ਕੀਤਾ ਹੈ ਅਕਾਲ ਤਖਤ ਉਦੋਂ ਸਾਰੇ ਸਿੱਖਾਂ ਦੇ ਵਿੱਚ ਕਮੀਆਂ ਦੂਰ ਹੋ ਗਈਆਂ ਸੀ ਮਤਲਬ ਜੇ ਤੁਸੀਂ ਪਦਾਰਥ ਨੂੰ ਵਰਤ ਲਈ ਤਾਂ ਉਹ ਚੇਤਨਾ ਤਾਂ ਇੱਕ ਦੇ ਤੇ ਉਹ ਤੇ ਆਪਾਂ ਵੀ ਕਰ ਰਹੇ ਹਾਂ ਚੇਤਨਾ ਦਾ ਜਾਗ ਆ ਉਹ ਤਾਂ ਸਮੂਹਿਕ ਲੈਵਲ ਤੇ ਮਾਸ ਲੈਵਲ ਤੇ ਮਾਸ ਲੈਵਲ ਤੇ ਚੇਤਨਾ ਦਾ ਜਾਗ ਤਾਂ ਹੀ ਜਾਗੂਗਾ ਜੇ ਕੋਈ ਸੰਘਰਸ਼ ਕਰਾਂਗੇ ਜੇ ਕੋਈ ਸਟਰਕਚਰ ਖੜਾ ਕਰਾਂਗੇ ਹੁਣ ਜਿੱਦਾਂ ਆਪਾਂ ਕੋ ਕੈਮਰਾ ਹੈ ਇੱਥੇ ਹੈ ਆਪਾਂ ਦੋ ਗੱਲਾਂ ਕਰ ਰਹੇ ਹਾਂ ਇਹ ਜਿਹੜਾ ਹਾਰਡ ਕੋ ਟੂਲ ਨਾ ਹੋਊਗਾ ਤਾਂ ਦੁਨੀਆ ਕਦਾ ਸੁਣੂਗੀ ਮਤਲਬ ਆਪਾਂ ਜਿਹੜਾ ਪਦਾਰਥ ਨੂੰ ਇੱਕ ਹਵਾ ਬਣਾ ਲੈਣੀ ਆ ਨਾ ਹਵਾ ਨਹੀਂ ਬਣਾਉਣਾ ਇਹਨੂੰ ਇਹ ਅਸਲ 'ਚ ਪ੍ਰੋਬਲਮ ਪਤਾ ਕਿਉਂ ਹੁੰਦੀ ਹੈ ਸਾਡੇ ਲੋਕ ਜਿਹੜਾ ਇਹ ਆਈਡੀਆ ਨਾ ਵੀ ਜਿਹੜਾ ਲੈਫਟ ਦੇ ਰਾਈਟ ਵਾਲਾ ਕਨਫਿਊਜ਼ਨ ਆ ਜਾਂਦੀ ਵਿੱਚ ਇਹਦੇ ਜਿਹੜੀ ਸਿੱਖੀ ਦੀ ਚੇਤਨਤਾ ਹੈ ਅਸੀਂ ਰਾਜ ਕਿਉਂ ਮੰਗਦੇ ਆ ਉਹ ਇਸ ਕਰਕੇ ਮੰਗਦੇ ਆ ਵੀ ਜਿਹੜਾ ਸਾਡੇ ਕੋਲ ਚੇਤਨਤਾ ਆਈਡੀਆ ਵਾ ਉਹਨੂੰ ਈਜ਼ੀਲੀ ਹੁਣ ਸਕੂਲ ਹੈ ਸਕੂਲ ਨੈਸ਼ਨਲਿਜ਼ਮ ਦਾ ਟੂਲ ਬਣਿਆ ਕਿ ਨਹੀਂ ਬਣਿਆ ਸਾਡੇ ਬੱਚਿਆਂ ਨੂੰ ਨੈਸ਼ਨਲਿਜ਼ਮ ਸਕੂਲ ਦਾ ਟੂਲ ਸਕੂਲ ਬਣ ਗਿਆ ਤੇ ਜੇ ਸਾਡੇ ਸਕੂਲ ਸਾਡੇ ਕੋਲ ਹੋਣ ਤੇ ਸਾਡੇ ਸਕੂਲ ਉਹੋ ਹੀ ਸਕੂਲ ਸਿੱਖੀ ਸਿਖਾਉਣਗੇ ਸੋ ਇਹਦਾ ਅਰਥ ਇਹ ਹੈ ਵੀ ਚੇਤਨਤਾ ਹੋਣ ਦੇ ਬਾਵਜੂਦ ਹੁਣ ਮੇਰੇ ਕੋਲ ਬਹੁਤ ਗਿਆਨ ਹੋਵੇ ਤੁਹਾਡੇ ਕੋਲ ਪਰਦੇ ਮੰਨ ਚ ਬਹੁਤ ਗਿਆਨ ਹੈ ਤੁਸੀਂ ਕਿਤਾਬ ਤੇ ਨੂੰ ਉਕਰੋਗੇ ਨਾ ਪਦਾਰਥ ਦੀ ਵਰਤੋਂ ਨਾ ਕਰੋਗੇ ਐਕਸਪੈਂਡ ਕਿੱਦਾਂ ਹੋਊਗਾ ਸਵਾਲ ਤੇ ਇੱਥੇ ਆਣ ਕੇ ਖੜਾ ਹੋ ਜਾਂਦਾ ਐਕਸਪੈਂਸ਼ਨ ਵਾਸਤੇ ਮੈਂ ਕਹਾਂਗਾ ਕਿ ਕੀ ਫਿਲਾਸਫਿਕਲੀ ਸਿੱਖੀ ਹੈ ਜਾਂ ਦਿੰਦੀ ਹੈ ਕਿ ਪਹਿਲਾਂ ਪਦਾਰਥ ਦੀ ਗੱਲ ਕਰੋ ਕੋਈ ਨਾ ਚੇਤਨਾ ਬਾਅਦ ਚ ਆ ਜਾਵੇ ਨਹੀਂ ਮੈਂ ਤਾਂ ਪਹਿਲਾਂ ਚੇਤਨਤਾ ਦੀ ਗੱਲ ਕੀਤੀ ਪਦਾਰਥ ਮੈਂ ਕਿਹਾ ਵੀ ਪਦਾਰਥ ਦੀ ਵਰਤੋਂ ਵੀ ਚੇਤਨਤਾ ਲਈ ਕਰਨੀ ਹੈ ਕਿਸੇ ਹੋ ਰਾਜ ਇਸ ਲਈ ਚਾਹੀਦਾ ਹੈ ਵੀ ਸਿੱਖੀ ਦਾ ਪ੍ਰਸਾਰ ਕਰ ਸਕੀਏ ਆਪਣੀ ਨਿੱਜੀ ਮਨਛਾ ਲਈ ਰਾਜ ਨਹੀਂ ਚਾਹੀਦਾ ਰਾਜ ਇਸ ਕਰਕੇ ਨਹੀਂ ਚਾਹੀਦਾ ਵੀ ਗੱਦੀ ਤੇ ਬੈਠ ਕੇ ਹੁਕਮ ਸੁਣਾਉਣਾ ਹੈ ਰਾਜ ਇਸ ਕਰਕੇ ਜਦੋਂ ਸਿੱਖਾਂ ਨੇ ਕਿਹਾ ਵੀ ਮਤਲਬ ਕਿ ਗੁਰੂ ਇਹਦਾ ਇਹ ਨਹੀਂ ਵੀ ਪੰਥ ਨੂੰ ਵੱਡਾ ਸਮਝਦੇ ਉਹਨਾਂ ਨੇ ਪੰਥ ਨੂੰ ਬਚਾਉਣ ਲਈ ਤਾਂ ਤਰਲਾ ਕੀਤਾ ਵੀ ਤੁਹਾਡੇ ਗ੍ਰੰਥ ਨੂੰ ਕਮੰਦਾ ਰਹੇ ਸੋ ਇਹਦਾ ਅਰਥ ਕੀ ਹੈ ਵੀ ਸਾਡੇ ਲਈ ਰਾਜ ਸਾਨੂੰ ਤਾਂ ਜ਼ਰੂਰੀ ਹੈ ਵੀ ਜਿਹੜੀ ਸਾਡੀ ਚੇਤਨਤਾ ਹੈ ਚੇਤਨਤਾ ਜਿਹੜੀ ਹੈ ਜਿਹਨੂੰ ਇਹਨੂੰ ਫਲਾਉਣਾ ਨਹੀਂ ਹੈ ਤੇ ਇਹਦੇ ਲਈ ਇੱਕ ਸਟਰਕਚਰ ਦੀ ਲੋੜ ਹੈ ਪ੍ਰੋਪਰਲੀ ਸਿੱਖੀ ਤਾਂ ਹੀ ਵੀਰ ਵੀ ਆਲੋਚਨਾ ਕਰਦੇ ਹੋਗੇ ਔਰ ਲਗਾਤਾਰ ਪਾਸਟਰਾਂ ਦੀ ਤੇ ਤੁਸੀਂ ਕਰੈਸੈਂਟੀ ਜੋ ਹੋ ਰਿਹਾਗਾ ਸਿੱਖਾਂ ਨਾਲ ਟਕਰਾਅ ਚ ਉਹਦੀ ਕੀਤੀ ਹੈਗੀ ਕੁੱਕੀ ਹੋਰਾਂ ਨੇ ਕਿਹਾ ਦੁਨੀਆ ਭਰ ਚਿੰਨੇ ਸਿੱਖ ਬੈਠੇ ਨੇ ਬਹੁਤ ਵੱਡਾ ਅਸਰ ਹੋ ਸਕਦਾ ਹੈ ਤੇ ਮਤਲਬ ਸਾਡੇ ਸਿੱਖਾਂ ਦੇ ਨਾਲ ਉੱਥੇ ਭੇਦਭਾਵ ਸ਼ੁਰੂ ਹੋਸਾ ਜਿਨ੍ਹਾਂ ਦੀ ਇੰਨੀ ਕਿਸਾਨ ਅੰਦੋਲਨ ਕਰਕੇ ਮਾਨਤਾ ਬਣੀ ਇੱਕ ਮੇਰੀ ਗੱਲ ਸੁਣੋ ਜਿਨ੍ਹਾਂ ਨੇ ਵੀ ਸਵਾਲ ਕੀਤਾ ਉਹਨਾਂ ਨੂੰ ਪੁੱਛਿਓ ਰਣਜੀਤ ਕੁੱਕੀ ਹੋਰਾਂ ਨੂੰ ਉਹਨਾਂ ਨੂੰ ਕਹੋ ਤੁਸੀਂ ਅਮਰੀਕਾ 'ਚ ਰਹੇ ਜੋ ਤੁਹਾਨੂੰ ਪਤਾ ਵੀ ਉੱਥੇ ਕ੍ਰਿਸਚੀਅਨਿਟੀ ਦਾ ਕ੍ਰਿਟਿਕ ਕਿਹੜੇ ਪੱਧਰ ਤੇ ਹੁੰਦਾ ਹੈ ਪਾਪ ਨੇ ਕਿੱਥੇ ਮਾਫੀ ਮੰਗੀ ਕੈਨੇਡਾ 'ਚ ਮੰਗੀ ਕੈਨੇਡਾ 'ਚ ਮੂਲ ਨੁਵਾਸੀ ਬੱਚਿਆਂ ਦੇ ਕਤਲ ਹੋਏ ਸੀ ਉੱਥੇ ਚਰਚ ਦੇ ਪਾਸਟਰਾਂ ਦੇ ਨਾਲ ਕ੍ਰਿਟਿਕ ਉੱਥੇ ਕ੍ਰਿਟਿਸਿਜ਼ਮ ਹੁੰਦਾ ਕਿ ਨਹੀਂ ਹੁੰਦਾ ਉੱਥੇ ਕਿੰਨੇ ਗੋਰੇ ਆ ਜਿਹੜੇ ਚਰਚ ਨੂੰ ਛੱਡ ਚੁੱਕੇ ਨਹੀਂ ਜਾਂਦੇ ਚਰਚ ਚਰਚਾਂ ਦੇ ਆਪਸੀ ਗੱਲਬਾਤ ਉੱਥੇ ਦੂਜੀ ਦੂਜੀ ਦੂਜਾ ਦਾ ਸਵਾਲ ਇਹ ਗੱਲ ਦਾ ਫਰਕ ਤਾਂ ਹੈ ਉੱਥੋਂ ਦਾ ਤੇ ਇੱਥੋਂ ਦਾ ਉੱਥੇ ਕਦੀ ਸਿੱਖ ਨੂੰ ਸੁਣਿਆ ਕਦੀ ਉੱਥੇ ਆਪਣੀ ਸਟੇਟ ਨੂੰ ਡੈਮੋਕਰੇਟਿਕ ਦਿਖਾਉਂਦੇ ਆ ਉਹ ਵੀ ਕਰੋ ਲੋਚਨਾ ਨਹੀਂ ਨਹੀਂ ਮੇਰੀ ਮੇਰੀ ਗੱਲ ਸੁਣ ਦਿਖਾਉਂਦੇ ਹੁਣ ਨਾ ਦਿਖਾਉਂਦੇ ਹੁਣ ਸਿੱਖਾਂ ਨੇ ਕਦੀ ਕਿਸੇ ਦੇ ਘਰ ਜਾ ਕੇ ਕਿਸੇ ਨੂੰ ਉਬਰਗਲਾ ਕੇ ਸਿੱਖ ਬਣਾਉਣ ਦੀ ਕੋਸ਼ਿਸ਼ ਕੀਤੀ ਤੁਸੀਂ ਮੈਨੂੰ ਇੱਕ ਗੱਲ ਦੱਸੋ ਕਦੀ ਸਿੱਖਾਂ ਨੇ ਕਿਸੇ ਦਾ ਝੂਠਾ ਪਖੰਡ ਦਾ ਦਾਵਾ ਕਰਕੇ ਕੋਈ ਕਿਸੇ ਦੇ ਚਰਚਾਂ 'ਚ ਜਾ ਕੇ ਆਪਣੇ ਪੋਸਟਰ ਮੰਡੇ ਜੋ ਤੁਸੀਂ ਕਹਨੇ ਹੋਗੇ ਕਿ ਭਾਈ ਜੇ ਐਂ ਕਰ ਲੋਂਗੇ ਤਾਂ ਸੱਚਖੰਡ ਜਾਓਗੇ ਹਾਂ ਤੇ ਪਾਸਟਰਾਂ ਵਰਗੀ ਗੱਲ ਨਹੀਂ ਪਾਸਟਰ ਵੀ ਤਾਂ ਐਂ ਕਹਿੰਦੇ ਜੇ ਐਂ ਕਰੋਗੇ ਤਾਂ ਐਂ ਹੋ ਜਾਊਗਾ ਨਹੀਂ ਨਹੀਂ ਪਾਸਟਰ ਦੇ ਪਖੰਡ ਦੇਖੋ ਇਹ ਆਪ ਭਲੇਖੇ ਚ ਨਾ ਰਹੀਏ ਪਾਸਟਰ ਇਥੇ ਉਹ ਵੀ ਕਹਿੰਦਾ ਤੁਸੀਂ ਯੀਸ਼ੂ ਉਹ ਵੀ ਆਪਦੇ ਤਰੀਕੇ ਨਾਲ ਹੀ ਕਹਿੰਦਾ ਨਹੀਂ ਉਹ ਮਨਾਈ ਜਾਣ ਉਹ ਮਨਾਈ ਜਾਣ ਅਸੀਂ ਨਹੀਂ ਕਹਿੰਦੇ ਵੀ ਯੀਸ਼ੂ ਮਸੀਹ ਨੂੰ ਨਾਮ ਮੰਨੋ ਤੁਸੀਂ ਕੋਈ ਜੇ ਕੋਈ ਮੰਨਣਾ ਚਾਹੁੰਦਾ ਮੰਨੀ ਜਾਵੇ ਅਸੀਂ ਇਹ ਕਹਿੰਨੇ ਆ ਵੀ ਜਿਹੜਾ ਪਖੰਡ ਹੈ 70 ਦਾ ਲਾਲਚ ਉਹ ਦਿੰਦੇ ਨੇ ਕਿ ਭਾਈ ਜੇ ਐਂ ਹੋ ਜਾਊਗਾ ਤਾਂ ਐਂ ਹੋ ਜਾਊਗਾ ਮੈਂ ਕਹਿ ਰਿਹਾ ਵੀ ਜਿਹੜਾ ਪਖੰਡ ਹੈ ਪਖੰਡ ਨੂੰ ਤੇ ਮਾਂ ਤਾਂ ਨਹੀਂ ਦੇਣੀ ਚਾਹੀਦੀ ਕੋਈ ਮਰਿਆ ਬੰਦਾ ਜੀਣਾ ਕਰਦੇ ਆਂਗੇ ਜਿਸ ਬਾਹ ਕਰਦੇ ਆਂਗੇ ਜੇ ਕਰਦੇ ਆਂਗੇ ਹੁਣ ਜਦੋਂ ਉਹ ਹੋ ਰਿਹਾ ਹੈ ਗਰੀਬਾਂ ਦੀ ਐਕਸਪਲੋਇਟੇਸ਼ਨ ਹੋ ਰਹੀ ਹੈ ਕਿ ਨਹੀਂ ਹੋ ਰਹੀ ਇੱਕ ਬੰਦੇ ਨੂੰ 6 ਮਹੀਨੇ ਖਜਲ ਕਰਕੇ ਬਾਅਦ ਨੂੰ ਫਸਾ ਲਿਆ ਜਾਂਦਾ ਹੈ ਐਕਸਪਲੋਇਟੇਸ਼ਨ ਹੁੰਦੀ ਹੈ ਹਰ ਪੱਦਰ ਦੇ ਉੱਤੇ ਉਹਦਾ ਵਿਰੋਧ ਕਰਨਾ ਡੇਰਿਆਂ ਦਾ ਵਿਰੋਧ ਆਪਾਂ ਕਿਉਂ ਕੀਤਾ ਡੇਰਾਬਾਦ ਦਾ ਵਿਰੋਧ ਬੇਸਿਕਲੀ ਇਕਨੋਮਿਕਲ ਲੁੱਟ ਤੇ ਨਾਲ ਜਿਹੜੀ ਸਪਿਰਚੁਅਲ ਲੁੱਟ ਦਾ ਕਰਕੇ ਚੀਤਾ ਸੀ ਨਾ ਵੀ ਗਲਤ ਰਾਹ ਤੇ ਤੋਰ ਦੇਣਾ ਜੇ ਤੇ ਗੁਰੂ ਸਾਹਿਬ ਨੇ ਸੀਸ ਮੰਗੇ ਤੇ ਸਹੀ ਰਾਹ ਤੇ ਵੀ ਤੋਰਿਆ ਹੈ ਨਾ ਇਹ ਤੇ ਨਹੀਂ ਨਾਗਾ ਵੀ ਗੁਰੂ ਪੀ ਉਹ ਤੇ 크ਰਿਸਚੀਅਨਿਟੀ ਉਹਨਾਂ ਨੂੰ ਕ੍ਰਿਟਿਕ ਕਰ ਰਹੀ ਹੈ ਪੋਪ ਉਹਨਾਂ ਦਾ ਕਹਿ ਰਿਹਾ ਵੀ ਸਾਡੀ ਇਹ ਪ੍ਰੈਕਟਿਸ ਨਹੀਂ ਹੈਗੀ ਜੇ ਪੋਪ ਕਹਿ ਰਿਹਾ ਸਾਡੀ ਪ੍ਰੈਕਟਿਸ ਨਹੀਂ ਇੱਕ ਇਹਦੇ ਕਹਿਣ ਤੇ ਕਰ ਰਹੇ ਨੇ ਸੋ ਇਸ ਕਰਕੇ ਦੂਜੀ ਗੱਲ ਹੈ ਇਹਦੇ ਚ ਡੈਮੋਗ੍ਰਾਫਿਕ ਮਸਲਾ ਵੀ ਹੈ ਸਿੱਖਾਂ ਦੀ ਆਬਾਦੀ ਘਟਾਉਣ ਦਾ ਮਸਲਾ ਸਾਨੂੰ ਪੋਲੀਟਿਕਲੀ ਵੀ ਇਹਦਾ ਜਵਾਬ ਦੇਣਾ ਪੈ ਰਿਹਾ ਰਿਲੀਜੀਅਸਲੀ ਸਾਨੂੰ ਕੋਈ ਖਤਰਾ ਨਾ ਹੋਵੇ ਪੋਲੀਟਿਕਲੀ ਅਸੀਂ ਬੇਵਕੂਫ ਥੋੜੀ ਆ ਗਏ ਆ ਵੀ ਸਿੱਖਾਂ ਦੀ ਆਬਾਦੀ ਘੱਟ ਨੂੰ 10% ਰਹਿ ਜਾਏ ਇੱਥੇ ਸਾਨੂੰ ਇਹ ਵੀ ਵੇਖਣਾ ਪੈਣਾ ਨਾ ਜੇ ਹੁਣ ਸਿੱਖਾਂ ਚ ਗੁਲਾਮੀ ਹੈ ਜਿਹੜੇ ਸਿੱਖਾਂ ਦੇ ਵਿੱਚ ਨਾਰਮਲ ਮੋਰ ਸਿੱਖਾਂ ਦਾ ਰਾਜ ਹੋਵੇ ਤੇ ਕੋਈ ਰਾਜ ਚਾਣ ਕੇ ਸਾਨੂੰ 크ਰਿਸਚਨ ਬਣਾਉਣ ਜੀ ਸਾਨੂੰ ਕੋਈ ਪ੍ਰੋਬਲਮ ਨਹੀਂ ਸਾਡਾ ਤੇ ਆਲਰੇਡੀ ਜੇਨੋਸਾਈਡ ਚੋਂ ਲੰਘ ਕੇ ਇੱਕ ਕਪੈਸਿਟੀ ਨਹੀਂ ਰਹੀ ਸੋਚਣ ਦੀ ਉਹਦੇ ਤੇ ਆਣ ਕੇ ਸਾਨੂੰ ਇਹੋ ਜਿਹੀ ਇਨਫਲੂਐਂਸ ਪਾਏ ਜਾ ਰਹੇ ਨੇ ਇਹਦਾ ਨਸ਼ਾ ਵੀ ਇਦਾਂ ਹੀ ਕੰਮ ਕਰਦਾ ਨਾ ਨਸ਼ਾ ਵੀ ਕਿਹੜਾ ਕੋਈ ਮੂੰਹ ਚ ਪਾ ਕੇ ਜਾਂਦਾ ਕਿਸੇ ਦੇ ਚਿੱਟਾ ਫਿਰ ਇਦਾਂ ਤੇ ਆਪਾਂ ਜਸਟੀਫਾਈਡ ਕਰਦੇ ਵਿੱਚ ਛਟਾ ਦਗਾਨਾਂ ਦੇ ਵਿੱਚੋਂ ਸ਼ੁਰੂ ਸਿੱਖ ਰਿਪਬਲਿਕ ਚ ਤੁਸੀਂ ਕਹਿ ਰਹੇ ਹੋ ਸਿੱਖ ਰਿਪਬਲਿਕ ਹੋਊਗਾ ਹਾਂ ਤੁਹਾਡਾ ਕਲੇਮ ਆ ਬਿਲਕੁਲ ਸਿੱਖ ਰਿਪਬਲਿਕ ਚ ਸੀਆ ਸੁਨਨੀ ਕਿਤੇ ਸਿੱ ਸਿੱਖਾ ਨੇ ਜੇ ਗੁਰੂ ਘਰਾਂ ਦੇ ਵਿੱਚ ਲੜਾਈਆਂ ਪਈਆਂ ਕਿਉਂਕਿ ਜੇ ਸਲਾਮ ਚੈਨ ਉਹਦੇ ਉਹਦੇ ਚ ਉਹਦੇ ਚ ਇੱਕ ਗੱਲ ਸੁਣ ਲਓ ਜਦੋਂ ਗੁਰੂ ਗੁਰੂ ਪ੍ਰੀਤਿ ਚੰਦ ਜਾਂ ਜਿਹੜੇ ਦੂਜੇ ਸੀ ਜਿਹਨਾਂ ਨਾਲ ਵਿਵਾਦ ਖੜੇ ਹੋ ਗਏ ਗੁਰੂ ਸਾਹਿਬ ਦੇ ਭਰਾਵਾਂ ਦੇ ਨਾਲ ਉਹਨਾਂ ਨੇ ਅੱਜ ਵੀ ਅੰਮ੍ਰਿਤ ਛਕਾਉਣ ਵੇਲੇ ਕਹਿੰਦੇ ਵੀ ਮਿਲ ਵਰਤਨ ਨਹੀਂ ਰੱਖਣਾ ਮਾਰਨ ਮਰਾਉਣ ਦੀ ਗੱਲ ਕੋਈ ਨਹੀਂ ਕਰਦਾ ਮਤਲਬ ਇਹ ਤੇ ਹਰ ਮਨੁੱਖ ਦਾ ਰਾਈਟ ਹੈ ਵੀ ਅਸੀਂ ਇਹਨਾਂ ਨਹੀਂ ਬੋਲਣਾ ਜੇ ਕੋ ਸਾਡੇ ਗੁਰੂ ਦੇ ਉਲਟ ਜਾ ਕੇ ਗੁਰੂ ਅਰਜਨ ਦੇਵ ਜੀ ਸ੍ਰੀ ਚੰਨ ਜੀ ਦੇ ਬਾਬਾ ਸ੍ਰੀ ਚੰਨ ਜੀ ਦੇ ਆ ਕੇ ਉਹਨਾਂ ਅਤਮਸਤਕ ਹੋਏ ਸੀਗੇ ਹਾਂ ਨਹੀਂ ਨਹੀਂ ਮੈਂ ਹੀ ਕਹਿ ਰਿਹਾਗਾ ਪ੍ਰਿਥੀ ਚੰਦਨੀ ਮੈਨੂੰ ਨਾਮ ਵਿਸਰ ਰਿਹਾ ਆਪਣਾ ਜਿਹੜੇ ਭਰਾ ਸੀ ਉਹਨਾਂ ਦੇ ਗੁਰੂ ਸਾਹਿਬ ਦੇ ਉਹ ਆਪਾਂ ਅੱਗੇ ਚਲਦੇ ਹਾਂ ਉਸ ਗੱਲ ਤੋਂ ਕਿ ਜਿਹੜੇ ਜਿਹੜੇ ਗੱਦੀ ਤੋਂ ਕਨਫਲਿਕਟ ਪੈਦਾ ਹੋ ਗਿਆ ਸੀ ਪ੍ਰਿਥੀ ਚੰਦ ਬਾਬੇ ਦਾ ਕੋਈ ਗੱਦੀ ਤੋਂ ਕਨਫਲਿਕਟ ਨਹੀਂ ਸੀ ਗੱਦੀ ਗੁਰੂ ਅੰਗਦ ਦੇ ਪਰ ਉਹ ਆ ਕੇ ਨਮਸਕਾਰ ਕਹਿੰਦੇ ਆਦਰ ਸਤਕਾਰ ਉਹਨਾਂ ਸੀਗਾ ਚਾਹੇ ਨਹੀਂ ਉਹਨਾਂ ਦੀ ਗੱਲ ਨਹੀਂ ਚਾਹੇ ਤੁਸੀਂ ਉਹਨਾਂ ਦੇ ਪਰਿਵਾਰ ਚ ਘਰ ਚ ਤਾਂ ਪੂਰੀਆਂ ਲਕੀਰਾਂ ਖਿੱਚੀਆਂ ਗਈਆਂ ਨਾ ਨਹੀਂ ਨਹੀਂ ਉਹ ਪਰਿਵਾਰ ਉਹਨਾਂ ਨਾਲ ਨਹੀਂ ਲਕੀਆਂ ਪਰਿਵਾਰ ਚ ਨਹੀਂ ਉਹਨਾਂ ਨਾਲ ਨਹੀਂ ਲਕੀਆਂ ਉਹਨਾਂ ਦੇ ਬੇਟਿਆਂ ਨਾਲ ਤਾਂ ਨਹੀਂ ਨਹੀਂ ਖਿੱਚੀਆਂ ਗਈਆਂ ਇਹ ਪੰਜਵੇਂ ਪਾਤਸ਼ਾ ਗੁਰੂ ਜਨ ਬਾਦਸ਼ਾਹ ਤੇ ਭਰਾ ਦੀ ਗੱਲ ਹੈ ਧਾਰਾ ਤਾਂ ਵੱਖਰੀ ਵੱਖਰੀ ਰਹੀ ਨਾ ਸੋ ਉਹਦੇ ਚ ਉਹਦੇ ਚ ਇਹ ਮਸਲਾ ਪਤਾ ਕੀ ਹੈ ਉਹਦੇ ਚ ਮੇਨ ਮਸਲਾ ਕਿੱਥੇ ਆਣ ਕੇ ਖੜਾ ਹੁੰਦਾ ਹੈ ਵੀ ਜਦੋਂ ਅਸੀਂ ਕਿਸੇ ਨਾ ਦੇਖੋ ਗੁਰੂ ਤੇ ਸਾਡਾ ਕੋਈ ਸਮਝੌਤਾ ਨਹੀਂ ਹੈਗਾ 1 ਰੁਪਈਆ ਦਾ ਨਹੀਂ ਗੁਰੂ ਤੇ ਸਾਡਾ ਸਗਾ ਭਰਾ ਕਵੇ ਵੀ ਨਹੀਂ ਆ ਉਹਨੂੰ ਇਹ ਕਾਵਾਂਗੇ ਵੀ ਤੂੰ ਮੱਦਾ ਨਾ ਬੋਲ ਨਹੀਂ ਚੰਗਾ ਬੋਲ ਸਕਦਾ ਆਪਣੀ ਧਾਰਾ ਜਿਹੜੀ ਚੁਣਨੀ ਚੁਣ ਲੈ ਪਰ ਜੇ ਕੋ ਕਹੂਗਾ ਤੁਹਾਡੇ ਗੁਰੂ ਨੂੰ ਦਾ ਬੰਦਾ ਬੋਲਣਾ ਸਾਡੇ ਕੋ ਬਰਦਾਸ਼ਤ ਨਹੀਂ ਹੁੰਦਾ ਉਹ ਚਾਹੇ ਸਟੇਟ ਹੋਵੇ ਜਾਂ ਕੁਝ ਵੀ ਹੋਵੇ ਉਹਦੀ ਸਜ਼ਾ ਪੁੱਛ ਰਿਹਾ ਮੈਂ ਸਿੱਖਰ ਪਬਲਿਕ ਚ ਉਹਦੀ ਸਜ਼ਾ ਕੀ ਹੋਊਗੀ ਉਹ ਡ ਇਤਨੀ ਵੀ ਕਿਹਨਾਂ ਗਾਲੀ ਵੜ ਦੇਣਾ ਬਾਕੀ ਸਜ਼ਾ ਤੇ ਜਿਹੜੀ ਆ ਦੇਖੋ ਹਰ ਸਟੇਟ ਦੇ ਵਿੱਚ ਸਜ਼ਾ ਤੋਂ ਕਿਹਨਾਂ ਸਟੇਟ ਚੱਲਦੀ ਹੈ ਕਿਹੜੀ ਸਟੇਟ ਆ ਜਿਹੜੀ ਸਜ਼ਾ ਤੋਂ ਬਿਨਾਂ ਚੱਲਦੀ ਫਿਰ ਉਹੀ ਫਿਰ ਤਾਂ ਤੁਸੀਂ ਫਿਰ ਬਾਕੀ ਤੁਸੀਂ ਇਹਦਾ ਮਤਲਬ ਬਾਕੀ ਨੇਸ਼ਨ ਸਟੇਟਾਂ ਨੂੰ ਕਾਪੀ ਕਰਨਾ ਨਹੀਂ ਮੇਰੀ ਗੱਲ ਕੋਈ ਕਾਨੂੰਨ ਅਦਾਲਤ ਵੀ ਹੋਊਗੀ ਬਾਕੀ ਬਾਕੀ ਥਾਂ ਤੇ ਸਜ਼ਾ ਨਹੀਂ ਫਿਰ ਇਹਦਾ ਮਤਲਬ ਸਿੱਖਾਂ ਦੀ ਜਿਹੜੀ ਸਟੇਟ ਆ ਉਹ ਬਾਕੀ ਨੇਸ਼ਨ ਸਟੇਟਾਂ ਨੂੰ ਕਾਪੀ ਕਰੂਗੀ ਫਿਰ ਜਾਂ ਤੇ ਤੁਸੀਂ ਤੁਹਾਡੀ ਨੇਸ਼ਨ ਸਟੇਟ ਤੇ ਉਹ ਨੇਸ਼ਨ ਸਟੇਟਾਂ 'ਚ ਕੀ ਫਰਕ ਆ ਸਾਡੀ ਨੇਸ਼ਨ ਸਟੇਟ ਦੇ ਵਿੱਚ ਕਿਸੇ ਨੂੰ ਧੱਕੇ ਨਾਲ ਸਿੱਖ ਨਹੀਂ ਬਣਾਇਆ ਜਾਊਗਾ ਸਾਡੀ ਨੇਸ਼ਨ ਸਟ ਸਿਟੀਜਨ ਸਟੇਟਾ ਨੇਸ਼ਨ ਸਟੇਟਾ ਹੀ ਰਹਿਣੀ ਹੈ ਮਤਲਬ ਮੈਂ ਸਮਝਦਾ ਵੀ ਸਾਰੀ ਦੁਨੀਆ ਕੋ ਹੈਗੀਆਂ ਨੇ ਮੁਸਲਮਾਨਾਂ ਕੋ 55 ਨੇ 크ਰਿਸਚੀਅਨਾਂ ਕੋ 100 100 ਦੇ ਕਰੀਬ ਹੈ ਹਿੰਦੂਆਂ ਕੋ 2 ਹੈ 3 ਹੈ ਸਿੱਖਾਂ ਕੋ ਕਿਉਂ ਨਹੀਂ ਹੋ ਸਕਦੇ ਮਤਲਬ ਜੇ ਫਰਜ ਕਰੋ ਇਹ ਬਹੁਤ ਪਰਫੈਕਟ ਕਨਸੈਪਟ ਨਹੀਂ ਹੈਗਾ ਤੇ ਸਿੱਖ ਹੀ ਕੋ ਕੱਲੇ ਛਤਰਖਣ ਬੈਠ ਕੇ ਜਦੋਂ ਦੁਨੀਆ ਬਾਰਡਰਲੈਸ ਹੋ ਜੂਗੀ ਅਸੀਂ ਵੀ ਖਤਮ ਕਰ ਦਾਂਗੇ ਆਪਣਾ ਨੇਸ਼ਨ ਸਟੇਟ ਪਰਫੈਕਟ ਕਨਸੈਪਟ ਨਹੀਂ ਹੈਗਾ ਨਹੀਂ ਹੁੰਦਾ ਨੇਸ਼ਨ ਸਟੇਟ ਪਰ ਫਰਕ ਉਹ ਪਤਾ ਕਿਉਂ ਹੈ ਦੁਨੀਆ ਦੇ ਉੱਤੇ ਜਿਹੜਾ ਰਾਜ ਹੈ ਨਾ ਰਾਜ ਦਾ ਸੰਕਲਪ ਹੈ ਰਾਜ ਕਰਨਾ ਹੈ ਉਦੇ ਚ ਕੋਈ ਨਾ ਕੋਈ ਔਣਤਾ ਹੀ ਰਹਿ ਜਾਂਦੀ ਹੁੰਦੀ ਹੈ ਮਤਲਬ ਰਾਜ ਚੀਜ਼ ਹੀ ਇਦਾਂ ਦੀ ਹੈ ਪਰ ਹੁਣ ਔਣਤਾ ਹੀ ਤੇ ਹੁਣ ਇੱਕ ਸ਼ਾਸਤਰ ਫੜੇ ਆ ਸਾਰਿਆਂ ਨੇ ਕੋਈ ਬੰਦਾ ਤਾਂ ਮਿਸਯੂਸ ਵੀ ਕਰ ਸਕਦਾ ਹੈ ਇਹਦਾ ਮਤਲਬ ਸ਼ਾਸਤਰ ਖੋ ਕੇ ਰੱਖ ਲੈਣਾ ਚਾਹੀਦੀ ਨਹੀਂ ਕੋਈ ਡਾਕਟਰ ਬਣਦਾ ਹੈ ਉਹ ਆਪਣੀ ਪ੍ਰੈਕਟਿਸ ਦੀ ਗਲਤ ਵਰਤੋਂ ਕਰ ਸਕਦਾ ਹੈ ਇਹਦਾ ਮਤਲਬ ਡਾਕਟਰੀ ਬੰਦ ਕਰ ਦਈਏ ਕੋਈ ਫੌਜੀ ਹੈ ਉਹ ਫੌਜੀ ਦੀ ਜ਼ਰੂਰ ਵਰਤੋਂ ਕਰ ਸਕਦਾ ਹੈ ਮਤਲਬ ਦੁਨੀਆ ਦੇ ਉੱਤੇ ਕਿਹੜਾ ਪ੍ਰੋਫੈਸ਼ਨ ਹੈ ਜਾਂ ਕਿਹੜੀ ਚੀਜ਼ ਹੈ ਜਿੱਚ ਇੰਪਰਫੈਕਸ਼ਨ ਨਹੀਂ ਹੈਗੀ ਹੈਗੀ ਯਾਰ ਥਾਂ ਦੇ ਉੱਤੇ ਪਰ ਇਹਦਾ ਅਰਥ ਹੈ ਵੀ ਸਿੱਖ ਇਕੱਲੇ ਕਿਉਂ ਸਫਰ ਕਰਨ ਜਦੋਂ ਦੁਜੇ ਕੌਮਾਂ ਕਟੋਕੜ ਦੂਜੀਆਂ ਕੌਮਾਂ ਜੇ ਸਰਵਾਈ ਬਣਾ ਫਰਾਈਵ ਨਾ ਕਰੀਏ ਸਰਵਾਈਵਲ ਦਾ ਇਸ਼ੂ ਤੇ ਨਹੀਂ ਨਾ ਬਣਿਆ ਹੋ ਇਹਨਾਂ ਦਾ ਇਹ ਤੇ ਨਹੀਂ ਹੈਗਾ ਵੀ ਆਉਂਦੇ 10 ਸਾਲਾਂ ਤੱਕ ਹਿੰਦੂਆਂ ਦੀ ਆਬਾਦੀ ਖਤਰੇ ਚ ਪੈ ਜਾਊਗੀ ਇਹ ਤੇ ਨਹੀਂ ਹੈਗਾ ਵੀ ਆਉਂਦੇ 20 ਸਾਲਾਂ ਤੱਕ ਮੁਸਲਮਾਨਾਂ ਦੀ ਆਬਾਦੀ ਖਤਰੇ ਜਾਂ ਕ੍ਰਿਸਚੀਅਨਾਂ ਦੀ ਪੈ ਜਾਊਗੀ ਸਿੱਖਾਂ ਤੇ ਤੇ ਡੇਂਜਰ ਬਣ ਰਹੇ ਆ ਨਾ ਸੋ ਸਾਨੂੰ ਪਰਫੈਕਸ਼ਨ ਦਾ ਪਾਠ ਬਣਾਉਣ ਵਾਲੇ ਲੋਕਾਂ ਨੂੰ ਮੈਂ ਕਹਿਣਾ ਚਾਹੁੰਦਾ ਹੈ ਕਿ ਪਰਫੈਕਸ਼ਨ ਉੱਥੇ ਹੁੰਦੀ ਹੈ ਜਿੱਥੇ ਅਸੀਂ ਬਹੁਤ ਫਰਾਈਵ ਕਰ ਗਿਆ ਤਾਂ ਸਾਨੂੰ ਪਰਫੈਕਸ਼ਨ ਲਈ ਤੁਸੀਂ ਪੁੱਛੋ ਵੀ ਤੁਸੀਂ ਪਰਫੈਕਟ ਕਿਉਂ ਨਹੀਂ ਹੋ ਤੁਸੀਂ ਉਹਨਾਂ ਲੋਕਾਂ ਦੇ ਬਿਹਤਰ ਆਈਡੀਆਜ਼ ਦੇ ਲੈਵਲ ਤੇ ਫਿਲਾਸਫੀਕਲ ਲੈਵਲ ਦੇ ਉੱਤੇ ਉਹਤੇ ਬਰਤਕਸ਼ ਹੁੰਦੀਆਂ ਨੇ ਅਮਰ ਤੁਸੀਂ ਵੀ ਪੜਦੇ ਲਿਖਦੇ ਹੋ ਚੀਜ਼ਾਂ ਨੂੰ ਜਾਂ ਜਾਣਦੇ ਹੋ ਮੈਂ ਵੀ ਚੀਜ਼ਾਂ ਨੂੰ ਸਮਝਦਾ ਰਹਾਂਗਾ ਹੂੰ ਫਿਰ ਪ੍ਰਿੰਸੀਪਲ ਪੋਜੀਸ਼ਨ ਕੀ ਹੈਗੀ ਪ੍ਰਿੰਸੀਪਲ ਪੋਜੀਸ਼ਨ ਹਮੇਸ਼ਾ ਪਰਫੈਕਟ ਹੀ ਰਹਿੰਦੀ ਹੈ ਪ੍ਰਿੰਸੀਪਲ ਪੋਜੀਸ਼ਨ 'ਚ ਨਹੀਂ ਉਹਦੀ ਇੰਪਲੀਕੇਸ਼ਨ ਦੇ ਵਿੱਚ ਫਰਕ ਆਉਂਦੇ ਹੁੰਦੇ ਨੇ ਹਮੇਸ਼ਾ ਨਹੀਂ ਨੇਸ਼ਨ ਸਟੇਟ ਬਾਰੇ ਪ੍ਰਿੰਸੀਪਲ ਪੋਜੀਸ਼ਨ ਕੀ ਐ ਸਿੱਖਾਂਗੇ ਨੇਸ਼ਨ ਸਟੇਟ ਬਾਰੇ ਪ੍ਰਿੰਸੀਪਲ ਵੈਸੇ ਤੇ ਸਿੱਖਾਂ ਦਾ ਆਈਡੀਆ ਉਹ ਕੋਈ ਪਰਫੈਕਟ ਵੀ ਨਹੀਂ ਹੈਗੀ ਨੇਸ਼ਨ ਸਟੇਟ ਹਾਂ ਜਿਗਨ ਇਨੀਸ਼ੀਏਟਿਵ ਬਣਾਉਣੀ ਵੀ ਹੈ। ਨੇਸ਼ਨ ਸਟੇਟ ਦੇ ਵਿੱਚ ਦੇਖੋ ਆਈਡੀਆ ਕੀ ਹੈ ਰਾਜ ਦਾ ਇੱਕ ਆਈਡੀਆ ਹੈ। ਜਿਹੜਾ ਡੈਮੋਕਰੇਸੀ ਦਾ ਡੈਮੋਕਰੇਸੀ ਦਾ ਅਸਰ ਸਿੱਖਾਂ ਤੇ ਕਿਉਂ ਨਹੀਂ ਹੋਊਗਾ? ਨਹੀਂ ਹੁੰਦਾ। ਕਿਉਂਕਿ ਉਹ ਬਣਿਆ ਹੋਇਆ ਉਹਦਾ ਇੱਕ ਢਾਂਚਾ ਹੈ। ਨਹੀਂ ਹੁੰਦਾ ਉਹਦਾ ਕਾਰਨ ਤੁਹਾਨੂੰ ਦੱਸ ਦਿੰਦਾ। ਸਿੱਖਾਂ ਦੀ ਕਲੈਕਟਿਵ ਕੌਨਸ਼ੀਅਸਨੈਸ ਦੇ ਵਿੱਚ ਜੈਨੋਸਾਈਡਲ ਇੰਪਲਸਸ ਨਹੀਂ ਹੈਗੀ। ਨਾ ਪੈਦਾ ਹੋ ਸਕਦੀਆਂ ਇਤਿਹਾਸ ਤੋਂ ਪੈਦਾ ਹੁੰਦੀਆਂ ਗਰਬਾਣੀ ਤੋਂ ਪੈਦਾ ਹੁੰਦੀਆਂ। ਜਿਨ੍ਹਾਂ ਦੇ ਕੋਲ ਜਿੱਦਾਂ ਇਤਿਹਾਸ ਹੈ ਜਿੱਦਾਂ ਦੀ ਬਾਣੀ ਹੋਵੇ ਉਹਦਾਂ ਦੇ ਪੈਦਾ ਹੁੰਦਾ। ਹੁਣ ਜਿੱਦਾਂ ਸਿੱਖਾਂ ਦੇ ਕੋਲ ਜ ਕਹੇ ਤੁਸੀਂ ਜਿੰਨਾਂ ਦੀ ਵੀ ਗੱਲ ਕਰ ਰਹੇ ਹੋ ਦੁਨੀਆ ਦੀ ਮੋਗਲ ਐਂਪਾਇਰ ਦੇ ਵਿੱਚ ਜਦੋਂ ਹੋਇਆ ਉਹ ਕਿਦਾਂ ਹੋਇਆ ਉਹ ਉਦੋਂ ਹੋਈ ਜਿਹਨਾਂ ਕੋਲ ਪਾਵਰ ਆਈ ਜਦੋਂ ਇਹ ਪਾਵਰ ਆਈ ਸਿੱਖਾਂ ਕੋਲ ਸਿੱਖਾਂ ਚ ਕਿਉਂ ਨਹੀਂ ਆਇਆ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਆਇਆ ਲਾਹੌਰ ਚੌਂਕ ਦੇ ਕਤਲੇਆਮ ਤੋਂ ਬਾਅਦ ਵੀ ਉਹਨੇ ਮੁਸਲਮਾਨਾਂ ਨੂੰ ਤੋਹਫੇ ਭੇਜੇ ਇਹਦੇ ਕਤਲੇਆਮ ਕੋਈ ਨਹੀਂ ਕੀਤਾ ਵਾਪਸ ਦੇ ਵਿੱਚ ਸੋ ਆਪਾਂ ਇਹ ਕਿਉਂ ਕਹਿੰਨੇ ਆ ਵੀ ਦੁਨੀਆ ਦਾ ਹਰ ਧਰਮ ਬਰਾਬਰ ਹੈ ਹਰ ਧਰਮ ਸੇਮ ਹੈ ਇਹ ਤੇ ਉਹ ਆਈਡੀਆ ਨੇ ਐਵਰੀ ਬੁੱਕ ਇਜ਼ ਸੇਮ ਜਿਹੜੀ ਬੁੱਕ ਬਈ ਕੋਈ ਪੜ੍ਹਦਾ ਤਾਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਚ ਵੀ ਮੁਸਲਮਾਨਾ ਨਾ ਕਨਫਲਿਕਟ ਤਾਂ ਬਹੁਤ ਸਾਰੇ ਰਿਆ ਸੀ ਪਰ ਉਹ ਜੈਨੋਸਾਈਡ ਤੇ ਨਹੀਂ ਉਤਰਿਆ ਕਨਫਲਿਕਟ ਤਾਂ ਰਹਿ ਨਹੀਂ ਉਹ ਜੈਨੋਸਾਈਡ ਤੇ ਤਾਂ ਨਹੀਂ ਉਤਰਿਆ ਪਾਵਰ ਤੇ ਹੈਗੀ ਸੀ ਉਹਦੇ ਕੋਲ ਉਹਨੇ ਜੈਨੋਸਾਈਡ ਤੇ ਨਹੀਂ ਕੀਤਾ ਕਿ ਸਿੱਧਾ ਨਾ ਕਰਨ ਦਿੱਤਾ ਕਿਸੇ ਨੂੰ ਸੋ ਇਹੋ ਹੀ ਫਰਕ ਹੁੰਦਾ ਇੱਕ ਕੌਮ ਕੋਲ ਉਸ ਕੌਮ ਕੋਲ ਪਾਵਰ ਹੋਣੀ ਜਿਹਦੇ ਕੋਲ ਇੱਕ ਸਿਧਾਂਤ ਹੈ ਪ੍ਰੇਮ ਦਾ ਸਿਧਾਂਤ ਹੈ ਜਿਹਦੇ ਕੋਲ ਜਿਹਦੇ ਕੋਲ ਲੋਕਾਂ ਨੂੰ ਪਿਆਰ ਕਰਨ ਦਾ ਸਿਧਾਂਤ ਹੈ ਤੇ ਜਿਹਦੇ ਕੋਲ ਐਕਸੈਪਟੈਂਸ ਦਾ ਸਿਧਾਂਤ ਹੈ ਫੇ ਠੀਕ ਹੈ ਨਹੀਂ ਸਾਡੇ ਅ ਸੰਸਾਰ ਦੇ ਉੱਤੇ ਹਰ ਇੱਕ ਦਾ ਰਹਿਣ ਨੂੰ ਕਹਿੰਦਾ ਕੰਮਤਪਾਲੇ ਕਹਿੰਦਾ ਕਿ ਮੈਂ ਨਾ ਪੜਿਆ ਹੈਗਾ ਨਾ ਪੜਨਾ ਹੈਗਾ ਨਹੀਂ 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 ਇਦਾਂ ਦੀ ਗੱਲ ਨਹੀਂ ਮੈਂ ਇਹ ਕਹਿੰਨਾ ਵੀ ਜਿਹੜੀ ਦੁਨਿਆਵੀ ਵਿਦਿਆ ਹੈ ਦੁਨਿਆਵੀ ਨਹੀਂ ਕਮਾ ਦੇ ਲੀਡਰ ਤਾਂ ਦੁਨੀਆ ਨੂੰ ਪੜਦੇ ਨੇ ਜਾਣਦੇ ਨੇ ਜੋ ਪੜਨਗੇ ਹੀ ਨਹੀਂਗੇ ਤਾਂ ਅੰਡਰਸਟੈਂਡ ਕਿਵੇਂ ਕਰਨੀ ਨਹੀਂ ਉਹ ਜ਼ਰੂਰੀ ਹੈ ਪੜਨਾ ਮੈਂ ਨਹੀਂ ਕਹਿੰਦਾ ਮੈਂ ਪੜਦਾ ਨਹੀਂ ਗੁਰਬਾਣੀ ਬਾਰੀ ਤੁਸੀਂ ਜਿਵੇਂ ਤੁਹਾਡੀ ਗੁਰਬਾਣੀ ਨੂੰ ਥੋੜਾ ਜਿਹਾ ਦਿਨ ਵੀ ਵਿਦਿਆਤ ਵਕਤ ਜਿਨਾਂ ਜਿਵੇਂ ਤੁਸੀਂ ਸੰਤਾਂ ਦੀ ਕਹਿੰਦੇ ਆ ਨਾ ਜੋ ਤੁਹਾਡੇ ਤੇਲ ਦਾ ਸੰਤਾਂ ਦੀ ਨਕਲ ਕਰਦੇ ਹੋ ਤੁਸੀਂ ਸੰਤ ਤੇ ਮਤਲਬ ਬਾਣੀ ਚ ਜਾਂ ਉਹਦੇ ਚ ਸਾਰਾ ਬਹੁਤ ਇਹ ਤੁਹਾਡੀ ਪਿਛਲੀ ਇੰਟਰਵਿਊ ਦੇ ਵਿੱਚ ਕਨਫਲਿਕਟ ਪੈਦਾ ਹੋਗਾ ਕੰਠ ਦਾ ਕੰਠ ਸ਼ਬਦ ਦਾ ਅਰਥ ਪਤਾ ਕੀ ਹੈ ਵੀ ਜ਼ਬਾਨੀ ਯਾਦ ਹੋਣਾ ਉਹ ਕਨਫਲਿਕਟ ਲੋਕਾਂ ਨੂੰ ਲੱਗਾ ਪੜਨੀ ਬਾਣੀ ਪੜਨੀ ਆਉਂਦੀ ਮਾਰੇ ਦੀ ਕਿਰਪਾ ਨਾਲ ਉਹਨਾਂ ਨੂੰ ਨਹੀਂ ਪਤਾ ਅਲ ਬਾਣੀ ਦੇ ਅੱਗੇ ਸਮਰਪਣ ਰੱਖਣਾ ਬਾਣੀ ਨੂੰ ਧਿਆਉਣਾ ਜਾਪ ਕਰਨਾ ਉਹਦਾ ਉਹ ਇੱਕ ਅਲੱਗ ਵਿਸ਼ਾ ਉਸ ਲੋਕ ਕਹਿੰਦੇ ਆ ਅਸੀਂ ਅਮਰਤਪਾਲ ਨੂੰ ਦਵਾਈ ਦੇ ਜਾਣਦੇ ਆਂਗੇ ਹਾਂ ਅਮਰਤਪਾਲ ਦੀ ਨਾ ਬੋਲੀ ਇਹੀ ਜੀ ਹੁੰਦੀ ਸੀ ਅਮਰਤਪਾਲ ਦਾ ਨਾ ਸਟਾਈਲ ਇਹੋ ਜਿਹਾ ਸੀ ਇਹਨਾਂ ਸਟਾਈਲ ਵੀ ਬਦਲ ਲਿਆ ਬੋਲੀ ਵੀ ਬਦਲ ਲਈ ਨਹੀਂ ਸਟਾਈਲ ਤੇ ਥੋੜਾ ਚੁੱਕੇ ਆ ਜਿਵੇਂ ਸੰਤ ਥੋੜਾ ਚੁੱਕੇ ਤੁਰਦੇ ਨੇ ਮੈਂ ਤੁਰਨ ਲੱਗ ਗਿਆ ਨਹੀਂ ਇਹ ਤਾਂ ਸ਼ਾਇਦ ਮੇਰੀ ਨਾ ਆ ਹਾਈਟ ਦੀ ਵਜ੍ਹਾ ਕਰਕੇ ਇਕਦਮ ਇਨਕਰੀਜ਼ ਹੋਣ ਕਰਕੇ ਮੇਰਾ ਸ਼ੁਰੂ ਤੋਂ ਹੀ ਚੁੱਕ ਕੇ ਤੁਰਨ ਵਾਲੀ ਗੱਲ ਹੈ ਇਹ ਮੇਰੀਆਂ ਪੁਰਾਣੀਆਂ ਵੀ ਤੁਹਾਨੂੰ ਜਿੱកਦੇ ਮਿਲ ਜਾਣ ਤੇ ਲੱਭ ਜਾਣਗੇ ਪਰ ਤੁਸੀਂ ਬੋਲੀ ਬਦਲ ਲਈ ਕਹਿੰਦੇ ਸਟਾਈਲ ਬਦਲ ਲਿਆ ਇਹ ਇਹ ਗੱਲ ਝੂਠੀ ਹੈ ਮੇਰੇ ਅੱਜ ਤੋਂ 4 ਸਾਲ ਪਹਿਲਾਂ ਦੇ ਲਾਈਵ ਕੱਢ ਕੇ ਦੇਖ ਲਓ ਲੋਕ ਕਹਿੰਦੇ ਕਲੱਬ ਹਾਊਸਾਂ ਚ ਕਦੇ ਅਮਰਤਪਾਲ ਦੀ ਐ ਨਹੀਂ ਹੁੰਦਾ ਸੀ ਜਿਵੇਂ ਅਮਰਤਪਾਲ ਹੋਣਾਗਾ ਨਹੀਂ ਨਹੀਂ ਤੁਸੀਂ ਦੇਖੋ ਵੀ ਇਹਦੇ ਉਹ ਗੱਲ ਉਹ ਕਊਆ ਚਲਾ ਹੰਸ ਕੇ ਜਾਲਾ ਆਪਣੀ ਵੀ ਚਾਲ ਬੁੱਲ ਗਿਆ ਮੈਂ ਸੰਤਾ ਨੂੰ ਕਾਪੀ ਕਰਨ ਦਾ ਗੁਨਾਹ ਨਹੀਂ ਕਰ ਸਕਦਾ ਕੀਤੀ ਨਹੀਂ ਜਾ ਸਕਦੀ ਕਿ ਮੈਂ ਤੁਹਾਡੀ ਕਾਪੀ ਨਹੀਂ ਕਰ ਸਕਦਾ ਤੁਸੀਂ ਮੇਰੀ ਨਹੀਂ ਕਰ ਸਕਦੇ ਹਾਂ ਹੁਣ ਜੇ ਫਰਜ ਕਰੋ ਕੋਈ ਉਹ ਅਮਰਤਪਾਲ ਵੱਧ ਗਿਆ 6 ਫੁੱਟ 3 ਇੰਚ ਤੇ ਇਹ ਕਾਪੀ ਕਰਕੇ ਵੱਧ ਗਿਆ ਜਾਂ ਅਮਰਤਪਾਲ ਦਾ ਸੀਰ ਪਤਲਾ ਹੈ ਹੁਣ ਇਹ ਤੇ ਨਹੀਂਗਾ ਪਹਿਲਾਂ ਮੇਰਾ ਸੀਰ ਬਹੁਤ ਮੋਟਾ ਸੀ ਹੁਣ ਪਤਲਾ ਹੋ ਗਿਆ ਇਦਾਂ ਤੇ ਕੁਝ ਨਹੀਂ ਵਾਪਰਿਆ ਸੋ ਇਸ ਕਰਕੇ ਜਿਨ੍ਹਾਂ ਨੇ ਦੇਖੋ ਨੁਕਸ ਲੱਭਣਾ ਉਹ ਮੇਰੇ ਚ ਲੱਭ ਲੈਣਾ ਉਹਨਾਂ ਦੀ ਸੇਵਾ ਲੱਗੀ ਨੁਕਸ ਲੱਭਣ ਦੀ ਉਹਨਾਂ ਨੂੰ ਦੂਰੋਂ ਦਿਖ ਪੈਂਦਾ ਵੀ ਆਹ ਫਲਾਣੇ ਚ ਨੁਕਸ ਤੁਹਾਨੂੰ ਮੈਨੂੰ ਲੱਗਦਾ ਹੈਗਾ ਕਿ ਇਸ ਉਹ ਫ੍ਰੋਮ ਨਾਲ ਸੀ ਕਿ ਇਹ ਫੈਨੋਮੇਨਨ ਮੈਂ ਮੈਚ ਕਰ ਦੂੰਗਾ ਤਾਂ ਜਲਦੀ ਐਕਸਲਰੇਟ ਹੋ ਕੇ ਲੋਕ ਜੁੜਨਗੇ ਨਹੀਂ ਨਹੀਂ ਐਦਾਂ ਨਹੀਂ ਹੁੰਦਾ ਨਾ ਕੋਈ ਕਲੇਮ ਕਰਦਾ ਜਿਵੇਂ ਕਿ ਤੁਹਾਡੇ ਅਮਰਤ ਵਾਲੇ ਮਸਲੇ ਨੂੰ ਈਵੈਂਟ ਕਿਹਾ ਗਿਆ ਕੀ ਈਵੈਂਟ ਬਣਾ ਦਿੱਤਾ ਅਮਰਤ ਨੇ ਦੱਸੋ ਇਹ ਤਾਂ ਬਖਸ਼ਿਸ਼ ਹੁੰਦੀ ਆ ਗੁਰੂ ਦੀ ਇਹ ਤਾਂ ਬਹੁਤ ਡੂੰਗੀ ਗੱਲ ਹੁੰਦੀ ਆ ਇਹ ਤਾਂ ਬਹੁਤ ਸੈਕ੍ਰੇਟ ਗੱਲ ਆ ਰਿਲੀਜੀਅਸ ਰਿਲੀਜੀਅਨ ਤਾਂ ਉਹਦੇ ਸੈਕ੍ਰੇਟ ਸੈਕ੍ਰੇਟ ਈਵੈਂਟ ਕਿਉਂ ਨਹੀਂ ਹੋਣਾ ਚਾਹੀਦਾ ਪਵਿੱਤਰਤਾ ਦਾ ਇੱਕ ਈਵੈਂਟ ਕਿਉਂ ਨਹੀਂ ਹੋਣਾ ਚਾਹੀਦਾ ਮੈਂ ਉਹਨਾਂ ਨੂੰ ਪੁੱਛਦਾ ਸਵਾਲ ਕਰਦਾ ਵੀ ਤੁਸੀਂ ਫਿਲਮਾਂ ਵਾਲੇ ਨਾਚਾਰ ਈਵੈਂਟ ਕਰ ਸਕਦੇ ਜੋ ਹੈ ਕੋਈ ਨੱਚਣ ਵਾਲਾ ਈਵੈਂਟ ਕਰ ਸਕਦਾ ਹਜ਼ਾਰ ਲੋਕਾਂ ਨੂੰ ਜੋੜ ਕੇ ਕੋਈ ਸ਼ਰਾਬਾਂ ਪੀਣ ਵਾਲ ਰੈਂਕ ਦੇ ਪਹਿਲਾਂ ਨਹੀਂ ਹੋਇਆ ਕਿਉਂ ਨਹੀਂ ਹੋਇਆ ਇਵੈਂਟ ਨਹੀਂ ਬਣਾਇਆ ਕਿਸੇ ਨੇ ਨਾ 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 ਉਦੋਂ ਟੀਵੀ মিডিਆ ਨਹੀਂ ਸੀ ਹੁੰਦਾ 10-10 ਪੁਰਾਣੀਆਂ ਨੂੰ ਅਮਰਿਤ ਛਕਾਉਂਦੇ ਰੇ ਇੱਕ ਦਿਨ ਦੇ ਵਿੱਚ ਟੀਵੀ মিডিਆ ਹੁਣ ਆ ਗਿਆ ਅਸੀਂ ਕੀ ਮੀਟ ਬਣਾਇਆ ਕੋਈ ਉੱਥੇ ਪ੍ਰੋਫੈਸ਼ਨਲ মিডিਆ ਨੂੰ ਸੱਦਿਆ ਨਹੀਂ ਅਸੀਂ ਜਾ ਕੇ ਗਏ ਜਥੇਦਰੂਪ ਜਮਰਿਤ ਛਕਣਾ ਵੀ ਵੱਧ ਤੋਂ ਵੱਧ ਲੋਕ ਪ੍ਰੇਰਿਤ ਹੋ ਕੇ ਨਾਲ ਜੋੜਨ ਸਿੱਖੀ ਤੇ ਲਹਿਰ ਦੇ ਸੋ ਉਹਦੇ ਚ ਨੌਜਵਾਨ ਆਏ ਨੌਜਵਾਨਾਂ ਨੇ ਅਮਰਿਤ ਛਕਿਆ ਹੋਰ ਇਵੈਂਟ ਕਿਸੀ ਜਥਿਆਂ ਦੇ ਨਾਲ ਆਪ ਗਏ ਆਪ ਜਾ ਕੇ ਅਮਰਿਤ ਛਕਿਆ ਹੁਣ ਵੀ ਜਥੇ ਲੈ ਕੇ ਜਾਵਾਂਗੇ ਅਮਰਿਤ ਛਕਾਵਾਂਗੇ ਨੌਜਵਾਨਾਂ ਨੂੰ ਇਹਨੂੰ ਸਾਹ ਤੁਹਾਡਾ ਨਹੀਂ ਆ ਹਨ ਨਹੀਂ ਠੀਕ ਹੈ ਸਾਰਿਆਂ ਦਾ ਫਿਰ ਮੈਂ ਇਹੀ ਕਹਿ ਰਿਹਾਗਾ ਕਿ ਜਿਹੜੇ ਤੁਸੀਂ ਪੰਥ ਚੋਂ ਜਿਹੜੇ ਜਦੋਂ ਚ ਸਿੱਖ ਰਪਬਲਿਕ ਹੋਊਗਾ ਮੈਂ ਇਥੇ ਤੁਹਾਡੀ ਤੁਹਾਡੀ ਨਿਗਾਹ ਦੇ ਵਿੱਚ ਇਥੇ ਮੁੰਨੇ ਮੁੰਡੇ ਵੀ ਹੈਗੇ ਆ ਤੇ ਨਾਲ ਤੁਰੇ ਫਿਰਦੇ ਆ ਪਰ ਪ੍ਰੋਬਲਮ ਪਤਾ ਕਦੋਂ ਆਉਣੀ ਹੈ ਜਦੋਂ ਇਹ ਕਹਿਣਗੇ ਵੀ ਅਸੀਂ ਮੁੰਨੇ ਆ ਇਦਾਂ ਹੀ ਰਹਿਣਾ ਠੀਕ ਹੈ ਸਦੀਵੀ ਉਮਰ ਤੱਕ ਤੇ ਪੰਥ ਦੇ ਸਾਡਾ ਉਹਨਾਂ ਬਰਾਬਰ ਦਾ ਇਹ ਪ੍ਰੋਬਲਮ ਇਹ ਆਪਣੇ ਚ ਵਕਾਰ ਲੈ ਕੋਈ ਸ਼ਰਾਬੀ ਬੰਦਾ ਕਵੇ ਵੀ ਮੈਂ ਸ਼ਰਾਬ ਹੀ ਪੀਣੀ ਪਰ ਮੈਨੂੰ ਸ਼ਰਾਬੀ ਨਾ ਕੋ ਮਹਾਰਾਜ ਨੇ ਕਿਹਾ ਵੀ ਪਤਾ ਤੇ ਨਹੀਂ ਹੋਣਾ ਕੇਸਰ ਘੰਡਾ ਕੋ ਮੈਂ ਤੇ ਨਹੀਂ ਦਿੰਦਾ ਮਹਾਰਾ ਹੀ ਨਹੀਂ ਦਿੰਦਾ ਨਾ ਤੇ ਜੇ ਮਹਾਰਾ ਤੇ ਮੈਂ ਤੇ ਬੇਨਤੀ ਕਰ ਸਕਦਾ ਵੀ ਭਾਈ ਮੰਨੋ ਤੇ ਜੇ ਕੋ ਉਹਦੇ باوجود ਕਵੇ ਵੀ ਨਹੀਂ ਅਸੀਂ ਨਹੀਂ ਮੰਨਣਾ ਤੇ ਅਸੀਂ ਇਹ ਤੇ ਨਹੀਂ ਹੈਗਾ ਵੀ ਹੁਣ ਇਹਨਾਂ ਨੂੰ ਗਾਲੀ ਤੋਰੇ ਫਿਰਦੇ ਸਿੰਘ ਜਦੋਂ ਕਿ ਜਿਹਦੇ ਫਿਰ ਉਹਨਾਂ ਨੂੰ ਬਾਹਰ ਮੈਂ ਉਹੀ ਕਹਿ ਰਿਹਾ ਉਹਨਾਂ ਨੂੰ ਬਾਹਰ ਕਰ ਦੂੰਗਾ ਨਹੀਂ ਨਹੀਂ ਬਾਹਰ ਕਿਉਂ ਕਰਨਾ ਹੈ ਕਿਸੇ ਨੂੰ ਇਹ ਤੇ ਮਹਾਰਾਜ ਨੇ ਬਖਸ਼ਿਸ਼ ਕਰਨੀ ਹੈ ਜਦੋਂ ਤੇ ਵੀ ਕਰਦਾ ਇਹ ਤਾਂ ਹੁਣ ਵਿਆਖਿਆ ਹੈ ਨਾ ਕਿਸੇ ਦੀ ਕੋਈ ਕਹੇਗਾ ਜੀ ਮੇਰੀ ਵਿਆਖਿਆ ਫਲਾਣ ਨੇ ਕਰਤੀ ਹੁਣ ਮੈਂ ਕੀ ਮੈਂ ਤਾਂ ਹੈ ਜ ਨਹੀਂ ਆ ਅਮਰਤਪਾਲ ਨੇ ਮੇਰੀ ਇਹ ਵਿਆਖਿਆ ਕਰਤੀ ਮੈਂ ਨਹੀਂ ਕੀਤੀ ਕਿਸੇ ਦੀ ਵਿਆਖਿਆ ਮਤਲਬ ਮੰਨ ਲਓ ਨਹੀਂ ਕੋਈ ਕੋਈ ਕਿਦਾਂ ਦਾਵਾ ਕਰ ਦੂ ਮੈਂ ਵਿਆਖਿਆ ਕੀਤੀ ਜਦੋਂ ਮਹਾਰਾਜ ਨੇ ਵਿਆਖਿਆ ਕੀਤੀ ਹੈ ਬਿਨ ਕਿ ਸ਼ਾਸਤ੍ਰਾਂ ਦੇ ਕੇਸਾਂ ਤੋਂ ਬਿਨਾ ਮੈਂ ਦਿਦਾਰ ਹੀ ਨਹੀਂ ਦੇਣੀ ਫਿਰ ਤੁਸੀਂ ਕੱਲ ਨੂੰ ਕੋ ਕਿ ਗੁਰੂ ਯਾਰ ਇੰਨਾ ਵੀ ਤਰ੍ਹਾਂ ਕਰਦਾ ਹੈ ਸਾਡੇ ਨਾਲ ਕਿ ਉਹ ਕਹਿੰਦਾ ਮੈਂ ਸ਼ਾਸਤ੍ਰਾਂ ਦੇ ਕੇਸਾਂ ਤੋਂ ਬਿਨਾ ਵਿਦਿਦਸ਼ਣ ਹੀ ਦੇਣਾ ਕਿਸੇ ਨੂੰ ਮਤਲਬ ਇਹ ਆ ਕਿ ਤਨਮਤੋਂ ਦੂਰੀ ਇੰਨੀ ਬਣ ਗਈ ਹੈ ਲੋਕਾਂ ਦੀ ਪੰਥ ਸਬਦਾ ਦਾ ਸਬਦਾ ਪੰਥ ਪੰਥ ਸਬਦਾ ਸਾਂਝਾ ਹੈ ਪੰਥ ਦੇ ਵਿੱਚ ਚੰਗੇ ਮਾੜੇ ਬੰਦੇ ਸਾਰੇ ਆਉਣੇ ਹੈ ਹੈ ਪੰਥ ਦੇ ਵਿੱਚ ਫਿਰ ਪੰਥ ਦੇ ਸ਼ਕਤੀਤਾ ਨੂੰ ਟ੍ਰੋਲ ਕਰਨਾ ਨਹੀਂ ਨਹੀਂ ਕਿਸੇ ਨੂੰ ਟ੍ਰੋਲਿੰਗ ਨਹੀਂ ਕਿਸੇ ਨੂੰ ਵੀ ਹੋ ਰਿਹਾ ਹੈਗਾ ਨਹੀਂ ਤੁਸੀਂ ਪਹਿਲਾਂ ਤਾਂ ਤੁਸੀਂ ਜਦੋਂ ਜਦੋਂ ਇਸ ਰੂਪ ਚ ਨਹੀਂ ਆਏ ਸੀ ਨਹੀਂ ਮੇਰੀ ਬੋਲੀ ਸ਼ੁਰੂ ਤੋਂ ਇਹੋ ਰਹੀ ਹੈ ਲੈ ਜਾ ਸ਼ੁਰੂ ਤੋਂ ਇਹ ਹੋ ਰਿਹਾ ਤਾਂ ਹੀ ਮੈਂ ਕਹਿ ਰਿਹਾ ਟਰੋਲ ਕਿਸੇ ਨੂੰ ਮਾੜਾ ਸ਼ਬਦ ਨਹੀਂ ਬੋਲਿਆ ਕਿਸੇ ਬੰਦੇ ਨੂੰ ਟਰੋਲ ਕਰਦੇ ਨਾ ਬਾਰੇ ਕੀ ਸੋਚਦੇ ਹੋ ਮੈਨੂੰ ਲੋਕ ਟਰੋਲ ਕਹਿੰਦੇ ਰਹੇ ਟਵਿੱਟਰ ਦੇ ਉੱਤੇ ਦੂ ਟਰੋਲ ਕਰਦੇ ਆ ਤੇ ਮੈਨੂੰ ਮੈਨੂੰ ਪੁੱਛੋ ਵੀ ਜੇ ਕਿਸੇ ਸ਼ਖਸੀਅਤ ਪਰ ਦੀ ਮਾੜਾ ਲਬਜ ਨੀਵੇਂ ਪੱਦਰ ਦਾ ਵਰਤਿਆ ਫਿਰ ਕੋਈ ਗੱਲ ਹੋ ਸਕਦੀ ਹੈ ਹੈ ਜੇ ਕਿਸੇ ਦਾ ਕ੍ਰਿਟਿਸਿਜ਼ਮ ਕਰ ਦਿੱਤਾ ਜਾਂ ਕਿਸੇ ਨੂੰ ਮੈਂ ਕਹਦਾ ਕਿ ਸਿੱਖੀ ਦੀ ਆ ਗੱਲ ਹੈ ਤੇ ਇਦਾਂ ਕਰਨੀ ਚਾਹੀਦੀ ਹੈ ਮੈਨੂੰ ਲੋਕਾਂ ਨੇ ਟਰੋਲ ਨੀਓ ਦੇਖੋ ਜਿਹੜੇ ਕੋਈ ਕਰੀ ਜਾਂਦਾ ਮੈਂ ਕਹਿੰਨਾ ਵੀ ਕੋਈ ਨਹੀਂ ਉਹ ਸਾਰਿਆਂ ਦੀ ਸੇਵਾ ਲੱਗੀ ਐ ਸਾਡਾ ਵੀ ਕਰੀ ਜਾਂਦੇ ਨੇ ਲੋਕ ਟ੍ਰੋਲ ਕਿ ਫਲਾਣਾ ਤੁਸੀਂ ਈਵੈਂਟ ਬਣਾਤਾ ਫਲਾਣ ਕਰਤਾ ਢੀਂ ਕਰ ਦਿੱਤਾ ਹਨਾ ਇਹ ਟ੍ਰੋਲਿੰਗ ਟ੍ਰੋਲਿੰਗ ਧਮਕੀਆਂ ਦੇਣ ਤੱਕ ਮਤਲਬ ਬਹੁਤ ਸਾਰੀਆਂ ਗੱਲਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਜਿਹੜੇ ਤੁਸੀਂ ਕਹਿੰਦੇ ਨੀਵੇਂ ਪੱਧਰ ਤੇ ਨਹੀਂ ਜਾਣਾ ਚਾਹੀਦਾ ਧਮਕੀਆਂ ਇਸ ਤਰ੍ਹਾਂ ਦੀਆਂ ਬਹੁਤ ਸਾਰੇ ਲੋਕਾਂ ਨੂੰ ਹੁੰਦੀਆਂ ਨੇ ਨਹੀਂ ਉਹ ਕੋਈ ਕਿਸ ਨੂੰ ਦੇਈ ਜਾਵੇ ਸਾਡਾ ਉਹਦੇ ਚ ਕੀ ਅਸੀਂ ਮੈਂ ਆਪਣੇ ਤੁਸੀਂ ਕੀ ਕਹਿਣਾ ਚਾਹੋਗੇ ਤੁਸੀਂ ਕਲੇਮ ਕਰੋ ਪੰਜਾਬ ਮੈਂ ਤੇ ਨਹੀਂ ਕਲੇਮ ਕਲੇਮ ਕੋਈ ਨਹੀਂ ਮੈਂ ਸਿਰਫ ਇੱਕ ਬੇਨਤੀ ਕਰਨੀ ਐ ਸੰਗਤਾਂ ਨੂੰ ਜਿਹੜੇ ਮੈਨੂੰ ਪ੍ਰੇਮ ਕਰਨ ਵਾਲ ਮੈਨੂੰ ਕੋ ਗਾਣਾ ਕੱਢੀ ਜਾਵੇ ਮੜਾ ਬੁਲੀ ਜਾਵੇ ਕਿਸੇ ਨੇ ਕਿਸੇ ਨੂੰ ਕੁਝ ਨਹੀਂ ਕਹਿਣਾ ਸਾਰਤਿਕ ਪਾਸ਼ਾ ਜੀ ਗੱਲ ਕਰੋ ਜੇ ਹੋ ਸਕਦੀ ਨਹੀਂ ਹੁੰਦੀ ਤਾਂ ਨਾ ਕਰੋ ਜੇ ਮੈਂ ਤੁਹਾਡਾ ਇੰਟਰਵਿਊ ਕੀਤਾ ਤੁਹਾਨੂੰ ਸਵਾਲ ਕੀਤੇ ਕਿਸੇ ਨੂੰ ਤਰਾਜ ਹੋ ਸਕਦਾ ਹੈ ਸਵਾਲ ਕਉ ਕਰਤੇ ਨਹੀਂ ਉਹ ਤੇ ਦੇਖੋ ਮੈਂ ਕਹਿ ਨਹੀਂ ਸਵਾਲ ਹੋਣ ਮੈਂ ਤੇ ਆਪ ਕਹਿਣਾ ਮੈਂ ਤੁਹਾਨੂੰ ਤੁਸੀਂ ਤਾਂ ਕਿਹਾ ਵੀ ਸਾਰੇ ਸਵਾਲ ਹੋਣੇ ਚਾਹੀਦੇ ਆ ਇੰਟਰਵਿਊ ਹਾਂ ਉਹਦਾ ਕਾਰਨ ਕੀ ਹੈ ਉਹਦਾ ਕਾਰਨ ਇਹ ਹੈ ਵੀ ਮੈਂ ਵੀ ਚਾਹੁੰਦਾ ਮੈਨੂੰ ਸਵਾਲ ਹੋਣ ਪਰ ਮੈਂ ਇਹ ਨਹੀਂ ਚਾਹੁੰਦਾ ਵੀ ਯੂਸਲੈਸ ਸਵਾਲ ਹੋਣ ਮੈਂ ਇਹ ਨਹੀਂ ਚਾਹੁੰਦਾ ਵੀ ਕੋਈ ਬੇਸਲੈਸ ਗੱਲਾਂ ਕਰਨ ਦੁਰਪੇ ਵੀ ਫਲਾਣਾ ਜੀ ਇਹ ਤੇ ਉੱਥੇ ਡਰਾਈਵਰੀ ਕਰਦਾ ਸੀ ਹੁਣ ਇਹ ਗੱਲ ਤੇ ਵੀ ਹੋਇਆ ਮੈਂ ਤੁਹਾਨੂੰ ਕੋਈ ਯੂਸਲੈਸ ਸਵਾਲ ਤਾਂ ਨਹੀਂ ਕੀਤਾ ਗਾ ਸਾਰੇ ਨਹੀਂ ਨਹੀਂ ਦੇਖੋ ਮੈਂ ਤੁਹਾਨੂੰ ਇਹ ਨਹੀਂ ਕਹ ਰਿਹਾ ਕਨਸੈਪਟ ਤੇ ਆਉਣ ਸਾਰੀ ਤੁਹਾਨੂੰ ਕਹਿੰ ਗਿਆ ਕਿ ਮੈਂ ਅੱਜ ਕਨਸੈਪਚੁਅਲ ਗੱਲ ਕਰਨੀ ਆ ਤੁਸੀਂ ਕਹੋ ਠੀਕ ਗੱਲ ਵਧੀਆ ਹੋਈ ਆਪਣੀ ਹੁਣ ਉਹਦੇ ਚ ਆਈਡੀਆ ਕੀ ਆ ਹੁਣ ਆਪਣਾ ਇਹ ਚ ਕਨਕਲੂਜਨ ਕੀ ਨਿਕਲਿਆ ਵੀ ਬੇਸਿਕਲੀ ਮੈਂ ਆਪਣੇ ਕੋਲੋਂ ਕੋਈ ਗੱਲ ਨਹੀਂ ਕੀਤੀ ਮੈਂ ਜੋ ਗੱਲ ਸਿੱਖੀ ਦੀ ਵਿਚਾਰਧਾਰਾ ਚ ਹੈਗੀ ਉਹ ਹੀ ਕੀਤੀ ਇਤਿਹਾਸ ਕਿਉਂਕਿ ਹੁਣ ਜਾਂ ਤੇ ਇੱਕ ਮੇਰਾ ਮਨ ਮੇਰਾ ਮਨ ਕਿਸੇ ਵੇਲੇ ਉਸ ਜਿਹੜੇ ਬੰਦੇ ਮੈਂ ਵੈਸੀ ਚਲੋ ਆਪਾਂ ਆਈ ਜਾਨੇ ਇਸ ਗੱਲ ਦੇ ਉੱਤੇ ਜਿਹੜੇ ਗਰੁੱਪ ਬੈਠੇ ਨੇ ਪੰਜਾਬ ਮੈਂ ਪਿਛਲੀ ਵਾਰ ਵੀ ਇਹ ਕਿਹਾ ਸੀ ਤੁਹਾਨੂੰ ਜਿਹੜੇ ਗਰੁੱਪ ਬੈਠੇ ਨੇ ਮੈਂ ਦਲਜੀਤ ਬਿੱਟੂ ਹੋਰਾਂ ਦਾ ਸਭ ਤੋਂ ਵੱਡਾ ਗਰੁੱਪ ਮੈਂ ਆ ਜਾਂਦਾ ਸੀ ਇੱਕ ਦੌਰ ਚ ਤੁਹਾਨੂੰ ਵੀ ਪਤਾ ਹੀ ਹੈ ਚਰਚਿਤ ਗਰੁੱਪ ਰਿਹਾ ਹੈਗਾ ਫਿਰ ਅ ਆਪਣਾ ਦਲ ਖਾਲਸਾ ਹੋਰ ਨੇ ਇਹਨਾਂ ਨੇ ਸਾਰਿਆਂ ਨੇ ਮੂਵਮੈਂਟ ਦੇਖੀ ਹੋਈ ਹੈ ਉਹਨਾਂ ਨੇ ਸਾਰਿਆਂ ਨੇ ਦੇਖ ਕੇ ਉਹ ਕਿਸੇ ਨਤੀਜੇ ਤੇ ਪਹੁੰਚੇ ਹੋਣਗੇ ਜੇ ਉਹ ਬੜੇ ਠਰਮੇ ਨਾਲ ਚੱਲ ਰਹੇ ਨੇ ਜੇ ਉਹ ਜਿਹੜੀ ਮੈਂ ਗੱਲ ਕਹਿਣਾਗਾ ਕਿ ਜੋ ਚ ਆਈਡੀਆ ਦੇ ਲੈਵਲ ਤੇ ਕਰਦੇ ਨੇ ਉਹ ਬਾਕੀ ਗੱਲ ਉਹ ਜਾਗਰੂਕਤਾ ਤੇ ਲੱਗੇ ਹੋਣਗੇ ਨਹੀਂ ਉਹ ਵੀ ਤਾਂ ਮਾਰਚ ਕਰਦੇ ਨੇ ਖਾਲਸਾ ਦਾ ਮਾਰਚ ਕਰਦੇ ਨੇ ਉਹ ਉਹਨਾਂ ਦੇ ਬਕਾਇਦਾ ਸਟੇਟਮੈਂਟ ਆਈਆਂ ਨੇ ਵੀ ਜੇ ਸਾਨੂੰ ਲੋੜ ਪਈ ਤੇ ਇਥੇ ਹਰ ਮੰਦਸ਼ਕਰਸ ਵੀ ਲੈਣਾਗੇ 6 ਜੂਨ ਦੇ ਇਥੇ ਸਟੇਟਮੈਂਟ ਆਈ ਸੀ ਦਲ ਖਾਲਸਾ ਲੋ ਤੇ ਉਹਨਾਂ ਨੇ ਮਤਲਬ ਬਕਾਇਦਾ ਇਤਿਹਾਸਕ ਤੌਰ ਤੇ ਹਾਈਜੈਕਿੰਗਸ ਵੀ ਕੀਤੀਆਂ ਨੇ ਸੋ ਇਹਦੇ ਚ ਮੈਨੂੰ ਐ ਲੱਗਦਾ ਵੀ ਧੰਮੇ ਨਾ ਬੈਠਣਾ ਜਾਂ ਪਤਾ ਕੀ ਚੱਕਰ ਹੁੰਦਾ ਦਲਜੀਤ ਬਿੱਟੂ ਹੋਰਾਂ ਨੇ ਕਿਹਾ ਪਿਛਲੇ ਦਿਨਾਂ 'ਚ ਕਿ ਪੰਥਕ ਇਕਤਾ ਹੋਣੀ ਚਾਹੀਦੀ ਹੈ ਹਾਂ ਹਾਂ ਤੇ ਤੁਸੀਂ ਤੁਸੀਂ ਕਿਉਂ ਨਹੀਂ ਇਨੀਸ਼ੀਏਟ ਤੁਸੀਂ ਛੋਟੇ ਹੋਗੇ ਨੀ ਅਸੀਂ ਅਸੀਂ ਤਾਂ ਜੇ ਕੋਈ ਤੁਹਾਡੀ ਉਮਰ ਤਾਂ ਛੋਟੀ ਹੋਣਾ ਤੋਂ ਕਿੰਨੀ ਉਮਰ ਦੇ ਜਿਹੜੇ ਐਕਸਪੀਰੀਅੰਸ ਬੰਦੇ ਨੇ ਜੇ ਕੋਈ ਇੱਕਤਾ ਦੀ ਕਾਲ ਦਊਗਾ ਨਾ ਕਿਤੇ ਕੋਈ ਆਓ ਇੱਥੇ ਸਾਰੇ ਇਕੱਠੇ ਹੋ ਤੇ ਅਸੀਂ ਪਹੁੰਚਾਂਗੇ ਤੇ ਕੀੜੀ ਗੱਲ ਇੱਕ ਪਤਾ ਕੀ ਚੱਕਰ ਹੁੰਦਾ ਕਈ ਵਾਰ ਨਾ ਦੂਰੋਂ ਦੂਰੋਂ ਤੇ ਇਨੀਸ਼ੀਏਟਿਵ ਲੈਂਦੇ ਖੁਦ ਨਹੀਂ ਪਹਿਲ ਕਦਮੀ ਕਰਦੇ ਨਹੀਂ ਖੋਦ ਪਤਾ ਕੀ ਮੈਂ ਤੁਹਾਨੂੰ ਦੱਸ ਦਿੰਨਾ ਇੱਕ ਗੱਲ ਜਿਵੇਂ ਅੱਜਕੱਲ ਬਣਿਆ ਹੋਇਆਗਾ ਅਗਲਾ ਕਹਿੰਦਾ ਉਹ ਕਹਿੰਦਾ ਜੇ ਇਹਨੂੰ ਮੈਨੂੰ ਕਾਲ ਨਹੀਂ ਕੀਤੀ ਮੈਂ ਇਹਨੂੰ ਕਿਉਂ ਕਰਾਂ ਨਹੀਂ ਇਦਾਂ ਕੀ ਹੁੰਦਾ ਵੀ ਪਰਸਨਲੀ ਕਿਸ ਨੂੰ ਮਿਲੋ ਜਾਂ ਨਾ ਮਿਲੋ ਨਹੀਂ ਨਹੀਂ ਮੈਨੂੰ ਮੈਸੇਜ ਨਹੀਂ ਕੀਤਾ ਮੈਂ ਕਿਉ ਇਹ ਉਹਨਾਂ ਦਾ ਮਤਲਬ ਹੈ ਸਾਰਿਆਂ ਨੂੰ ਪਤਾ ਵੀ ਮੈਂ ਸਾਰਿਆਂ ਨੂੰ ਗੀਤੇ ਆ ਕਈਆਂ ਨੇ ਰਿਸਪਾਂਸ ਦਿੱਤਾ ਕਈਆਂ ਨੇ ਨਹੀਂ ਦਿੱਤਾ ਹੈ ਉਹ ਹਰ ਇੱਕ ਦੀ ਆਪਣੀ ਪ੍ਰੋਬਲਮ ਹੈ ਹੁਣ ਪ੍ਰੋਬਲਮ ਕੀ ਹੈ ਹੁਣ ਵਿਦਵਾਨਾਂ ਨੇ ਮੇਰਾ ਐਨਾਲਿਸਿਸ ਕਰਨਾ ਹੈ ਕ੍ਰਿਟਿਕ ਵੀ ਕਰਨਾ ਹੈ ਪਰ ਮੈਨੂੰ ਸਲਾਹ ਨਹੀਂ ਦੇਣ ਆਉਣਗੇ ਇਹ ਸਾਡੀ ਪ੍ਰੋਬਲਮ ਰਹੀ ਹੈ ਤੁਹਾਨੂੰ ਜਿੱਥੇ ਲੱਗਦਾ ਮੈਂ ਗਲਤ ਆ ਮੈਨੂੰ ਸਲਾਹ ਦੇ ਦਿਓ ਆਣਗੇ ਕਿ ਆਹ ਤੇਰੀ ਗਲਤੀ ਹੈ ਪਰ ਪ੍ਰੋਬਲਮ ਇਹ ਆ ਵੀ ਨੌਜਵਾਨ ਨੂੰ ਬਰਦਾਸ਼ਤ ਨਾ ਕਰਨਾ ਕਿਸੇ ਨੂੰ ਵੀ ਇਹਦੀ ਉਮਰ ਘਟ ਹੈ ਜੀ ਕੱਲ ਦਾ ਜਵਾਬ ਹੈ ਜੀ ਸ਼ੋਕਰਾ ਸਟੇਟ ਵੱਲੋਂ ਭਾਰਿਆ ਜਾ ਰਿਹਾ ਹੈ ਇਹ ਟੁੱਕੀ ਹੋ ਰਹੇ ਨੇ ਕਿ ਸਟੇਟ ਵੱਲੋਂ ਭਾਰਿਆ ਜਾ ਰਿਹਾ ਅਮ ਸਟੇਟ ਵੱਲੋਂ ਜਾਂ ਸਟੇਟ ਟਾਈਪ ਕੋਈ ਕੋਈ ਵੀ ਹੋਊਗਾ ਜਾਂ ਕੋਈ ਜੰਸੀ ਬਾਹਰੀ ਹੋਊਗਾ ਇੰਟੈਲੈਕਚੁਅਲ ਹੋਣ ਦਾ ਦਾਵਾ ਕਰਦਾ ਹੈ ਉਹ ਬੰਦਾ ਕਿਉਂ ਇਹੋ ਜੀ ਸੋਚ ਰੱਖਦਾ ਵੀ ਸਟੇਟ ਨੌਜਵਾਨਾਂ ਨੂੰ ਸਿੱਖੀ ਦੇ ਰਾਹ ਤੇ ਤੋਰਨ ਦੀ ਕੋਸ਼ਿਸ਼ ਕਰੂਗੀ ਇੱਕ ਪਾਸੇ ਆਪਾਂ ਕਹਿੰਦੇ ਵੀ ਸਟੇਟ ਸਾਨੂੰ ਖਤਮ ਕਰਨਾ ਚਾਹੁੰਦੀ ਹੈ ਇੱਕ ਪਾਸੇ ਆਪਾਂ ਆਰਮਡ ਸਟਰਗਲ ਲੜੀਏ ਸਟੇਟ ਦੇ ਖਿਲਾਫ ਦੂਜੇ ਪਾਸੇ ਅਸੀਂ ਕਹਿੰਦੇ ਵੀ ਸਟੇਟ ਕੈਪਟਨ ਮਨਿੰਦਰ ਸਿੰਘ ਕਹਿੰਦੇ ਆਈ ਹੈ ਸਹੀ ਦਾ ਬੰਦਾ ਯਾਰ ਉਹਨਾਂ ਦੀ ਤੇ ਇੱਕ ਹੀ ਸਟੇਟਮੈਂਟ ਹੈ ਪਿਛਲੇ 10-20 ਸਾਲਾਂ ਤੋਂ ਕਲਸਤਾਨ ਦੇ ਮਤਿਆਂ ਦੇ ਸੈਨ ਉਹਨਾਂ ਆਪ ਕੀਤੇ ਨੇ ਹੈ ਉਦੋਂ ਉਹਨਾਂ ਦੇ ਘਰਾਂ ਦੇ ਵਿੱਚ ਆਣ ਕੇ ਪਾਕਿਸਤਾਨ ਦੇ ਲੋਕ ਰਹੀ ਜਾਣਾ ਮੈਂ ਨਾਂ ਨਹੀਂ ਲੈਂਦਾ ਹੁੰਦਾ ਕਿਸ ਨੂੰ ਕੋਈ ਇਤਰਾਜ਼ ਨਹੀਂ ਮੇਰਾ ਕੋਈ ਸਬੰਧ ਕੱਢ ਕੇ ਦਿਖਾ ਦਿੰਦੇ ਕਿਸਨਾਂ ਐਵੇਂ ਬਿਨਾਂ ਗਲਤ ਹੋਈ ਮਤਲਬ ਕੋਈ ਤੁਹਾਡੀ ਜਾਂਚ ਪੰਜਾਬ ਸਰਕਾਰ ਨੇ ਵੀ ਸ਼ੁਰੂ ਕਰ ਦਿੱਤੀ ਹੈ ਕਰਦੇ ਹਨ ਜਾਂਚ ਮੇਰੇ ਚੋਂ ਕੀ ਨਿਕਲਣਾ ਮੈਂ ਤਾਂ ਕਹਿੰਦਾ ਵੀ ਜਾਂਚ ਕਰੋ ਬੇਦਬੀ ਵਾਲਿਆਂ ਦੀ ਜਿਹੜੇ ਨਸ਼ੇ ਵੰਡ ਰਹੇ ਉਹਨਾਂ ਦੀ ਜਾਂਚ ਕਰੋ ਜਿਹੜੇ ਧੀਆਂ ਭਣਾਂ ਦੀ ਬੇਬੇ ਮੇਰੀ ਜਾਂਚੋ ਕੀ ਕੱਢੋ ਤੁਹਾਡੇ ਕੋਲ ਕੋਈ ਆਇਆ ਹੁਣ ਤੱਕ ਕੋਈ ਪੁਲਿਸ ਦਾ ਆਫੀਸਰ ਕੋਈ ਏਜੰਸੀ ਦਾ ਜਿਹੜੀ ਜਿਹਨਾਂ ਦੀ ਡਿਊਟੀਆਂ ਲੱਗੀਆਂ ਆਉਂਦੇ ਰਹਿੰਦੇ ਨੇ ਆਪ ਉਹਨਾਂ ਨੂੰ ਗ੍ਰੀਡ ਸਾਈਜ਼ ਨਹੀਂ ਕਰਦੇ ਉਹਨਾਂ ਦੀ ਸੇਵਾ ਲੱਗੀ ਹੈ। ਤੁਸਾਂ ਗੱਲ ਕੀਤੀ ਆ ਕੇ ਕਦੇ ਉਹਨਾਂ ਨੇ? ਕਰਦੇ ਰਹਿੰਦੇ ਗੱਲਾਂ। ਕੀ ਕਹਿੰਦੇ ਆ? ਉਹ ਤਾਂ ਪੁੱਛਦੇ ਵੀ ਤੁਸੀਂ ਕੀ ਕਰਨਾ ਚਾਹੁੰਦੇ ਜੋ ਕੀ ਨਹੀਂ ਉਹਨਾਂ ਦੇਖੋ ਤੁਹਾਨੂੰ ਵੀ ਪਤਾ ਹੈ ਵੀ ਉਹ ਉਹਨਾਂ ਦਾ ਇੱਕ ਨਾਰਮਲ ਰੂਟੀਨ ਪ੍ਰੋਸੀਜਰ ਹੈਗਾ। ਉਹਦੇ ਚ ਅਸੀਂ ਵੀ ਬედა ਨਹੀਂ ਖੜੀ ਕਰਦੇ ਵੀ ਠੀਕ ਹੈ ਵੀ ਜੇ ਦੇਖੋ ਅਗਲੇ ਦੀ ਡਿਊਟੀ ਆ ਉਹਨੇ ਆਪਣੀ ਪੂਰੀ ਕਰਨੀ ਸਾਡੀ ਆਪਣੀ ਲੱਗੀ ਉਹਨਾਂ ਦੀ ਆਪਣੀ ਲੱਗੀ। ਕਰੀ ਜਾਣ ਦੇ ਉਹਨਾਂ ਨੂੰ। ਫਿਰ ਕੀ ਕਹਿਣ ਉਹ ਤੁਸੀਂ ਉਹਨਾਂ ਨੂੰ ਕੀ ਕਰਨਾ ਤੁਸੀਂ? ਨਹੀਂ ਅਸੀਂ ਤੁਹਾਨੂੰ ਕਹੇ ਵੀ ਅੰਮ੍ਰਿਤ ਸ਼ਕਾਰੇ ਨੌਜਵਾਨ ਨਸ਼ੇ ਛਡਾ ਰਹੇ ਆ ਗੁਲਾਮੀ ਦੀ ਜਿਹੜੇ ਲੋਕ ਕਲਾਮ ਨੇ ਸਾਡੇ ਉਹਨਾਂ બસ ਮੈਂ ਇੰਟਰੂ ਦਾ ਐਂਡ ਕਰਨ ਲੱਗਾ ਕਾਫੀ ਜ਼ਿਆਦਾ ਉਹ ਹੋ ਗਿਆ ਅ ਮੱਛਰ ਤੁਹਾਡੇ ਆਲੇ-ਦਾਲ ਘੁੰਮ ਰਹੇ ਨੇ ਤੇ ਜਿਹੜੀ ਤੁਸੀਂ ਇਹ ਗੱਲ ਕਹਿੰਦੇ ਹੋ ਗੁਲਾਮੀ ਵਾਲੀ ਬਾਰ-ਬਾਰ ਕਿ ਗੁਲਾਮੀ ਤੋਂ ਆਪਾਂ ਮੁਕਤੀ ਪਾਣੀ ਆ ਤੁਹਾਨੂੰ ਇਹ ਸਵਾਲ ਹੁੰਦਾ ਕਿ ਤੁਸੀਂ ਕੌਣ ਹੋ ਜਿਹੜੇ ਸਿੱਖਾਂ ਦੇ ਬਿਹਾਫ ਦੇ ਉੱਤੇ ਮਤਲਬ ਜਦੋਂ ਕੋਈ ਕਿਸੇ ਨੂੰ ਹਥਿਆਰ ਚਕਾਉਂਦਾ ਜਦੋਂ ਕਿਸੇ ਨੂੰ ਕੋਈ ਇਹੀ ਜੀ ਗੱਲ ਕਰਦਾ ਤੁਸੀਂ ਸਾਰਿਆਂ ਦੇ ਬਿਹਾਫ ਤੇ ਕਰਦੇ ਹੋ ਜਿੰਨਾਂ ਚੋਂ ਕੁਝ ਲੋਕ ਤਾਂ ਸਹਿਮਤ ਵੀ ਨਹੀਂ ਹੋਣੇ ਸਿੱਖਾਂ ਨੇ ਤੁਹਾਨੂੰ ਇਹ ਰਾਈਟ ਕਿਦਨ ਦਿੱਤਾ ਨਹੀਂ ਮੈਨੂੰ ਕੋਈ ਕੋਈ ਰਾਈਟ ਨਹੀਂ ਮੈਂ ਸਾਰੇ ਨੂੰ ਗੱਲ ਹੀ ਨਹੀਂ ਕਹੀ ਮੈਂ ਤਾਂ ਕਿਹਾ ਵੀ ਜਿਹੜੇ ਗੁਲਾਮੀ ਨੂੰ ਮਹਿਸੂਸ ਕਰਦੇ ਉਹ ਹੀ ਆਉਣ ਹਥਿਆਰ ਚਕਾਉਣ ਦੀ ਗੱਲ ਮਹਾਰਾਜ ਨੇ ਕਿਹਾ ਬਿਨ ਸ਼ਸਤਰ ਕੇਸਨ ਇਹੋ ਹੀ ਹਥਿਆਰ ਹੈ ਕਿ ਇਹਨੂੰ ਕੋਈ 47 ਦਾ ਫੜਾ ਨਹੀਂ ਦਿੰਦੀ ਹੈ ਨਾ ਕੋਈ ਸਾਡਾ ਇਰਾਦਾ ਹੈ ਮੈਂ ਤਾਂ ਪਹਿਲੇ ਦਿਨ ਹੀ ਇਹ ਗੱਲ ਕਹੀ ਸੀ ਕਿ ਸਟੇਟ ਨੇ ਤੈਅ ਕਰਨਾ ਹੁੰਦਾ ਜਦੋਂ ਤੁਸੀਂ ਡੈਮੋਕ੍ਰੇਸੀ ਕਲੇਮ ਕਰਦੇ ਜੋ ਵੀ ਵੀ ਆਰ ਡੈਮੋਕ੍ਰੇਸੀ ਤੇ ਅਸੀਂ ਵਿਰੋਧੀ ਵਿਚਾਰਧਾਰਤਾਂ ਨੂੰ ਵੀ ਰਿਸਪੈਕਟ ਦਿੰਨੇ ਆ ਤੇ ਫਰੀडम ਆਫ ਸਪੀਚ ਤੋਂ ਲੈ ਕੇ ਸੈਲਫ ਡਿਟਰਮੀਨੇਸ਼ਨ ਦਾ ਵੀ ਰਾਈਟ ਦਿੰਨੇ ਆ ਹੈ ਖਾਲਸਾਤਾਨ ਦੀ ਗੱਲ ਕਰਨਾ ਲੀਗਲੀ ਵੀ ਸਹੀ ਹੈ ਫਿਰ ਨੌਜਵਾਨਾਂ ਨੂੰ ਜੇ ਤੁਸੀਂ ਨਾਲ ਫਿਰ ਤੇ ਜੇ ਇੱਕ ਕਾਮ ਪੂਰੀ ਚੇਤਨ ਹੋ ਜੇ ਮੇਰੇ ਪਰਚਾਹਨ ਕਿਸ ਨੂੰ ਕੀ ਪ੍ਰੋਬਲਮ ਹੈ ਇਹੋ ਹੀ ਡੈਮੋਕਰੇਸੀ ਹੈ ਨਾ ਹੁਣ ਉਹਦੇ ਚ ਮੇਰੇ ਕੋਲ ਕੀ ਰਾਈਟ ਹੈ ਜਿਹੜੇ ਮੇਰੇ ਵਿਰੋਧੀ ਉਹਨਾਂ ਕੋਲ ਕੀ ਰਾਈਟ ਹੈ ਕਿ ਉਹ ਸਿੱਖਾਂ ਦੇ ਹਾਵ ਤੇ ਮੇਰਾ ਵਿਰੋਧ ਕਰਨ ਮੈਂ ਵੀ ਸਵਾਲ ਕਰ ਸਕਦਾ ਜਿਹੜਾ ਮੇਰਾ ਵਿਰੋਧ ਕਰ ਰਿਹਾ ਉਹਨਾਂ ਨੂੰ ਕਿੰਨੇ ਕਿਆ ਕਰਕੇ ਕਦੀ ਬੰਦੀ ਸਿੰਘਾਂ ਦੀ ਰਿਹਾਈ ਰੁਕੀ ਮੇਰੇ ਕਰਕੇ ਤੁਸੀਂ ਇੱਥੇ ਸੈਂਟਰ ਨੇ ਉੱਥੇ ਇਹ ਦਿੱਤਾ ਕਿ ਪੰਜਾਬ ਚ ਮਾਹੌਲ ਠੀਕ ਨਹੀਂ ਹੈ ਤੇ ਮਾਹੌਲ ਠੀਕ ਦਾ ਸਿਰਾ ਭਾਈ ਰਾਜੋਆਣੇ ਦਾ ਪਹਿਲਾਂ 6 ਵਾਰੀ ਰਿਹਾਈ ਰੁਕੀ ਹੈ ਮੈਂ ਕਿੱਥੇ ਸੀ ਉਦੋਂ ਬੰਦੀ ਸਿੰਘ 30 ਸਾਲਾਂ ਤੋਂ ਬੰਦ ਨੇ ਆਰਮ ਸਟ੍ਰਗਲ ਖਤਮ ਹੋ ਗਈ 94 95 ਦੇ ਵਿੱਚ ਬੰਦੀ ਸਿੰਘ ਕਿਉਂ ਨਹੀਂ ਛੱਡੇ ਮਤਲਬ ਹਰ ਚੀਜ਼ ਦਾ ਭਾਂਡਾ ਇੱਥੇ ਤੋਂ ਮੈਨੂੰ ਲੱਗਦਾ ਕਿਸੇ ਦਾ ਕਟਾਚੋਰੀ ਹੋ ਗਿਆ ਤਾਂ ਵੀ ਕਹਿੰਗੇ ਵਰਤਪਾਲ ਦਾ ਕਰਕੇ ਹੋ ਗਿਆ ਮਤਲਬ ਇਹ ਇਹ ਆਪਣੇ ਬੰਦਿਆਂ ਨੂੰ ਚਾਹੀ ਦੂਜੇ ਮੇਰਾ ਵਿਰੋਧ ਕਰੀ ਜਾਣ ਮੈਨੂੰ ਪ੍ਰੋਬਲਮ ਨਹੀਂ ਜਦੋਂ ਆਪਣੇ ਬੰਦੇ ਕਰਦੇ ਆ ਨਾ ਉਹਨਾਂ ਨੂੰ ਕਟੋਕੜ ਲੌਜੀਕ ਤੇ ਸੈਂਸ ਤੇ ਸੋਚਣੀ ਚਾਹੀਦੀ ਹੈ ਨਾ ਕਿ ਬੰਦੀ ਸਿੰਘ ਜਿਹੜੇ ਆ ਬੰਦੀ ਸਿੰਘਾਂ ਦੇ ਉੱਤੇ ਕਿੱਡੇ ਕਿੱਡੇ ਵੱਡੇ ਸੰਘਰਸ਼ ਹੋ ਚੁੱਕੇ ਆ ਆਪਣੇ ਮੋਰਚੇ ਲੱਗ ਚੁੱਕੇ ਆ ਉਦੋਂ ਕੀ ਮਾਹੌਲ ਸੀ ਪੰਜਾਬ ਦਾ ਖਰਾਬ ਪੰਜਾਬ ਦਾ ਮਾਹੌਲ ਅੱਜ ਕੀ ਖਰਾਬ ਹੈ ਅੱਜ ਕਿਹੜਾ ਪੰਜਾਬ ਯਾਮਸਟਰ ਚੱਲ ਰਹੀ ਹੈ ਅੱਛਾ ਸਿੱਧੂ ਮੂਸੇਵਾਲੇ ਬਾਰੇ ਤੁਸੀਂ ਕੀ ਸੋਚਦੇ ਹੋ ਨਹੀਂ ਮੈਂ ਸਿੱਧੂ ਮੂਸੇਵਾਲੇ ਬਾਰੇ ਮੇਰੀ ਇੱਕ ਧਾਰਨਾ ਇਹ ਆ ਕਿ ਉਹਦੀ ਜਿਹੜੀ ਗਾਇਕੀ ਹੈ ਉਹਨੇ ਪੰਜਾਬ ਨੂੰ ਕਿਸੇ ਨਾ ਰਿਪਰੈਜ਼ੈਂਟ ਕੀਤਾ ਉਹ ਤੋਂ ਭਾਵ ਇਹ ਆ ਕਿ ਉਹਨੇ ਇੱਕ ਜਿਹੜਾ ਪੰਜਾਬ ਦੇ ਵਿੱਚ ਜਿਹੜਾ ਜਜ਼ਬਾ ਹੈ ਨਾ ਜਿਹੜਾ ਇੱਕ ਗੱਲ ਕਰਨ ਦਾ ਸਿੱਧਾ ਲਹਿਜਾ ਹੈ ਇਹ ਮੇਨਸਟ੍ਰੀਮ ਚੀਜ਼ਾਂ ਤੋਂ ਪਰੇ ਹਟ ਕੇ ਉਹ ਬਹੁਤ ਵਧੀਆ ਉਹਨੇ ਕੰਮ ਕੀਤਾ ਤੇ ਅਖੀਰ ਹੀ ਸਮੇਂ ਦੇ ਵਿੱਚ ਜਿਹੜੀ ਉਹਦੀ ਪੋਲਿਟਿਕਲ ਚੇਤਨਤਾ ਹੈ ਜਿਹੜੀ ਰਾਜਸੀ ਚੇਤਨਤਾ ਹੈ ਸਿੱਖਾਂ ਪਰ ਦੀ ਧਾਰਮਿਕ ਝਕਾਅ ਉਹ ਵੀ ਤੁਸੀਂ ਬਹੁਤ ਖੁੱਲ ਕੇ ਉਹਦੇ ਖਿਲਾਫ ਲਿਖਦੇ ਰਹੇ ਹੋ ਮੈਂ ਲਿਖਿਆ ਮਾਈਪਾਗੋਲੇ ਮਸਲੇ ਦੇ ਉੱਤੇ ਮੈਂ ਕਦੀ ਲਕਾਪ ਹੋਰਾਂ ਤੇ ਵੀ ਲਿਖਿਆ ਹੈ ਹੈ ਹੋਰਾਂ ਤੇ ਵੀ ਲਿਖਿਆ ਮੈਂ ਨਹੀਂ ਮੇਨਲੀ ਕਨਫਲਿਕਟ ਮਾਈਪਾਗੋ ਦੀ ਮਸਲੇ ਤੇ ਹੋਇਆ ਹੋਰਾਂ ਮਸਲਿਆਂ 'ਚ ਵੀ ਲਿਖਿਆ ਤੁਸੀਂ ਨਹੀਂ ਨਹੀਂ ਉਹ ਬਾਰ-ਬਾਰ ਜਦੋਂ ਮਾਈਪਾਗੋ ਦਾ ਮਸਲਾ ਉੱਠਦਾ ਸੀ ਨਾ ਕੋਈ ਜਸਟੀਫਾਈ ਕਰਦਾ ਸੀ ਤੇ ਉੱਤੇ ਹੀ ਲਿਖਿਆ ਹੋਰ ਕੋਈ ਬਹੁਤਾ ਨਹੀਂ ਲਿਖਿਆ ਹੋਰ ਦੇਖੋ ਕਈ ਵਾਰ ਜਦ ਮੈਂ ਤੁਸੀਂ ਵਿਰੋਧਤਾ ਰਹੇ ਹੋ ਸਿੱਧੂ ਮੂਸੇ ਵਾਲੇ ਦੀ ਬਿਲਕੁਲ ਇੱਕ ਮੌਕੇ ਤੇ ਰਿਹਾ ਮੈਂ ਵਿਰੋਧ ਦੇ ਵਿੱਚ ਇੱਕ ਮੌਕੇ ਤੇ ਮੈਂ ਸਿੱਧੂ ਮੂਸੇ ਵਾਲੇ ਦਾ ਵਿਰੋਧ ਕੀਤਾ ਜਦੋਂ ਮਾਈਪਾ ਉਹ ਤੋਂ ਬਾਅਦ ਕਈ ਚੀਜ਼ਾਂ ਆਈਆਂ ਜਦ ਮੈਂ ਆਮ ਕੋ ਹਥਿਆਰਾਂ ਦਾ ਗੀਤ ਗਾਤਾ ਮੈਂ ਕਦੀ ਨਹੀਂ ਕਹਿਆ ਵੀ ਤੁਹਾਨੂੰ ਹਥਿਆਰਾਂ ਦਾ ਗੀਤ ਨਹੀਂ ਗਾਉਣਾ ਚਾਹੀਦਾ ਇਹ 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 ਗੱਲ ਇਹ ਗੱਲ ਇਹ ਕਨਸੈਪਟ ਨਾਲ ਇਸ ਕੋ ਵੀ ਸਿੱਧੂ ਮੂਸੇ ਵਾਲੇ ਨੂੰ ਵੀ ਪੂਰਾ ਪੰਥ ਰੰਗ ਚ ਰੰਗ ਦਿੱਤਾ ਗਿਆ ਜਿਵੇਂ ਦੀਪ ਨੂੰ ਵੀ ਬਾਅਦ ਚ ਹੋਣਾ ਪਹਿਲਾਂ ਸਾਰਾ ਚੱਲਦਾ ਰਿਹਾ ਤੇ ਉਹ ਸ਼ੀਰ ਜਿਹੜਾ ਜਿਹੜਾ ਇਹ ਕਹਿੰਦਾ ਕਿ ਕੋਈ ਵਿਚਾਰਤਾ ਰਾ ਜਿਹੜਾ ਇਹ ਬੰਦਾ ਦੀ ਪੰਜਾਬ ਚ ਮੌਤ ਹੋਊਗੀ ਜਾਂ ਜਿਹੜਾ ਇਹ ਬੰਦਾ ਪੰਜਾਬ ਚ ਪਪੂਲਰ ਹੋ ਗਿਆ ਉਹ ਸਾਡਾ ਹੈਗਾ ਤੇ ਇਹ ਕੋਈ ਹੁਣ ਦੱਸੇ ਵੀ ਸਿੱਧੂ ਮੂਸੇ ਵਾਲੇ ਨੂੰ ਅਸੀਂ ਕਿਹਾ ਸੀ ਵੀ ਚਾਰ ਦਿਨ ਪਹਿਲਾਂ ਤੂੰ ਖਾਲਸਾਣ ਦੇ ਉੱਤੇ ਇੰਟਰ ਜਾਂ ਸਵੈਯਲ ਦਾ ਗੀਤ ਮਤਲਬ ਇਹ ਪੰਥਕ ਮਹੌਲ ਚ ਕੋਈ ਕਿਸੇ ਨੂੰ ਰੰਗ ਸਕਦਾ ਹੁਣ ਕਈ ਕਲਾਕਾਰ ਮਰਦੇ ਕਿਦਾਂ ਪੰਥਕ ਬਣਾਵਾਂਗਾ ਉਹਨਾਂ ਨੂੰ ਚਮਕੀਲਾ ਮਰਿਆ ਉਹਨੂੰ ਪੰਥਕ ਥੋੜੀ ਬਣਾਇਆ ਜਾ ਸਕਦਾ ਜਾਂ ਹੋਰ ਕਲਾਕਾਰ ਜਿਹੜੇ ਮਰੇ ਗਏ ਉਹਨੂੰ ਪੰਥਕ ਪੰਥਕ ਉਹੀ ਬੰਦਾ ਜਿਹਦੇ ਚ ਪੰਥਕ ਜਜ਼ਬਾ ਆਊਗਾ ਦੀਪ ਸਿੱਧੂ ਤੇ ਪੰਥ ਦੇ ਲੈਣ ਤੇ ਹੀ ਤੁਰ ਪਿਆ ਸੀ ਉਹਨੇ ਜੇਲ ਕੱਟੀ ਐ ਐਸੇ ਚੱਕਰ ਚ ਆਣ ਕੇ ਪ੍ਰਚਾਰ ਕੀਤਾ ਸੋ ਉਹਨੂੰ ਤੇ ਉਹਦਾ ਤੇ ਵੱਖਰਾ ਜਦੋਂ ਮੁੱਸੀਆਂ ਨੂੰ ਚਲੋ ਕਾਫੀ ਅੱਗੇ ਦਾ ਪਰ ਫਿਰ ਵੀ ਆਪਾਂ ਇਹ ਸਮਝਦੇ ਆਂ ਕਿ ਜਿਹੜੇ ਨੌਜਵਾਨ ਨੇ ਨਾ ਹੁਣ ਇੱਥੇ ਬਹੁਤ ਆਪਣੇ ਨੌਜਵਾਨ ਨੇ ਜਿਨ੍ਹਾਂ ਦੇ ਵਿੱਚ ਤੇ ਆਪਾਂ ਨੂੰ ਘੱਟੋ ਘੱਟ ਇਹ ਚੀਜ਼ ਨੂੰ ਅੰਡਰਸਟੈਂਡ ਕਰਨਾ ਚਾਹੀਦਾ ਵੀ ਬੰਦਾ ਪੰਥ ਵਾਲੇ ਪਾਸੇ ਤੁਰ ਰਿਹਾ ਉਹਨੂੰ ਰੈਕੋਗਨਾਈਜ਼ ਇਸ ਤੇ ਮਿਲਣੀ ਚਾਹੀਦੀ ਇਹ ਮਾੜੀ ਗੱਲਤ ਨਹੀਂ ਵੀ ਜੇ ਸਿੱਧੂ ਨੂੰ ਕੋਈ ਕਹਿੰਦਾ ਵੀ ਇਹ ਬੰਦੇ ਚ ਪੰਥਕ ਜੱਜ ਬਸ ਵਧੀਆ ਗੱਲ ਹੈ ਧੰਨਵਾਦ ਹਮਨਪਾਲ ਸਿੰਘ ਜੀ ਬਹੁਤ ਬਹੁਤ ਧੰਨਵਾਦ ਸਰ ਵਾਹਿਗੁਰੂ ਜੀ ਕੀ ਫਤਿਹ ਜੀ ਕੀ ਫਤਿਹ ਤਾਂ ਇਹ ਸੰਨ ਅਮਰਪਾਲ ਸਿੰਘ ਜਿਹੜੇ ਵਾਰਿਸ ਪੰਜਾਬ ਜਥੇਬੰਦੀ ਚਲਾ ਰਹੇ ਨੇ ਉਹ ਸਾਰੇ ਸਵਾਲ ਜਿਹੜੇ ਲੋਕਾਂ ਦੇ ਮਨਾਂ ਸੀ ਜਿਹੜੇ ਪੰਥਕ ਘੇਰਿਆਂ ਚ ਚਰਚਾ ਹੋ ਰਹੀ ਹੈ ਜਿਨ੍ਹਾਂ ਦੀ ਹਰ ਥਾਂ ਤੇ ਗੱਲ ਹੋ ਰਹੀ ਹੈ ਸੀ ਉਹ ਸਾਰੇ ਸਵਾਲ ਅਮਰਪ